ਸਵਾਗਤ ਹੈ ਜੀ ਆਪ ਸਾਰਿਆਂ ਦਾ ਰੇਡੀਓ ਵਿਰਸਾ ਅਤੇ ਅਪਗ੍ਰੇਡ ਟੀਵੀ ਤੇ। ਅੱਜ ਦਾ ਪ੍ਰੋਗਰਾਮ ਮਾਈਂਡ ਸੈੱਟ ਤੇ ਚੱਲਦੇ ਪ੍ਰੋਗਰਾਮ 'ਚ ਕਿਸੇ ਵੀਰ ਭੈਣ ਨੇ ਹਿੱਸਾ ਲੈਣਾ ਹੋਵੇ ਤਾਂ ਕਾਲ ਕਰ ਸਕਦੇ ਸਟੂਡੀਓ ਦੀ ਲੈਂਡਲਾਈਨ 09277-0107 ਤੇ ਵਟਸਐਪ ਨੰਬਰ 0064204045-0095 ਤੇ ਇਹਦੇ ਨਾਲ ਨਾਲ ਮੇਰਾ ਵਟਸਐਪ ਨੰਬਰ ਜਾਂ ਮੇਰਾ ਮੈਸੰਜਰ ਜਿਨ੍ਹਾਂ ਦੇ ਕੋਲ ਹੈਗਾ ਤੇ ਉਹ ਉੱਤੇ ਵੀ ਮੈਨੂੰ ਕਾਲ ਕਰ ਸਕਦੇ ਨੇ। ਅਤੇ ਪਾਓ ਫਤਿਹ ਦੀ ਸਾਂਝ, ਮੈਂ ਸਟੂਡੀਓ 'ਚ ਪਰਮਵੀਰ ਸਿੰਘ, ਮੇਰੇ ਨਾਲ ਵੀਰ ਪ੍ਰਿਤਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਿਛਲੇ ਵੀਕ ਆਪਾਂ ਗੱਲ ਕਰਦੇ ਪਏ ਸੀਗੇ ਸਵਾਰਥ, ਥੈਂਕਲੈਸਨੈਸ, ਅਕ੍ਰਿਤਕਨ ਟਾਈਪ, ਹਾਂਜੀ ਉਹਨਾਂ ਟੋਪਿਕ ਦੇ ਉੱਤੇ। ਅੱਜ ਆਪਾਂ ਗੱਲ ਕਰਾਂਗੇ ਬੈਲੈਂਸਡ ਪਰਸਨੈਲਿਟੀ। ਹਾਂਜੀ ਠੀਕ। ਅਤੇ ਜਿੱਦਾਂ ਆਪਾਂ ਆਪਣਾ ਸਮਾਜ 'ਚ ਰਹਿੰਦੇ ਹਾਂ ਤਾਂ ਆਪਾਂ ਛੋਟੇ ਹੁੰਦੇ ਤੋਂ ਪੜ੍ਹਦੇ ਹਾਂ ਤਾਂ ਇਨਸਾਨ ਆ ਜਿਹੜਾ ਇੱਕ ਸਮਾਜਿਕ ਪ੍ਰਾਣੀ ਹੈ ਨਾ। ਹਾਂਜੀ, ਇਹਦਾ ਪੰਜਵੀਂ ਛੇਵੀਂ 'ਚ ਆਪਾਂ ਪੜ੍ਹਦੇ ਹੁੰਦੇ ਸੀਗੇ। ਹਾਂਜੀ। ਅਤੇ ਪਰ ਉਹਦਾ ਉਦੋਂ ਸਮਝ ਨਹੀਂ ਸੀ ਹੈਗੀ ਉਹਨਾਂ ਚੀਜ਼ਾਂ ਦੀ, ਤਾਂ ਇਹ ਹੌਲੀ ਹੌਲੀ ਕਰਦੇ ਆਏ ਤਾਂ ਬਾਅਦ 'ਚ ਇਹਨਾਂ ਕੰਟਰੀਆਂ 'ਚ ਆ ਕੇ ਉਹਦੀ ਪਰਿਭਾਸ਼ਾ ਜਿਹੜੀ ਪੂਰੀ ਸਮਝ ਲੱਗੀ। ਇੰਡੀਆ ਦੇ ਵਿੱਚ ਜਾਂ ਪੰਜਾਬ 'ਚ ਕਹਿ ਲਓ, ਇਹ ਸਾਰੀਆਂ ਜਿਹੜੀ ਕਿਤਾਬੀ ਗੱਲਾਂ ਨੇ ਸਿਰਫ ਨਾ, ਇਹਦਾ ਪ੍ਰੈਕਟੀਕਲ ਹੀ ਨਹੀਂ ਹੈਗੀਆਂ ਕਿਤੇ ਵੀ ਨਾ। ਹਾਂਜੀ। ਅਤੇ ਇੱਥੇ ਆ ਕੇ ਇਹਦਾ ਪਤਾ ਲੱਗਦਾ, ਇਹਦਾ ਸਮਾਜਿਕ ਪ੍ਰਾਣੀ ਹੈ ਤਾਂ ਸਮਾਜ ਦੀ ਜਿਹੜੀ ਮੁੱਢਲੀ ਇਕਾਈ ਜਿੱਦਾਂ ਕਿਹਾ ਜਾਂਦਾ, ਹਾਂਜੀ ਆਪਾਂ ਨੂੰ ਇਹ ਪੜ੍ਹਾਇਆ ਜਾਂਦਾ ਸੀ, ਮੁੱਢਲੀ ਇਕਾਈ ਕੌਣ ਹੈ? ਉਹ ਹੈਗਾ ਇਨਸਾਨ, ਹਿਊਮਨ। ਹਾਂਜੀ, ਹਿਊਮਨ। ਹਾਂਜੀ। ਹੁਣ ਜਿਹੜਾ ਹਿਊਮਨ ਹੈ, ਜਿਹੜਾ ਇਨਸਾਨ ਹੈ, ਜਿਹੜੀ ਮੁੱਢਲੀ ਇਕਾਈ ਹੈ, ਜੇ ਉਹ ਬੈਲੈਂਸਡ ਨਹੀਂ ਹੈਗੀ ਆਪਣੇ ਆਪ ਦੇ ਵਿੱਚ, ਇਹਦਾ ਮਤਲਬ ਤੁਹਾਡਾ ਸਮਾਜ ਵੀ ਬੈਲੈਂਸਡ ਨਹੀਂ ਹੋ ਸਕਦਾ। ਬੈਲੈਂਸਡ ਦਾ ਮਤਲਬ ਸੰਤੁਲਿਤ। ਹਾਂਜੀ ਹਾਂਜੀ। ਸੰਤੁਲਿਤ ਸਮਾਜ ਜਿਹਦੀ ਆਪਾਂ ਗੱਲ ਕਰਦੇ ਹਾਂ, ਆਪਾਂ ਜੇ ਸੰਤੁਲਿਤ ਤਾਂ ਇਹਨਾਂ ਕੰਟਰੀਆਂ 'ਚ ਆਪਾਂ ਆਉਂਦੇ ਹਾਂ। ਹਾਂਜੀ। ਇਹਨਾਂ ਕੰਟਰੀਆਂ ਦੇ ਵਿੱਚ ਆਪਾਂ ਕਿਉਂ ਆਉਂਦੇ ਹਾਂ, ਇੱਥੇ ਆਪਾਂ ਆ ਕੇ ਦੇਖਦੇ ਹਾਂ, ਇੱਦਾਂ ਬੈਲੈਂਸਡ ਆ ਸਾਰਾ ਕੁਛ ਨਾ, ਇੱਦਾਂ ਹਰ ਚੀਜ਼ ਆਪਣੇ ਇੱਦਾਂ ਪੂਰੇ ਕਾਇਦੇ ਦੇ ਨਾਲ, ਆਪਣੇ ਤੌਰ ਤਰੀਕੇ ਦੇ ਨਾਲ ਵਧੀਆ ਕਾਨੂੰਨ ਆ। ਆਪਾਂ ਇੱਥੇ ਆ ਕੇ ਜਦੋਂ ਨਵਾਂ ਨਵਾਂ ਬੰਦਾ ਆਉਂਦਾ, ਹਾਂਜੀ ਹੁਣ ਆਪਾਂ ਨੂੰ ਚਲੋ ਆਇਆਂ ਨੂੰ ਬਹੁਤ ਚਿਰ ਹੋ ਗਿਆ, ਨੋਰਮਲ ਆਪਣੇ ਵਾਸਤੇ, ਇੱਦਾਂ ਆਪਾਂ ਯੂਜ਼ ਟੂ ਹੋ ਗਏ ਇਹ ਚੀਜ਼ਾਂ 'ਤੇ। ਬਿਲਕੁਲ। ਪਰ ਜਦੋਂ ਨਵਾਂ ਬੰਦਾ ਆਉਂਦਾ, ਉਹ ਨਵਾਂ ਬੰਦਾ ਆ ਕੇ ਨੋਟ ਕਰਦਾ ਇਹਦੇ ਵਿੱਚ, ਅੱਛਾ ਇੱਥੇ ਇੱਦਾਂ ਕਰਪਸ਼ਨ ਨਹੀਂ ਹੈਗੀ, ਆਹ ਨਹੀਂ ਹੈਗਾ, ਲਾਈਟਾਂ ਜਾਂ ਟ੍ਰੈਫਿਕ ਲਾਈਟਾਂ ਹਰ ਚੀਜ਼ ਇੱਕ ਪੂਰੇ ਕਾਨੂੰਨ ਦੇ ਨਾਲ ਚੱਲਦੀ ਪਈ। ਇੱਥੋਂ ਤੱਕ ਕਿ ਮਤਲਬ ਪ੍ਰਾਈਮ ਮਿਨਿਸਟਰ, ਪ੍ਰੈਜੀਡੈਂਟ ਜਾਂ ਕੋਈ ਵੀ ਕਿਤੋਂ ਵੀ ਲੰਘਦਾ ਅਤੇ ਇੱਦਾਂ ਨਹੀਂ ਹੈਗਾ, ਇੱਦਾਂ ਉਹ ਇੱਦਾਂ ਉਹਦੇ ਵਾਸਤੇ ਕੋਈ ਡਿਫਰੈਂਟ ਕਾਨੂੰਨ ਹੋਵੇ ਨਾ, ਤਾਂ ਉਹਦੇ ਵਾਸਤੇ ਵੀ ਸੇਮ ਕਾਨੂੰਨ ਆ ਜੋ ਦੂਸਰਿਆਂ ਵਾਸਤੇ ਹੈਗਾ। ਹਾਂਜੀ। ਅਤੇ ਆਵਾਜ਼ ਆਪਣੀ, ਚਲੋ ਮੈਸੇਜ ਕਰ ਦੇਣਾ ਕਿਸੇ ਨੇ ਜੇ ਠੀਕ ਨਾ ਹੋਵੇ। ਠੀਕ ਨਾ ਹੋਵੇ। ਹਾਂਜੀ, ਮੈਂ ਚੈੱਕ ਕਰ ਲਵਾਂ। ਅਤੇ ਠੀਕ ਹੈ। ਉਹ ਜਿਹੜਾ ਕਾਨੂੰਨ ਹੈ, ਉਹ ਕਾਇਦਾ ਹੈ ਜਿਹੜਾ ਸਾਰਾ, ਇੱਦਾਂ ਉਹ ਕਿਉਂਕਿ ਹੈਗਾ, ਇੱਦਾਂ ਇੱਥੇ ਦੇ ਲੋਕ ਵੀ ਬੈਲੈਂਸਡ ਨੇ। ਬਿਲਕੁਲ। ਹਾਂਜੀ। ਉਹ ਇੱਕ ਚੀਜ਼ ਨੂੰ ਤਾਂ ਇੱਦਾਂ ਨਹੀਂ ਗਾ, ਇੱਦਾਂ ਬਾਕੀ ਚੀਜ਼ਾਂ ਨੂੰ ਇਗਨੋਰ ਕਰਕੇ ਇੱਕ ਚੀਜ਼ ਨੂੰ ਮਤਲਬ ਬਹੁਤ ਜ਼ਿਆਦਾ ਧੱਕਾ ਲਾਈ ਜਾਂਦੇ ਨਾ। ਹਾਂਜੀ। ਆਪਣੇ ਤਾਂ ਇੱਕ ਪਾਸੇ ਹੋ ਜਾਂਦੇ ਨੇ, ਇੱਕ ਪਾਸੜਾ ਜਿੱਦਾਂ ਆਪਾਂ ਕਹਿੰਦੇ ਨਾ। ਹਾਂਜੀ ਹਾਂਜੀ। ਜਿੱਦਾਂ ਹੁਣ ਆਪਾਂ ਫੋਰ ਐਗਜ਼ਾਮਪਲ ਕੰਮ ਤੋਂ ਸਟਾਰਟ ਕਰ ਲੈਂਦੇ ਹਾਂ। ਕੰਮ ਦਾ। ਹੁਣ ਕੰਮ ਜਿਹੜਾ ਬੰਦਾ ਆਪਣੇ, ਇੱਦਾਂ ਬਹੁਤ ਨੇ ਇੱਦਾਂ ਕੰਮ ਕਰਦੇ ਨਹੀਂ ਹੈਗੇ ਨਾ। ਹਾਂਜੀ, ਬਹੁਤ ਬੰਦੇ ਹਨ ਜਿਹੜੇ ਕਈ ਕਰਦੇ ਨੇ, ਤਾਂ ਉਹ ਫਿਰ ਕਰੀ ਜਾਂਦੇ ਨੇ, ਤਾਂ ਉਹਨਾਂ ਨੂੰ ਫਿਰ ਆਪਣੀ ਹੋਰ ਘਰ ਦੀ ਹੋਰ ਚੀਜ਼ਾਂ ਦੀ ਸੁੱਧ ਬੁੱਧ ਨਹੀਂ ਰਹਿੰਦੀ ਨਾ। ਹਾਂਜੀ ਹਾਂਜੀ। ਹੁਣ ਇੱਦਾਂ ਹੀ ਜਿਹੜਾ ਕੋਈ ਬੰਦਾ ਤਾਂ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਪੜ੍ਹਾਈ ਦਾ, ਉਹਨਾਂ ਚੀਜ਼ਾਂ ਦਾ ਪੂਰਾ ਧਿਆਨ ਨਹੀਂ ਰੱਖਦਾ ਨਾ। ਹਾਂਜੀ। ਅਤੇ ਕੋਈ ਇੱਦਾਂ ਸਿਰਫ ਇੱਦਾਂ ਉਹੀ ਸਟ੍ਰੈਸ ਵਿੱਚ ਪਿਆ ਰਹਿੰਦਾ ਹਰ ਵੇਲੇ, ਤਾਂ ਮੇਰੇ ਬੱਚੇ ਕਿੱਦਾਂ ਹੋਣਗੇ, ਕੀ ਹੋਏਗਾ ਨਾ। ਅਤੇ ਅੱਜ ਦਾ ਜਿਹੜਾ ਆਪਣਾ ਟੋਪਿਕ ਹੈ, ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਸੰਤੁਲਿਤ ਹੋਣਾ ਚਾਹੀਦਾ, ਸੰਤੁਲਨ ਹੋਣਾ ਚਾਹੀਦਾ, ਜਿਹਦੇ ਨਾਲ ਇੱਕ ਬੈਲੈਂਸਡ ਤੁਹਾਡੀ ਪਰਸਨੈਲਿਟੀ ਬਣੇ ਅਤੇ ਤੁਹਾਡਾ ਬੈਲੈਂਸਡ ਉਹਦੇ ਨਾਲ ਸਮਾਜ ਬਣੇ। ਹੁਣ ਜੇ ਇਹਨਾਂ ਕੰਟਰੀਆਂ ਦੇ ਵਿੱਚ ਕੰਮ ਆਪਾਂ ਜਿੱਦਾਂ ਕਰਦੇ ਹਾਂ, ਆਪਣੇ ਉੱਥੇ ਕੰਮ ਦਾ ਕੋਈ ਇੱਦਾਂ ਹੈ ਨਹੀਂ, ਮਤਲਬ ਇੱਦਾਂ ਕਿੰਨੇ ਘੰਟੇ ਤੁਸੀਂ ਕਰਨੇ ਆ ਹਫ਼ਤੇ ਦੇ, ਇੱਥੇ ਆ ਕੇ ਸਾਨੂੰ ਉਹ ਇੱਕ ਕੰਸੈਪਟ ਪਤਾ ਲੱਗਾ ਨਵਾਂ। ਇੱਥੇ ਤਾਂ ਘੰਟਿਆਂ ਦੇ ਹਿਸਾਬ ਨਾਲ ਤੁਹਾਨੂੰ ਮਿਲਦਾ, ਅਤੇ ਇੱਦਾਂ 8 ਘੰਟੇ ਰੋਜ਼ ਦੇ ਹੋ ਗਏ ਅਤੇ 40 ਘੰਟੇ ਤੁਹਾਡੇ ਹਫ਼ਤੇ ਦੇ ਹੋ ਗਏ। ਹੁਣ ਕਈ ਕੰਟਰੀਆਂ ਨੇ ਤਾਂ 35 ਵੀ ਕਰਤਾ, ਅਤੇ ਕਈਆਂ ਨੇ ਤਾਂ ਈਵਨ 4 ਦਿਨ ਵੀ ਕਰਤੇ ਨਾ। 4 ਦਿਨ ਕਰਦੇ ਹਾਂ। ਹੁਣ ਇੱਥੇ ਵੀ ਜਿੱਦਾਂ ਹੈਗੇ ਆ ਵੀ, ਹਾਂਜੀ, 30 ਘੰਟੇ ਫੁੱਲ ਟਾਈਮ ਜਿਹਨੂੰ ਮੰਨ ਲੈਂਦੇ ਆ ਬੰਦੇ। ਹਾਂਜੀ ਹਾਂਜੀ। ਤੇ ਉਹਦਾ ਮਤਲਬ ਇਹੀ ਸੀਗਾ, ਇਹਦਾ ਮਤਲਬ ਜਿਹੜਾ ਬੈਲੈਂਸਡ ਬਣਿਆ ਰਹੇ ਤੁਹਾਡੇ ਸਾਰਾ ਨਾ, ਇੱਦਾਂ ਸਿਰਫ ਕੰਮ ਨਹੀਂ ਹੈਗਾ, ਇੱਦਾਂ ਤੁਹਾਡਾ ਕੰਮ ਦੇ ਨਾਲ ਨਾਲ ਤੁਸੀਂ ਇੱਦਾਂ ਛੁੱਟੀਆਂ ਵੀ ਕਰਨੀਆਂ ਨੇ, ਛੁੱਟੀਆਂ 'ਤੇ ਹੋਲੀਡੇਜ਼ 'ਤੇ ਵੀ ਜਾਣਾ ਆ, ਨਾਲ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਟਾਈਮ ਦੇਣਾ ਹੈ, ਜੇ ਤੁਸੀਂ ਮੈਰਿਡ ਹੋ ਤਾਂ ਆਪਣੀ ਵਾਈਫ ਨੂੰ ਟਾਈਮ ਦੇਣਾ, ਜੇ ਤੁਸੀਂ ਇੱਦਾਂ ਹਜੇ ਨਹੀਂ ਮੈਰਿਡ ਹੈਗੇ ਤਾਂ ਤੁਸੀਂ ਆਪਣੇ ਘਰ ਮਾਂ ਪਿਓ ਜਾਂ ਈਵਨ ਆਪਣੇ ਸਮਾਜ ਨੂੰ, ਫਰੈਂਡ ਸਰਕਲ 'ਚ ਜਾਂ ਆਪਣੇ, ਹਾਂਜੀ ਜੀ, ਕਰ ਸਕਦੇ ਹਾਂ ਆਪਾਂ ਨਾ ਜੀ। ਅਤੇ ਜਿੱਦਾਂ ਹੁਣ ਅਸੀਂ, ਮੈਂ ਟੈਕਸੀ ਚਲਾਈ ਆ ਅਤੇ ਮੈਨੂੰ ਉਹਦੇ ਬਾਰੇ ਨੌਲੇਜ ਹੈ, ਅਤੇ
ਕਈ ਬੰਦੇ ਸਾਡੇ ਹੈਗੇ ਉਹ ਜਦੋਂ ਟੈਕਸੀ ਚਲਾਉਂਦੇ ਸੀਗੇ ਉਹ ਦੋ ਦੋ ਲੌਗ ਬੁੱਕ ਰੱਖਦੇ ਸੀ ਜਾਂ ਟਰੱਕ ਚਲਾਉਂਦੇ ਸੀ ਉਹ ਪਹਿਲਾਂ ਟਰੱਕ ਚਲਾ ਲਿਆ ਫਿਰ ਉਹਨਾਂ ਨੇ ਟੈਕਸੀ ਚਲਾਉਣ ਲੱਗ ਜਾਣੀ ਉਹ ਟਰੱਕ ਵਾਲੀ ਲੌਗ ਬੁੱਕ ਟਰੱਕ ਛੱਡ ਦੇਣੀ ਟੈਕਸੀ ਵਾਲੀ ਆ ਕੇ ਟੈਕਸੀ ਚੱਕ ਲੈਣੀ ਉਹ ਇੱਦਾਂ ਕਈ ਵਾਰੀ ਤਾਂ ਉਹ 80 ਘੰਟਿਆਂ ਤੋਂ ਵੀ ਉੱਪਰ ਕੰਮ ਕਰਦੇ ਸੀ ਹੁਣ ਜੇ ਬੰਦਾ 80 ਘੰਟਿਆਂ ਤੋਂ ਉੱਪਰ ਕੰਮ ਕਰੂਗਾ ਤਾਂ ਤੁਸੀਂ ਦੇਖੋ ਸੌਂਗਾ ਕਦੋਂ ਉਹ ਅਤੇ ਫੈਮਿਲੀ ਲਈ ਟਾਈਮ ਕਦੋਂ ਕੱਢੂਗਾ ਬਿਲਕੁਲ ਵੀ ਉਹਨਾਂ ਲਈ ਪੈਸਾ ਹੀ ਸਾਰਾ ਕੁਛ ਰਹਿ ਗਿਆ ਵੀ ਪੈਸਾ ਬਣਾ ਲਈਏ ਜੇ ਜ਼ਿਆਦਾ ਪੈਸੇ ਅਮੀਰ ਹੋ ਜਾਵਾਂਗੇ ਅਸੀਂ ਵੀ ਅਸੀਂ ਫਿਰ ਆਹ ਹੋ ਜੂਗਾ ਉਹ ਹੋ ਜੂ ਹੋਣਾ ਤਾਂ ਕੁਛ ਵੀ ਨਹੀਂ ਗਾ ਪਰ ਉਹਨਾਂ ਨੇ ਅਨਬੈਲੈਂਸ ਕਰ ਲਿਆ ਆਪਣੀ ਜਿੱਦਾਂ ਤੁਸੀਂ ਗੱਲ ਕਰਦੇ ਹੋ ਵੀ ਬੈਲੈਂਸ ਪਰਸਨੈਲਿਟੀ ਅਤੇ ਦੇਖੋ ਜਿੱਦਾਂ ਹੁਣ ਪੈਸਾ ਜਿੱਦਾਂ ਪੈਸਾ ਜੇ ਆਪਾਂ ਪੈਸੇ ਦੀ ਬੈਕਗਰਾਉਂਡ 'ਚ ਜੇ ਪੈਸਾ ਕਦੋਂ ਤੋਂ ਆਇਆ ਨਾ ਹਾਂਜੀ ਜਦੋਂ ਪਹਿਲਾਂ ਮਨੁੱਖ ਜਿੱਦਾਂ ਜੰਗਲਾਂ 'ਚ ਰਹਿੰਦਾ ਸੀਗਾ ਉਦੋਂ ਉਸ ਤੋਂ ਬਾਅਦ ਉਹਦਾ ਤਾਂ ਸ਼ਿਕਾਰ ਸੀਗਾ ਡਿਕਟੇਟਰਸ਼ਿਪ ਸੀ ਲੁੱਟ ਹਾਂਜੀ ਖੋ ਸੀ ਲੁੱਟ ਖੋ ਸੀ ਜਿਹਦੇ ਕੋਲ ਜਿਹਦਾ ਕੁਛ ਹੈਗਾ ਲੁੱਟ ਲਿਆ ਤੁਸੀਂ ਹਾਂਜੀ ਨਾ ਹਾਂਜੀ ਹਾਂਜੀ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਜਾਂ ਇੰਡੀਆ ਦੇ ਉੱਤੇ ਜਿਹੜੇ ਹਮਲੇ ਹੋਏ ਨੇ ਜ਼ਿਆਦਾਤਰ ਹਾਂਜੀ ਉਹ ਸਾਰੇ ਹਮਲਿਆਂ ਦੀ ਬੈਕਗ੍ਰਾਉਂਡ ਦੇਖੋ ਤੁਸੀਂ ਤਾਂ ਭੁੱਖਮਰੀ ਸੀਗੀ ਭੁੱਖਮਰੀ ਸੀ ਹੁਣ ਪੰਜਾਬ ਦੇ ਵਿੱਚ ਜਿੱਦਾਂ ਪੰਜਾਬ ਫਰਟਾਈਲ ਲੈਂਡ ਸੀਗੀ ਹਾਂਜੀ ਉੱਥੇ ਪੈਦਾਇਸ਼ ਜ਼ਿਆਦਾ ਸੀ ਲੋਕਾਂ ਅਤੇ ਕੋਲ ਬਾਕੀ ਜਿਹੜੇ ਇੱਧਰ ਮੁਗਲ ਵਗੈਰਾ ਸੀਗੇ ਉਹਨਾਂ ਨੂੰ ਉੱਧਰਲੇ ਪਾਸੋਂ ਲੱਗਦਾ ਸੀਗਾ ਇੱਥੇ ਲੁੱਟਿਆ ਜਾ ਸਕਦਾ ਲੁੱਟਿਆ ਜਾ ਸਕਦਾ ਤਾਂ ਹੀ ਹੁਣ ਅਬਦਾਲੀ ਵਰਗਿਆਂ ਨੇ ਜਿੱਦਾਂ 18-18 ਹਮਲੇ ਕੀਤੇ ਨੇ ਹਾਂਜੀ ਜਿੱਦਾਂ ਬਿਲਕੁਲ ਹਰ ਸਾਲ ਦੂਜੇ ਸਾਲ ਹਾਂਜੀ ਜਿੱਦਾਂ ਕੋਈ ਨਾ ਕੋਈ ਕਰਦਾ ਰਹਿੰਦਾ ਸੀਗਾ ਹੁਣ ਪੰਜਾਬ ਦੇ ਵਿੱਚ ਇੱਦਾਂ 1000 ਸਾਲਾਂ ਤੱਕ ਇਹ ਕੰਮ ਚੱਲਦਾ ਰਿਹਾ ਚੱਲਦਾ ਰਿਹਾ ਉਸ ਤੋਂ ਬਾਅਦ ਹੌਲੀ ਹੌਲੀ ਜਿੱਦਾਂ ਜਦੋਂ ਸਮਾਜ ਦਾ ਸੱਭਿਅਕ ਹੋਇਆ ਜਿੱਦਾਂ ਬੰਦੇ ਨੂੰ ਥੋੜ੍ਹੀ ਥੋੜ੍ਹੀ ਅਕਲ ਆਉਣ ਲੱਗੀ ਹਾਂਜੀ ਉਹਨੇ ਤਾਂ ਹੌਲੀ ਹੌਲੀ ਜਿੱਦਾਂ ਇਹ ਚੀਜ਼ਾਂ ਦਾ ਤਾਂ ਆਦਾਨ ਪ੍ਰਦਾਨ ਕਰਨਾ ਸ਼ੁਰੂ ਕਰਤਾ ਹੁਣ ਉਹਨਾਂ ਦੇ ਸਮਾਜ ਦੇ ਵਿੱਚ ਵੀ ਕੁਛ ਨਾ ਕੁਛ ਇੱਦਾਂ ਉਹਨਾਂ ਦੇ ਖਿੱਤੇ ਦੇ ਵਿੱਚ ਵੀ ਕੁਛ ਹੁੰਦਾ ਸੀਗਾ ਹਾਂਜੀ ਹਾਂ ਜਿਹਨੂੰ ਮਤਲਬ ਖਾ ਕੇ ਤੁਸੀਂ ਇੱਦਾਂ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ ਫੋਰ ਐਗਜ਼ਾਮਪਲ ਕਿਤੇ ਸਿਰਫ ਇੱਦਾਂ ਮਿਰਚਾਂ ਹੁੰਦੀਆਂ ਨੇ ਕਿਤੇ ਬਹੁਤ ਹਾਂਜੀ ਵਧੀਆ ਹਾਂਜੀ ਹਾਂਜੀ ਹੁਣ ਉਹਨਾਂ ਨੇ ਸੋਚਿਆ ਜਿੱਦਾਂ ਹੁਣ ਮਿਰਚਾਂ ਹੁੰਦੀਆਂ ਸੀਗੀਆਂ ਪਰ ਉਹ ਮਿਰਚਾਂ ਦਾ ਇੰਨਾ ਕੀ ਕਰਨ ਹੁਣ ਹਾਂਜੀ ਉਹਨਾਂ ਨੇ ਅਨਾਜ ਵੀ ਚਾਹੀਦਾ ਉਹਨਾਂ ਨੂੰ ਹੁਣ ਅਨਾਜ ਵਾਸਤੇ ਉਹ ਲੁੱਟਦੇ ਸੀਗੇ ਕਿਤੇ ਹੋਰ ਜਾ ਕੇ ਨਾ ਹੁਣ ਉਹਨਾਂ ਨੇ ਸੋਚਿਆ ਜਿੱਦਾਂ ਅਨਾਜ ਨੂੰ ਅਸੀਂ ਇੱਦਾਂ ਲੁੱਟਣ ਦੀ ਥਾਂ 'ਤੇ ਜਦੋਂ ਸੋਝੀ ਆਈ ਥੋੜ੍ਹੀ ਜਿਹੀ ਅਸੀਂ ਇਹਦਾ ਆਦਾਨ ਪ੍ਰਦਾਨ ਕਰ ਦਈਏ ਉਹਨੂੰ ਬੈਟਰ ਸਿਸਟਮ ਕਹਿੰਦੇ ਨਾ ਬਾਟਰ ਸਿਸਟਮ ਹਾਂਜੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਚਲੋ ਅੱਛਾ ਅਸੀਂ ਤੁਹਾਨੂੰ ਇੱਦਾਂ ਕੁਇੰਟਲ ਮਿਰਚਾਂ ਦਿੰਦੇ ਹਾਂ ਤਾਂ ਤੁਸੀਂ ਸਾਨੂੰ 2 ਕੁਇੰਟਲ ਕਣਕ ਦੇ ਦਿਓ ਦਿਓ ਜਾਂ ਝੋਨਾ ਦੇ ਦਿਓ ਹਾਂਜੀ ਹਾਂਜੀ ਇੱਦਾਂ ਕਰਦਿਆਂ ਕਰਨ ਦੇ ਬਾਅਦ 'ਚ ਹੌਲੀ ਹੌਲੀ ਇੱਦਾਂ ਕਰੰਸੀ ਆ ਗਈ ਜਿੱਦਾਂ ਸੋਨੇ ਦੀਆਂ ਪਹਿਲਾਂ ਮੋਹਰਾਂ ਮੋਹਰਾਂ ਹੁੰਦੀਆਂ ਹਾਂਜੀ ਸੀਗੀਆਂ ਹਾਂਜੀ ਹਾਂਜੀ ਫਿਰ ਇੱਕ ਤਰ੍ਹਾਂ ਦੂਸਰੀ ਕਰੰਸੀ ਆ ਗਈ ਨਾ ਫਿਰ ਹਾਂਜੀ ਹੁਣ ਇਹ ਜਿਹੜੀ ਕਰੰਸੀ ਹੈ ਜਿਹੜਾ ਠੀਕ ਹੈ ਤਾਂ ਆਪਾਂ ਨੂੰ ਲਾਈਫ ਵਾਸਤੇ ਪੈਸਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਆਪਾਂ ਨੂੰ ਅੱਜ ਕੱਲ੍ਹ ਇੱਦਾਂ ਹੈ ਹੀ ਸਾਰਾ ਪੈਸੇ ਦਾ ਜ਼ਮਾਨਾ ਹਰ ਚੀਜ਼ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੈਸਾ ਹੀ ਚਾਹੀਦਾ ਆਪਾਂ ਨੂੰ ਨਾ ਹਾਂਜੀ ਪਰ ਉਹਦਾ ਇੱਕ ਸੰਤੁਲਿਤ ਹੋਣਾ ਚਾਹੀਦਾ ਉਹਦਾ ਤੁਹਾਡਾ ਇਦਾਂ ਨਹੀਂ ਹੋਣਾ ਚਾਹੀਦਾ ਆਪਾਂ ਸਿਰਫ ਪੈਸੇ ਵਾਸਤੇ ਹੀ ਜੰਮੇ ਆ ਜੰਮੇ ਬਿਲਕੁਲ ਪਰ ਆਪਣੇ ਕੁਝ ਲੋਕਾਂ ਨੂੰ ਇਦਾਂ ਦੇਖ ਕੇ ਤਾਂ ਭੁਲੇਖਾ ਪੈਣ ਲੱਗ ਪੈਂਦਾ ਮਤਲਬ ਸਿਰਫ ਇਹ ਪੈਸੇ ਬਣਾਉਣ ਵਾਸਤੇ ਹੀ ਜੰਮੇ ਆ ਹਾਂਜੀ ਹਾਂ ਕਈਆਂ ਨੂੰ ਆਪਾਂ ਦੇਖ ਕੇ ਲੱਗਣ ਲੱਗ ਪੈਂਦਾ ਇਦਾਂ ਸਿਰਫ ਕੰਮ ਕਰਨ ਕਰਕੇ ਸ਼ਾਇਦ ਜੰਮਿਆ ਸੀਗਾ ਬੇਬਾਸੇ ਤਾਂ ਕੰਮ ਕਰਕੇ ਹੀ ਇਹਨੇ ਮਰ ਜਾਣਾ ਕੰਮ ਦੇ ਹੀ ਉੱਤੇ ਹਾਂਜੀ ਹਾਂਜੀ ਅਕਸਰ ਇਦਾਂ ਤੁਸੀਂ ਇੱਥੇ ਕੋਈ ਇਦਾਂ ਮੈਨੇਜਰ ਹੋਵੇ ਕਿਸੇ ਕੰਪਨੀ ਦੇ ਵਿੱਚ ਹਾਂਜੀ ਉਹਦੇ ਨਾਲ ਤੁਸੀਂ ਜੇ ਗੱਲ ਕਰਕੇ ਦੇਖੋ ਜੇ ਜਿਹਦੇ ਅੰਡਰ ਮਤਲਬ ਜੇ ਖਾਸ ਕਰਕੇ ਆਪਣੇ ਲੋਕ ਜਾਂ ਆਪਣੇ ਖਿੱਤੇ ਦੇ ਲੋਕ ਜੇ ਕਹਿ ਸਕਦੇ ਹਾਂ ਸਾਊਥ ਏਸ਼ੀਅਨ ਟਾਈਪ ਹਾਂਜੀ ਦੇ ਹਾਂਜੀ ਇੰਡੀਅਨ ਪਾਕਿਸਤਾਨੀ ਜਾਂ ਬੰਗਲਾਦੇਸ਼ੀ ਜਾਂ ਈਵਨ ਥੋੜ੍ਹਾ ਬਹੁਤ ਚਾਈਨੀਜ਼ ਵੀ ਉਹਦੇ ਵਿੱਚ ਆ ਜਾਂਦੇ ਨੇ ਇਸ ਕੈਟਾਗਰੀ ਦੇ ਵਿੱਚ ਜਾਂ ਹੋਰ ਰਾਕੀ ਰਾਨੀ ਕਹਿ ਲਓ ਤੁਸੀਂ ਇਹਦਾ ਤਾਂ ਉਹਨਾਂ ਨੂੰ ਦੇਖ ਕੇ ਲੱਗਦਾ ਇੱਦਾਂ ਮਤਲਬ ਘੰਟਿਆਂ ਦੇ ਹਿਸਾਬ ਜੇ ਤੁਸੀਂ ਕਹੋ ਮਤਲਬ ਹਾਂ 8 ਘੰਟੇ ਤੇਰੀ ਸ਼ਿਫਟ ਸੀਗੀ ਅਤੇ ਉਹ ਕਹਿਣਗੇ ਵੀ ਯਾਰ ਬਸ 8 ਬਸ ਇਹਦਾ ਅਤੇ ਮਤਲਬ ਹਾਂ 24 ਘੰਟੇ ਹੁੰਦੇ ਦਿਨ ਵਿੱਚ ਅਤੇ ਘੱਟੋ ਘੱਟ 15-16 ਘੰਟੇ ਦੀ ਸ਼ਿਫਟ ਤਾਂ ਦਿਓ ਮਤਲਬ ਇੰਨੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਨਾ ਅਤੇ ਇਹਦੇ ਮਤਲਬ ਬਦਲੇ ਜੇ ਤਾਂ ਗੋਰੇ ਤੁਹਾਡੇ ਕੋਲ 2-4 ਕੰਮ ਕਰਦੇ ਹੋਣ ਅਤੇ ਉਹ ਕਹਿਣਗੇ 8 ਮਤਲਬ ਇਹ ਤਾਂ 6 ਨਹੀਂ ਹੋ ਸਕਦਾ ਹਾਂਜੀ ਉਹ ਕਹਿਣਗੇ 6 ਹਾਂਜੀ ਬਸ ਸਾਡੇ ਹੁਣ ਜੇ ਕੰਮ 'ਤੇ ਵੀ ਜਾਣਗੇ ਤਾਂ ਉਹ ਸੋਚਣਗੇ ਨਾ ਵੀ ਜਦੋਂ ਦਾ ਜਾਣਾ ਉਦੋਂ ਦਾ ਭੱਜ ਕੇ ਜਾ ਕੇ ਕਲੈਕਿਨ ਕਰਨਾ ਉਹਨਾਂ ਨੇ ਜਦੋਂ ਵਾਪਸ ਆਉਣਾ ਉਹਨਾਂ ਨੇ ਫਿਰ ਹੌਲੀ ਹੌਲੀ ਪਹਿਲਾਂ ਆਪਣੇ ਕੱਪੜੇ ਚੇਂਜ ਕਰਨੇ ਆ ਫਿਰ ਹੌਲੀ ਹੌਲੀ ਕਰਕੇ ਫਿਰ ਉਦੋਂ ਬਾਅਦ ਨਿਕਲਣਾ ਵੀ ਟਾਈਮ ਓਵਰ ਹੋ ਜੇ 5-7 ਮਿੰਟ 5 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਣਾ ਗਾ ਪਰ ਉਹ ਉਹਨਾਂ ਨੂੰ ਇੱਦਾਂ ਲੱਗਦਾ ਵੀ 5 ਮਿੰਟ ਸਾਡੇ ਵੱਧ ਲੱਗ ਗਏ ਅਤੇ ਅਸੀਂ ਵੀ ਜ਼ਿਆਦਾ ਇਹਦੇ ਨਾਲ ਹੋ ਗਿਆ ਜਿੱਦਾਂ ਹੁਣ ਤੁਸੀਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਵੀ ਤੁਸੀਂ ਸਾਨੂੰ ਕਣਕ ਦੇ ਦਿਓ ਅਸੀਂ ਤੁਹਾਨੂੰ ਮਿਰਚਾਂ ਦੇ ਦਿੰਦੇ ਹਾਂ ਉੱਦਾਂ ਹੀ ਉਹਦੇ ਵਿੱਚ ਜਿੱਦਾਂ ਪਹਿਲਾਂ ਇੱਦਾਂ ਸੇਪੀ ਹੁੰਦੀ ਸੀ ਜਿੱਦਾਂ ਜਿਹੜੇ ਮਿਸਤਰੀ ਹੁੰਦੇ ਸੀਗੇ ਉਹ ਪੂਰਾ ਸਾਲ ਕੰਮ ਕਰਦੇ ਸੀ ਕਿਉਂਕਿ ਉਹਨਾਂ ਕੋਲ ਉਹਨਾਂ ਦੀ ਕਾਰਾਗਰੀ ਸੀਗੀ ਜੀ ਪੂਰਾ ਸਾਲ ਕੰਮ ਕਰਦੇ ਸੀ ਤੁਹਾਡੇ ਲਈ ਅਤੇ ਫਿਰ ਐਂਡ ਆਫ ਦਾ ਈਅਰ ਜਦੋਂ ਕਣਕ ਵੱਢਦੇ ਸੀ ਲੋਕ ਅਤੇ ਉਹ ਉਹਨਾਂ ਨੂੰ ਕਣਕ ਦਿੰਦੇ ਸੀ ਜਾ ਕੇ ਜਾਂ ਉਹ ਜਾ ਕੇ ਲੈ ਕੇ ਆਉਂਦੇ ਸੀ ਇਹ ਮੇਰੇ ਵੇਖਣ ਦੀ ਗੱਲ ਆ ਸਾਡੇ ਪਿੰਡ ਦੀ ਜਦੋਂ ਪਿੰਡ 'ਚ ਮੈਂ ਰਿਹਾ ਤਾਂ ਉਦੋਂ ਹੁੰਦੀ ਸੀ ਇੱਦਾਂ ਠੀਕ ਹੈ ਵੀ ਜਿਹੜੇ ਮਿਸਤਰੀ ਸੀ ਉਹ ਪਿੰਡ ਉਹਨਾਂ ਦੀ ਕਣਕ ਹੁੰਦੀ ਸੀ ਵੀ ਉਹਨਾਂ ਨੂੰ ਜਾਣਾ ਉਹਨਾਂ ਨੇ ਜਾਂ
ਪਾਣੀ ਦੀ ਸੇਵ ਜਿੱਦਾਂ ਉਹਨਾਂ ਨੇ ਵੀ ਕੰਮ ਕਰਨਾ, ਪਾਣੀ ਪਿਆਉਣਾ ਉੱਥੇ ਜਾ ਕੇ ਸਾਰੇ ਲੋਕਾਂ ਨੂੰ ਖੇਤਾਂ 'ਚ, ਉਹਨਾਂ ਨੇ ਮੁੜ ਕੇ ਕਣਕ ਲੈ ਕੇ ਆਉਣੀ ਉਹਨਾਂ ਤੋਂ, ਇੱਦਾਂ ਹੀ ਜਿੱਦਾਂ ਤੁਸੀਂ ਕੱਪੜੇ ਸਿਉਣ ਵਾਲੇ ਦੇ ਵੀ। ਹੁਣ ਮੈਂ ਕਈ ਮੇਰੇ ਫਰੈਂਡ ਕਾਮਰੇਡਾਂ ਨਾਲ ਵੀ ਕਾਫੀ ਵਾਹ ਰਹੀ, ਜਿੱਦਾਂ ਉਹਨਾਂ ਨੇ ਕਹਿਣਾ ਵੀ ਇਹ ਜਿਹੜੀ ਚੀਜ਼ ਆਈ ਆ ਉਹ ਬੈਸਟ ਹੁੰਦੀ ਸੀ ਪਹਿਲਾਂ, ਵੀ ਤੁਹਾਡੇ ਕੱਪੜੇ ਸਿਉਂ ਤੇ ਤੁਸੀਂ ਕਣਕ ਦੇ ਤੀ ਅਤੇ ਜੀਵਨ ਸਫਲਾ ਸੀਗਾ, ਜਿੱਦਾਂ ਵੀ ਜ਼ਿੰਦਗੀ ਸੌਖੀ ਸੀਗੀ, ਅਤੇ ਜਿਹੜਾ ਕਰੰਸੀ ਆਈ ਆ ਜਾਂ ਜਿਹੜੀ ਇਹ ਚੀਜ਼ ਆਈ ਹੈ ਇਹਦੇ ਕਰਕੇ ਲੋਕ ਜ਼ਿਆਦਾ ਦੁਖੀ ਹੋ ਗਏ। ਪਰ ਮੈਨੂੰ ਲੱਗਦਾ ਵੀ ਇਹਦੇ ਨਾਲ ਲੋਕ ਜ਼ਿਆਦਾ ਸੁਖੀ ਹੋਏ ਆ, ਜਿਹੜੇ ਤਾਂ ਬੈਲੈਂਸ ਦੇ ਵਿੱਚ ਆ ਉਹ ਸੁਖੀ ਹੋ ਗਏ, ਜਿਹੜੇ ਅਨਬੈਲੈਂਸ ਆ ਉਹ ਤਾਂ ਉਹਨਾਂ ਨੇ ਤਾਂ ਚਾਹੇ ਉਹ ਪਹਿਲਾਂ ਵੀ ਦੁਖੀ ਸੀ ਅਤੇ ਅੱਜ ਵੀ ਦੁਖੀ ਰਹੇ, ਉਹ ਲੋਕ ਤਾਂ ਉਹਨਾਂ ਦਾ ਤਾਂ ਬੈਲੈਂਸ ਹੈ ਹੀ ਨਹੀਂ ਗਾ। ਬਿਲਕੁਲ, ਹੁਣ ਉਹਨਾਂ ਕੋਲ ਪਹਿਲਾਂ ਜਿਹਨਾਂ ਕੋਲ ਇਹ ਕਾਮਰੇਡ ਇੱਦਾਂ ਸੋਚਦੇ ਸੀਗੇ ਵੀ ਜਿਹੜਾ ਪੈਸਾ ਆਇਆ ਕਰੰਸੀ ਬਣੀ, ਜੇ ਕਰੰਸੀ ਨਾ ਹੁੰਦੀ ਤਾਂ ਉੱਦਾਂ ਚੱਲੀ ਜਾਣਾ ਸੀ, ਤੁਸੀਂ ਕਿਸੇ ਦੇ ਕੱਪੜੇ ਸਿਉਂਤੇ ਉਹਨੇ ਤੁਹਾਨੂੰ ਕਣਕ ਦਿੱਤੀ, ਬਸ ਇੱਦਾਂ ਹੀ ਜ਼ਿੰਦਗੀ ਲੰਘੀ ਜਾਣੀ ਸੀ ਸਾਰਿਆਂ ਦੀ। ਵੀ ਉਹ ਚੀਜ਼ ਨੂੰ ਕੱਟ ਕੇ ਜਦੋਂ ਕਰੰਸੀ ਆਈ ਹੈ ਤਾਂ ਲੋਕਾਂ ਨੇ ਸੋਚਣਾ ਵੀ ਅੱਗੇ ਕੀਤਾ, ਸੋਚ ਵੀ ਵਧੀ ਆ। ਜੇ ਹੁਣ ਆਪਾਂ ਉਸੇ ਚੀਜ਼ 'ਤੇ ਰਹਿੰਦੇ ਤਾਂ ਕਿਸੇ ਨੇ ਕੋਈ ਕੰਮ ਨਹੀਂ ਕਰਨਾ ਸੀ, ਫਿਰ ਐਕਸਟਰਾ ਜੋਬ ਨਹੀਂ ਕਰਨੀ ਸੀ ਕੋਈ, ਅਗਲਾ ਕਹਿੰਦਾ ਕਣਕ ਤਾਂ ਆਪਣੇ ਕੋਲ ਹੈਗੀ, ਆਟਾ ਹੈਗਾ ਖਾਣ ਨੂੰ, ਬਸ ਠੀਕ ਆ। ਬਿਲਕੁਲ, ਫਿਰ ਵੀ ਬੈਲੈਂਸ ਨਹੀਂ ਰਹਿਣਾ ਸੀਗਾ, ਫਿਰ ਕੰਮ ਘੱਟ ਜਾਣਾ ਸੀ ਲੋਕਾਂ ਨੇ ਕਹਿਣਾ। ਹਾਂਜੀ, ਅਤੇ ਹੁਣ ਜਦੋਂ ਲੋਕਾਂ ਕੋਲ ਕਰੰਸੀ ਆਈ ਉਹਨਾਂ ਨੂੰ ਕੰਮ ਕਰਨ ਦਾ ਲਾਲਚ ਬਣਿਆ ਵੀ ਮੈਂ ਅੱਜ ਦਿਹਾੜੀ ਜਾਊਂਗਾ ਜਾਂ ਅੱਜ ਮੈਂ ਕਿਸੇ ਦੀ ਬਿਲਡਿੰਗ ਬਣਾ ਰਿਹਾ ਜਾਂ ਮਿਸਤਰੀ ਜਿਹੜਾ ਕਹਿੰਦਾ ਵੀ ਉਹ ਮੈਂ 500 ਰੁਪਈਆ ਲਊਂਗਾ ਦਿਹਾੜੀ ਦਾ, ਅਤੇ ਜੇ ਉਹ ਕਣਕ 'ਤੇ ਹੀ ਹੁੰਦਾ ਤਾਂ ਉਹਨੇ ਕਹਿਣਾ ਵੀ ਚੋ ਕੋਈ ਨਹੀਂ ਬਣਾ ਲਾਂਗੇ, ਕੱਲ੍ਹ ਨੂੰ ਬਣਾ ਲਾਂਗੇ, ਪਰਸੋਂ ਬਣਾ ਲਾਂਗੇ, ਜਿਨ੍ਹਾਂ ਨੇ ਕਣਕ ਹੀ ਦੇਣੀ ਉਹਨਾਂ ਨੇ ਕਹਿਣਾ ਕੋਈ ਨਹੀਂ ਕਰ ਲਾਂਗੇ, ਉਹਨਾਂ ਨੇ ਕੱਚੇ 'ਚ ਹੀ ਰਹੀ ਜਾਣਾ ਸੀ, ਉਹਨਾਂ ਨੇ ਕਮਰਾ ਵੀ ਨਹੀਂ ਪੱਕਾ ਕਰਨਾ ਸੀ। ਉਹ ਕਰੰਸੀ ਆਉਣ ਨਾਲ ਬੈਲੈਂਸ ਤਾਂ ਬਣਿਆ ਪਰ ਅਨਬੈਲੈਂਸ ਫੇਰ ਰਹਿ ਗਏ ਲੋਕ, ਜਿੱਦਾਂ ਵੀ ਇੱਕ ਬੰਦਾ ਤਾਂ ਪੈਸੇ ਪਿੱਛੇ ਭੱਜਿਆ ਕਰਦਾ ਵੀ 80 ਘੰਟੇ ਲਾ ਕੇ ਵੀ ਕਹਿੰਦਾ ਵੀ ਥੋੜ੍ਹੇ ਆ, ਅਤੇ ਇੱਕ ਕਹਿੰਦਾ ਵੀ 40 ਲਾਤੇ ਆ ਵੀ ਇਹ ਬਹੁਤ ਜ਼ਿਆਦਾ ਹੋ ਗਏ ਆ, ਜਿਹੜਾ ਹੁਣ 40 ਵਾਲਾ ਜਾਂ 30 ਵਾਲਾ, 20 ਵਾਲੇ ਨੂੰ 40 ਕਰ ਦੇਣੇ ਚਾਹੀਦੇ, 80 ਵਾਲੇ ਨੂੰ ਘੱਟੋ ਘੱਟ 50 ਤਾਂ ਕਰ ਦੇਣੇ ਚਾਹੀਦੇ, ਵੀ ਚਲੋ ਆਪਾਂ 40 ਨਹੀਂ ਕਹਿੰਦੇ, ਵੀ 40 ਤਾਂ ਹੋਣੇ ਨਹੀਂ ਉਹਦੇ ਕੋਲੋਂ। ਹਾਂਜੀ, ਉਹਦੇ ਨਾਲ ਬੈਲੈਂਸ ਜਿਹਾ ਹੋ ਜੂਗਾ। ਹਾਂਜੀ, ਨਹੀਂ ਦੇਖੋ ਇਹ ਜਿਹੜੀ ਪ੍ਰੋਬਲਮ ਹੈ ਇਹ ਪ੍ਰੋਬਲਮ ਕਰੰਸੀ ਦੀ ਨਹੀਂ ਹੈਗੀ ਜਿੱਦਾਂ ਉਹ ਸੋਚ ਰਹੇ ਸੀਗੇ, ਤਾਂ ਇਹ ਪ੍ਰੋਬਲਮ ਤਾਂ ਤੁਹਾਡੇ ਆਪਣੇ ਲਾਲਚ ਦੀ ਪ੍ਰੋਬਲਮ ਹੈ। ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਕਾਬੂ ਤਾਂ ਤੁਹਾਨੂੰ ਉੱਥੇ ਪਾਉਣਾ ਪੈਣਾ, ਜਿੱਦਾਂ ਅੱਜ ਜਿਹੜੀ ਡਿਵੈਲਪਮੈਂਟ ਜਿਹੜੀ ਦੁਨੀਆ ਦੀ ਇੰਨੀ ਹੋਈ ਹੈ, ਉਹ ਡਿਵੈਲਪਮੈਂਟ ਇਸੇ ਸਿਸਟਮ ਕਰਕੇ ਹੋਈ ਹੈ ਨਾ, ਜੇ ਸਿਸਟਮ ਨਾ ਇੱਦਾਂ ਹੁੰਦਾ ਤਾਂ ਅੱਜ ਤਾਂ ਇਹ ਕੰਮ ਹੁੰਦਾ ਹੀ ਨਾ ਨਾ। ਇੱਕ ਤਾਂ ਹੁਣ ਤੁਸੀਂ ਕਾਮਰੇਡਾਂ ਦੀ ਗੱਲ ਕੀਤੀ, ਇੱਕ ਐਗਜ਼ਾਮਪਲ ਹੈਗੀ ਇੱਦਾਂ ਦੀ, ਇੱਕ ਅੱਗੇ ਮੈਂ ਇੱਕ ਪ੍ਰੋਗਰਾਮ 'ਚ ਸੁਣਾਈ ਸੀਗੀ, ਅਤੇ ਉਹਦੇ ਵਿੱਚ ਨਾ ਜਿੱਦਾਂ ਇੱਕ ਟੀਚਰ ਹੁੰਦਾ, ਇੱਦਾਂ ਟੀਚਰ ਆਪਣੇ ਕਲਾਸ ਦੇ ਵਿੱਚ ਸਟੂਡੈਂਟਸ ਨੂੰ ਪੁੱਛਦਾ, ਹਾਂਜੀ, ਜੇ ਅਸੀਂ ਇੱਦਾਂ ਤੁਸੀਂ ਵੋਟਿੰਗ ਕਰਵਾਉਂਦਾ, ਕਹਿੰਦਾ ਮਤਲਬ ਕਿਹੜਾ ਸਿਸਟਮ ਹੋਣਾ ਚਾਹੀਦਾ, ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਕਿ ਇੱਦਾਂ ਹੋਣਾ ਚਾਹੀਦਾ, ਕੀ ਇਹਨੂੰ ਕਹਿੰਦੇ ਜਿਹੜਾ ਕਾਮਰੇਡ ਵਾਲਾ ਸਿਸਟਮ ਹੁੰਦਾ ਜਿਹੜਾ, ਅਤੇ ਚਾਈਨਾ 'ਚ ਜਿਹੜਾ ਰਸ਼ੀਆ ਦੇ ਵਿੱਚ, ਹਾਂਜੀ ਹਾਂਜੀ, ਅਤੇ ਅੱਛਾ ਉਹ ਚਲੋ ਵੋਟਿੰਗ ਇਹਦੇ ਵਾਸਤੇ ਇਹਦੇ ਫੇਵਰ 'ਚ ਕਰ ਦਿੰਦੇ, ਇਹਦੇ ਵਿੱਚ ਹੈਗਾ ਮਤਲਬ ਇੱਦਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਮਿਲਣਾ ਨਾ, ਇੱਦਾਂ ਤੁਹਾਨੂੰ ਇੱਦਾਂ ਸਾਰਿਆਂ ਨੂੰ ਵੰਡ ਕੇ ਮਿਲਣਾ ਬਰਾਬਰ, ਅਤੇ ਉਹ ਕਹਿੰਦਾ ਵੋਟਿੰਗ ਕਰ ਦਿੰਦੇ ਉਹਦੇ ਫੇਵਰ ਦੇ ਵਿੱਚ, ਤਾਂ ਉਹ ਕਹਿੰਦੇ ਚਲੋ ਠੀਕ ਹੈ, ਤਾਂ ਟੀਚਰ ਕਹਿੰਦਾ ਆਪਾਂ ਚਲੋ ਇੱਦਾਂ ਕਰਕੇ ਦੇਖ ਲੈਂਦੇ ਹਾਂ ਆਪਾਂ ਨਾ। ਹਾਂਜੀ, ਉਹ ਪਹਿਲਾਂ ਤਾਂ ਇੱਦਾਂ ਹੁੰਦੇ ਕਲਾਸ ਦੇ ਵਿੱਚ ਹਮੇਸ਼ਾ ਹੁੰਦੇ ਇੱਦਾਂ ਕੁਛ ਬ੍ਰਾਈਟ ਬੱਚੇ ਹੁੰਦੇ ਨੇ 5-7, ਜਿਨ੍ਹਾਂ ਦੇ ਇੱਦਾਂ 95-98-99% ਨੰਬਰ ਆ ਰਹੇ ਹੁੰਦੇ ਨੇ, ਕੁਛ ਇੱਦਾਂ ਵਿੱਚ ਵਿਚਾਲੇ ਜਿਹੇ ਹੁੰਦੇ ਨੇ 40-50% ਵਾਲੇ, ਕੁਛ ਫੇਲ ਵਾਲੀ ਸਾਈਡ ਨੂੰ ਹੁੰਦੇ ਨੇ। ਹਾਂਜੀ, ਅਤੇ ਜਦੋਂ ਇੱਦਾਂ ਉਹ ਸਿਸਟਮ ਇੱਦਾਂ ਆਵਲਾ ਕਾਮਰੇਡਾਂ ਵਾਲਾ ਸ਼ੁਰੂ ਕੀਤਾ ਉਹਨਾਂ ਨੇ, ਹਾਂਜੀ, ਅਤੇ ਉਹ ਹੁਣ ਸਾਰਿਆਂ ਨੂੰ ਬਰਾਬਰ ਸਾਰਾ ਕੁਛ ਹੋਣਾ ਸੀਗਾ। ਹਾਂਜੀ, ਉਹ ਜਦੋਂ ਬਰਾਬਰ ਇੱਦਾਂ ਹੋਇਆ ਅਤੇ ਉਹ ਜਿਨ੍ਹਾਂ ਦੇ 95-98-98 ਆਉਂਦੇ ਸੀਗੇ, ਅਤੇ ਉਹਨਾਂ ਦੇ ਵੀ ਇੱਦਾਂ ਐਵਰੇਜ ਇੱਦਾਂ 60-65 ਦੀ ਆ ਗਈ ਇੱਦਾਂ, ਅਤੇ ਉਹ ਜਿਹੜੇ ਫੇਲ ਹੁੰਦੇ ਸੀਗੇ ਉਹਨਾਂ ਦੀ ਵੀ 60-65 ਦੀ ਆ ਗਈ ਐਵਰੇਜ ਨਾ। ਹਾਂਜੀ, ਅਤੇ ਜਿਹੜੇ ਸੀਗੇ ਹੁਸ਼ਿਆਰ ਉਹ ਕਹਿੰਦੇ ਜਦੋਂ ਯਾਰ ਸਾਡੀ ਐਵਰੇਜ ਹੀ ਸੇਮ ਆਉਣੀ ਹੈ, ਜੇ ਸਾਨੂੰ ਨੰਬਰ ਸੇਮ ਹੀ ਆਉਣੇ ਜੀ, ਅਤੇ ਫਿਰ ਸਾਨੂੰ ਪੜ੍ਹਨ ਦੀ ਕੀ ਲੋੜ ਹੈ, ਸਾਨੂੰ ਐਡੀ ਮਿਹਨਤ ਕਰਨ ਦੀ ਲੋੜ ਹੈ, ਜਿਹੜਾ ਮਿਹਨਤ ਨਹੀਂ ਵੀ ਕਰਦਾ ਸੀਗਾ ਨੰਬਰ ਤਾਂ ਉਹਦੇ ਵੀ ਉਨੇ ਹੀ ਆਏ। ਹਾਂਜੀ, ਅਤੇ ਉਹ ਜਦੋਂ ਇੱਦਾਂ ਅਗਲੇ ਸਾਲ ਅਗਲੇ ਜਿਹੜੇ ਮਿਹਨਤ ਕਰਦੇ ਸੀ ਉਹਨਾਂ ਨੇ ਵੀ ਮਿਹਨਤ ਕਰਨੀ ਛੱਡਤੀ, ਅਤੇ ਸਾਰੇ ਫੇਲ ਹੋ ਗਏ, ਅਤੇ ਉਹ ਟੀਚਰ ਕਹਿੰਦਾ ਹੁਣ ਦੇਖਿਆ ਇਹਦਾ ਰਿਜ਼ਲਟ, ਇੱਦਾਂ ਇਹ ਜਿਹੜਾ ਸਿਸਟਮ ਹੈ ਇਹ ਤਾਂ ਫੇਲ ਸਿਸਟਮ ਹੈ, ਇੱਦਾਂ ਕਦੀ ਵੀ ਇੱਦਾਂ 10 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਹੁਣ ਸਮਾਜ ਦੇ ਵਿੱਚ ਹਮੇਸ਼ਾ ਇੱਦਾਂ ਲੋਕ ਰਹਿਣੇ ਨੇ, ਇੱਦਾਂ ਕੁਛ ਲੋਕ ਨੇ ਜਿਨ੍ਹਾਂ ਨੇ ਤਾਂ ਬਹੁਤ ਉਦਮੀ ਨੇ, ਹਿੰਮਤੀ ਨੇ, ਇੱਦਾਂ ਇੱਦਾਂ ਇਹ ਨਹੀਂ ਹੈਗਾ ਜ਼ਰੂਰੀ ਇੱਦਾਂ ਉਹਨਾਂ ਨੇ ਇੱਦਾਂ ਜ਼ਿਆਦਾ ਘੰਟੇ ਲਾ ਕੇ ਕਰਨਾ। ਹਾਂਜੀ, ਉਹਨਾਂ ਨੇ ਇੱਦਾਂ ਸਿਆਣਫ ਨਾਲ ਆਪਣੀ ਸੂਝ ਬੂਝ ਨਾਲ ਇੱਦਾਂ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਇੱਦਾਂ ਕੰਮ ਕਰ ਲੈਣਾ। ਹਾਂ, ਇੱਦਾਂ ਅਬਰਾਹਮ ਲਿੰਕਨ ਸੀਗਾ ਅਮਰੀਕਾ ਦਾ ਪ੍ਰੈਜੀਡੈਂਟ, ਹਾਂਜੀ, ਉਹਦੀ ਬੜੀ ਮਸ਼ਹੂਰ ਕੋਟ ਆ ਇੱਦਾਂ, ਉਹ ਕਹਿੰਦਾ ਜੇ ਮਤਲਬ ਮੈਨੂੰ 10 ਘੰਟੇ ਮਿਲਣ ਇੱਕ ਦਰਖਤ ਨੂੰ ਕੱਟਣ ਵਾਸਤੇ, 8 ਘੰਟੇ ਮੈਂ ਆਪਣੇ ਟੂਲ ਤਿੱਖੇ ਕਰਾਂ ਪਹਿਲਾਂ, ਹਾਂਜੀ, ਅਤੇ 2 ਘੰਟਿਆਂ 'ਚ ਮੈਂ ਦਰਖਤ ਆਪਣਾ ਵੱਢ ਦਿਆਂ। ਹਾਂਜੀ ਹਾਂਜੀ, ਹੁਣ ਉਹ ਇਹਨਾਂ ਕੰਟਰੀਆਂ ਨੇ ਇਹਨਾਂ ਸਮਾਜਾਂ ਨੇ ਇਸ ਚੀਜ਼ ਦੇ ਉੱਤੇ ਐਜੂਕੇਸ਼ਨ ਦੇ ਉੱਤੇ ਟੂਲ ਦੇ ਉੱਤੇ ਆਪਣਾ ਜ਼ਿਆਦਾ ਜ਼ੋਰ ਦਿੱਤਾ। ਹੁਣ ਉਹੀ ਜਿਹੜਾ ਕੰਮ ਹੈ ਅਸੀਂ ਜੇ ਕੰਮ
ਉਹਨੂੰ ਇਹਦਾ 10 ਸਾਲ 'ਚ ਕਰਦੇ ਹਾਂ ਅਤੇ ਇਹ 6 ਮਹੀਨਿਆਂ 'ਚ 2 ਮਹੀਨਿਆਂ 'ਚ ਇੱਥੇ ਕੰਮ ਹੋ ਜਾਂਦਾ ਹੈ ਨਾ ਹਾਂਜੀ ਹਾਂਜੀ ਮਸ਼ੀਨਾਂ ਕਰਕੇ। ਹਾਂਜੀ ਹੁਣ ਮਸ਼ੀਨ ਮਸ਼ੀਨਾਂ ਕਿਉਂ ਬਣਾਈਆਂ ਇਹਨਾਂ ਨੇ? ਇਸੇ ਕਰਕੇ ਬਣਾਈਆਂ ਇਹਦਾ ਹਾਂਜੀ ਸਾਨੂੰ ਆਪਣਾ ਸਮਾਂ ਸਾਡਾ ਬਚ ਜਾਵੇ ਤਾਂ, ਹਾਂਜੀ ਅਤੇ ਹਾਂਜੀ ਇੱਕ ਬੈਲੈਂਸ ਜਿਹੜਾ ਸਾਡਾ ਹੋ ਜਾਵੇ ਲਾਈਫ ਦਾ, ਹਾਂਜੀ ਅਤੇ ਸਾਡਾ ਇਹ ਜਿਹੜਾ ਮਸ਼ੀਨਾਂ ਕੋਲੋਂ ਕੰਮ ਆਪਾਂ ਕਰਵਾ ਲਈਏ। ਹੁਣ ਡਿੱਗਰ ਹੈ ਇੱਕ, ਹਾਂਜੀ ਹੁਣ ਆਪਣੇ ਉੱਥੇ ਇੱਦਾਂ ਕਈਆਂ ਨਾਲ ਇੱਦਾਂ ਤਸਲੇ ਭਰ ਭਰ ਕੇ ਇੱਦਾਂ ਮਿੱਟੀ ਢੋਂਦੇ ਹੁੰਦੇ ਸੀ ਹਾਂਜੀ ਹੈ ਨਾ, ਹਾਂਜੀ ਹੁਣ ਉਹ ਤੁਸੀਂ ਦੇਖ ਲਓ ਇੱਦਾਂ ਇੱਕ ਡਿੱਗਰ ਦੇ ਇੱਕ ਬਕਟ ਦੇ ਵਿੱਚ ਕਿੰਨੀ ਕਿੰਨੇ ਮਿੱਟੀ ਤਸਲੇ? ਆਏਗੀ ਹਾਂਜੀ ਨਾ, ਹਾਂਜੀ ਕਿੰਨੀ, ਮਤਲਬ ਮੈਂ ਕਹਿੰਦਾ ਕਈ ਬੰਦੇ ਮਤਲਬ ਇੱਦਾਂ ਕਈ ਦਿਨਾਂ ਦਾ ਕੰਮ ਜਿਹੜਾ ਬਿਲਕੁਲ ਹੁੰਦਾ, ਬਿਲਕੁਲ ਤੋ ਡਿੱਗਰ ਇਹਦਾ ਇੱਕ ਵਾਰ 'ਚ ਇੱਦਾਂ ਚੁੱਕ ਕੇ ਤਾਂ ਟਰੱਕ ਦੇ ਵਿੱਚ ਉਹਨਾਂ ਪਾ ਦਿੰਦਾ ਹਾਂਜੀ ਨਾ, ਬਿਲਕੁਲ ਤਾਂ ਹਾਂਜੀ ਤਾਂ ਦੋਵਾਂ ਤਿੰਨਾਂ ਮਤਲਬ ਕਈ ਵਾਰੀ ਤਾਂ ਵੱਡੇ ਵੱਡੇ ਡਿੱਗਰ ਨੇ ਤਿੰਨਾਂ ਕੁ ਸਕੂਪਾਂ ਦੇ ਵਿੱਚ ਉਹਦਾ ਟਰੱਕ ਪੂਰਾ ਭਰ ਦਿੰਦੇ ਨੇ, ਲੋਡ ਕਰ ਦਿੰਦੇ ਨੇ ਹਾਂਜੀ ਪੂਰਾ ਵੱਡਾ ਹਾਂਜੀ ਟਰੱਕ। ਹੁਣ ਜਿਹੜਾ ਇਹ ਬੈਲੈਂਸ ਜਿਹੜਾ ਬਣਾਉਣ ਵਾਸਤੇ ਇਹਨਾਂ ਲੋਕਾਂ ਨੇ ਤਾਂ ਇਹ ਕੰਮ ਕੀਤੇ। ਹੁਣ ਆਪਾਂ ਜਿਹੜੀ ਉਹ ਕਾਮਰੇਡਾਂ ਦੀ ਗੱਲ ਕਰਦੇ ਸੀ, ਉਹ ਜਦੋਂ ਇੱਦਾਂ ਤਾਂ ਆਪਾਂ ਜੇ ਸਮਾਜ ਹਾਂਜੀ ਸਿਰਜਾਂਗੇ ਹਾਂਜੀ ਤਾਂ ਫਿਰ ਹਰੇਕ ਬੰਦਾ ਸੋਚੇਗਾ ਜੇ ਇੱਦਾਂ ਮੈਨੂੰ ਬਰਾਬਰ ਹੀ ਮਿਲਣਾ ਹਾਂਜੀ ਤਾਂ ਫਿਰ ਬਰਾਬਰ, ਮੈਨੂੰ ਕੁਛ ਕਰਨ ਦੀ ਲੋੜ ਨਹੀਂ ਹਾਂਜੀ ਹੈਗੀ। ਕੁਛ ਕਰਨ ਦੀ ਲੋੜ ਹੁਣ ਨਹੀਂ, ਜੇ ਇੱਦਾਂ ਹੋਇਆ ਹੁੰਦਾ ਤਾਂ ਅੱਜ ਜਿਹੜੀ ਆਪਾਂ ਡਿਵੈਲਪਮੈਂਟ ਦੇਖਦੇ ਪਏ, ਇਹ ਡਿਵੈਲਪਮੈਂਟ ਥੋੜ੍ਹੀ ਕਦੇ ਹੋਣੀ ਨਹੀਂ ਹੋਣੀ ਸੀ, ਸੀ ਕਦੇ ਨਹੀਂ ਹੋਣੀ ਸੀ। ਹੁਣ ਅੱਜ ਜਿਹੜਾ ਇੰਨਾ ਆਪਾਂ ਨੂੰ ਜਿੱਦਾਂ ਅੱਜ ਈਵਨ ਆਪਾਂ ਆਹ ਬੈਠੇ ਹਾਂ ਕੈਮਰਿਆਂ ਸਾਹਮਣੇ, ਹਾਂਜੀ ਆਪਾਂ ਨੈੱਟ ਦੇ ਥਰੂ ਬੈਠੇ ਹਾਂ, ਹਾਂਜੀ ਤਾਂ ਇਹ ਵੀ ਕਿੱਥੋਂ ਹੋਣਾ ਸੀਗਾ ਜੇ ਉੱਦਾਂ ਬੈਠਾ ਹੁੰਦਾ? ਕੋਈ ਵੀ ਨਹੀਂ ਸੀ ਹੋਣਾ, ਕੋਈ ਵੀ ਨਹੀਂ ਹੋਣਾ। ਬਾਕੀ ਜੇ ਹੁਣ ਸੌਰੀ ਤੁਹਾਡੀ ਗੱਲ ਨਹੀਂ ਕੱਟ, ਨਹੀਂ ਜਿੱਦਾਂ ਹੁਣ ਵੀ ਕੋਈ ਮਕੈਨਿਕ ਹੀ ਆ ਅਤੇ ਉਹ ਮਿਸਤਰੀ ਸੀ ਨਾ ਪਹਿਲਾਂ, ਅਤੇ ਉਹਨੇ ਫੇਰ ਹੀ ਡਿੱਗਰ ਤਿਆਰ ਕੀਤਾ। ਜੀ ਪਹਿਲਾਂ ਉਹਨੇ ਜੇ ਉਹਨੂੰ ਹੁੰਦਾ ਵੀ ਆਪਾਂ ਤਾਂ ਆਪਾਂ ਨੂੰ ਕਣਕ ਮਿਲ ਜਾਣੀ ਹੈ ਸ਼ਾਮ ਐਂਡ ਜਦੋਂ ਐਂਡ ਆਉਣਾ ਸਾਲ ਦਾ ਤਾਂ ਜੱਟਾਂ ਨੇ ਕਣਕ ਵੱਢਣੀ ਆ, ਉਦੋਂ ਆਪਾਂ ਕਣਕ ਲੈ ਲੈਣੀ ਆ, ਜਿਵੇਂ ਯਾਨੀ ਕਿਸਾਨ ਜ਼ਿਮੀਦਾਰ ਨੇ ਕਣਕ ਵੱਢਣੀ ਆ ਜਦੋਂ, ਅਤੇ ਆਪਾਂ ਨੂੰ ਕਣਕ ਆ ਜਾਣੀ ਹੈ ਅਤੇ ਆਪਾਂ ਨੂੰ ਬਸ ਠੀਕ ਹੈ। ਪਰ ਜੇ ਉਹਨੂੰ ਪੈਸੇ ਦਾ ਲਾਲਚ ਹੋਇਆ ਤਾਂ ਉਹਨੇ ਇਹ ਕਾਢ ਕੱਢੀ ਵੀ ਆਪਾਂ ਆਹ ਚੀਜ਼ ਬਣਾਵਾਂਗੇ ਅਤੇ ਉਹਨੂੰ ਵੇਚਾਂਗੇ ਅਤੇ ਉਹ ਵੇਚ ਕੇ ਪੈਸੇ ਆਉਣਗੇ, ਅਤੇ ਪੈਸੇ ਆਉਣ ਨਾਲ ਵੀ ਆਪਣਾ ਆਹ ਰੁਜ਼ਗਾਰ ਹੋਰ ਚੱਲੂਗਾ ਜਾਂ ਹੋਰ ਚੀਜ਼ ਬਣਾਵਾਂਗੇ। ਅਤੇ ਜੇ ਹੁਣ ਉਹੀ ਕਣਕ 'ਤੇ ਰਹਿ ਜਾਂਦਾ ਉਹ ਤਾਂ ਫਿਰ ਬੈਲੈਂਸ ਕਿੱਥੇ ਰਹਿਣਾ ਸੀਗਾ, ਅਨਬੈਲੈਂਸ ਹੋ ਜਾਣਾ ਸੀ। ਹਾਂਜੀ ਦੇਖੋ ਇਹ ਜਿਹੜੇ ਨਾ ਇੱਦਾਂ ਵਰਕ ਐਂਡ ਇੱਦਾਂ ਲਾਈਫ ਦਾ ਇੱਦਾਂ ਸੰਤੁਲਨ ਹਾਂਜੀ ਇੱਦਾਂ ਤਿਆਰ ਕਰਨ ਵਾਸਤੇ ਇੱਦਾਂ ਹਾਂਜੀ ਇਹ ਜਿਹੜੇ ਸਮਾਜ ਨੇ ਇਹਨਾਂ ਨੇ ਇੱਦਾਂ ਕੁਛ ਇੱਦਾਂ ਨਿਯਮ ਇੱਦਾਂ ਆਪਣੇ ਇੱਦਾਂ ਕਹਿ ਲਓ ਤੁਸੀਂ ਇੱਦਾਂ ਮੰਨਣੇ ਜਾਂ ਨਹੀਂ ਮੰਨਣੇ, ਹਾਂਜੀ ਤੁਹਾਡੀ ਆਪਣੀ ਮਰਜ਼ੀ ਇੱਦਾਂ ਮਤਲਬ ਘੰਟਿਆਂ ਦਾ ਸਿਸਟਮ ਇੱਦਾਂ ਸ਼ੁਰੂ ਕੀਤਾ, ਹਾਂਜੀ ਇੰਨਾ ਕੁ ਕੰਮ ਹੈ ਜਿਹੜਾ ਇੰਨਾ ਕੁ ਇਨਫ ਹੈ ਇੱਦਾਂ। ਹੁਣ ਜਦੋਂ ਉਹ ਤੁਸੀਂ ਕਰੋਗੇ ਤਾਂ ਉਹਦੇ ਵਿੱਚ ਫਿਰ ਤੁਸੀਂ ਤੁਹਾਡੇ ਕੋਲ ਇਨਫ ਟਾਈਮ ਮਿਲੇਗਾ ਆਪਣੀ ਥੋੜ੍ਹੀ ਜਿਹੀ ਤਾਂ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਵਾਸਤੇ, ਉਹਨਾਂ ਦੀ ਲੁੱਕ ਆਫਟਰ ਕਰਨ ਵਾਸਤੇ, ਜੇ ਉਹ ਤੁਹਾਡੇ ਬੱਚਿਆਂ ਨਾਲ ਤੁਸੀਂ ਉਹਨਾਂ ਦੀਆਂ ਪ੍ਰੋਬਲਮਾਂ ਡਿਸਕਸ ਕਰੋਗੇ ਅਤੇ ਉਹਨਾਂ ਨੂੰ ਵੀ ਤਾਂ ਕੁਛ ਫੀਲ ਹੋਏਗਾ, ਹਾਂ ਮੇਰਾ ਪਿਓ ਆ ਜਾਂ ਮਾਂ ਮੇਰੀ ਨਾ ਇੱਦਾਂ ਮੈਨੂੰ ਕੁਛ ਟਾਈਮ ਦੇ ਰਿਹਾ। ਹੁਣ ਬੱਚਿਆਂ ਨੂੰ ਕਹਿੰਦੇ ਇੱਦਾਂ ਜੇ ਤੁਸੀਂ ਕੁਛ ਦੇ ਸਕਦੇ ਵਧੀਆ ਗਿਫਟ ਤਾਂ ਤੁਸੀਂ ਉਹਨਾਂ ਨੂੰ ਸਮਾਂ ਦਿਓ, ਤੁਸੀਂ ਸਮਾਂ ਉਹਨਾਂ ਦਿਓ। ਨੂੰ ਹਾਂਜੀ ਹਾਂਜੀ, ਹਾਂ ਸਮਾਂ ਤੁਸੀਂ ਤਾਂ ਹੀ ਕਰੋਗੇ ਜੇ ਤੁਸੀਂ ਮਤਲਬ ਬਾਕੀ ਸਾਰੀ ਚੀਜ਼ਾਂ ਦਾ ਥੋੜ੍ਹਾ ਜਿਹਾ ਬੈਲੈਂਸ ਬੈਲੈਂਸ ਕੀਤਾ ਹੋਏਗਾ ਨਾ। ਹਾਂਜੀ ਹੁਣ ਉਹਦੇ ਨਾਲ ਨਾਲ ਇੱਦਾਂ ਇੱਥੇ ਇੱਦਾਂ ਵਲੰਟਰਲੀ ਇੱਦਾਂ ਵਰਕ ਹੈ ਇੱਦਾਂ। ਹੁਣ ਇੰਡੀਆ ਦੇ ਵਿੱਚ ਵੀ ਇੱਦਾਂ ਸ਼ਾਇਦ ਇੱਦਾਂ ਸਕੂਲਾਂ ਦੇ ਵਿੱਚ ਮਾੜਾ ਮੋਟਾ ਹਿੰਟ ਜਿਹਾ ਦਿੱਤਾ ਜਾਂਦਾ ਇੱਦਾਂ, ਪਰ ਆਪਾਂ ਉਹਨੂੰ ਸਮਝਦੇ ਨਹੀਂ ਹੈਗੇ ਇੱਦਾਂ। ਹਾਂਜੀ ਹੁਣ ਇੱਥੇ ਇੱਦਾਂ ਬੱਚੇ ਨੇ ਛੋਟੇ ਇੱਦਾਂ, ਹੁਣ ਸਾਡਾ ਇੱਦਾਂ ਲਾਗੇ ਸਕੂਲ ਹੈ ਇੱਥੇ ਮੇਰੇ ਬੱਚੇ ਪੜ੍ਹਦੇ ਨੇ, ਹਾਂਜੀ ਹਾਂਜੀ, ਉਹਨਾਂ ਦੇ ਬੱਚੇ ਉੱਥੇ ਨਾ 8 ਹਾਊਸ ਨੇ ਇੱਦਾਂ। ਹੁਣ 8 ਹਾਊਸਾਂ ਨੇ ਇੱਦਾਂ ਆਪਣੇ ਆਪ ਦੇ ਵਿੱਚ ਨਾ ਕੁਛ ਇੱਦਾਂ ਕਿਸੇ ਨੇ ਕੋਈ ਫੀਜੀ ਦਾ ਕਿਸੇ ਸਕੂਲ ਨੂੰ ਅਡੋਪਟ ਕੀਤਾ ਹੋਇਆ, ਇੱਕ ਹਾਊਸ ਨੇ, ਹਾਂਜੀ ਇੱਕ ਹਾਊਸ ਨੇ ਇੱਦਾਂ ਮਤਲਬ ਫਲਾਣਾ ਆਹ ਚੀਜ਼ ਨੂੰ ਇੱਦਾਂ ਉਹ ਕਹਿੰਦੇ ਅਸੀਂ ਇੱਦਾਂ ਇਨਵਾਇਰਮੈਂਟ 'ਤੇ ਕੰਮ ਕਰਦੇ ਹਾਂ ਇੱਦਾਂ, ਅਤੇ ਇੱਦਾਂ ਦੀ ਕਿਸੇ ਇਨਵਾਇਰਮੈਂਟ ਇਹਨੂੰ ਆਪਾਂ ਚੈਰਿਟੀ ਦਿੰਦੇ ਹਾਂ। ਹਾਂਜੀ ਹੁਣ ਉਹ ਚੈਰਿਟੀ ਇੱਦਾਂ ਕਰਨ ਵਾਸਤੇ ਉਹਨਾਂ ਨੇ ਇੱਦਾਂ ਆਪੀ ਉਹ ਇੱਦਾਂ ਕੁਛ ਇੱਦਾਂ ਆਪਣਾ ਪਲਾਨ ਬਣਾਉਂਦੇ ਨੇ, ਆਪਾਂ ਇੱਦਾਂ ਕਰਾਂਗੇ, ਆਹ ਗੇਮ ਇੱਥੇ ਹਾਕੀ ਦੀ ਰੱਖਾਂਗੇ, ਜਾਂ ਹਾਂਜੀ ਇੱਦਾਂ ਇੱਕ ਡਿਨਰ ਔਰਗਨਾਈਜ਼ ਕਰਾਂਗੇ, ਜਾਂ ਅਸੀਂ ਆਹ ਚੀਜ਼ਾਂ ਬਣਾਵਾਂਗੇ ਅਤੇ ਫਿਰ ਵੇਚਾਂਗੇ, ਹਾਂਜੀ, ਅਤੇ ਇਹਦਾ ਜਿਹੜਾ ਪੈਸੇ ਇਹਦੇ ਨਾਲ ਇਕੱਠੇ ਹੋਣਗੇ ਅਤੇ ਆਪਾਂ ਉਹਦੇ ਨਾਲ ਫੰਡ ਕਰਕੇ ਇੱਦਾਂ ਫਿਰ ਉਹ ਫੀਜੀ ਅਤੇ ਸਕੂਲ ਨੂੰ ਜਾਂ ਜਿਹੜਾ ਵੀ ਜਿਹਨੂੰ ਅਡੋਪਟ ਕੀਤਾ ਹੋਇਆ ਉਹਨੂੰ ਅਸੀਂ ਉਹਦੀ ਹੈਲਪ ਹੈਲਪ ਕਰਾਂਗੇ। ਕਰਾਂਗੇ ਹਾਂਜੀ ਹਾਂਜੀ। ਹੁਣ ਉਹਨਾਂ ਨੂੰ ਪਤਾ ਇੱਦਾਂ ਅੱਜ ਬੱਚਿਆਂ ਕੋਲ ਤਾਂ ਪੈਸੇ ਨਹੀਂ ਹੈਗੇ ਇੱਦਾਂ, ਪਰ ਇਹਨਾਂ ਨੇ ਇੱਦਾਂ ਕਿਸੇ ਟਾਈਮ ਹੋਣਾ ਹੈ ਇਹਨਾਂ ਕੋਲ ਜਦੋਂ ਇਹਨਾਂ ਦੇ ਆਪਣੇ ਡ੍ਰੀਮ ਸਾਰੇ ਫੁਲਫਿਲ ਹੋ ਜਾਣੇ ਨੇ। ਹਾਂਜੀ ਹਾਂਜੀ, ਇਹਨਾਂ ਨੇ ਇੱਦਾਂ ਅੱਜ ਹੁਣ ਬੱਚਾ ਜਦੋਂ 18-22 ਸਾਲ ਦਾ ਪੜ੍ਹ ਕੇ ਨਿਕਲਦਾ, ਹਾਂਜੀ, ਅਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇੱਦਾਂ ਡੋਨੇਸ਼ਨ ਦਾ ਥੋੜ੍ਹੀ ਦਿਮਾਗ 'ਚ ਆਉਂਦਾ, ਅਤੇ ਪਹਿਲਾਂ ਤਾਂ ਇੱਦਾਂ ਹੁੰਦਾ ਮਤਲਬ ਉਹਨੂੰ ਤਾਂ ਡੋਨੇਸ਼ਨ ਸੋਚ ਆਈ ਦੀ ਹੁੰਦੀ ਹੈ, ਹਾਂਜੀ ਹਾਂਜੀ, ਕਹਿੰਦਾ ਮਤਲਬ ਮੈਨੂੰ ਕੰਮ ਕਰ, ਮੈਂ ਕਰਾਂ ਬਿਜ਼ਨਸ ਕਰਾਂ, ਹਾਂਜੀ, ਫਿਰ ਨੈਕਸਟ ਹੁੰਦਾ ਆਪਣਾ ਘਰ ਬਾਰ ਬਣਾਵਾਂ, ਆਪਣੀ ਫੈਮਿਲੀ ਸੈੱਟ ਕਰਾਂ। ਪਰ ਇੱਕ ਟਾਈਮ ਆਉਂਦਾ ਇੱਦਾਂ ਜਦੋਂ ਇੱਦਾਂ ਬੰਦਾ ਹੁੰਦਾ ਆ ਇੱਦਾਂ 40-45-45 ਸਾਲ ਦਾ, ਹਾਂਜੀ, ਜਦੋਂ ਬੰਦੇ ਕੋਲ ਕੁਛ ਪੈਸੇ ਥੋੜ੍ਹੇ ਜਿਹੇ ਵੱਧ ਹੁੰਦੇ ਤਾਂ ਉਦੋਂ ਬੰਦੇ ਨੂੰ ਲੱਗਣ ਲੱਗ ਜਾਂਦਾ ਮੈਂ ਕੁਛ ਇੱਦਾਂ ਮੈਨੂੰ ਕਰਨਾ ਚਾਹੀਦਾ।
ਆਪਣੇ ਜਾਂ ਤਾਂ ਮਤਲਬ ਸਮਾਜ ਨੇ ਉਹ ਚੀਜ਼ ਨਹੀਂ ਤਾਂ ਕੰਸਿਡਰ ਕੀਤੀ, ਤਾਂ ਬੱਚਿਆਂ ਨੂੰ ਵੀ ਨਹੀਂ ਦੱਸੀਗਾ ਹਾਂਜੀ ਪੇਰੈਂਟਸ ਨੇ। ਤੇ ਉਹ ਜਦੋਂ ਇੱਦਾਂ ਪਹਿਲਾਂ ਤਾਂ ਤੁਸੀਂ ਇੱਦਾਂ ਹਾਬੜੇ ਜਿਹਾ ਵਾਂਗੂ ਮਤਲਬ ਇੱਦਾਂ ਆਪਣਾ ਪੂਰਾ ਟਾਈਮ ਇੱਦਾਂ ਤਾਂ ਪੂਰਾ ਹਾਂਜੀ ਲਾਇਆ, ਇੱਦਾਂ ਤੁਸੀਂ ਕੰਮ ਕਾਰ ਕੀਤਾ, ਪੈਸੇ ਇਕੱਠੇ ਕਰ ਲਏ, ਹਾਂਜੀ ਜਦੋਂ ਉਸ ਸਟੇਜ 'ਤੇ ਗਏ ਤੁਹਾਨੂੰ ਹੁਣ ਸਮਝ ਨਹੀਂ ਲੱਗਦੀ ਵੀ, ਕਿਉਂਕਿ ਤੁਸੀਂ ਪਹਿਲਾਂ ਆਪਣੇ ਵਾਸਤੇ ਤੁਹਾਡਾ ਵਿਹਲਾ ਟਾਈਮ ਨਹੀਂ ਸੀ ਸੋਚਣ ਵਾਸਤੇ, ਮਤਲਬ ਸਮਾਜ ਦੀਆਂ ਪ੍ਰੋਬਲਮਾਂ ਕਿਹੜੀਆਂ ਨੇ ਜਾਂ ਦੁਨੀਆ ਦੀਆਂ ਹਾਂਜੀ ਪ੍ਰੋਬਲਮਾਂ ਕਿਹੜੀਆਂ ਨੇ। ਫਿਰ ਜਿਹੜੀ ਵੀ ਪ੍ਰੋਬਲਮ ਹੈ ਤਾਂ ਦਿਸਦੀ ਹੈ, ਫਿਰ ਬੰਦਾ ਕਹਿੰਦਾ ਹੁਣ ਮੈਂ ਇਹਨੂੰ ਪੈਸੇ ਦੇ ਦਿਆਂ। ਹਾਂਜੀ ਹੁਣ ਉਹਦੇ ਵਿੱਚੋਂ ਨਿਕਲਦੇ ਨੇ ਜਿੱਦਾਂ ਜਿਹੜੇ ਆ ਇਹਦਾ ਪਰਮਜੀਤ ਅਕਾਲੀ ਵਰਗੇ ਆਪਣੀ ਕੌਮ 'ਚ ਤੁਰੇ ਫਿਰਦੇ ਨੇ, ਜਾਂ ਪਰਵਾਨੇ ਵਰਗੇ ਹੋ ਗਏ, ਹਾਂਜੀ ਹਾਂਜੀ ਜਾਂ ਅੰਮ੍ਰਿਤਪਾਲ ਸੀਗਾ, ਜਾਂ ਹੋਰ ਇੱਦਾਂ ਦੇ ਆਏ ਜਿਹੜੇ ਇੱਦਾਂ ਜਿੱਦਾਂ ਧਰਨੇ ਲਾ ਕੇ ਜਿਹੜੇ ਬੈਠੇ ਨੇ, ਹਾਂਜੀ ਹਾਂਜੀ ਹੁਣ ਇਹਨਾਂ ਨੂੰ ਆਪਾਂ ਅਕਸਰ ਗੱਲ ਕਰਦੇ ਹਾਂ, ਤਾਂ ਇਹ ਆਪਣੀਆਂ ਪੋਸਟਾਂ ਪੋਸਟਾਂ ਪਾਉਂਦੇ ਨੇ, ਤਾਂ ਥੱਲੇ ਇਹਨਾਂ ਦੇ ਜਿਹੜਾ ਵੀ ਕਮੈਂਟ ਕਰਦਾ, ਭਾਵੇਂ ਵਾਹਿਗੁਰੂ ਲਿਖ ਕੇ ਦੇਖ ਲਿਓ ਕਿਤੇ, ਤਾਂ ਹਾਂਜੀ ਨਾਲ ਦੀ ਨਾਲ ਤੁਹਾਨੂੰ ਮੈਸੇਜ ਆ ਜਾਏਗਾ, ਮਤਲਬ ਵੀਰ ਫਿਰ ਨਾਲ ਤੁਹਾਡੇ ਵੈਸੇ ਕਿ ਤੁਸੀਂ ਲਿਖਿਆ ਹੀ ਹੁੰਦਾ ਆਪਣੇ ਫੇਸਬੁੱਕ ਪ੍ਰੋਫਾਈਲ ਦੇ ਉੱਤੇ, ਤੁਸੀਂ ਹਾਂਜੀ ਨਿਊਜ਼ੀਲੈਂਡ ਤੋਂ ਆ ਜਾਂ ਹਾਂਜੀ ਹਾਂਜੀ ਅਮਰੀਕਾ ਤੋਂ ਜਾਂ ਕਿੱਥੋਂ ਆਏ, ਤਾਂ ਹਾਂਜੀ ਨਾਲ ਤੇ ਹੀ ਫਿਰ ਗੱਲ ਇਹਨਾਂ ਨੇ ਕਹਿਣਾ ਇੱਦਾਂ ਮਤਲਬ ਇੱਦਾਂ ਕਰੋ ਸੇਵਾ, ਇੱਦਾਂ $50 ਸੌ $100 ਕੁਛ ਡਾਲਰ ਭੇਜੋ, ਇੱਦਾਂ ਹਾਂਜੀ ਹੁਣ ਬੰਦੇ ਨੂੰ ਵੀ ਲੱਗਦਾ ਇੱਦਾਂ ਹੁਣ ਬੰਦਾ ਜਿਹਨੇ ਉਹ ਦੇਖ ਰਿਹਾ ਇਹਨਾਂ ਦੀ ਪੋਸਟਾਂ, ਇੱਦਾਂ ਮਤਲਬ ਹਾਂਜੀ ਉਹ ਇੱਦਾਂ ਪੜਾਕੂ ਜਾਂ ਇੱਦਾਂ ਕੋਈ ਕੰਮ ਕਾਰ ਵਾਲਾ ਤਾਂ ਨਹੀਂ ਹੈਗਾ, ਇੱਦਾਂ ਬਿਲਕੁਲ ਜੀ ਮਤਲਬ ਉਹਦੇ ਕੋਲ ਥੋੜ੍ਹਾ ਜਿਹਾ ਫ੍ਰੀ ਟਾਈਮ ਹੈਗਾ ਉਹਦੇ ਕੋਲ, ਇਹਦਾ ਮਤਲਬ ਉਸ ਫੇਜ਼ ਵਿੱਚ ਪਹੁੰਚ ਗਿਆ, ਇੱਦਾਂ 40-45-50 ਸਾਲ ਵਾਲੇ 'ਚ ਹਾਂਜੀ ਹੈਗਾ, ਹਾਂਜੀ ਹੈਗਾ ਤਾਂ ਹਾਂਜੀ ਉਹਨੂੰ ਹੁਣ ਲੱਗਦਾ ਅੱਛਾ ਮਤਲਬ ਮੈਨੂੰ ਇਹ ਤਾਂ ਚੈਰਿਟੀ ਵੀ ਮੈਨੂੰ ਕਿਤੇ ਕਰਨੀ ਚਾਹੀਦੀ ਸੀਗੀ, ਇਹਨਾਂ ਦਾ ਬਿਲਕੁਲ ਬਿਲਕੁਲ ਦਾਨ ਦੂਣ ਕਰਨਾ ਚਾਹੀਦਾ ਦਾਨ, ਸੀਗਾ, ਹਾਂਜੀ ਹਾਂਜੀ ਅਤੇ ਉਹ ਫਿਰ ਉਹ ਜਿਹੜੀ ਇਹ ਜਿਹੜੇ ਬੰਦੇ ਨੇ ਆਪਣੇ, ਤਾਂ ਫਿਰ ਉਹ ਉਹਨਾਂ ਦੀ ਉਹ ਭੁੱਖ ਨੂੰ ਪੂਰੀਆਂ ਕਰਦੇ ਨੇ, ਤਾਂ ਹਾਂਜੀ ਬਿਲਕੁਲ ਉਹ ਜਿਹੜਾ ਵਿੱਚ ਇੱਦਾਂ ਖਿਲਾ ਪਿਆ ਹੋਇਆ ਨਾ ਸਿਸਟਮ ਦੇ ਵਿੱਚ ਆਪਣੇ। ਹਾਂਜੀ ਹੁਣ ਉਹਦੇ ਥਾਂ 'ਤੇ ਜੇ ਆਪਾਂ ਇੱਦਾਂ ਬੈਲੈਂਸਡ ਪਰਸਨੈਲਿਟੀ ਹੋਵੇ, ਤਾਂ ਨਾਲ ਨਾਲ ਹੀ ਆਪਾਂ ਜਿੱਦਾਂ ਜਿੱਦਾਂ ਆਪਾਂ ਕੰਮ ਕਰਦੇ ਪਏ ਹਾਂ, ਹਾਂਜੀ ਉਹਦੇ ਨਾਲ ਨਾਲ ਹੀ ਥੋੜ੍ਹਾ ਬਹੁਤਾ ਵਲੰਟਰਲੀ ਕੰਮ ਵੀ ਕੀਤਾ ਹੋਵੇ ਆਪਾਂ, ਹਾਂਜੀ ਜਾਂ ਆਪਾਂ ਨਾਲ ਨਾਲ ਮਤਲਬ ਐਟਲੀਸਟ ਆਪਾਂ ਇਹ ਦੇਖਿਆ ਹੋਵੇ ਇਹਦਾ ਸਮੱਸਿਆਵਾਂ ਕਿਹੜੀਆਂ ਨੇ ਆਪਣੀਆਂ, ਇੱਦਾਂ ਆਪਣੇ ਸਮਾਜ ਦੀਆਂ ਸਮੱਸਿਆਵਾਂ ਕਿਹੜੀਆਂ ਨੇ, ਹਾਂਜੀ ਅਤੇ ਆਪਾਂ ਉਹਦੇ ਵਾਸਤੇ ਥੋੜ੍ਹੇ ਪੈਸੇ ਕੱਢ ਸਕੀਏ ਜਾਂ ਉਹਦੇ ਵਾਸਤੇ ਟਾਈਮ ਕੱਢ ਸਕੀਏ, ਅਤੇ ਉਹ ਫਿਰ ਆਪਣੇ ਇੱਕ ਡਿਫਰੈਂਟ ਗੱਲ ਬਣੇਗੀ। ਹਾਂਜੀ ਹਾਂਜੀ ਜਿੱਦਾਂ ਮੈਂ ਤੁਸੀਂ ਪਿੱਛੇ ਗੱਲ ਕਰਦੇ ਸੀ ਵੀ ਡੋਨੇਸ਼ਨ ਦੀ ਸਕੂਲ ਦੇ ਜੀ ਜਿੱਦਾਂ ਹਾਊਸ ਬਣੇ ਆ, ਇੱਦਾਂ ਜਦੋਂ ਮੇਰਾ ਬੇਟਾ ਸਕੂਲ ਜਾਣ ਲੱਗਿਆ ਅਤੇ ਉਹ ਚੋਕਲੇਟ ਲੈ ਕੇ ਆਇਆ ਉੱਥੋਂ, ਅਤੇ ਉਹਨੇ ਉਹ ਸੈੱਲ ਕਰਨੇ ਸੀ ਘਰਾਂ ਘਰਾਂ 'ਚ ਜਾ ਕੇ। ਆਪਾਂ ਉਦੋਂ ਇੰਨੇ ਨਹੀਂ ਪਤਾ ਵੀ ਨਹੀਂ ਸੀਗਾ ਵੀ ਆਹ ਚੀਜ਼ ਕਿੱਦਾਂ, ਉਹਨੂੰ ਮੈਂ ਕਿਹਾ ਯਾਰ ਉਹਨੇ ਮੈਨੂੰ ਦੇ ਦੇ ਆਹ ਲੈ ਪੈਸੇ ਤੂੰ, ਵੀ ਕਿੱਧਰ ਘਰੇ ਘਰੇ ਜਾ ਕੇ ਲੋਕਾਂ ਨੂੰ ਆਪਾਂ ਜਾਵਾਂਗੇ ਵੀ ਸੰਗ ਜੀ ਆਉਂਦੀ ਮੈਨੂੰ ਤੇਰੇ ਨਾਲ ਜਾਂਦੇ ਨੂੰ ਯਾਰ, ਵੀ ਮੈਂ ਗੌਲੀ ਜੀ ਚੱਕ ਕੇ ਤੇਰੇ ਟੋਕਰੀ ਜੀ ਚੱਕ ਕੇ ਤੁਰਿਆ ਜਾਊਂਗਾ। ਅਤੇ ਉਦੋਂ ਛੋਟਾ ਹੀ ਸੀਗਾ ਨਾਲੇ, ਕਹਿੰਦਾ ਵੀ ਨਹੀਂ, ਕਹਿੰਦਾ ਮੈਂ ਤਿੱਥੋਂ ਨਹੀਂ ਲੈਣੇ ਇਹ, ਮੈਂ ਸੈੱਲ ਕਰਨੇ ਸੈੱਲ ਆ, ਕਰਨੇ, ਤੂੰ ਮੇਰੇ ਨਾਲ ਚੱਲ। ਮੈਂ ਕਿਹਾ ਵੀ ਨਹੀਂ, ਤੂੰ ਆਪਦੀ ਮੰਮਾ ਨੂੰ ਲੈ ਜਾ ਨਾਲ, ਵੀ ਆਪਾਂ ਕਈ ਵਾਰੀ ਇੱਦਾਂ ਵੀ ਬੈਲੈਂਸ ਨਹੀਂ ਸਾ ਆਪਣੀ ਲਾਈਫ ਦੇ ਵਿੱਚ ਬਣਾਉਂਦੇ ਵੀ ਜੇ ਬੱਚੇ ਦੇ ਨਾਲ ਜਾ ਕੇ ਜਾਂ ਕਿਸੇ ਦੇ ਡੋਰ ਦੇ ਡੋਰ ਨੌਕ ਕਰਕੇ ਉਹ ਚੀਜ਼ ਵੇਚਣੀ, ਵੀ ਸਾਨੂੰ ਆਪਣੇ ਆਪ 'ਚ ਇੱਦਾਂ ਬੈਲੈਂਸ ਜਿਹਾ ਨਹੀਂ ਲੱਗਦਾ ਵੀ ਯਾਰ ਵੀ ਕੀ ਕਹੂਗਾ ਕੋਈ ਆਪਾਂ ਜਦੋਂ ਜਾਵਾਂਗੇ ਉੱਥੇ, ਹੈ ਨਾ, ਵੀ ਕਿੱਧਰ ਵੀ ਪੈਸੇ ਮੰਗਣ ਆ ਗਏ ਜਾਂ ਨਹੀਂ, ਵੀ ਆਪਣੇ ਮਨ ਦੇ ਵਿੱਚ ਉਹ ਚੀਜ਼ ਹੈਗੀ ਹੈ ਕਿਤੇ ਨਾ ਕਿਤੇ, ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹ ਐਰਰ ਹੈਗਾ ਕਿ ਵੀ ਇਹ ਬਹਾਨੇ ਨਾਲ ਮੰਗਣ ਆ ਗਿਆ, ਉਹ ਇੱਕ ਬੈਲੈਂਸ ਜਿਹਾ ਇੱਕ ਥਾਂ 'ਤੇ ਬਣਿਆ ਹੋਇਆ ਕੋਈ, ਉਹਦੇ ਕਰਕੇ ਅਸੀਂ ਇੱਦਾਂ ਸੋਚਦੇ ਹਾਂ। ਨਹੀਂ ਉਹ ਪਰ ਆਪਣੇ ਇੱਦਾਂ ਕੰਪਲੈਕਸ ਜਿਹਾ ਬਣਾਤਾ ਨਾ ਆਪਣੇ ਬ੍ਰੇਨ ਦੇ ਵਿੱਚ, ਹਾਂਜੀ ਇੱਦਾਂ ਬ੍ਰੇਨ ਅਸੀਂ ਜਿਹਾ, ਇੱਦਾਂ ਇਹ ਚੀਜ਼ਾਂ ਨਾ ਤਾਂ ਕਦੀ ਸਮਝੀਆਂ ਨੇ, ਨਾ ਸੁਣੀਆਂ ਨੇ, ਨਾ ਹਾਂਜੀ ਦੇਖੀਆਂ, ਨਾ ਦੇਖੀਆਂ, ਸਾਨੂੰ ਕਿਸੇ ਨੇ ਕਿਸੇ ਨੇ ਦੱਸੀਆਂ ਸਮਝਾਈਆਂ, ਨਾ ਆਪਾਂ ਕਦੀ ਇਹਨਾਂ ਟੌਪਿਕਾਂ ਦੇ ਉੱਤੇ ਕਿਸੇ ਨੇ ਗੱਲਬਾਤ ਗੱਲ ਹੀ ਨਹੀਂ ਕੀਤੀ ਅੱਜ ਦੀ, ਵਿਸ਼ਾ ਨਹੀਂ ਕਦੀ ਸ਼ੁਰੂ ਬਿਲਕੁਲ ਹੋਇਆ ਨਾ। ਬਿਲਕੁਲ ਹੁਣ ਇਹਨਾਂ ਲੋਕਾਂ ਨੂੰ ਇਹ ਜਿਹੜੇ ਜਿੱਦਾਂ ਤੁਸੀਂ ਕਹਿੰਦੇ ਆਪਣੇ ਤਾਂ ਆਂਢ ਗੁਆਂਢ ਸੀਗੇ, ਜੇ ਤੁਸੀਂ ਉਹਨਾਂ ਦੇ ਕੋਲ ਜਾਂਦੇ ਹਾਂਜੀ ਉਹ ਤਾਂ ਬਲਕਿ ਖੁਸ਼ ਹੁੰਦੇ ਨੇ, ਤਾਂ ਉਹਨਾਂ ਨੂੰ ਹਾਂਜੀ ਪਤਾ ਆ ਹਾਂ ਮਤਲਬ ਇਹਦਾ ਮਤਲਬ ਕੀ ਹੈ ਨਾ ਇਹਦਾ, ਹਾਂਜੀ ਤੇ ਨਾਲੇ ਉਹ ਇਦਾਂ ਵੀ ਨਹੀਂ ਹੁੰਦਾ ਤੁਸੀਂ ਇਹਦਾ ਕੁਝ ਇਦਾਂ ਕੋਈ ਜ਼ਿਆਦਾ ਲੈ ਰਹੇ ਤਾਂ। ਹਾਂਜੀ ਹੁਣ ਅੱਜ ਹੀ ਇਹਦਾ ਮੇਰੀ ਕੁੜੀ ਵੀ ਇਹਦੇ ਤੋਂ ਚੋਕਲੇਟਾਂ ਦੇ 2 ਡੱਬੇ ਲੈ ਕੇ ਆਈ ਹੈ, ਹਾਂਜੀ, ਤੇ ਉਹ ਹੁਣ ਵੇਚਣੇ ਇਹਨਾਂ ਨੇ ਵੇਚਣੇ ਹੁਣ, ਪਰ ਜਿਹੜੇ ਇੱਥੇ ਜਿਨ੍ਹਾਂ ਦੇ ਘਰ ਜੇ ਵੇਚਣ ਜਾਵਾਂਗੇ ਅਸੀਂ, ਹਾਂਜੀ, ਉਹਨਾਂ ਦੇ ਬੱਚੇ ਵੀ ਇੱਦਾਂ ਹੀ ਸਕੂਲਾਂ ਦੇ ਵਿੱਚੋਂ ਲੰਘੇ ਨੇ, ਹਾਂਜੀ, ਈਵਨ ਉਹ ਆਪ ਵੀ ਇਹਦਾ ਇੱਥੇ ਪੜ੍ਹੇ ਨੇ ਇਹਨਾਂ, ਹਾਂਜੀ ਹਾਂਜੀ, ਤਾਂ ਉਹਨਾਂ ਨੂੰ ਇਸ ਚੀਜ਼ ਦੀ ਵੈਲਿਊ ਪਤਾ, ਉਹਨਾਂ ਨੂੰ ਅਹਿਮੀਅਤ ਪਤਾ ਇਸ ਚੀਜ਼ ਦੀ, ਹਾਂਜੀ, ਹਾਂ ਇਹਦੇ ਨਾਲ ਇੱਦਾਂ ਕੀ ਹੋਣਾ, ਕਿਉਂ ਮਤਲਬ ਕਿਹੜਾ ਕੌਜ਼ ਹੈ ਨਾ ਇਹਦਾ, ਹਾਂਜੀ ਕਿਹੜਾ, ਹਾਂਜੀ, ਨਾਲੇ ਇੱਦਾਂ ਆਮ ਜਿਹੀਆਂ ਚੀਜ਼ਾਂ ਨੇ, ਇੱਦਾਂ ਹੁਣ ਚੋਕਲੇਟ ਆ, ਹਾਂਜੀ ਹਾਂਜੀ, ਹੁਣ ਚੋਕਲੇਟ ਤਾਂ ਵੈਸੇ ਵੀ ਤਾਂ ਤੁਸੀਂ ਤਾਂ ਬਾਏ ਕਰਦੇ ਸੁਪਰ ਕਰਦੇ, ਮਾਰਕੀਟ ਹਾਂਜੀ ਤੋਂ ਨਾ, ਹਾਂਜੀ ਹਾਂਜੀ, ਤੇ ਇੱਦਾਂ ਨਹੀਂ ਹੈਗਾ ਇੱਦਾਂ ਤੁਹਾਨੂੰ ਇੱਦਾਂ ਕੋਈ ਬਹੁਤ ਜ਼ਿਆਦਾ ਮਹਿੰਗੀ ਦੇ ਰਹੇ ਨੇ, ਇੱਦਾਂ ਉਹ ਨੋਰਮਲ ਪ੍ਰਾਈਸ 'ਤੇ ਦੇ ਰਹੇ ਨੇ, ਇੱਦਾਂ ਜਿੱਦਾਂ $2 ਦੀ ਹੁੰਦੀ, ਉੱਦਾਂ ਵੈਸੇ ਵੀ ਤੁਹਾਨੂੰ ਬਾਹਰੋਂ ਵੀ, ਹਾਂਜੀ, ਬਲਕਿ ਕਈ ਵਾਰੀ ਮੈਂ ਕਹਿੰਦਾ ਸਸਤੇ
ਨਹੀਂ ਤਾਂ ਸਾਡੇ ਬੱਚੇ ਵੀ ਘਰੇ ਗੇਮ ਖੇਡ ਲਈ ਘਰੇ ਘਰੇ ਰਹਿੰਦੇ ਆ, ਬਾਹਰ ਪਤਾ ਹੀ ਨਹੀਂ ਨੈਕਸਟ ਡੋਰ 'ਤੇ ਕੌਣ ਰਹਿੰਦਾ। ਜੀ ਇਹ ਵੀ ਚੀਜ਼ ਉਹਨਾਂ ਨੇ ਵਧੀਆ ਕੀਤੀ ਹੈ ਹਾਂਜੀ। ਬਿਲਕੁਲ, ਜਾ ਕੇ ਤੁਸੀਂ ਨਿਕਲੋਗੇ ਹੈਲੋ ਅਤੇ ਹਾਏ ਹੈਲੋ ਕਹੋਗੇ, ਤੁਹਾਡੇ ਕਰੋਗੇ ਗੁਆਂਢੀਆਂ ਨੂੰ ਤੁਹਾਡਾ ਪਤਾ ਹਾਂਜੀ ਲੱਗੇਗਾ। ਹਾਂਜੀ ਹਾਂਜੀ ਜਿੱਦਾਂ ਇੱਕ ਜੋਕ ਸੀਗਾ ਨਾ, ਇੱਕ ਕਿ ਬੰਦਾ ਸੀਗਾ ਟਿਕਟੋਕ 'ਤੇ ਬਣਾਇਆ ਕਿਸੇ ਨਾ, ਹਾਂਜੀ ਕਹਿੰਦਾ ਕੱਲ੍ਹ ਕਹਿੰਦਾ ਸਾਡਾ ਇੰਟਰਨੈਟ ਡਾਊਨ ਸੀਗਾ ਅਤੇ ਕਹਿੰਦਾ ਮੈਂ ਆਪਣੇ ਘਰਦਿਆਂ ਨਾਲ ਗੱਲ ਕੀਤੀ ਅਤੇ ਕਹਿੰਦਾ ਮੈਨੂੰ ਪਤਾ, ਕਹਿੰਦਾ ਲੱਗਾ ਇੱਦਾਂ ਇਹ ਵੀ ਯਾਰ ਬੰਦੇ ਮਾੜੇ ਨਹੀਂ ਹੈਗੇ ਕਹਿੰਦਾ ਬੰਦੇ ਮਾੜੇ ਅਤੇ ਮੈਂ ਵੀ ਦੇਖਿਆ। ਹੁਣ ਉਹ ਚੀਜ਼ ਹੈ ਇੱਦਾਂ ਤੁਸੀਂ ਇੱਦਾਂ ਆਪਣੇ ਨਾਲ ਗਵਾਂਢੀਆਂ ਨੂੰ ਜਾ ਕੇ ਇੱਦਾਂ ਹੈਲੋ ਹਾਏ ਕਰੋਗੇ, ਦੱਸੋਗੇ ਹਾਂ ਮੈਂ ਤੁਹਾਡਾ ਨੈਕਸਟ ਡੋਰ ਨੇਬਰ ਆ ਅਤੇ ਇੱਦਾਂ ਮੈਂ ਚੋਕਲੇਟਾਂ ਸੈਲ ਕਰਿਆ, ਠੀਕ ਹੈ ਇੱਦਾਂ। ਹਾਂਜੀ ਹਾਂਜੀ ਅਤੇ ਇਹਦੇ ਨਾਲ ਨਾਲ ਇੱਦਾਂ ਦੇਖੋ ਹੋਰ ਵੀ ਬਹੁਤ ਕੁਛ ਨੇ, ਇੱਦਾਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਆਪਾਂ ਨੂੰ, ਬਿਲਕੁਲ ਥੋੜ੍ਹਾ ਜਿਹਾ ਵਿਹਲਾ ਸਮਾਂ ਇੱਦਾਂ ਆਪਣੇ ਆਪ ਨੂੰ ਵੀ ਆਪਾਂ ਨੂੰ ਦੇਣਾ ਚਾਹੀਦਾ, ਬਿਲਕੁਲ ਥੋੜ੍ਹਾ ਜਿਹਾ ਆਪਾਂ ਨੂੰ ਆਪਣੀ ਮੈਂਟਲ ਹੈਲਥ ਬਾਰੇ ਵੀ ਦੇਣਾ ਚਾਹੀਦਾ, ਕੁਛ ਆਪਾਂ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਜਿਹੜੀਆਂ ਆਪਣੀਆਂ ਕੋਈ ਕਮੀਆਂ ਪੇਸ਼ੀਆਂ ਨੇ, ਕੋਈ ਪ੍ਰੋਬਲਮਸ ਨੇ ਇਹਦਾ, ਉਹਦੇ ਬਾਰੇ ਤਾਂ ਬਾਕੀ ਅਸੈਪਟ ਕਰ ਲੈਣੀਆਂ ਚਾਹੀਦੀਆਂ, ਜਿਹੜੀ ਹਾਂ ਕਮੀ ਹੈਗੀ ਉਹਨੂੰ ਮੰਨ ਲੈਣੀ ਚਾਹੀਦੀ ਹੈ ਵੀ ਹਾਂ ਯਾਰ ਆਹ ਮੇਰੇ 'ਚ ਕਮੀ ਹੈਗੀ ਆ, ਆਹ ਚੀਜ਼ ਦਾ ਮੈਨੂੰ ਪਤਾ ਨਹੀਂ ਸੀ, ਹੁਣ ਮੈਨੂੰ ਪਤਾ ਲੱਗਿਆ ਅਤੇ ਪਹਿਲਾਂ ਨਹੀਂ ਪਤਾ ਸੀ, ਜੇ ਉਹ ਅਸੀਂ ਮੰਨ ਲਾਂਗੇ ਤਾਂ ਗਾਂਹ ਵਾਸਤੇ ਸੁਧਾਰ ਕਰ ਲਾਂਗੇ, ਜੇ ਨਹੀਂ ਮੰਨਾਂਗੇ ਤਾਂ ਉਹ ਗਾਂਹ ਵਾਸਤੇ ਸਾਡੀ ਅੱਗੇ ਅੱਗੇ ਜ਼ਿਆਦਾ ਜ਼ਿਆਦਾ ਜਾਂਦੀ ਜਾਂਦੀ ਵੱਧਦੀ ਜਾਣੀ ਆ। ਉਹ ਤਾਂ ਸਭ ਤੋਂ ਪਹਿਲੀ ਸਟੇਜ ਹੈ, ਪਹਿਲੀ ਸਟੇਜ ਇੱਦਾਂ ਸਿਰਫ ਇੱਦਾਂ ਆਪਾਂ ਮੰਨਾਂਗੇ ਇਦੋਂ, ਹਾਂਜੀ ਹਾਂਜੀ, ਅਤੇ ਉਸ ਤੋਂ ਬਾਅਦ ਗਾਂਹ ਇੱਦਾਂ ਫਿਰ ਆਪਾਂ ਇੱਦਾਂ ਨੈਕਸਟ ਸਟੇਜ ਸ਼ੁਰੂ ਹੋਏਗੀ, ਇੱਦਾਂ ਆਪਾਂ ਉਹਦਾ ਹੁਣ ਇਹਦਾ ਕਰਨਾ ਕੀ ਇਹਦਾ ਨਾ, ਜਦੋਂ ਜਿੰਨਾ ਚਿਰ ਆਪਾਂ ਅਸੈਪਟ ਹੀ ਨਹੀਂ ਕਰਦੇ ਇੱਦਾਂ ਉਹਨਾਂ ਚਿਰ ਤਾਂ ਇੱਦਾਂ ਸੁਧਾਰ ਵਾਲੇ ਪਾਸੇ ਤਾਂ ਹੋ ਹੀ ਨਹੀਂ ਸਕਦਾ। ਇੱਦਾਂ ਜਦੋਂ ਬਿਲਕੁਲ ਇੱਦਾਂ ਮੈਂ ਕਿਸੇ ਨਾਲ ਗੱਲ ਕਰਦਾ ਸੀ, ਇੱਦਾਂ ਮਕੈਨਿਕ ਸੀਗਾ, ਉਹ ਵੀ ਇੱਦਾਂ ਕਿ ਮੇਰੇ ਅੱਗੋਂ ਬਹਿਸ ਤਾਂ ਹੁੰਦਾ ਸੀ, ਹਾਂਜੀ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਇੱਦਾਂ ਤੇਰੇ ਕੋਲ ਇੱਦਾਂ ਕਾਰਾਂ ਆਉਂਦੀਆਂ ਠੀਕ ਕਰਾਉਣ ਵਾਸਤੇ, ਹਾਂਜੀ, ਹੁਣ ਪਹਿਲਾਂ ਬੰਦੇ ਦੇ ਇੱਦਾਂ ਕਿਤੇ ਵੀਲ ਤੋਂ ਆਵਾਜ਼ ਆਉਂਦੀ ਜਾਂ ਉਹਦਾ ਗੇਅਰ ਇੱਦਾਂ ਸਹੀ ਨਹੀਂ ਪੈ ਰਿਹਾ ਜਾਂ ਹੋਰ ਕੁਛ ਇੱਦਾਂ ਇੰਜਣ 'ਚੋਂ ਆਵਾਜ਼ ਆਉਂਦੀ ਜਾਂ ਫਲਾਣੇ, ਮੈਂ ਕਿਹਾ ਪਹਿਲਾਂ ਉਹ ਬੰਦਾ ਇੱਦਾਂ ਅਸੈਪਟ ਕਰਦਾ ਹੈ ਇੱਦਾਂ ਹਾਂ ਆਹ ਪ੍ਰੋਬਲਮ ਆ, ਫਿਰ ਉਹ ਤੇਰੇ ਕੋਲ ਆਉਂਦਾ ਹੈ, ਫਿਰ ਉਹ ਤੈਨੂੰ ਦੱਸਦਾ ਕਿ ਆਹ ਇਹਦੀ ਪ੍ਰੋਬਲਮ ਹੈ, ਹਾਂਜੀ, ਫਿਰ ਤੂੰ ਉਹਦੀ ਪ੍ਰੋਬਲਮ ਠੀਕ ਕਰ ਦਿੰਦਾ, ਹਾਂਜੀ, ਜੇ ਉਹ ਬੰਦਾ ਮੰਨੇਗਾ ਨਾ ਮਤਲਬ ਇਹਦੇ ਹੈ ਹੀ ਨਹੀਂ ਕੁਛ ਵੀ, ਇੱਦਾਂ ਆਵਾਜ਼ ਆਈ ਜਾਵੇ ਕੁਛ ਹੋਈ ਜਾਵੇ, ਉਹਦਾ ਵੀਲ ਹਿੱਲੀ ਜਾਵੇ, ਉਹਦੀ ਅਲਾਈਨਮੈਂਟ ਉਹਦੀ ਖਰਾਬ ਹੋਵੇ, ਅਤੇ ਫਿਰ ਤਾਂ ਉਹਨਾਂ ਚਿਰ ਅਸੈਪਟ ਹੀ ਨਹੀਂ ਉਹਨੇ ਕਰਨਾ, ਤਾਂ ਤੇਰੇ ਕੋਲ ਉਹਨੇ ਆਉਣਾ ਹੀ ਨਹੀਂ ਹੈ, ਤਾਂ ਤੇਰੇ ਕੋਲ ਉਹ ਠੀਕ ਹੀ ਨਹੀਂ ਹੋਣੀ ਨਾ ਇੱਦਾਂ। ਹਾਂਜੀ, ਹੁਣ ਇੱਦਾਂ ਹੀ ਆਪਣੀਆਂ ਜੇ ਪ੍ਰੋਬਲਮਾਂ ਨੇ ਤੁਹਾਡੀਆਂ, ਅਤੇ ਇੱਦਾਂ ਨਹੀਂ ਹੈਗਾ ਇੱਦਾਂ ਕੋਈ ਗਿਆਨ ਦੀ ਘਾਟ ਹੈ, ਇੱਦਾਂ ਅੱਜ ਕੱਲ੍ਹ ਤਾਂ ਇੱਦਾਂ ਫ੍ਰੀ ਵਿੱਚ ਯੂਟਿਊਬਾਂ 'ਤੇ ਇੱਦਾਂ ਬਹੁਤ ਇੱਦਾਂ ਕਿਤਾਬਾਂ ਪੜ੍ਹ ਲਓ ਤੁਸੀਂ, ਸਰਚ ਕਰੋ ਤੁਸੀਂ, ਜਾਂ ਉੱਦਾਂ ਚਲੋ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਇੱਦਾਂ ਸਾਈਕੋਲੋਜਿਸਟ ਬਥੇਰੇ, ਸਾਈਕੈਟ੍ਰਿਸਟ, ਇੱਦਾਂ ਕਾਉਂਸਲਿੰਗ, ਬਹੁਤ ਕੁਛ ਇੱਧਰ ਉੱਧਰ ਹੈਗਾ ਤੁਹਾਡੇ ਆਪਣੇ ਸਰਕਲ ਦੇ ਵਿੱਚੋਂ ਵੀ, ਕੋਈ ਨਾ ਕੋਈ ਤੁਹਾਡਾ ਆਪਣਾ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਕੁਛ ਇੱਦਾਂ ਹੁੰਦਾ ਹੈ ਕਈ ਵਾਰੀ, ਹਾਂਜੀ ਹਾਂਜੀ, ਪਰ ਗੱਲ ਹੈਗੀ ਪਹਿਲਾਂ ਇੱਦਾਂ ਮੰਨਣ ਦੀ ਨਾ, ਇੱਦਾਂ ਪਹਿਲਾਂ ਇੱਦਾਂ ਵੀ ਹੁੰਦਾ ਇੱਦਾਂ ਬਹੁਤੀ ਵਾਰੀ ਜਿਹੜੇ ਬਹੁਤੇ ਲੋਕ ਨੇ ਤੁਹਾਡੇ ਆਸੇ ਪਾਸੇ ਨਾ, ਇੱਦਾਂ ਇੱਦਾਂ ਨਹੀਂ ਹੁੰਦਾ, ਤੁਹਾਨੂੰ ਐਵੇਂ ਕਹੀ ਜਾਂਦੇ ਨੇ ਇੱਦਾਂ, ਹਾਂਜੀ, ਉਹ ਜੇ ਕੋਈ ਕਹਿ ਰਹੇ ਨੇ ਤੁਹਾਨੂੰ ਇੱਦਾਂ ਥੋੜ੍ਹਾ ਜਿਹਾ ਸੁਣਨਾ ਵੀ ਚਾਹੀਦਾ ਹੈ ਨਾ, ਕੋਈ ਰੀਜ਼ਨ ਹੁੰਦੀ ਉਹਦੇ ਪਿੱਛੇ ਇੱਦਾਂ, ਬਿਲਕੁਲ, ਹੁਣ ਇੱਦਾਂ ਤਾਂ ਹੁੰਦਾ ਨਹੀਂ ਗਾ ਜੇ ਕੋਈ ਇਹਦਾ ਤੁਹਾਡਾ ਆਪਣਾ ਕੋਈ ਬੱਚੇ ਹੀ ਨਹੀਂ ਇਹਦਾ, ਫੋਰ ਐਗਜ਼ਾਮਪਲ ਇੱਦਾਂ, ਹਾਂਜੀ, ਹੁਣ ਮੇਰੇ ਦੋ ਬੱਚੇ ਨੇ ਇੱਦਾਂ ਤੁਹਾਡੇ ਵੀ ਨੇ, ਹੁਣ ਉਹਨਾਂ ਦੇ ਵਿੱਚੋਂ ਇੱਦਾਂ ਇੱਕ ਬੱਚਾ ਜੇ ਮਤਲਬ ਬਹੁਤ ਪੜ੍ਹਦਾ, ਅਤੇ ਇੱਦਾਂ ਥੋੜ੍ਹੀ ਕਿਸੇ ਦਾ ਦਿਮਾਗ ਹੀ ਲਿਆਉਂਦਾ, ਮਤਲਬ ਉਹਨੂੰ ਬੱਚੇ ਨੂੰ ਵੀ ਤਾਂ ਉਸ ਚੀਜ਼ ਬਾਰੇ ਕਹੀ ਜਾਵੇ ਤੂੰ ਪੜ੍ਹਦਾ ਕਿਉਂ ਨਹੀਂ, ਤੂੰ ਪੜ੍ਹਦਾ ਕਿਉਂ ਨਹੀਂ ਨਾ, ਬਿਲਕੁਲ, ਹੁਣ ਉਹਦੀ ਜੇ ਕੋਈ ਆਪਾਂ ਉਹਨੂੰ ਕਹਿ ਰਹੇ ਹੁੰਦੇ ਹਾਂ ਤਾਂ ਉਹ ਉਹਦੀ ਪਿੱਛੇ ਕੋਈ ਰੀਜ਼ਨ ਹੁੰਦੀ ਹੈ, ਰੀਜ਼ਨ ਹੁੰਦਾ, ਹਾਂਜੀ, ਹਾਂ, ਹੋ ਸਕਦਾ ਕੋਈ ਮਾੜਾ ਮੋਟਾ ਇੱਦਾਂ ਵਧਾ ਘਟਾ ਕੇ ਕੋਈ ਜ਼ਿਆਦਾ ਥੋੜ੍ਹਾ ਜਿਹਾ ਕਹਿ ਰਿਹਾ ਹੋਵੇ, ਹਾਂਜੀ, ਹਾਂ, ਪਰ ਕਹਿ ਡੈਫੀਨੇਟਲੀ ਜਿਹੜੀ ਗੱਲ ਰਿਹਾ ਹੋਏਗਾ ਉਹਦੇ ਪਿੱਛੇ ਕੁਛ ਨਾ ਕੁਛ ਹੁੰਦਾ ਹੈ ਨਾ ਇੱਦਾਂ, ਹਾਂਜੀ, ਇੱਦਾਂ ਹੀ ਜੇ ਸਾਨੂੰ ਵੀ ਜੇ ਕੋਈ ਕੁਛ ਕਹਿੰਦਾ ਇੱਦਾਂ, ਹਾਂਜੀ, ਹਾਂ, ਇੱਕ ਤੋਂ ਜੇ ਜ਼ਿਆਦਾ ਜਾਣੇ ਤੁਹਾਨੂੰ ਇੱਦਾਂ, ਇੱਕ ਤੁਹਾਨੂੰ ਦੋਸਤਾਂ ਨੇ ਕੁਛ ਕਿਹਾ ਜਾਂ ਤੁਹਾਡੇ ਰਿਸ਼ਤੇਦਾਰ ਨੇ ਕੁਛ ਕਿਹਾ, ਹਾਂਜੀ, ਉਹ ਤੁਸੀਂ ਇੱਦਾਂ ਗੱਲ ਸੁਣ ਲਈ ਚਲੋ ਠੀਕ ਹੈ ਨਾ, ਇਹਦਾ ਸੇਮ ਚੀਜ਼ ਤੁਹਾਨੂੰ ਕਿਸੇ ਨੇ ਹੋਰ ਨੇ ਵੀ ਕਹੀ, ਫਿਰ ਤਾਂ ਡੈਫੀਨੇਟਲੀ ਤੁਹਾਨੂੰ ਸੋਚਣਾ ਚਾਹੀਦਾ ਯਾਰ ਮਤਲਬ ਕੋਈ ਕਮੀ ਪੇਸ਼ੀ ਹੈਗੀ ਹੈ, ਇੱਦਾਂ ਦੋ ਜਣੇ ਨੇ ਮੈਨੂੰ ਤਾਂ ਕਿਉਂ ਕਹਿਤਾ ਇਹਨਾਂ ਨੇ ਚੋਂ ਕੀ ਲੈਣਾ ਸੀਗਾ ਨਾ ਇਹਦਾ, ਹਾਂ, ਉਹ 'ਤੇ ਤੁਹਾਨੂੰ ਬਿਲਕੁਲ ਤੁਹਾਨੂੰ ਕੰਮ ਕਰਨਾ ਚਾਹੀਦਾ। ਚਲੋ ਆਪਾਂ ਵਾਪਸ ਆਪਣੇ ਇੱਦਾਂ ਟੋਪਿਕ 'ਤੇ ਆਈਏ, ਇੱਦਾਂ ਹੁਣ ਉਹਦੇ ਵਿੱਚ ਦੇਖੋ ਇੱਦਾਂ ਜੇ ਕੋਈ ਬੰਦਾ ਜਿੱਦਾਂ ਤੁਸੀਂ ਟੈਕਸੀ ਦੀ ਐਗਜ਼ਾਮਪਲ ਦਿੱਤੀ ਸੀ, ਟੈਕਸੀ ਦੀ ਜਾਂ ਟਰੱਕ ਦੀ ਜਾਂ ਜਿੱਦਾਂ ਦੇ ਆਪਣੇ ਲੋਕ ਜਿਹੜੇ ਕੰਮ ਕਰਦੇ ਨੇ, ਇੱਦਾਂ ਬਿਲਕੁਲ ਕੰਮ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਇੱਦਾਂ ਸਾਰੇ ਕੰਮ ਬਹੁਤ ਵਧੀਆ ਨੇ ਇੱਦਾਂ, ਹਾਂਜੀ, ਸਾਰੇ, ਅਤੇ ਹਰੇਕ ਨੂੰ ਕਰਨਾ ਚਾਹੀਦਾ ਇੱਦਾਂ, ਪਰ ਆਲਵੇਜ਼ ਇੱਦਾਂ ਰੂਮ ਹੁੰਦਾ ਤੁਹਾਨੂੰ ਇੰਪਰੂਵ ਕਰਨ ਵਾਸਤੇ ਨਾ, ਹਾਂਜੀ, ਹੁਣ ਇੱਦਾਂ ਥੋੜ੍ਹੀ ਇੱਦਾਂ ਆਪਣੀ ਕਮਿਊਨਿਟੀ ਇਸੇ ਇਹਨਾਂ ਚੀਜ਼ਾਂ ਵਾਸਤੇ ਹੀ ਬਣੀ ਹੈ, ਇੱਦਾਂ ਠੀਕ ਹੈ, ਇੱਦਾਂ ਮੈਂ ਵੀ ਟੈਕਸੀ ਚਲਾਈ ਆਇਆ ਇੱਦਾਂ, ਹਾਂਜੀ, ਤੁਸੀਂ ਵੀ ਚਲਾਈ ਸੀ, ਬਿਲਕੁਲ, ਅਤੇ ਇੱਦਾਂ ਚਲਾਉਂਦੇ ਨੇ ਇੱਦਾਂ ਕੋਈ ਡਾਊਟ ਨਹੀਂ ਹੈਗਾ, ਪਰ ਉਹ 'ਚੋਂ ਤੁਸੀਂ ਨਿਕਲ ਕੇ ਤੁਹਾਨੂੰ ਕੁਛ ਹੋਰ ਵੀ ਕਰਨਾ ਚਾਹੀਦਾ ਹੈਗਾ, ਇਹ ਨਹੀਂ ਹੈਗਾ ਤੁਸੀਂ ਉਹਨੂੰ ਤੁਸੀਂ
ਅਤੇ ਉਹਨਾਂ ਚੀਜ਼ਾਂ 'ਤੇ ਵੀ ਥੋੜ੍ਹਾ ਜਿਹਾ ਜਿੱਦਾਂ ਆਪਣੇ ਆਪ ਨੂੰ ਆਪਾਂ ਕਾਬੂ ਪਾਉਣਾ ਚਾਹੀਦਾ ਆਪਣੇ, ਜਿੱਦਾਂ ਕਹਿੰਦੇ ਨਹੀਂ ਆਪਣੇ ਜਿੱਦਾਂ ਕਹਾਵਤਾਂ ਸੀਗੀਆਂ, ਜਿੱਦਾਂ ਜਿੰਨੀ ਚਾਦਰ ਹੈਗੀ ਉਹਦੇ ਹਿਸਾਬ ਨਾਲ ਉਸ ਹਿਸਾਬ ਆਪਣਾ ਨਾਲ ਚੱਲਣਾ ਪੈਸ ਚਾਹੀਦਾ ਪੈਰ ਬਿਲਕੁਲ ਪਸਾਰ। ਹਾਂਜੀ ਹੁਣ ਅਸੀਂ ਜਿੱਦਾਂ ਇੱਥੇ ਆਏ, ਮੇਰੀ ਸਭ ਤੋਂ ਪਹਿਲੀ ਕਾਰ $400 ਦੀ ਸੀਗੀ, ਹਾਂਜੀ ਮੈਂ ਲਈ ਸੀ, ਮੈਨੂੰ ਪਤਾ ਹਾਂਜੀ ਜਿੱਦਾਂ ਮਾਜ਼ਦਾ 323 ਸੀਗੇ ਤਾਂ, ਹਾਂਜੀ ਅਤੇ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ। ਹਾਂਜੀ ਜਿੱਦਾਂ ਉਦੋਂ ਇੱਦਾਂ ਆਏ ਸੀਗੇ ਅਸੀਂ ਬਿਨਾਂ ਪੈਸਿਆਂ ਤੋਂ, ਖਾਲੀ ਹੱਥ ਆਏ ਸੀਗੇ, ਉਹ ਵੀ ਬਹੁਤ ਪ੍ਰਾਊਡ ਵਾਲੀ ਗੱਲ ਸੀ। ਹਾਂਜੀ ਬਿਲਕੁਲ, ਹੁਣ ਅੱਜ 1-2 ਲੱਖ ਵਾਲੀਆਂ ਕਾਰਾਂ ਵੀ ਅਫੋਰਡ ਕਰ ਸਕਦੇ ਹਾਂ, ਅਤੇ ਉਹ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਨਾ। ਪ੍ਰੋਬਲਮ ਨਹੀਂ, ਹਾਂਜੀ ਬਿਲਕੁਲ। ਹੁਣ ਤੁਸੀਂ ਆਪਣੇ ਤਾਂ ਉਹ ਵੀ ਦੇਖੋ ਨਾ, ਜਿੱਦਾਂ ਜਿਨ੍ਹਾਂ ਦੀਆਂ ਤੁਸੀਂ ਜਿੱਦਾਂ ਰੀਸਾਂ ਕਰਕੇ ਤਾਂ ਤੁਸੀਂ ਪੰਗੇ ਲੈਂਦੇ ਹੋ, ਹਾਂਜੀ, ਜਾਂ ਪੰਗਿਆਂ 'ਚ ਫਸ ਜਾਂਦੇ ਹੋ, ਤਾਂ ਉਹਨਾਂ ਦੀ ਬੈਕਗਰਾਊਂਡ ਕੀ ਹੈ, ਉਹਨਾਂ ਨੂੰ ਕਿੰਨਾ ਚਿਰ ਇੱਥੇ ਆਇਆ ਨੂੰ ਹੋ ਗਿਆ, ਹੋ ਬਿਲਕੁਲ ਸਕਦਾ ਉਹ ਬਿਲਕੁਲ 30 ਸਾਲ ਤੋਂ ਇੱਥੇ ਆਏ ਨੇ, ਬਿਲਕੁਲ ਜੀ, ਹਾਂਜੀ, ਅਤੇ ਉਹਨਾਂ ਨੇ ਕੀ ਕੁਛ ਕੀਤਾ ਇੱਥੇ ਤੱਕ ਪਹਿਲਾਂ ਪਹੁੰਚਣ ਵਾਸਤੇ, ਵਾਸਤੇ ਬਿਲਕੁਲ ਜੀ। ਹੁਣ ਉਹਨਾਂ ਨੂੰ ਤੁਸੀਂ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਉੱਥੋਂ ਤੱਕ, ਪਹਿਲਾਂ ਤਾਂ ਤੁਸੀਂ ਇਹਦਾ ਉਨਾ ਟਾਈਮ ਦਿਓ ਆਪਣੇ ਆਪ ਨੂੰ, ਹਾਂਜੀ, ਨਾਲੇ ਹਰੇਕ ਦੀ ਕੈਪੇਬਿਲਿਟੀ ਨਹੀਂ ਹੁੰਦੀ ਉਦਾਂ ਦੀ, ਇਦਾਂ ਹਰੇਕ ਬੰਦਾ ਨਹੀਂ ਕਰ ਸਕਦਾ। ਹਾਂਜੀ ਹਾਂਜੀ, ਤੁਸੀਂ ਇਦਾਂ ਦੇਖੋ, ਭਾਜੀ ਨੇ ਇੱਕ ਬੜੀ ਵਧੀਆ ਗੱਲ ਕਹੀ ਸੀਗੀ, ਤਾਂ ਭਾਜੀ ਕਹਿੰਦੇ ਜਿਹੜੇ ਤੁਹਾਡੇ ਬੱਚੇ ਨੇ ਉਹੀ ਤੁਹਾਡੀ ਅਗਲੀ ਜਨਰੇਸ਼ਨ ਹੈ, ਹਾਂਜੀ, ਅਤੇ ਇਦਾਂ ਟਾਈਮ ਤਾਂ ਬਹੁਤ ਛੇਤੀ ਲੰਘ ਜਾਂਦਾ ਹੈ, ਤਾਂ ਜੇ ਆਪਾਂ 20-25 ਸਾਲ ਦੇ ਆਪਾਂ ਪੜ੍ਹ ਪੁੜ ਕੇ ਆਪਾਂ ਕੰਮ ਕਰਨਾ ਸਟਾਰਟ ਕੀਤਾ ਸੀਗਾ, ਹਾਂਜੀ, ਹੁਣ ਅੱਗੋਂ ਤੁਹਾਡੇ ਤਾਂ ਵਿਆਹ ਹੋ ਗਿਆ, ਬੱਚੇ ਹੋ ਗਏ ਨੇ, ਤਾਂ ਹੋਰ 18-20 ਸਾਲਾਂ ਨੂੰ ਤੋਂ 40-45 ਦੇ ਹੋਣਾ, ਅਤੇ ਬੱਚਿਆਂ ਨੇ ਵੀ ਤੁਹਾਡਾ ਜਵਾਨ ਹੋ ਜਾਣਾ ਨਾ। ਹਾਂਜੀ ਹਾਂਜੀ, ਜੇ ਤੁਸੀਂ ਮਤਲਬ ਫੋਰ ਸਮ ਰੀਜ਼ਨ ਇੱਦਾਂ ਉੱਥੇ ਤੱਕ ਨਹੀਂ ਪਹੁੰਚ ਸਕੇ ਕਿਸੇ ਤਰੀਕੇ ਦਾ, ਕੁਛ ਇੱਦਾਂ ਤੁਹਾਡੀ ਫੈਮਿਲੀ ਪ੍ਰੋਬਲਮ ਸੀ, ਤੁਸੀਂ ਪੜ੍ਹ ਨਹੀਂ ਸਕੇ ਉਨਾ, ਹਾਂਜੀ, ਜਾਂ ਉਨਾ, ਚਲੋ ਠੀਕ ਹੈ, ਇੱਦਾਂ ਪਰ ਆਪਣੇ ਆਪ ਨੂੰ ਘੱਟੋ ਘੱਟ ਸੌਖਾ ਰੱਖੋ ਤੁਸੀਂ ਇੱਦਾਂ ਥੋੜ੍ਹਾ ਜਿਹਾ। ਹਾਂਜੀ, ਹੁਣ ਕਾਰ ਭਾਵੇਂ ਤੁਹਾਡੇ ਕੋਲੋਂ 500 ਦੀ ਹੋਵੇ, ਚਾਹੇ 5,000 ਦੀ ਹੋਵੇ, ਚਾਹੇ 50,000 ਦੀ ਹੋਵੇ, ਅਤੇ ਮੈਂ ਕਹਿੰਦਾ ਤੁਹਾਡੀ ਆਪਣੀ ਹੋਣੀ ਚਾਹੀਦੀ। ਆਪਣੀ ਤੋਂ ਮਤਲਬ ਹੈ ਇੱਦਾਂ ਤੁਹਾਡਾ ਇਹ ਨਾ ਹੋਵੇ ਤੁਸੀਂ ਇੱਦਾਂ ਅੱਡੀਆਂ ਚੁੱਕ ਕੇ ਫਾਹ ਲਿਆ ਹੋਵੇ, ਪੈਸੇ ਤੁਸੀਂ ਇੱਧਰੋਂ ਇੱਧਰੋਂ ਫੜ ਕੇ ਕ੍ਰੈਡਿਟ ਕਾਰਡਾਂ ਤੋਂ ਚੁੱਕ ਕੇ ਲੋਨ ਲੈ ਕੇ ਇੱਦਾਂ ਤੁਹਾਡਾ ਗੱਡੀ 'ਚ ਬੈਠੇ ਹੋ ਤੁਸੀਂ, ਪਰ ਤੁਹਾਨੂੰ ਪਸੀਨਾ ਆ ਰਿਹਾ ਯਾਰ, ਮੈਂ ਕਿਸ਼ਤ ਫੇਰ ਪਿਛਲੀ ਲੰਘ ਕੇ ਗਈ ਸੀ 10 ਦਿਨ ਹੋਏ ਆ, ਅਤੇ 15-18 ਦਿਨਾਂ ਨੂੰ ਫਿਰ ਦੁਬਾਰਾ ਮਹੀਨਾ ਦੁਬਾਰਾ ਹੋ ਜਾਣਾ, ਅਤੇ ਫਿਰ ਦੁਬਾਰਾ ਇੱਕ ਕਿਸ਼ਤ ਆ ਜਾਣੀ ਆ, ਉਹ ਗੱਡੀ ਦਾ ਕੋਈ ਫਾਇਦਾ ਨਹੀਂ ਹੈਗਾ। ਉਹਦੇ ਨਾਲ ਉਹ ਤੁਸੀਂ ਇਹਦਾ ਜਿੰਨੇ ਦੀ ਅਫੋਰਡ ਕਰ ਸਕਦੇ ਉਹਨੀ ਲੈ ਲਓ, ਜਿਹੜੀ ਸਾਨੂੰ ਇਹਦਾ ਸਕੂਨ ਦੇਵੇ, ਸਕੂਨ ਹੋਵੇ। ਇੱਦਾਂ ਗੁਰਬਾਣੀ ਦੇ ਵਿੱਚ ਵੀ ਇੱਕ ਸ਼ਬਦ ਹੈਗਾ, ਇੱਦਾਂ ਉਹ ਵੀ ਸ਼ਬਦ ਇੱਦਾਂ ਹੀ ਹੈ ਇਹਦਾ, ਅਤੇ ਉਹ ਇਹਦਾ ਸੋਨੇ ਤੋਂ ਸ਼ੁਰੂ ਹੁੰਦਾ ਹੈ, ਤਾਂ ਰਸ ਸੋਨਾ ਇੱਦਾਂ ਉਹਦੇ ਵਿੱਚ ਇੱਦਾਂ ਕਰਕੇ, ਹੁਣ ਪੂਰਾ ਉਹਨੇ ਯਾਦ ਨਹੀਂ ਜ਼ਮਾਨੇ, ਹਾਂਜੀ, ਉਹਦੇ ਵਿੱਚ ਇੱਦਾਂ ਮਕਾਨ ਵੀ ਆਉਂਦਾ, ਉਹਦੇ ਵਿੱਚ ਘੋੜਾ ਵੀ ਆਉਂਦਾ, ਉਹਨਾਂ ਟਾਈਮਾਂ ਦੇ ਵਿੱਚ ਘੋੜੇ ਹੁੰਦੇ ਸੀਗੇ, ਹਾਂਜੀ, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਉਹਦਾ ਮਤਲਬ ਜਿਹੜਾ ਤੁਸੀਂ ਘੋੜਾ ਇੱਦਾਂ ਨਹੀਂ ਹੈਗਾ ਕੋਈ ਪ੍ਰੋਬਲਮ ਹੈ ਰੱਖਣ 'ਚ, ਹਾਂਜੀ, ਰੱਖੋ, ਪਰ ਇਹ ਨਹੀਂ ਹੈਗਾ ਤੁਸੀਂ ਆਪਣੀ ਔਕਾਤ ਤੋਂ ਵੱਧ ਕੇ ਤੁਸੀਂ ਰੱਖਣਾ ਵਾ ਇੱਦਾਂ। ਉਹ ਅੱਜ ਆਪਾਂ ਕਾਰ 'ਤੇ ਗੱਲ ਲਾ ਲਈਏ ਨਾ, ਹਾਂਜੀ, ਆਪਾਂ ਕਾਰ 'ਤੇ ਰੱਖ, ਅਤੇ ਉਹਦੇ ਵਿੱਚ ਇੱਦਾਂ ਮੰਦਰ ਬਾਰੇ, ਮੰਦਰ ਮਤਲਬ ਘਰ ਬਾਰੇ ਵੀ ਕਿਹਾ ਹੋਇਆ, ਸੇਮ ਚੀਜ਼ ਜਿੰਨਾ ਤੁਸੀਂ ਅਫੋਰਡ ਕਰ ਸਕਦੇ ਉਨਾ ਲਓ। ਹੁਣ ਇਹਦਾ ਆਪਣੇ ਬਹੁਤ ਲੋਕਾਂ ਨੇ ਇੱਦਾਂ ਪੰਥਪ੍ਰੀਤ ਹੋ ਗਿਆ, ਹੋਰ ਹੋ ਗਿਆ, ਇੱਦਾਂ ਇਹਨਾਂ ਨੇ ਲੋਕਾਂ ਨੂੰ ਲੋਕ ਇੱਦਾਂ ਜਨਾਨੀਆਂ ਨੂੰ ਟਾਰਗੇਟ ਕਰਦੇ, ਤਿਆਰ ਨਹੀਂ ਹੋਣਾ, ਸੁਰੱਖੀ ਬਿੰਦੀ ਜਿਹੜੀ ਇਹ ਬਾਂਦਰ ਦੇ ਖੂਨ ਤੋਂ ਬਣਦੀ ਆ, ਬਣਦੀ, ਸੋਨਾ ਨਹੀਂ ਪਾਉਣਾ ਕਿਸੇ ਨੇ ਨਾ, ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਸੋਨਾ ਨਹੀਂ ਪਾਉਣਾ। ਗੁਰਬਾਣੀ ਤਾਂ ਇੱਦਾਂ ਇੰਨਾ ਓਪਨ ਸੋਰਸ ਹੈ ਨਾ, ਇੱਦਾਂ ਉਹਨਾਂ ਨੇ ਤੁਹਾਨੂੰ ਇੱਦਾਂ ਪੂਰਾ ਓਪਨ ਤੁਹਾਨੂੰ ਖੁੱਲ੍ਹ ਦਿੱਤੀ ਹੋਈ ਹੈ, ਉਹ ਕਹਿੰਦੇ ਤੁਸੀਂ ਇੱਦਾਂ ਕਰੋ, ਪਰ ਤੁਸੀਂ ਆਪਣੇ ਔਕਾਤ ਦੇ ਹਿਸਾਬ ਨਾਲ ਕਰੋ, ਖਾਣ ਪੀਣ ਬਾਰੇ ਵੀ ਇੱਦਾਂ ਲਿਖਿਆ ਹੋਇਆ, ਇੱਦਾਂ ਜੋ ਕੁਛ ਤੁਸੀਂ ਇੱਦਾਂ ਖਾ ਕੇ ਤੁਹਾਡੇ ਇੱਦਾਂ ਮਨ 'ਚ ਵਿਕਾਰ ਨਾ ਚੱਲਣ, ਜਾਂ ਤੁਹਾਡਾ ਇੱਦਾਂ ਸਰੀਰ ਤੰਗ ਨਾ ਹੋਵੇ, ਉਹ ਕਰੋ। ਇੱਦਾਂ ਸੋਨੇ ਬਾਰੇ ਵੀ ਕੁਛ ਨਹੀਂ ਕਿਤੇ ਨਹੀਂ ਲਿਖਿਆ ਹੋਇਆ, ਸੋਨਾ ਨਹੀਂ ਪਾਉਣਾ, ਉਹ ਕਹਿੰਦੇ ਮਤਲਬ ਪਾਓ, ਪਰ ਇਹਨੂੰ ਇੱਦਾਂ ਰਸ ਨਾ ਬਣਾਓ, ਇਹਨੂੰ ਇਹੀ ਜਿਹੜਾ ਆਪਾਂ ਬੈਲੈਂਸ ਦੀ, ਜਿਹੜੀ ਬੈਲੈਂਸ ਦੀ ਆਪਾਂ ਗੱਲ ਕਰਦੇ ਪਏ ਹਾਂ, ਉਹ ਇੱਦਾਂ ਹੀ ਉਹਨਾਂ ਨੇ ਬੈਲੈਂਸ ਦੀ ਗੱਲ ਹੀ ਕੀਤੀ ਗੁਰਬਾਣੀ 'ਚ। ਇੱਦਾਂ ਤੁਸੀਂ ਇਹਨੂੰ ਇੱਕ ਬੈਲੈਂਸ ਵਿੱਚ ਰੱਖੋ, ਜਿੰਨਾ ਤੁਸੀਂ ਅਫੋਰਡ ਕਰ ਸਕਦੇ ਹੋ ਉਨਾ ਸੋਨਾ ਪਾਓ, ਉਨੀ ਤੁਸੀਂ ਇੱਦਾਂ ਕਾਰ ਜਿਹੜੀ ਅਫੋਰਡ ਕਰ ਸਕਦੇ ਬੈਲੈਂਸ ਵਿੱਚ, ਹਾਂਜੀ, ਉਹ ਕਰੋ। ਘਰ ਜਿਹੜਾ ਜਿੰਨਾ ਤੁਸੀਂ ਬੈਲੈਂਸ ਵਿੱਚ ਅਫੋਰਡ ਕਰ ਸਕਦੇ ਹੋ, ਹਾਂਜੀ, ਉਹਨੂੰ ਤੁਸੀਂ ਉਨਾ ਕਰੋ, ਕੰਮ ਤੁਸੀਂ ਉਨਾ ਕਰੋ, ਇੱਦਾਂ ਤੁਸੀਂ ਜਿੰਨਾ ਤੁਹਾਡਾ ਸਰੀਰ ਤੁਹਾਡਾ ਚੱਲ ਸਕਦਾ, ਤੁਹਾਡਾ ਘਰ ਤੁਹਾਡੇ ਆਪਣੇ ਹਾਲਾਤਾਂ ਦੇ ਹਿਸਾਬ ਨਾਲ, ਜਿੱਦਾਂ ਸੋਰੀ ਕਰ ਲਓ, ਜਿੱਦਾਂ ਹੁਣ ਇੱਕ ਆਪਣਾ ਮਾਇੰਡ ਦਾ ਵੀ ਬੈਲੈਂਸ, ਜਿੱਦਾਂ ਕੋਈ ਇੱਕ ਰਾਜੇ ਦੀ ਸੁਣਾਉਂਦੇ ਸੀ ਨਾ, ਵੀ ਮੈਂ ਸੁਣੀ ਸੀ ਕਿਤੇ ਇੱਦਾਂ ਹੀ, ਵੀ ਉਹ ਕਹਿੰਦੇ ਵੀ ਅੰਤਰ ਚਿੰਤਾ ਜੀ ਨੂੰ ਨੈਣੀ ਸੁਖੀ ਦੇਖਦਾ, ਵੀ ਦੁਖੀ ਹੋ ਗਿਆ ਨਾਮ ਤੋਂ ਬਿਨਾਂ, ਵੀ ਉਹ ਬੰਦੇ ਨਾਮ ਸਿਮਰਨ ਕਰਕੇ ਵੀ ਬੈਲੈਂਸ ਨਹੀਂ ਬਣਾ ਸਕੇ ਆਪਣੀ ਬ੍ਰੇਨ ਦਾ। ਵੀ ਜਿੱਦਾਂ ਆਪਣੇ ਬੈਲੈਂਸ ਦੇ ਉੱਤੇ ਮੇਰੇ ਦਿਮਾਗ 'ਚ ਗੱਲ ਆਈ, ਵੀ ਜਿੱਦਾਂ ਵੀ ਉਹਨਾਂ ਨੇ ਨਾਮ ਸਿਮਰਨ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਪਰ ਬੈਲੈਂਸ ਨਹੀਂ ਬਣਿਆ ਉਹਨਾਂ ਤੋਂ, ਉਹਨਾਂ ਨੇ ਕੰਮ ਨਹੀਂ ਕੀਤਾ ਅਤੇ ਨਾਮ ਸਿਮਰਨ ਦੇ ਚੱਕਰਾਂ 'ਚ ਤੁਰੇ ਫਿਰੇ, ਸਰੀਰ ਤਾਂ ਉਹਨਾਂ ਦਾ ਡਾਊਨ ਹੋ ਗਿਆ ਉਹ ਚੱਕਰਾਂ ਦੇ ਵਿੱਚ ਹੀ। ਵੀ ਉਹ ਕਹਿੰਦੇ ਜੀ ਭੁੱਖ ਨਹੀਂ ਲੱਗਦੀ ਜੀ, ਉਹ ਨਹੀਂ ਕਰਦੀ ਜੀ, ਇਹ ਨਹੀਂ ਕਰਦੇ। ਉਹ ਮੇਰੇ ਸਾਡੇ ਘਰ ਹੀ ਆ, ਵੀ ਜਿੱਦਾਂ ਚਾਚਾ
ਪਰ ਉਹਨੇ ਸੰਤੁਸ਼ਟ ਨਹੀਂ ਹੈਗੇ ਗੇ ਲਾਈਫ ਤੋਂ, ਵੀ ਉਹਨਾਂ ਨੂੰ ਜਿੱਦਾਂ ਸਾਡੇ ਮੇਰੇ ਖਿਆਲ ਕਿਸੇ ਚੀਜ਼ ਦੀ ਕੋਈ ਉਹੋ ਜਿਹੀ ਪ੍ਰੋਬਲਮ ਨਹੀਂ ਹੈਗੀ, ਪਰ ਉਹਨਾਂ ਦੀ ਚਿਹਰੇ ਤੋਂ ਮੈਨੂੰ, ਮੈਂ ਐਤਕੀ ਜਦੋਂ ਗਿਆ ਇੰਡੀਆ ਅਤੇ ਮੈਨੂੰ ਉਹਦੇ ਚਿਹਰੇ ਤੋਂ ਚਾਚੇ ਤੋਂ ਲੱਗਦਾ ਸੀ ਵੀ ਹਜੇ ਪੂਰੇ ਖੁਸ਼ ਨਹੀਂ ਹੈਗੇ, ਸਿਮਰਨ ਬਹੁਤ ਕਰ ਲਿਆ, ਸਾਰਾ ਕੁਛ ਬਹੁਤ ਕਰ ਲਿਆ, ਪਰ ਬੈਲੈਂਸ ਨਹੀਂ ਹੋ ਸਕਿਆ, ਅਨਬੈਲੈਂਸ ਹੀ ਤੁਰੇ ਫਿਰਦੇ ਆ ਹਜੇ ਵੀ। ਵੀ 20 ਸਾਲ ਤੋਂ ਵੀ ਉੱਪਰ, ਵੀ 2001 ਤੋਂ ਮੈਂ ਜਾਣਦਾ ਵੀ ਉਹ ਜਿਹੜੇ ਤਰਮਾਲੇ ਵਾਲੇ ਆ ਬਾਈ ਦੇ, ਹਾਂਜੀ ਉਹਨਾਂ ਦੇ ਜਾਂਦੇ ਆ ਉਹ, ਠੀਕ ਹੈ। ਵੀ ਉਹ ਮੈਂ ਇੱਕ ਦਿਨ ਹਾਸੇ ਹਾਸੇ ਦੇ ਛੇੜਿਆ, ਮੈਂ ਕਿਹਾ ਵੀ ਚਾਚੇ ਨੇ ਧੁੰਨੀ ਪੁੱਠੀ ਕਰ ਲਈ ਵਾਹਿਗੁਰੂ ਵਾਹਿਗੁਰੂ ਕਰਕੇ, ਪਰ ਸੰਤੁਲਨ ਨਹੀਂ ਹੋਇਆ ਗਿਆ, ਬੈਲੈਂਸ ਨਹੀਂ ਬਣਿਆ ਗਿਆ ਨਾ। ਅਤੇ ਵੀ ਮਜ਼ਾਕ ਮਜ਼ਾਕ ਵਿੱਚ ਜਿੱਦਾਂ ਉਹਨੂੰ ਚਾਚੇ ਨੂੰ ਛੇੜਦੇ ਸੀ ਮੈਂ, ਅਤੇ ਮੈਂ ਕਿਹਾ ਵੀ ਤੁਸੀਂ ਸਿਮਰਨ ਬਹੁਤ ਕਰ ਲਿਆ। ਉਹ ਕਹਿੰਦਾ ਮੈਨੂੰ ਕਹਿਣ ਲੱਗ ਗਿਆ ਵੀ ਤੂੰ ਨਾਸਤਿਕ ਹੋ ਗਿਆ, ਜਿੱਦਾਂ ਵੀ ਤੈਨੂੰ ਪਤਾ ਹੀ ਨਹੀਂ ਰਸ ਦਾ, ਵੀ ਜਿਹੜਾ ਇਹ ਰਸ ਹੈ ਤੂੰ, ਤੈਨੂੰ ਪਤਾ ਨਹੀਂ। ਮੈਂ ਕਿਹਾ ਵੀ ਮੈਨੂੰ ਇਸ ਰਸ ਤੋਂ ਬਿਨਾਂ ਆਨੰਦ ਆ, ਵੀ ਇਹ ਰਸ ਨਹੀਂ ਮੈਂ ਲੈ ਰਿਹਾ ਕਿਤੋਂ ਵੀ, ਜਾਂ ਮੈਂ ਕੋਈ ਸਿਮਰਨ ਕਰਕੇ ਲੈ ਰਿਹਾ, ਪਰ ਮੈਨੂੰ ਬਿਨਾਂ ਰਸ ਤੋਂ ਆਨੰਦ ਆ। ਵੀ ਜਿੱਦਾਂ ਭਾਅ ਜੀ ਕਈ ਵਾਰੀ, ਇੱਕ ਵਾਰੀ ਭਾਅ ਜੀ ਦੇ ਪ੍ਰੋਗਰਾਮ 'ਚ ਮੈਂ ਸੁਣਿਆ ਸੀ, ਭਾਅ ਜੀ ਕਹਿੰਦੇ ਸੀ ਵੀ ਮੈਂ ਜਦੋਂ ਸੁਣਨਾ ਤਾਂ ਵੀ ਇੱਕ ਚੁਟਕੀ ਦੇ ਵਿੱਚ ਵੀ ਮੈਂ ਸੌਂ ਸਕਦਾ, ਵੀ ਮੈਨੂੰ ਇੱਦਾਂ ਦੀ ਨਹੀਂ। ਹੁਣ ਮੈਨੂੰ ਵੀ ਇੱਦਾਂ ਹੀ ਆ, ਵੀ ਜੇ ਮੈਂ ਸੌਣਾ ਚਾਹਵਾਂ ਤਾਂ ਮੈਨੂੰ 5 ਮਿੰਟ ਤੋਂ ਵੱਧ ਕਦੇ ਲੱਗਦੇ ਨਹੀਂ, ਵੀ ਮੈਂ ਜੇ ਮੈਂ ਲੱਗਾ ਵੀ ਮੈਂ ਹੁਣ ਸੌਣਾ ਹੀ ਹਾਂ ਅਤੇ ਮੈਂ ਪੈ ਕੇ, ਅਤੇ ਮੈਂ ਸੋਚਦਾ ਨਹੀਂ ਕੁਛ ਵੀ, ਸੋਚਣਾ ਬੰਦ ਕਰ ਦਿਓ ਤੁਸੀਂ ਨੀਂਦ ਆ ਜਾਣੀ ਹੈ। ਹੁਣ ਉਹ ਜਿੱਦਾਂ ਉਹ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਬ੍ਰੇਨ ਥਕਾ ਲਿਆ, ਅਤੇ ਉਹ ਆ ਉਹਨੂੰ ਇਸ ਚੀਜ਼ ਨੂੰ ਰਸ, ਆਤਮ ਰਸ, ਇਹ ਰਸ ਕਰਕੇ, ਅਤੇ ਉਹ ਤੁਰੇ ਫਿਰਦੇ ਉਸੇ ਚੱਕਰ 'ਚ, ਪਰ ਉਹਨਾਂ ਦਾ ਬੈਲੈਂਸ ਨਹੀਂ ਬਣਿਆ। ਜਿੰਨਾ ਜਿੰਨਾ ਉਹਨਾਂ ਨੇ ਸਿਮਰਨ ਕਰ ਲਿਆ, ਜੇ ਇੰਨਾ ਹੀ ਉਹਨਾਂ ਨੇ ਧਿਆਨ ਕਰਿਆ ਹੁੰਦਾ ਇੱਧਰ, ਜਾਣੀ ਪ੍ਰੋਪਰ ਤਰੀਕੇ ਨਾਲ ਗਿਆਨ ਦੇ, ਜਿੱਦਾਂ ਗਿਆਨ ਲਿਆ ਹੁੰਦਾ, ਅਤੇ ਵੀ ਉਹਨਾਂ ਦਾ ਬੈਲੈਂਸ ਬਣ ਜਾਣਾ ਸੀਗਾ, ਵੀ ਆਹ ਚੀਜ਼ ਆਪਣੀ ਹੈਗੀ, ਆਹ ਹੈ ਨਹੀਂ ਗੀ, ਆਹ ਆਪਾਂ ਛੱਡ ਜਾਣੀ ਇੱਥੇ, ਨਾਲ ਕੁਛ ਨਹੀਂ ਲੈ ਕੇ ਜਾਣਾ। ਜਦੋਂ ਸਾਰੇ ਕੁਛ ਦਾ ਹੀ ਪਤਾ, ਤਾਂ ਫਿਰ ਆਪਣਾ ਬੈਲੈਂਸ ਬਣ ਜਾਣਾ ਚਾਹੀਦਾ, ਵੀ ਜਦੋਂ ਲੈ ਕੇ ਕੁਛ ਨਹੀਂ ਆਏ ਤਾਂ ਜਾਣਾ ਵੀ ਕੁਛ ਨਹੀਂ ਨਾਲ, ਅਤੇ ਫਿਰ ਅਨਬੈਲੈਂਸ ਤਾਂ ਉਦੋਂ ਹੀ ਹੁੰਦਾ ਨਾ ਬੰਦਾ ਜਦੋਂ ਲਾਲਚ ਕਰਦਾ। ਅਤੇ ਉਹ ਮੈਂ ਉਹਨਾਂ ਨੂੰ, ਚਾਚੇ ਨੂੰ ਵੀ ਇਹ ਕਿਹਾ, ਮੈਂ ਕਿਹਾ ਵੀ ਤੁਸੀਂ ਜ਼ਿਆਦਾ ਸੋਚਦੇ ਆ ਇਹਦੇ ਬਾਰੇ, ਨਹੀਂ ਫਿਰ ਚਿੰਤਾ ਕਾਹਦੀ, ਜਿੱਦਾਂ ਤੁਸੀਂ ਕਿਹਾ ਜਿੱਦਾਂ ਹੁਣ ਉਹਨਾਂ ਨੂੰ ਇਹ ਪਤਾ ਜਿੱਦਾਂ ਲੈ ਕੇ ਵੀ ਕੁਛ ਨਹੀਂ ਆਏ ਸੀਗੇ ਤੇ ਲੈ ਕੇ ਵੀ ਕੁਛ ਨਹੀਂ ਆਉਣਾ, ਚਿੰਤਾ ਫਿਰ ਕਾਹਦੀ। ਹੁਣ ਉਸ ਤੋਂ ਬਾਅਦ ਵੀ ਜਿੱਦਾਂ ਤੁਸੀਂ ਕਿਹਾ ਉਹਨਾਂ ਦੇ ਫੇਸ ਤੋਂ ਇਹਦਾ ਚਿੰਤਾ ਲੱਗਦੀ ਹੈ ਨਾ, ਹੁਣ ਚਿੰਤਾ ਕਾਹਦੀ, ਉਹ ਚਿੰਤਾ ਇਸ ਚੀਜ਼ ਦੀ ਅਸਲ ਦੇ ਵਿੱਚ ਹਾਂਜੀ ਉਹਨਾਂ ਨੇ ਆਪਣੀਆਂ ਰਿਸਪੋਂਸੀਬਿਲਟੀਆਂ ਨਹੀਂ ਨਿਭਾਈਆਂ ਪੂਰੀਆਂ। ਹਾਂਜੀ ਹੁਣ ਉੱਥੋਂ ਥੋੜ੍ਹੇ ਜਿਹੇ ਭਗੌੜੇ ਹੋਣਗੇ ਤਾਂ ਜਿਹੜਾ ਵੀ ਇੱਦਾਂ ਦਾ ਬੰਦਾ ਹੈ ਨਾ, ਜਿਹੜਾ ਇੱਦਾਂ ਦਾ ਕੋਈ ਕਲੇਮ ਕਰਦਾ ਮੈਂ ਭਗਤੀ ਕਰਦਾ ਉਹ ਕਰਦਾ, ਇੱਦਾਂ ਇੱਦਾਂ ਦਾ ਕੋਈ ਚੀਜ਼ ਨਹੀਂ ਹੈਗੀ। ਇੱਦਾਂ ਦੇਖੋ ਜਿੱਦਾਂ ਨਾ ਗੁਰੂ ਸਾਹਿਬ ਜਦੋਂ ਹੋਏ ਸੀਗੇ ਦਾਸੀਆਂ 'ਤੇ ਗਏ ਸੀ, ਹਾਂਜੀ ਹਾਂਜੀ, ਉਦੋਂ ਇੱਦਾਂ ਇੱਕ ਵਾਰੀ ਮੈਂ ਪੰਜਾਬ ਦੀ ਹਿਸਟਰੀ ਦੀ ਕਿਤਾਬ ਦੇ ਵਿੱਚ ਪੜ੍ਹਦਾ ਸੀਗਾ ਉੱਥੇ 10ਵੀਂ 11ਵੀਂ 'ਚ ਸ਼ਾਇਦ, ਅਤੇ ਉਦੋਂ ਨਾ ਗੁਰੂ ਸਾਹਿਬ ਨੇ ਤਾਂ ਪਹਾੜਾਂ ਦੀਆਂ ਕੰਦਰਾਂ 'ਚ, ਜੰਗਲਾਂ 'ਚ, ਇੱਧਰ ਇੱਧਰ ਇੱਦਾਂ ਲੋਕ ਇੱਦਾਂ ਸਾਧੂ ਜਿਹੜੇ ਬੈਠੇ ਸੀਗੇ, ਹਾਂਜੀ, ਅਤੇ ਉਹਨਾਂ ਨੂੰ ਜਾ ਕੇ ਮਿਲੇ ਤਾਂ ਉਹਨਾਂ ਨਾਲ ਗੱਲਬਾਤ ਕੀਤੀਆਂ, ਜਿੱਦਾਂ ਹੁਣ ਸਿੱਧ ਗੋਸ਼ਟ ਆ ਜਿੱਦਾਂ ਗੁਰਬਾਣੀ 'ਚ ਵੀ ਹੈਗੀ, ਇੱਦਾਂ ਹਾਂਜੀ ਹਾਂਜੀ ਕੀ ਇੱਦਾਂ ਸਿੱਧ ਗੋਸ਼ਟ ਇੱਦਾਂ ਇੱਦਾਂ ਥੋੜ੍ਹੀ ਹੋਣਾ, ਇੱਦਾਂ ਉਹ ਆਏ ਸੀ ਗੁਰੂ ਸਾਹਿਬ ਗਏ ਸੀ ਉਹਨਾਂ ਦੇ ਕੋਲ ਨਾ, ਇੱਦਾਂ ਬਿਲਕੁਲ ਇੱਦਾਂ ਨਾਨਕ ਮਤੇ ਹੋ ਗਿਆ ਜਾਂ ਜਿੱਥੇ ਵੀ ਇੱਦਾਂ ਸੀਗਾ ਨਾ, ਹੋਰ ਵੀ ਥਾਵਾਂ 'ਤੇ ਇੱਦਾਂ ਹੈਗੇ ਨੇ ਤਾਂ ਗੋਰਖ ਮਤ। ਅੱਛਾ ਉਹ ਹੁਣ ਦੇਖੋ ਉੱਥੇ ਗੁਰੂ ਸਾਹਿਬ ਨੇ ਜਾ ਕੇ ਇਹੀ ਉਹਨਾਂ ਨੂੰ ਕਿਹਾ ਸੀਗਾ ਇੱਦਾਂ ਤੁਸੀਂ ਇੱਦਾਂ ਜ਼ਿੰਮੇਵਾਰੀਆਂ ਆਪਣੀਆਂ ਤੋਂ ਭੱਜੇ ਹੋਏ ਭਗੌੜੇ ਲੋਕ ਆ ਨਾ ਤੁਸੀਂ, ਇੱਦਾਂ ਆ ਕੇ ਇੱਥੇ ਤੁਸੀਂ ਜੰਗਲਾਂ 'ਚ ਦਰਖਤਾਂ 'ਚ ਇੱਦਾਂ ਧੂਣਾ ਲਾ ਕੇ ਬਹਿ ਗਏ ਇੱਦਾਂ, ਅਤੇ ਉੱਥੇ ਜਿਹੜਾ ਡਿਕਟੇਟਰਸ਼ਿਪ ਸੀਗੀ ਉਦੋਂ ਇੱਦਾਂ ਉਹ ਜਿਹੜਾ ਰਾਜਾਸ਼ਾਹੀ ਸੀ ਕਾਨੂੰਨ ਸੀਗੇ, ਹਾਂਜੀ, ਉਹ ਤੁਹਾਡੇ ਇੱਦਾਂ ਮਾਂ ਪਿਓ ਜਾਂਦੇ ਉਹ ਤੁਹਾਡੇ ਘਰਦੇ ਨੇ ਇੱਦਾਂ ਉਹਨਾਂ ਦੀ ਲੁੱਟ ਖਸੁੱਟ ਕਰ ਰਹੇ ਨੇ ਇੱਦਾਂ, ਬਿਲਕੁਲ ਬਿਲਕੁਲ, ਹੁਣ ਤੁਸੀਂ ਉਹਨਾਂ ਤੋਂ ਬਚਣ ਕਰਕੇ ਉਹਨਾਂ ਚੀਜ਼ਾਂ ਕਰਕੇ ਤੁਸੀਂ ਇੱਥੇ ਆ ਕੇ ਜੰਗਲ 'ਚ ਆ ਕੇ ਸਮਾਧੀ ਲਾ ਕੇ ਬਹਿ ਗਏ ਇੱਦਾਂ, ਅਤੇ ਉਹ ਇਹ ਕਿੱਦਾਂ ਮਤਲਬ ਇਹਦੇ ਨਾਲ ਤੁਸੀਂ ਤੁਹਾਨੂੰ ਰੱਬ ਕਿੱਦਾਂ ਮਿਲ ਜਾਏਗਾ, ਰੱਬ ਕਿੱਦਾਂ ਖੁਸ਼ ਹੋ ਜਾਏਗਾ ਨਾ। ਹੁਣ ਇਹਦਾ ਮਾਧੋਦਾਸ ਵੈਰਾਗੀ ਸੀਗਾ ਇੱਦਾਂ, ਹੁਣ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਵੀ ਆਹੀ ਗੱਲਬਾਤ ਉਹਨਾਂ ਨਾਲ ਕੀਤੀ ਸੀ, ਅਤੇ ਉਹ ਮੁੜ ਕੇ ਬਾਅਦ 'ਚ ਬੰਦਾ ਸਿੰਘ ਬਹਾਦਰ ਬਣ ਕੇ ਆ ਗਿਆ ਨਾ ਇੱਦਾਂ ਸਮਾਜ ਵਿੱਚ ਆਏ। ਹੁਣ ਇਹ ਵੀ ਜਿਹੜੀਆਂ ਚੀਜ਼ਾਂ ਇੱਦਾਂ ਆਹ ਗੱਲਾਂ ਬਾਤਾਂ ਨੇ ਇਹ ਸਾਰੇ ਸਮਾਜ ਤੋਂ ਭੱਜਣ ਵਾਲੀਆਂ ਗੱਲਾਂ ਨੇ ਸਾਰੀਆਂ ਨਾ। ਹਾਂਜੀ ਹਾਂਜੀ, ਹੁਣ ਜਿੱਦਾਂ ਤੁਸੀਂ ਕਿਹਾ ਇੱਦਾਂ ਭਾਅ ਜੀ ਨੂੰ ਇਹਦਾ ਕਿਹਾ ਸੀਗਾ ਮੈਂ ਨੀਂਦ ਆਉਂਦੀ ਤੁਹਾਨੂੰ ਵੀ ਆਉਂਦੀ ਨਾ ਇੱਦਾਂ, ਹਾਂਜੀ, ਹੁਣ ਉਹ ਤਾਂ ਆਉਂਦੀ ਕਿਉਂਕਿ ਇੱਦਾਂ ਤੁਸੀਂ ਆਪਣੀ ਰਿਸਪੋਂਸੀਬਿਲਟੀ ਸਾਰੀਆਂ ਇੱਦਾਂ ਨਿਭਾਈਆਂ ਨੇ, ਆਪਣੇ ਕੰਮ ਸਾਰੇ ਨਿਬੇੜੇ ਹੋਏ ਨੇ। ਹਾਂਜੀ ਹਾਂਜੀ, ਹੁਣ ਜਿਹਦੇ ਕੰਮ ਇੱਦਾਂ ਜਿੱਦਾਂ ਨਾਲ ਦੀ ਨਾਲ ਜਿਹੜਾ ਬੰਦਾ 5 ਮਿੰਟ ਵੀ ਡਿਲੇਅ ਨਹੀਂ ਕਰਦਾ, ਹੁਣ ਅੱਜ ਦੇ ਕੰਮ ਤੁਹਾਡੇ ਅੱਜ ਤੁਸੀਂ ਸਾਰੇ ਕਰਤੇ, ਹੁਣ ਤੁਹਾਨੂੰ ਨੀਂਦ ਤਾਂ ਆਪ ਹੀ ਆਉਣੀ ਹੈ। ਬਿਲਕੁਲ, ਹੁਣ ਜਦੋਂ ਤੁਸੀਂ ਕੰਮ ਪਿੱਛੇ ਇੱਦਾਂ ਛੱਡੇ ਹੋਏ ਨੇ ਤਾਂ ਤੁਸੀਂ ਇੱਦਾਂ ਹਰ ਬੰਦਾ ਤੁਹਾਨੂੰ ਇੱਦਾਂ ਤੁਹਾਡਾ ਜੇ ਤੁਸੀਂ ਜੋਬ ਕਰਦੇ ਤੁਹਾਨੂੰ ਇੱਦਾਂ ਮਾਲਕ ਵੀ ਤੁਹਾਨੂੰ ਕਹਿ ਰਿਹਾ ਇੱਦਾਂ ਕਿ ਤੁਹਾਡਾ ਕੰਮ ਨਹੀਂ ਹੋਇਆ, ਜੇ ਤੁਸੀਂ ਸਰਕਾਰੀ ਜੋਬ ਕਰ ਰਹੇ ਹੋ ਤੁਹਾਨੂੰ ਇੱਦਾਂ ਖਿਆਲ ਆ ਰਹੇ ਨੇ ਇੱਦਾਂ ਫਲਾਣਾ ਬੰਦਾ ਯਾਰ ਫਲਾਣੀ ਚੀਜ਼ ਵਾਸਤੇ ਇੰਨੇ ਚਿਰ ਤੋਂ ਘੁੰਮਦਾ ਪਿਆ ਅਤੇ ਮੈਂ ਉਹਦੀ ਫਾਈਲ ਜਦੋਂ ਆਉਂਦਾ ਮੈਂ ਉਹਨੂੰ ਕਹਿ ਦਿੰਦਾ ਇੱਦਾਂ ਮਤਲਬ ਮਹੀਨੇ ਬਾਅਦ ਆ ਜਾਈ ਇੱਦਾਂ ਆ ਜਾਈ, ਉਹਨੂੰ ਤਾਂ ਠੀਕ ਕਹਿ ਦਿੰਦੇ ਇੱਦਾਂ, ਹੋ ਸਕਦਾ ਅਗਲੇ ਨੂੰ ਵੀ ਤੁਹਾਡੇ 'ਤੇ ਗੁੱਸਾ ਨਾ ਹੋਵੇ,
ਪਰ ਤੁਹਾਡੀ ਜਿਹੜੀ ਅੰਤਰ ਆਤਮਾ ਆ ਤੁਹਾਡੀ ਕੌਨਸ਼ੀਅਸ ਹੈ ਤਾਂ ਉਹਨੂੰ ਪਤਾ ਹੈ ਉਸ ਚੀਜ਼ ਦਾ, ਮਤਲਬ ਤਾਂ ਉਹ ਤਾਂ ਤੁਹਾਡੇ 'ਤੇ ਵਿਚਾਰਾ ਯਕੀਨ ਕਰਦਾ ਕਿ ਅਨਪੜ੍ਹ ਆ ਕਿ ਬਜ਼ੁਰਗ ਆ, ਜੋ ਤੁਸੀਂ ਉਹਨੂੰ ਕਹਿ ਦਿੰਦੇ ਆ ਤਾਂ ਜਿੱਦਾਂ ਕਹਿਤਾ ਵੀ ਉਹਨੇ ਮੰਨ ਲਿਆ ਉਹਨੂੰ, ਤੁਸੀਂ ਤਾਂ ਉਹ ਆਇਆ ਇਹਦਾ ਕੰਮ ਤੁਹਾਨੂੰ ਪਤਾ ਹੈ, ਕੰਮ ਤਾਂ ਹਫ਼ਤੇ ਦਾ ਸੀਗਾ ਸਾਰਾ ਨਾ ਇਹਦਾ, ਅਤੇ ਉਹ ਪਹਿਲਾਂ ਵੀ ਫਾਈਲ ਦੇਣ ਤੋਂ ਬਾਅਦ ਮਹੀਨੇ ਤੋਂ ਬਾਅਦ ਆਇਆ ਸੀਗਾ, ਹਾਂਜੀ, ਅਤੇ ਉਦੋਂ ਤੁਸੀਂ ਉਹਨੂੰ ਕਹਿਤਾ ਨਹੀਂ ਨਹੀਂ ਇੱਦਾਂ ਨਹੀਂ ਬੁੜਿਆ ਕੰਮ ਹੋਣਾ, 6 ਮਹੀਨੇ ਲੱਗਣੇ ਸੀ ਇਹਨੂੰ, ਹਾਂਜੀ, ਅਤੇ ਵਿਚਾਰਾ ਚਲੋ ਬੁੜਿਆ ਨੂੰ ਨਹੀਂ ਸੀ ਪਤਾ ਚਲਾ ਗਿਆ, ਉਹ 6 ਮਹੀਨਿਆਂ ਬਾਅਦ ਆਇਆ, ਫਿਰ ਤੁਹਾਡੇ ਮਨੋਂ ਵਿਸਰ ਗਿਆ ਸੀਗਾ, ਫਿਰ ਤੁਸੀਂ ਦੁਬਾਰਾ ਉਹਨੂੰ ਕਹਿਤਾ ਸਾਹਿਬ ਨਹੀਂ ਆਏ, ਉਹ ਨਹੀਂ ਹੋਇਆ ਇਹਦਾ, ਪਰ ਗਲਤੀ ਤੁਹਾਡੀ ਸੀ ਤੁਹਾਨੂੰ ਪਤਾ ਇਹਦਾ, ਪਤਾ ਤਾਂ ਹੈਗਾ, ਈਜ਼ੀ ਸੀਗਾ ਕੰਮ ਪਰ ਮੈਂ ਕਰ ਨਹੀਂ ਸਕਿਆ ਨਾ ਇਹਦਾ, ਹਾਂਜੀ, ਤੁਸੀਂ ਉਹਨੂੰ ਭੇਜਤਾ ਇਹਦਾ, ਉਹ ਵਿਚਾਰਾ ਹੁਣ ਪਰ ਤੁਹਾਡੇ ਕੌਨਸ਼ੀਅਸ ਦੇ ਉੱਤੇ ਬੋਝ ਆ ਤੁਹਾਡੇ ਉੱਤੇ ਨਾ ਇਹਦਾ, ਹਾਂਜੀ, ਹੁਣ ਅੱਜ ਜਿਹੜਾ ਨਸ਼ਿਆਂ ਦਾ ਵੀ ਜਿਹੜਾ ਇੰਨਾ ਰੁਝਾਨ ਚੱਲਿਆ ਹੋਇਆ ਇਹਦਾ, ਬੰਦੇ ਨੂੰ ਪੀਣ ਤੋਂ ਬਿਨਾਂ ਨੀਂਦ ਨਹੀਂ ਆਉਂਦੀ, ਪੀਣ ਨੂੰ ਤਾਂ ਅੱਜ ਕੱਲ੍ਹ ਨਸ਼ਾ ਹੀ ਨਹੀਂ ਮੰਨਦੇ ਵੈਸੇ ਪੰਜਾਬ ਦੇ ਵਿੱਚ, ਉਹਨੂੰ ਤਾਂ ਹਾਂਜੀ ਉੱਥੇ ਤਾਂ ਇੱਦਾਂ ਹੋਰ ਹੀ ਉੱਪਰਲੇ ਨਸ਼ੇ ਨੇ ਉਹਨਾਂ ਨੂੰ ਤਾਂ, ਪੀਣ ਦਾ ਤਾਂ ਅੱਜ ਕੱਲ੍ਹ ਵੈਸੇ ਸੋਫਟ ਡਰਿੰਕ ਵਾਂਗੂ ਹੋ ਚੁੱਕਾ ਪ੍ਰੋਬਲਮ, ਇਹ ਤਾਂ ਹੈ, ਇਹ ਤਾਂ ਬਹੁਤ ਮਾੜੀ ਚੀਜ਼ ਹੈ ਵੈਸੇ ਨਾ, ਤੁਸੀਂ ਉੱਦਾਂ ਮੈਡੀਕਲੀ ਵੀ ਤੁਸੀਂ ਦੇਖੋ ਅਤੇ ਬ੍ਰੇਨ ਨੂੰ ਵੀ ਕਿੰਨਾ ਡੈਮੇਜ ਕਰਦਾ ਹੈ, ਤਾਂ ਸ਼ਰਾਬ ਵੀ ਜਾਂ ਇੰਨਾ ਛੋਟੀ ਅਲਕੋਹਲ ਟਾਈਪ ਦੀਆਂ ਚੀਜ਼ਾਂ ਵੀ ਨੇ ਤਾਂ ਬ੍ਰੇਨ ਨੂੰ ਸ਼ਰਿੰਕ ਕਰਦੀਆਂ ਨੇ, ਅਤੇ ਬਚਣਾ ਚਾਹੀਦਾ ਇਹਨਾਂ ਤੋਂ ਜਿੰਨਾ ਬਚ ਸਕੇ ਬੰਦਾ, ਹਾਂਜੀ, ਅਤੇ ਉਹ ਹੁਣ ਜਿਹੜੀਆਂ ਪ੍ਰੋਬਲਮਾਂ ਨੇ ਤੁਸੀਂ ਆਪਣੇ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਹੋ, ਅਤੇ ਉਹ ਤੁਹਾਨੂੰ ਨੀਂਦ ਉਹਨਾਂ ਨੇ ਥੋੜ੍ਹੀ ਆਉਣ ਦੇਣੀ, ਉਹਨਾਂ ਨੇ ਨਹੀਂ ਆਉਣ ਦੇਣੀ, ਹਾਂ, ਜਾਂ ਤੁਸੀਂ ਤਾਂ ਆਪਣੇ ਤਾਂ ਬੱਚਿਆਂ ਨੂੰ ਜਾਂ ਤੁਸੀਂ ਪੂਰਾ ਟਾਈਮ ਨਹੀਂ ਦੇ ਰਹੇ, ਪੈਸੇ ਦੇ ਰਹੇ ਮੇ ਵੀ ਤੁਸੀਂ ਤਾਂ ਪੈਸਾ, ਹਾਂਜੀ, ਹਾਂ, ਪਰ ਤੁਹਾਨੂੰ ਇਹ ਤਾਂ ਕਿਤੇ ਨਾ ਕਿਤੇ ਉਹ ਚੀਜ਼ ਤਾਂ ਮਤਲਬ ਅੰਦਰੋਂ ਵੱਢ ਰਹੀ ਕਿਤੇ ਨਾ ਕਿਤੇ, ਮਤਲਬ ਮੇਰਾ ਬੇਟਾ ਜਾਂ ਬੇਟੀ ਮੇਰਾ ਇੱਦਾਂ ਮੈਨੂੰ ਕਿੰਨੇ ਚਿਰ ਦਾ ਕਹਿ ਰਹੇ ਘੁੰਮਣ ਜਾਣ ਲਈ ਜਾਂ ਇੱਥੇ ਜਾਣ ਲਈ, ਤਾਂ ਪਰ ਮੇਰੀ ਵਾਈਫ ਹੈ ਤਾਂ, ਹਾਂਜੀ, ਮੈਂ ਉਹਨੂੰ ਵਿਆਹ ਕੇ ਲਿਆ ਕੇ ਇੱਦਾਂ ਮਤਲਬ ਮੈਂ ਚਾਰਦੁਆਰੀ 'ਚ ਬਿਠਾ ਦਿੱਤਾ, ਇੱਦਾਂ ਮੈਂ ਉਹਨੂੰ ਉਹਨੇ ਆਪਣੀ ਰਿਸਪੋਂਸੀਬਿਲਿਟੀ ਨਹੀਂ ਪੂਰੀ ਕਰ ਰਿਹਾ, ਉਹਨਾਂ ਚੀਜ਼ਾਂ ਕਰਕੇ ਤਾਂ ਤੁਹਾਨੂੰ ਜਦੋਂ ਰਿਸਪੋਂਸੀਬਿਲਟੀਆਂ ਤੁਸੀਂ ਆਪਣੀਆਂ ਨਹੀਂ ਕੀਤੀਆਂ ਪੂਰੀਆਂ ਤਾਂ ਤੁਹਾਨੂੰ ਟਕਾ ਨਹੀਂ ਆਉਣਾ ਉਹਨਾਂ 'ਚ ਨਾ, ਹਾਂਜੀ, ਨਹੀਂ ਟਕਾਉਣਾ ਉਹਨਾਂ, ਉਹ ਜਿਹੜੀਆਂ ਟਕਾ ਨਾ ਆਇਆ ਤਾਂ ਅਤੇ ਉਹਨੇ ਤੁਹਾਨੂੰ ਫਿਰ ਇਹਦਾ ਨਾ ਤੁਹਾਨੂੰ ਨੀਂਦ ਨਾ ਚੈਨ ਨਾ ਕੁਛ ਆਉਣਾ, ਹਾਂਜੀ ਹਾਂਜੀ, ਜਿੱਦਾਂ ਨਾਮ ਵੀ ਆ, ਜਿੱਦਾਂ ਵੀ ਉਹ ਕਹਿੰਦੇ ਵੀ ਨਾਮ ਸਿਮਰਨ ਨਾਲ ਨਾ, ਵੀ ਨਾਮ ਜਿਹੜਾ ਨਾਮ ਮਤਲਬ ਮੈਂ ਜਿੱਦਾਂ ਸੋਚਦਾ ਵੀ ਮੇਰੇ 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 ਸੋਚਣ ਮੁਤਾਬਕ ਆ, ਨਾਮ ਮਤਲਬ ਤੁਹਾਡੀ ਗਿਆਨ ਨੌਲੇਜ, ਵੀ ਨਾਮ ਮਤਲਬ ਨੇਮ ਜਿੱਦਾਂ ਕੁਛ ਵੀ ਕਹਿ ਲਓ, ਵੀ ਨਾਮ ਮਤਲਬ ਤੁਹਾਡਾ ਗਿਆਨ ਹੋ ਗਿਆ, ਨੌਲੇਜ ਹੋ ਗਈ, ਨਾ ਕਿ ਕੋਈ ਸ਼ਬਦ ਨਹੀਂ, ਜਿੱਦਾਂ ਵਾਹਿਗੁਰੂ ਦਾ ਸ਼ਬਦ ਇੱਕ ਲੈ ਲਿਆ ਅਤੇ ਉਹਨੂੰ ਜੇ ਇਹਨੂੰ ਇੱਥੇ ਹਵਾ 'ਚ ਛੱਡਣਾ, ਇੱਥੋਂ ਹਵਾ 'ਚੋਂ ਫੜਨਾ, ਇੱਥੇ ਗਿਆਨ ਆ, ਇੱਥੇ ਇੱਥੇ ਸੁੰਨ ਬੈਠੀ ਆ, ਇੱਥੇ ਸਮਾਧ ਬੈਠੀ ਆ, ਇੱਥੇ ਸੂਖਮ ਸਰੀਰ ਆ, ਇੱਥੇ ਉਹ ਆ ਇਹ ਆ ਕਰਕੇ, ਉਹ ਕਾਫੀ ਕੁਛ ਬਣਾਉਂਦੇ ਬੋਰਡ ਦੇ ਉੱਤੇ ਨਾ, ਮੈਨੂੰ ਬਹੁਤ ਸਮਝਾਉਂਦੇ ਰਹੇ ਇੱਦਾਂ ਇੱਦਾਂ ਕਰਕੇ ਉਹ ਸਰੀਰ ਇੱਥੋਂ ਕਰਕੇ ਐਂ ਕਰਕੇ ਰਸਤਾ, ਇਹ ਫਿਰ ਸੱਚਖੰਡ ਦੇ ਵਿੱਚ ਚਲਿਆ ਜਾਂਦਾ, ਸੁੰਨ ਸਮਾਧ ਵਿੱਚ ਸਮਾ ਜਾਂਦਾ, ਮੈਂ ਕਿਹਾ ਵੀ ਜਦੋਂ ਉੱਥੋਂ ਦੀ ਗਿਆ ਦੇ ਰਾਹ ਦੇ ਵਿੱਚ ਪਤਾ ਕਿੱਦਾਂ ਲੱਗੂਗਾ ਵੀ ਮੈਂ ਸੁੰਨ ਸਮਾਧ 'ਚ ਚੱਲ ਗਿਆ, ਨਹੀਂ ਉੱਥੇ ਕਹਿੰਦੇ ਪ੍ਰਕਾਸ਼ ਹੈ, ਅਤੇ ਮੈਂ ਕਿਹਾ ਜਦੋਂ ਪ੍ਰਕਾਸ਼ ਹੀ ਹੈ ਤਾਂ ਫਿਰ ਉੱਥੇ ਕੁਛ ਹੈ ਹੀ ਨਹੀਂ ਗਾ, ਮਤਲਬ ਜਦੋਂ ਚਲੇ ਪ੍ਰਕਾਸ਼ ਦੇ ਵਿੱਚ ਚਲਿਆ ਗਿਆ ਬੰਦਾ, ਉੱਥੇ ਤਾਂ ਕਹਿੰਦੇ ਹੈ ਕੁਛ ਨਹੀਂ ਪ੍ਰਕਾਸ਼ ਹੀ ਆ, ਅਤੇ ਮੈਂ ਕਿਹਾ ਫਿਰ ਹੈ ਹੀ ਕੁਛ ਨਹੀਂ ਅਤੇ ਪ੍ਰਕਾਸ਼ 'ਚ ਜਾ ਕੇ ਕਰਨਾ ਕੀ ਆਪਾਂ, ਅਤੇ ਆਪਾਂ ਪ੍ਰਕਾਸ਼ ਦੇ ਵਿੱਚ ਇੱਥੇ ਘਰੇ ਲਾਈਟਾਂ 2 ਵੱਧ ਲਾ ਲਓ ਰੂਮ 'ਚ ਵੀ ਪ੍ਰਕਾਸ਼ 'ਚ ਹੀ ਜਾਣਾ, ਕਹਿੰਦੇ ਨਹੀਂ ਉੱਥੇ ਆਨੰਦ ਜ਼ਿਆਦੇ ਆ, ਅਤੇ ਮੈਂ ਕਿਹਾ ਕੰਮ ਕਰਕੇ ਜਦੋਂ ਸਰੀਰ ਟੁੱਟਿਆ ਹੋਇਆ ਅਤੇ ਜਦੋਂ ਸੁੱਤੇ ਉਹਦੇ ਵਿੱਚ ਵੀ ਆਨੰਦ ਤਾਂ ਆਉਣਾ, ਕੰਮ ਕੀਤਾ ਤੁਸੀਂ ਸਾਰਾ ਦਿਨ ਅਤੇ ਸਰੀਰ ਥੱਕਿਆ ਅਤੇ ਨੀਂਦ ਆਈ ਅਤੇ ਆਨੰਦ ਉਹਦੇ 'ਚ ਵੀ ਆਉਣਾ ਹੀ ਆ, ਵੀ ਤੁਹਾਡੇ ਸਿਮਰਨ ਕਰਨ ਨਾਲ ਵੀ ਆਉਣਾ ਹੀ ਆ, ਵੀ ਹੁਣ ਉਹ ਬੰਦਿਆਂ ਨੇ ਉਹ ਬੈਲੈਂਸ ਬਣਾ ਲਿਆ ਉੱਥੇ, ਉਹਨਾਂ ਨੇ ਉੱਥੇ ਬੈਲੈਂਸ ਰੱਖ ਲਿਆ ਵੀ ਆਪਾਂ ਸਿਮਰਨ ਕਰਕੇ ਸਰੀਰ ਥਕਾ ਲਿਆ, ਬ੍ਰੇਨ ਥਕਾ ਲਿਆ, ਨੀਂਦ ਆ ਗਈ, ਬਿਲਕੁਲ, ਇੱਕ ਬੰਦੇ ਨੇ ਬਹੁਤ ਹਾਰਡ ਵਰਕ ਕਰਕੇ ਸਰੀਰ ਥਕਾ ਲਿਆ, ਉਹਨੂੰ ਨੀਂਦ ਆ ਗਈ, ਉਹ ਵੀ ਸੌਂ ਗਿਆ, ਇੱਕ ਬੰਦੇ ਨੇ ਸਾਰਾ ਦਿਨ ਕੀਤਾ ਹੀ ਕੁੱਖ ਨਹੀਂ, ਉਹ ਬੈਠਾ ਬੈਠੇ ਥੱਕ ਗਿਆ, ਉਹਨੂੰ ਵੀ ਨੀਂਦ ਆ ਗਈ, ਨੀਂਦ ਤਾਂ ਉਹਨੂੰ ਵੀ ਆ ਜਾਣੀ ਆ, ਪਰ ਜਿਹੜੇ ਬੰਦੇ ਨੇ ਕੰਮ ਕੀਤਾ ਉਹਨੂੰ ਇੰਨਾ ਐਕਸਟਰਾ ਵੀ ਨਹੀਂ ਚਾਹੀਦਾ, ਅਤੇ ਜਿਹੜਾ ਵਿਹਲਾ ਬੈਠਾ ਉਹਨੂੰ ਇੰਨਾ ਵਿਹਲਾ ਵੀ ਨਹੀਂ ਚਾਹੀਦਾ, ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਬੈਲੈਂਸ ਹੋਣਾ ਚਾਹੀਦਾ ਸੀ, ਉੱਦਾਂ ਹੀ ਨਾਮ ਦਾ, ਉਹ ਕਹਿੰਦੇ ਨਾਮ ਦੇ ਚੱਕਰ 'ਚ ਪੈ ਕੇ ਵੀ ਮੈਂ ਕਿਹਾ ਯਾਰ ਜੇ ਤੁਸੀਂ ਨਾਮ ਦੇ ਚੱਕਰ 'ਚ ਤੁਰੇ ਫਿਰੇ ਵੀ ਇੱਥੇ ਪ੍ਰਕਾਸ਼ ਆ, ਇੱਥੇ ਸੁੰਨ ਸਮਾਧ ਆ, ਇੱਥੇ ਇਹ ਆ, ਇੱਥੇ ਉਹ ਆ, ਉਹ ਮੇਰੇ 'ਤੇ ਵਾਹਵਾ ਕਲਾਸਾਂ ਲਾਉਂਦੇ ਰਹੇ ਆ, ਇੰਡੀਆ ਵੀ ਅਤੇ ਇੱਥੇ ਵੀ ਫੋਨ 'ਤੇ ਵੀ ਕਈ ਵਾਰੀ ਗੱਲ ਹੁੰਦੀ ਰਹੀ, ਅਤੇ ਮੈਂ ਹੁਣ ਵੀ ਗਿਆ ਅਤੇ ਉਹ ਲੱਗੇ ਗੱਲ ਕਰਨ, ਅਤੇ ਸਾਡੇ ਪਿੰਡੋਂ ਹੀ ਮੁੰਡਾ ਉਹ ਆ ਗਿਆ, ਅਤੇ ਇੱਕ ਸਾਡਾ ਰਿਸ਼ਤੇਦਾਰ ਸੀ ਉਹ ਬੈਠੇ ਸੀ, ਅਤੇ ਉਹ ਕਹਿੰਦਾ ਵੀ ਇਹ ਭਾਈ ਸਾਹਿਬ ਦੀ ਪਹੁੰਚ ਜ਼ਿਆਦੇ ਆ ਸਾਡੇ ਨਾਲੋਂ, ਵੀ ਜੇ ਕੋਈ ਮਨ ਦੇ ਵਿੱਚ ਸਵਾਲ ਆ ਤਾਂ ਇਹਨੂੰ ਪੁੱਛ ਲਓ, ਅਤੇ ਮੈਨੂੰ ਉਹ ਕਹਿੰਦਾ ਵੀ ਆ ਜਾ, ਮੈਂ ਕਿਹਾ ਨਹੀਂ ਭਰਾਵਾ ਤੂੰ ਖੋਲ ਲਾ 10ਵਾਂ ਦੁਆਰ ਆਪਣਾ ਬੰਦ ਹੀ ਰਹਿਣ ਦੇ, ਵੀ ਉਹ 10ਵਾਂ ਦੁਆਰ ਖੋਲਣ ਦੇ ਚੱਕਰ 'ਚ ਹੀ ਵੀ ਮਤਲਬ ਲਾਈਫ ਨੂੰ ਅਨਬੈਲੈਂਸ ਕਰੀ ਬੈਠੇ ਆ ਸਾਰੇ ਬੰਦੇ। ਦੇਖੋ ਇਹ ਤਾਂ ਤੁਸੀਂ ਮੰਤਰ ਜਾਂ ਗੁਰੂ ਮੰਤਰ ਜਾਂ ਇੱਦਾਂ ਕੋਈ ਵਾਹਿਗੁਰੂ ਦੀ ਆਪਾਂ ਗੱਲ ਕਰਦੇ ਸੀ, ਹਾਂਜੀ ਹਾਂਜੀ,
ਇੱਦਾਂ ਦਾ ਕੁਛ ਨਹੀਂ ਹੈਗਾ। ਇੱਦਾਂ ਇੱਕ ਵਾਰੀ ਮੈਂ ਤਾਂ ਬਲਜਿੰਦਰ ਨੇ ਸ਼ਾਇਦ ਚਿੱਟੀ ਸਿੰਘ ਪ੍ਰੋਗਰਾਮ ਦੇ ਵਿੱਚ ਦਾ ਪ੍ਰੋਗਰਾਮ ਕੀਤਾ ਸੀ। ਇੱਦਾਂ ਹਾਂਜੀ ਮਤਲਬ ਵਾਹਿਗੁਰੂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਕਿਸੇ ਗੁਰੂ ਨੇ ਆਪਾਂ ਨੂੰ ਕਦੀ ਨਹੀਂ ਕਿਹਾ ਇੱਦਾਂ, ਮਤਲਬ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ। ਹਾਂਜੀ ਇੱਦਾਂ ਇਹਨਾਂ ਨੇ ਇੱਦਾਂ ਖਿੱਚ ਧੂ ਕੇ ਇੱਦਾਂ ਵਾਹਿਗੁਰੂ ਇੱਦਾਂ ਵਾਹਿਗੁਰੂ ਭੱਟਾ ਨੇ ਕਿਹਾ ਸੀਗਾ ਇੱਦਾਂ ਗੁਰੂ ਸਾਹਿਬ ਨੂੰ, ਉਹਦਾ ਹਾਂ ਇਹਨਾਂ ਨੇ ਜੋੜ ਕੇ ਬਣਾ ਦਿੱਤਾ ਇੱਦਾਂ ਵਾਹਿਗੁਰੂ। ਹਾਂਜੀ ਹਾਂਜੀ। ਅਤੇ ਇੱਦਾਂ ਹੁਣ ਇੱਦਾਂ ਅਕਾਲ ਦਾ ਤਖਤ ਵੀ ਬਣਾਇਆ ਹੋਇਆ ਇਹਨਾਂ ਨੇ, ਅਕਾਲ ਹਾਂਜੀ ਤਖਤ ਨਾ ਇੱਦਾਂ। ਅਕਾਲ ਤਖਤ। ਹਾਂਜੀ ਹੁਣ ਇੱਦਾਂ ਉਦੋਂ ਪਹਿਲਾਂ ਅਕਾਲ ਦਾ ਤਖਤ ਕਿਹੜਾ ਸੀਗਾ ਇੱਦਾਂ, ਇਹ ਜਦੋਂ ਵੀ ਬਣਿਆ ਜਦੋਂ ਵੀ ਇੱਦਾਂ ਬਣਿਆ ਉਦੋਂ ਪਹਿਲਾਂ ਕੌਣ ਸੀ? ਹਾਂਜੀ 1500 ਜਾਂ 16ਵੀਂ ਸਦੀ 'ਚ ਹਾਂਜੀ ਬਣਿਆ ਇੱਦਾਂ, ਹਾਂਜੀ ਉਸ ਤੋਂ ਹਾਂਜੀ ਪਹਿਲਾਂ ਅਕਾਲ ਦਾ ਤਖਤ ਕਿਹੜਾ ਸੀਗਾ? ਬਿਲਕੁਲ ਬਿਲਕੁਲ। ਹੁਣ ਜਿਹੜਾ ਵਾਹਿਗੁਰੂ ਜਿੱਦਾਂ ਕਹਿੰਦੇ ਆਪਾਂ, ਜਾਂ ਜਿਹੜਾ ਵੀ ਮੰਤਰ ਕੋਈ ਹੋਰ ਰਾਮ ਰਾਮ ਜਾਂ ਜਿਹੜਾ ਹਾਂਜੀ ਵੀ ਹਾਂ, ਤਾਂ ਹੁਣ ਗੁਰਬਾਣੀ 'ਚ ਤਾਂ ਵਾਹਿਗੁਰੂ ਤਾਂ ਹੈ ਹੀ ਨਹੀਂ ਸੀ, ਉਹਨਾਂ ਗੁਰੂ ਸਾਹਿਬ ਨੂੰ ਥੋੜ੍ਹੀ ਪਤਾ ਸੀਗਾ ਮੇਰੇ ਜਾਣ ਤੋਂ ਬਾਅਦ, ਬਾਅਦ ਵੀ ਮਤਲਬ ਇਹਨਾਂ ਨੇ ਆਹ ਇੰਨਾ ਦੁਕਾਨ ਨੇ ਚਲਾਉਣੀ ਇੰਨਾ ਆ, ਮੂਰਖਾਂ ਨੇ ਆਹ ਕੁਛ ਇੱਦਾਂ ਕਰ ਮੂਰਖ ਨਹੀਂ ਲੱਪਣਾ। ਸੀ ਸਿਆਣੇ ਉਹਨਾਂ ਨੂੰ, ਮੈਂ ਸਿਆਣੇ ਮੰਨਦਾ। ਅਤੇ ਚਲੋ ਉਹਨਾਂ ਨੇ ਤਾਂ ਗੁਰਬਾਣੀ ਦੇ ਵਿੱਚ ਵੀ ਕਿਹਾ ਮਤਲਬ ਰਾਮ ਰਾਮ ਕਰਤਾ ਜਗ ਮੂਆ ਇਹਦਾ, ਬਿਲਕੁਲ ਰਾਮ ਨਾ ਪਾਇਆ ਰਾਮ ਜਾਏ ਨਾ ਇੱਦਾਂ ਪਾਇਆ ਥੋੜ੍ਹੀ ਜਾਏ। ਇੱਦਾਂ ਹਾਂਜੀ ਮਤਲਬ ਇੱਦਾਂ ਉਹ ਜੇ ਉਹਦੀ ਸੇਮ ਚੀਜ਼ ਹੈ ਨਾ, ਐਗਜ਼ਾਮਪਲ ਹੈ ਇੱਦਾਂ, ਜੇ ਉਹਨਾਂ ਨੇ ਰਾਮ ਦੀ ਐਗਜ਼ਾਮਪਲ ਦੇ ਦਿੱਤੀ ਹਾਂਜੀ ਹਾਂਜੀ ਅਤੇ ਵਾਹਿਗੁਰੂ ਵਾਸਤੇ ਵੀ ਸੇਮ ਉਹੀ ਗੱਲ ਸੇਮ ਹੀ ਟੁੱਕਦੀ ਹੈ ਹੈ ਤਾਂ ਹਾਂਜੀ, ਵਾਹਿਗੁਰੂ ਵਾਹਿਗੁਰੂ ਕਰਤਾ ਜਗ ਮੂਆ ਜਗ ਮੂਆ ਅਤੇ ਵਾਹਿਗੁਰੂ ਨਾ ਵਾਹਿਗੁਰੂ ਪਾਇਆ ਨਾ ਜਾਏ ਪਾਇਆ ਇੱਦਾਂ, ਥੋੜ੍ਹੀ ਜਾਏ ਇੱਦਾਂ ਪਾ ਸਕਦਾ ਕੋਈ ਵੀ ਨਾ ਕੰਮ, ਇੱਦਾਂ ਤਾਂ ਪਾਇਆ ਨਹੀਂ ਜਾਣਾ। ਹਾਂਜੀ ਅਤੇ ਬਿਲਕੁਲ ਇੱਦਾਂ। ਅਤੇ ਉਹ ਹੁਣ ਜਿੱਦਾਂ ਅਕਾਲ ਦਾ ਤਖਤ ਸੀਗਾ ਜਾਂ ਇੱਦਾਂ ਜਿਹੜਾ ਮੰਤਰ ਨੇ ਸਾਰੇ, ਇੱਦਾਂ ਹਾਂਜੀ ਇਹ ਜਿਹੜੀਆਂ ਹੁਣ ਜਿਹੜੀਆਂ ਆਪਾਂ ਪ੍ਰੋਬਲਮਾਂ ਨੇ, ਇੱਦਾਂ ਅਸਲ 'ਚ ਇੱਦਾਂ ਉਹਦੇ ਪਿੱਛੇ ਇੱਕ ਪ੍ਰੋਬਲਮ ਆ ਇੱਦਾਂ ਜਿਹੜੀ ਟਿਕਣ ਨਹੀਂ ਹੁੰਦੀ ਨਾ, ਇੱਦਾਂ ਵੈਸੇ ਹੁਣ ਹਾਂਜੀ ਬੱਚਾ ਇੱਕ ਛੋਟਾ ਬੱਚਾ ਆ ਹਾਂਜੀ ਬੋਰਨ ਹੁੰਦਾ ਆ, 2 ਸਾਲ ਦਾ, 3 ਸਾਲ ਦਾ, 4 ਸਾਲ ਦਾ, ਹਾਂਜੀ ਇੱਦਾਂ ਉਹਨੂੰ ਥੋੜ੍ਹੀ ਇੱਕ ਪ੍ਰੋਬਲਮ ਹੈ ਸੌਣ ਦੀ, ਪ੍ਰੋਬਲਮ ਥੋੜ੍ਹੀ ਹੈਗੀ ਇੱਦਾਂ, ਉਹਨੂੰ ਬਿਲਕੁਲ ਪੂਰੇ ਆਪਣੇ ਨਜ਼ਾਰੇ 'ਚ ਮਜ਼ੇ 'ਚ ਹੈ ਨਾ, ਇੱਦਾਂ ਹਾਂਜੀ ਉਹਨੂੰ ਕੋਈ ਪ੍ਰੋਬਲਮ ਹੀ ਨਹੀਂ, ਇੱਦਾਂ ਇਹ ਕਹਿੰਦੇ ਮਤਲਬ ਇੱਦਾਂ ਕੀਤੇ ਆ ਇੱਦਾਂ ਸਾਨੂੰ ਨਜ਼ਾਰਾ ਆ ਜਾਂਦਾ ਨਾ, ਇੱਦਾਂ ਜਾਂ ਇਸ ਆਪਾਂ ਅਵਸਥਾ 'ਚ ਪਹੁੰਚ ਹਾਂਜੀ ਜਾਂਦੇ ਹਾਂ ਅਵਸਥਾ ਇਹਨਾਂ, 'ਚ ਪਹੁੰਚ ਜਾਂਦੇ ਹਾਂ। ਹੁਣ ਉਹ ਅਵਸਥਾ 'ਚ ਤਾਂ ਇਹਨਾਂ ਨੂੰ ਨਜ਼ਾਰਾ ਆਉਂਦਾ ਕਿਉਂਕਿ ਇਹਨਾਂ ਨੂੰ ਉਸ ਤੋਂ ਪਹਿਲਾਂ ਮਤਲਬ ਕਿਸੇ ਹੋਰ ਅਵਸਥਾ 'ਚ ਨਹੀਂ ਇਹਨਾਂ ਨੂੰ ਸਹੀ ਲੱਗ ਰਿਹਾ ਨਾ ਇੱਦਾਂ। ਹਾਂਜੀ ਹਾਂਜੀ। ਹੁਣ ਉਹ ਅਵਸਥਾ 'ਚ ਸਹੀ ਕਿਉਂ ਨਹੀਂ ਲੱਗ ਰਿਹਾ ਇਹਨਾਂ ਨੂੰ, ਜੇ ਬੱਚੇ ਨੂੰ ਕਿਉਂ ਸਹੀ ਲੱਗ ਰਿਹਾ? ਬਿਲਕੁਲ ਹੁਣ ਬੱਚੇ ਦੇ ਕੋਲ ਇੱਦਾਂ ਉਹ ਪ੍ਰੋਬਲਮਸ ਨਹੀਂ ਹੈਗੀਆਂ ਨਾ, ਹੁਣ ਜਿਹੜੀਆਂ ਪ੍ਰੋਬਲਮਸ ਕੀ ਨੇ ਇੱਦਾਂ, ਹੁਣ ਉਹ ਆਹੀ ਨੇ ਜਿਹੜੀਆਂ ਆਪਣੀਆਂ ਤੁਸੀਂ ਫਰਜ਼ਾਂ ਤੋਂ ਭਗੌੜੇ ਹੋਏ ਬਿਲਕੁਲ ਤੁਸੀਂ, ਬਿਲਕੁਲ ਅਤੇ ਉਹ ਜਾਂ ਆਪਣੀ ਤੁਸੀਂ ਮਿਹਨਤ ਇੱਥੇ ਕਰਨੀ ਚਾਹੀਦੀ, ਉਹ ਮਿਹਨਤ ਨਹੀਂ ਕਰ ਰਹੇ, ਹਾਂਜੀ ਜਾਂ ਤੁਸੀਂ ਇੱਦਾਂ ਨਜਾਇਜ਼ ਕੁਛ ਕਰ ਰਹੇ ਤਾਂ ਉਹ ਚੀਜ਼ਾਂ ਨੇ ਤੁਹਾਨੂੰ ਜਿਹੜੀਆਂ ਅੰਦਰੋਂ ਕੁਛ ਟਿਕਣ ਨਹੀਂ ਦਿੰਦੀਆਂ ਨਾ ਇੱਦਾਂ, ਤੁਸੀਂ ਅਸਲ ਦੇ ਵਿੱਚ ਹਾਂਜੀ ਇੱਦਾਂ ਉਹਨਾਂ ਨੂੰ ਸੋਲਵ ਕਰਨਾ ਸੀਗਾ ਨਾ, ਬਿਲਕੁਲ ਜੀ ਉਹਨਾਂ ਨੂੰ ਹਾਂਜੀ ਤੁਸੀਂ ਸੋਲਵ ਕਰੋਗੇ ਆਪਣਾ ਪੂਰਾ, ਤੁਸੀਂ ਆਪਣੇ ਇੱਦਾਂ ਜਿੱਦਾਂ ਆਪਾਂ ਕਾਰ ਦੀ ਐਗਜ਼ਾਮਪਲ ਲੈਂਦੇ ਸੀਗੇ, ਹਾਂਜੀ ਹਾਂਜੀ ਆਪਣੇ ਜਿੰਨੀਆਂ ਤੁਹਾਡੀਆਂ ਲੱਤਾਂ ਬਾਹਰ ਚੱਲਦੀਆਂ ਨੇ ਉਹਦੇ ਹਿਸਾਬ ਨਾਲ ਤੁਸੀਂ ਇੱਦਾਂ ਲਏ ਹੋਣਗੇ, ਤੁਹਾਨੂੰ ਕੋਈ ਪ੍ਰੋਬਲਮ ਹੀ ਕੋਈ ਨਹੀਂ ਪ੍ਰੋਬਲਮ ਆਏਗੀ, ਨਹੀਂ ਹੋਣੀ। ਤੁਹਾਨੂੰ ਨੀਂਦ ਆਪਣੇ ਆਪ ਹੀ ਨੀਂਦ ਆਉਣੀ ਆਉਣੀ ਹੈ। ਹਾਂਜੀ ਹੁਣ ਕੈਨੇਡਾ ਦੇ ਵਿੱਚ ਇੱਦਾਂ ਹੋਇਆ ਸੀਗਾ, ਇੱਦਾਂ ਹੁਣ ਇੱਥੇ ਵੀ ਇੱਦਾਂ ਹੋ ਕੇ ਹਟਿਆ ਇੱਦਾਂ, ਇੱਦਾਂ ਹੁੰਦਾ ਵਿੱਚ ਵਿੱਚ ਨਾ ਇੱਦਾਂ ਮਤਲਬ ਇੰਟਰਸਟ ਰੇਟ ਵਗੈਰਾ ਇੱਦਾਂ ਇਕਨੋਮੀ ਦਾ ਇੱਕ ਇਕਨੋਮੀ ਦਾ। ਹੈਗਾ ਇੱਦਾਂ ਹਾਂਜੀ ਫੀਚਰ, ਹਾਂਜੀ ਹੁਣ ਉਹੀ ਚੀਜ਼ ਨਾਲ ਆਪਣੇ ਲੋਕ ਇੱਦਾਂ 50-50 60-60 100-100 ਘੰਟਾ ਲਾਉਂਦੇ ਰਹਿੰਦੇ ਨੇ, ਪਰ ਕਦੀ ਕਿਸੇ ਚੀਜ਼ ਨੂੰ ਸਮਝਦੇ ਨਹੀਂ ਹੈਗੇ ਨਾ। ਸਮਝ ਬਿਲਕੁਲ। ਆਪਾਂ ਕਿਸੇ ਦਿਨ ਇੱਥੇ ਵੀ ਪ੍ਰੋਗਰਾਮ ਥੋੜ੍ਹੇ ਕਰਾਂਗੇ, ਅੱਛਾ ਜੀ, ਇਕਨੋਮੀ ਤਾਂ ਜਿੰਨੀ ਕੁ ਨੌਲੇਜ ਹੈਗੀ ਮੈਨੂੰ। ਅੱਛਾ ਜੀ। ਹੁਣ ਉਹਦੇ ਵਿੱਚ ਨਾ ਇੱਦਾਂ ਜਦੋਂ ਇੱਦਾਂ ਇੰਟਰਸਟ ਰੇਟ ਇੱਦਾਂ ਥੱਲੇ ਹੁੰਦੇ ਨੇ ਇੱਦਾਂ, ਹਾਂਜੀ, ਅਤੇ ਉਦੋਂ ਇੱਕਦਮ ਇੱਦਾਂ ਇਕਨੋਮੀ ਦੇ ਵਿੱਚ ਬਹੁਤ ਜ਼ਿਆਦਾ ਮੂਵਮੈਂਟ ਹੁੰਦੀ ਹੈ, ਮੂਵਮੈਂਟ ਹਾਂਜੀ, ਹੀਟ ਹੁੰਦੀ ਹੈ, ਬੂਮ ਆਉਂਦੀ ਆ ਉਹਦੇ ਅਤੇ ਵਿੱਚ ਉਹਦੇ ਨਾਲ ਇੱਦਾਂ ਪ੍ਰੋਪਰਟੀ ਇੰਟਰਸਟ ਰੇਟ ਥੱਲੇ ਆਉਣ ਦੇ ਨਾਲ ਨਾਲ ਜਿੱਦਾਂ ਘਰਾਂ ਦੀਆਂ ਕੀਮਤਾਂ ਵੀ ਉੱਪਰ ਚਲੀਆਂ ਉੱਪਰ ਚਲੀਆਂ ਜਾਂਦੀਆਂ ਨੇ। ਜਾਂਦੀਆਂ ਨੇ ਬਿਲਕੁਲ। ਹੁਣ ਉਹਦੇ ਵਿੱਚ ਜਦੋਂ ਇੱਦਾਂ ਇੱਕਦਮ ਉੱਪਰ ਜਾਂਦੀਆਂ ਨੇ ਅਤੇ ਉਹਦੇ ਵਿੱਚ ਇੱਦਾਂ ਬਹੁਤ ਲੋਕਾਂ ਨੂੰ ਇੱਦਾਂ ਕੁਛ ਏਜੰਟ ਵੀ ਕਈ ਵਾਰੀ ਇੱਦਾਂ ਲੋਕਾਂ ਦਾ ਇੱਦਾਂ ਉਹਨਾਂ ਦਾ ਚਲੋ ਕੰਮ ਹੈ, ਆਪਾਂ ਮੈਂ ਬਲੇਮ ਨਹੀਂ ਕਰਦਾ ਉਹਨਾਂ ਨੂੰ, ਹਰੇਕ ਨੇ ਆਪਣਾ ਕੰਮ ਕਰਨਾ, ਉਹਨਾਂ ਨੇ ਕਹਿਣਾ ਤੁਸੀਂ ਆਹ ਖਰੀਦ ਲਓ, ਹਾਂਜੀ ਪਰ ਵਧੀਆ, ਉਹ ਤਾਂ ਤੁਸੀਂ ਦੇਖਣਾ, ਤੁਸੀਂ ਇੱਦਾਂ ਤੁਹਾਡਾ ਮਤਲਬ ਇੱਦਾਂ ਅੱਡੀਆਂ ਚੁੱਕ ਕੇ ਫਾਦ ਲਿਆ ਰਿਹਾ ਇੱਦਾਂ, ਉਹ ਤੁਹਾਡਾ ਆਪਣਾ ਲਾਲਚ ਵੀ ਹੈਗਾ ਵਿੱਚ ਉਹਦੇ ਨਾਲ ਨਾ। ਬਿਲਕੁਲ ਹਾਂਜੀ। ਹੁਣ ਕਿਸੇ ਬੰਦੇ ਕੋਲ $1,000,000 ਸੀਗਾ, ਉਹਨੂੰ ਕਿਸੇ ਏਜੰਟ ਨੇ ਕਹਿਤਾ ਤੂੰ ਇੱਦਾਂ ਕਰ ਲੱਖ ਲੱਖ ਦੇ ਦੇ ਡਿਪੋਜ਼ਿਟ, ਅਤੇ ਆਹ ਘਰ ਨੇ ਤਾਂ 10 ਘਰਾਂ ਦਾ ਲੱਖ ਲੱਖ ਡਿਪੋਜ਼ਿਟ ਦੇ ਦੇ, ਇਹ 10 ਘਰ 3 ਸਾਲਾਂ ਨੂੰ ਜਾਂ 2.5 ਸਾਲਾਂ ਨੂੰ ਬੰਨੇ ਨੇ, ਅਤੇ ਪਿਛਲੇ 2.5 ਸਾਲ ਪਹਿਲਾਂ ਦਾ ਅਗਲਾ ਤੁਹਾਨੂੰ ਡਾਟਾ ਕੱਢ ਕੇ ਦਿਖਾ ਦਿੰਦਾ, ਹਾਂਜੀ, 2.5 ਸਾਲ ਪਹਿਲਾਂ ਇਹ 8 ਲੱਖ 8.5 ਲੱਖ ਦੇ ਘਰ ਸੀਗੇ, ਹਾਂਜੀ, ਅਤੇ ਅੱਜ 2.5 ਸਾਲਾਂ ਬਾਅਦ ਇਹ ਘਰ 11-11 12-12 ਲੱਖ ਦੇ ਵਿਕਦੇ ਪਏ ਵਿਕਦੇ ਨੇ, ਹਾਂਜੀ ਹਾਂਜੀ, ਤਾਂ ਤੂੰ ਅੱਜ ਇਹਨਾਂ ਦਾ ਡਿਪੋਜ਼ਿਟ ਦੇ ਦੇ 10 ਘਰਾਂ ਦਾ, ਅਤੇ ਇਹ ਜਦੋਂ ਨੂੰ ਤੇਰੇ 2.5-3 ਸਾਲਾਂ ਨੂੰ ਘਰ ਬੰਨੇ ਨੇ, ਹਾਂਜੀ, ਅਤੇ ਉਦੋਂ ਨੂੰ ਇਹ ਘਰ ਬਾਅਦ 'ਚ ਜਾ ਕੇ 14-14 ਲੱਖ ਦੇ 13-13 ਦੇ ਹੋ ਜਾਣੇ ਨੇ, ਅਤੇ ਤੇਰਾ 2-2-3-3 ਲੱਖ ਘਰ 'ਚ
ਹੁਣ ਅੱਜ ਇਹਦਾ ਕਈ ਲੋਕ ਇਹਦਾ ਇੱਦਾਂ ਫਸੇ ਨੇ, ਮਤਲਬ ਇੱਦਾਂ 25-25 30-30 ਸਾਲਾਂ ਦੀ ਜਿਹੜੀ ਕਮਾਈ ਹੈ ਉਹ ਸਾਰੀ ਮਤਲਬ ਇੱਕ ਗਲਤੀ ਦੇ ਵਿੱਚ ਉਹਨਾਂ ਨੇ ਰੋੜਤੀ ਹੈ, ਰੋੜਤੀ ਹੈ ਅਤੇ ਉਹ ਜੇ ਮਤਲਬ ਉਹ ਸਲੋ ਡਾਊਨ ਹੋਏ ਹੁੰਦੇ, ਮਤਲਬ ਥੋੜ੍ਹੇ ਜਿਹਾ ਪਹਿਲਾਂ ਇਹਦਾ ਉਹ ਇੰਨੀ ਕਮਾਈ ਕਰਨ ਦੀ ਥਾਂ 'ਤੇ ਥੋੜ੍ਹੀ ਜਿਹੀ ਘੱਟ ਕੀਤੀ ਘੱਟ ਹੁੰਦੀ, ਕੀਤੀ ਹੁੰਦੀ ਪਰ ਉਹਦੇ ਨਾਲ ਨਾਲ ਥੋੜ੍ਹੀ ਜਿਹੀ ਨੌਲੇਜ ਵੀ ਲਈ ਹੁੰਦੀ ਬਿਲਕੁਲ ਅਤੇ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਾ ਫਸਦੇ। ਬਿਲਕੁਲ ਹੁਣ ਇੱਥੇ ਹੋਰ ਵੀ ਇੱਦਾਂ ਪੰਜਾਬੀਆਂ ਦੇ ਬਥੇਰਿਆਂ ਦੇ ਇੱਦਾਂ ਇੱਥੇ ਡਰੱਗਾਂ ਦੇ ਕੇਸ ਵੀ ਅੱਜ ਕੇਸ ਕੱਲ੍ਹ ਵੀ ਹਾਂਜੀ ਇੱਦਾਂ ਬਹੁਤ ਹਾਂਜੀ ਵੱਡੀਆਂ ਵੱਡੀਆਂ ਖੇਪਾਂ ਫੜੀਆਂ ਜਾਂਦੀਆਂ ਨੇ ਇੱਦਾਂ। ਬਿਲਕੁਲ ਹਾਂਜੀ, ਹੁਣ ਉਹਦੇ ਵਿੱਚ ਵੀ ਜੇ ਸਮਝਿਆ ਹੁੰਦਾ, ਮਤਲਬ ਇਹਨਾਂ ਕੰਟਰੀਆਂ ਦੇ ਵਿੱਚ ਆਪਾਂ ਆਏ ਕਿਉਂ, ਇਹਨਾਂ ਕੰਟਰੀਆਂ 'ਚ ਆਪਾਂ ਤਾਂ ਆਏ ਹਾਂ, ਇੱਥੇ ਸਿਸਟਮ ਬਹੁਤ ਵਧੀਆ ਸਿਸਟਮ ਨਾ। ਵਧੀਆ ਹਾਂਜੀ, ਹੁਣ ਮੈਂ ਬੈਟਰ ਥੋੜ੍ਹਾ ਦਿਨ ਲਾਈਫ ਪਹਿਲਾਂ ਇੱਦਾਂ ਪੋਸਟ ਪਾਈ ਸੀ, ਇੱਦਾਂ ਨਿਊਜ਼ੀਲੈਂਡ ਦਾ ਇੱਦਾਂ ਸਿਸਟਮ ਇੱਦਾਂ ਪੁਲਿਸ ਦਾ ਬਹੁਤ ਵਧੀਆ ਹੈ ਇੱਥੇ, ਹਾਂਜੀ ਹਾਂਜੀ ਇੱਦਾਂ ਜਵਾਕਾਂ ਨੇ ਇੱਦਾਂ ਕਿਸੇ ਸ਼ੌਪ ਤੋਂ ਕੋਈ 5-7 ਚੋਕਲੇਟਾਂ ਸੀਗੀਆਂ, ਚੋਕਲੇਟ ਇੱਕ ਹਾਂਜੀ ਡਰਿੰਕ ਦੀ ਬੋਤਲ ਸੀ ਲਿਫਟ ਦੀ ਅਤੇ 5-7 ਆਈਸਕ੍ਰੀਮਾਂ ਸੀਗੀਆਂ, ਹਾਂਜੀ ਹਾਂਜੀ ਮੈਂ ਤੇ ਉਹ ਫੜੇ ਤਾਂ ਚੋਰੀ ਕਰਕੇ ਲੈ ਗਏ ਤੇ ਉਹਨਾਂ ਦੇ ਪਿੱਛੇ ਉਹਨਾਂ ਨੇ ਹੈਲੀਕਾਪਟਰ ਲਾਇਆ, ਉਹਨਾਂ ਦੇ ਪਿੱਛੇ ਇੱਕ ਡੋਗ ਸਕੁਐਡ ਲਾਇਆ ਪਿੱਛੇ ਨਾ, ਇੱਦਾਂ ਕਿੰਨੇ ਅਫਸਰਾਂ ਨੇ ਇੱਦਾਂ ਫੜ ਕੇ ਦੋ ਮੁੰਡੇ ਫੜ ਕੇ ਉਹਨਾਂ ਨੇ ਕਰਤੇ ਜੇਲ੍ਹ 'ਚ ਨਾ। ਹਾਂਜੀ ਹੁਣ ਸਮਾਨ ਮੈਨੂੰ ਨਹੀਂ ਲੱਗਦਾ 100-150-200 ਡਾਲਰ ਦਾ ਸਮਾਨ ਸੀਗਾ, ਬਿਲਕੁਲ ਉਹਦੇ ਪਿੱਛੇ ਉਹਨਾਂ ਨੇ ਕਈ ਹਜ਼ਾਰ ਡਾਲਰ ਸ਼ਾਇਦ ਲਾਇਆ ਇੱਦਾਂ, ਪਰ ਇਸ ਚੀਜ਼ ਨੂੰ ਆਪਾਂ ਰੋਕਣਾ ਇੱਦਾਂ ਅੱਗੇ ਨਹੀਂ ਵਧਣ ਦੇਣਾ। ਬਿਲਕੁਲ ਹੁਣ ਇਹਨਾਂ ਚੀਜ਼ਾਂ ਨੂੰ ਜਾਂ ਸਿਸਟਮ ਨੂੰ ਥੋੜ੍ਹਾ ਜਿਹਾ ਸਮਝਿਆ ਹੁੰਦਾ ਤੇ ਉਹਨਾਂ ਨੇ ਇਹ ਵੀ ਸਮਝਿਆ ਹੁੰਦਾ ਜਿਹੜੇ ਇੱਦਾਂ ਚੋਕਲੇਟਾਂ ਨਹੀਂ ਇੱਦਾਂ ਚੋਰੀ ਕਰਨ ਦਿੰਦੇ ਤੇ ਇੱਦਾਂ ਕਿੰਨਾ ਕੁ ਚਿਰ ਆਪਾਂ ਕਰ ਲਾਂਗੇ ਇੱਦਾਂ, ਕਿਤੇ ਚਲੋ ਇੱਦਾਂ ਦਾਲ ਲੱਗ ਗਿਆ, ਕਈ ਵਾਰੀ ਦਾਲ ਲੱਗਦਾ ਵੀ ਨਹੀਂ ਹੈਗਾ ਤੁਹਾਨੂੰ ਲੱਗਦਾ ਦਾਲ ਲੱਗ ਗਿਆ, ਉਹ ਅਸਲ 'ਚ ਤੁਹਾਨੂੰ ਵਾਚ ਕਰ ਰਹੇ ਹੁੰਦੇ ਨੇ, ਤੁਹਾਨੂੰ ਫੜਨਾ ਚਾਹੁੰਦੇ ਹੁੰਦੇ ਨੇ, ਉਹ ਕਹਿੰਦੇ ਹਾਂ ਇੱਕ ਵਾਰੀ ਤਾਂ ਲੰਘ ਗਿਆ ਤਾਂ ਇੱਥੇ ਨਿਗ੍ਹਾ ਰੱਖਦੇ ਹਾਂ, ਦੂਜੀ ਵਾਰੀ ਤੁਹਾਨੂੰ ਰੰਗੇ ਹੱਥੀ ਫੜਾਂਗੇ ਆਪਾਂ ਨਾ, ਉਹ ਚੀਜ਼ਾਂ ਹੁੰਦੀਆਂ ਨਾ ਇੱਦਾਂ। ਹੁਣ ਉਹ ਚੀਜ਼ਾਂ ਜੇ ਤੁਸੀਂ ਆ ਸਾਰਾ ਸਿਸਟਮ ਸਮਝਿਆ ਹੁੰਦਾ ਨਾ ਤੁਸੀਂ ਉੱਦਾਂ ਇਹਨਾਂ ਚੀਜ਼ਾਂ ਦੇ ਵਿੱਚ ਫਸਦੇ, ਨਾ ਤੁਹਾਨੂੰ ਇੱਦਾਂ ਕੋਈ ਇੱਥੇ ਤਾਂ ਮੈਂ ਸੁਣਿਆ ਕੈਨੇਡਾ ਦੇ ਵਿੱਚ ਕਾਰਾਂ ਕੂਰਾਂ ਵਾਲੇ ਵੀ ਬਹੁਤ ਫਸਾ ਲੈਂਦੇ ਨਾ, ਜਾ ਕੇ ਤੁਹਾਨੂੰ ਘੁੱਗੀਆਂ ਮਰਵਾ ਕੇ ਤੁਹਾਡੇ ਕੋਲੋਂ ਤੇ ਇੱਦਾਂ ਬਾਅਦ 'ਚ ਤੁਹਾਨੂੰ ਇੱਦਾਂ ਕਈ ਸਾਲ ਤੁਸੀਂ ਕਾਰਾਂ ਦੇ ਲੋਨ ਹੀ ਪੇ ਕਰੀ ਜਾਂਦੇ, ਤੁਹਾਨੂੰ ਜਿਹੜੇ 10-15 ਹਜ਼ਾਰ ਦੀ ਕਾਰ ਸੀ ਤਾਂ ਤੁਹਾਨੂੰ ਜਾਂਦਿਆਂ ਸਾਰ ਵਿਦਆਊਟ ਡਿਪੋਜ਼ਿਟ ਇੱਦਾਂ ਕਰਕੇ ਤੁਸੀਂ ਇੱਦਾਂ ਸਬਰ ਨਹੀਂ ਕਰ ਸਕੇ ਅਤੇ ਸਾਈਨ ਕਰਤਾ ਜਾ ਕੇ ਇੱਦਾਂ ਲੈਲੀ ਕਾਰ, ਤਾਂ ਮੁੜ ਕੇ ਇੱਦਾਂ 5-7 ਸਾਲ ਤੁਸੀਂ ਉਹਦੀਆਂ ਕਿਸ਼ਤਾਂ ਇੱਦਾਂ ਭਰੀ ਕੇ 15 ਹਜ਼ਾਰ ਵਾਲੀ ਤੁਹਾਨੂੰ 50 ਹਜ਼ਾਰ 'ਚ ਮੁੜ ਕੇ ਪਈ ਜਾ ਕੇ ਨਾ। ਬਿਲਕੁਲ ਜੀ ਹਾਂਜੀ, ਅਤੇ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਤੁਸੀਂ ਥੋੜ੍ਹਾ ਸਮਝਿਆ ਹੁੰਦਾ ਇੰਟਰਸਟ ਕਿੱਦਾਂ ਵਰਕ ਕਰਦਾ ਹੈ, ਬਿਲਕੁਲ ਕੰਪਾਊਂਡਿੰਗ ਇੰਟਰਸਟ ਕਿੱਦਾਂ ਵਰਕ ਕਰਦਾ ਹੈ, ਇੰਟਰਸਟ ਦੇ ਉੱਤੇ ਇੰਟਰਸਟ ਜਿਹੜਾ ਲੱਗਦਾ ਆ, ਹਾਂਜੀ ਹੋਰ ਚੀਜ਼ਾਂ ਤੁਸੀਂ ਆਪਣੀ ਜਿਹੜੀ ਤੁਹਾਡੀ ਵਰਕ ਵੈਲਿਊ ਤੁਹਾਡੀ ਤੁਸੀਂ ਆਪਣਾ ਉਹ ਸਾਰਾ ਹੈ ਨਾ, ਅਤੇ ਉਹ ਤੁਹਾਡਾ ਉਹ ਸਾਰਾ ਥੋੜ੍ਹਾ ਜਿਹਾ ਬੈਲੈਂਸ ਹੁੰਦਾ, ਬੈਲੈਂਸ ਤਾਂ ਹੋਣਾ ਸੀਗਾ ਤੁਸੀਂ ਥੋੜ੍ਹਾ ਜਿਹਾ ਇਹਨੂੰ ਵੀ ਟਾਈਮ ਦਿੱਤਾ ਹੁੰਦਾ ਆਪਣੇ ਕੰਮ ਵਾਲੇ ਜਾਂ ਕਿਸੇ ਹੋਰ ਚੀਜ਼ ਵੱਲ, ਇਕੱਲਾ ਕੰਮ ਤਾਂ ਨਹੀਂ ਹੈਗਾ ਤਾਂ ਹੁਣ ਕਈ ਨੇ ਆਪਣੇ ਤਾਂ ਇਹਨੇ ਪੰਜਾਬ ਦੇ ਵਿੱਚ ਕਈ ਨਿਆਣੇ ਨੇ ਪਿਓਆਂ ਨੇ ਇੰਨਾ ਕੁ ਪੈਸਾ ਇਕੱਠਾ ਕਰ ਲਿਆ ਤਾਂ ਉਹ ਅਨ ਬੈਲੈਂਸ ਕਰਕੇ ਉਹਨਾਂ ਨੇ, ਬਿਲਕੁਲ ਹੁਣ ਉਹਨਾਂ ਨੇ ਇਹਦਾ ਪੈਸਾ ਇਕੱਠਾ ਕਰ ਲਿਆ ਤਾਂ ਕਰੋੜਾਂ ਅਰਬਾਂ, ਹਾਂਜੀ ਪਰ ਉਹ ਆਪਣੇ ਇਹਦਾ ਬੱਚਿਆਂ ਨੂੰ ਇਹਦਾ ਟਾਈਮ ਨਹੀਂ ਦੇ ਸਕੇ, ਬੱਚਿਆਂ ਨੂੰ ਇੱਕ ਵਧੀਆ ਸ਼ਖਸੀਅਤ ਨਹੀਂ ਬਣਾ ਸਕੇ, ਸਮਾਂ ਨਹੀਂ ਦੇ ਸਕੇ, ਉਹਨਾਂ ਨੂੰ ਨੌਲੇਜ ਨਹੀਂ ਸਹੀ ਦੇ ਸਕੇ, ਹੁਣ ਨਿਆਣੇ ਉਹਨਾਂ ਦੇ ਤਾਂ ਉਹ ਅਜਾਸ਼ੀ ਵਾਲੇ ਪਾਸੇ ਬਿਲਕੁਲ ਹੋ ਗਏ ਨੇ, ਹੁਣ ਉਹਨਾਂ ਦੇ ਪਿਓ ਨੇ ਮਤਲਬ ਕੰਮ ਤੋਂ ਸਿਰ ਨਹੀਂ ਚੁੱਕਿਆ, ਹੁਣ ਉਹ ਦੂਜੇ ਪਾਸੇ ਉਹਨਾਂ ਦਾ ਅਨਬੈਲੈਂਸ ਹੋ ਗਿਆ ਤਾਂ ਉਹਨਾਂ ਦੇ ਉਹਨਾਂ ਨੇ ਦੂਜੇ ਪਾਸੇ ਉਤਰਲੇ ਪਾਸੇ ਨਾ, ਹੁਣ ਜੇ ਇਹਨਾਂ ਸਾਰੀਆਂ ਚੀਜ਼ਾਂ ਦਾ ਮਤਲਬ ਜਿੱਦਾਂ ਪਿਓ ਨੇ ਵੀ ਬੈਲੈਂਸ ਕੀਤਾ ਹੁੰਦਾ ਹੁਣ ਉਹਨਾਂ ਨੂੰ ਇੱਦਾਂ ਕੰਮ ਤੋਂ ਹੇਟ ਹੋਣ ਲੱਗ ਪਈ, ਉਹਨਾਂ ਨੂੰ ਲੱਗਦਾ ਮਤਲਬ ਅੱਛਾ ਮੇਰਾ ਪਿਓ ਜਿਹੜਾ ਉਹ ਤਾਂ ਸਾਰਾ ਸਾਰੀ ਉਮਰ ਕੰਮ ਕਰ ਕਰਕੇ ਮਰ ਗਿਆ, ਨਹੀਂ ਕੰਮ ਨਹੀਂ ਕਰਨਾ, ਹੁਣ ਉਹਦੇ ਪਿਓ ਨੇ ਵੀ ਜੇ ਬੈਲੈਂਸ ਕੀਤਾ ਹੁੰਦਾ, ਕੰਮ ਵੀ ਸਹੀ ਤਰੀਕੇ ਨਾਲ ਕੀਤਾ ਹੁੰਦਾ, ਨਾਲ ਨਾਲ ਉਹਦੇ ਤਾਂ ਹੋਲੀਡੇਜ਼ ਵੀ ਥੋੜ੍ਹੀ ਬਹੁਤੀ ਕੀਤੀਆਂ ਹੁੰਦੀਆਂ, ਥੋੜ੍ਹੇ ਬਹੁਤ ਬਾਹਰ ਗਏ ਹੁੰਦੇ ਅਤੇ ਬੱਚਿਆਂ ਨੂੰ ਵੀ ਪਤਾ ਹੁੰਦਾ ਨਹੀਂ, ਕੰਮ ਵੀ ਕੋਈ ਇੱਦਾਂ ਪ੍ਰੋਬਲਮ ਨਹੀਂ ਹੈਗੀ, ਕੋਈ ਸ਼ਰਾਬ ਨਹੀਂ ਹੈਗਾ ਇਹਦਾ, ਇੱਦਾਂ ਠੀਕ ਹੈ ਇੱਕ ਲਿਮਿਟ 'ਚ ਇੰਨਾ ਕੁ ਇੱਦਾਂ ਕਰੋ ਤੁਸੀਂ ਥੋੜ੍ਹਾ ਜਿਹਾ, ਅਤੇ ਨਾਲ ਤੁਸੀਂ ਦੂਸਰਾ ਵੀ ਇੰਜੋਏ ਵੀ ਨਾਲ 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 ਕੀਤਾ ਜਾ ਸਕਦਾ। ਹਾਂਜੀ, ਟਾਈਮ ਦਿਓ ਨਾ ਫੈਮਿਲੀ ਨੂੰ ਜਿੱਦਾਂ ਵੀ ਜਿੰਨਾ ਵੀ ਦੇ ਸਕਦੇ ਹਾਂ, ਵੀ ਜੇ ਟਾਈਮ ਦੇਵਾਂਗੇ ਤਾਂ ਬੱਚੇ ਸੋਚਣਗੇ ਵੀ ਹਾਂ ਵੀ ਅਸੀਂ ਮੇਰੇ ਫਾਦਰ ਸਾਹਿਬ ਕੰਮ ਵੀ ਕਰਦਾ ਸੀ ਅਤੇ ਟਾਈਮ ਵੀ ਮਿਲਿਆ ਅਤੇ ਅਸੀਂ ਇੰਜੋਏ ਵੀ ਕੀਤਾ ਅਤੇ ਕੰਮ ਕਰਨਾ ਵੀ ਜ਼ਰੂਰੀ ਆ। ਜੇ ਮੇਰਾ ਫਾਦਰ ਕੰਮ ਨਾ ਕਰਦਾ ਤਾਂ ਪੈਸਾ ਨਹੀਂ ਆਉਣਾ ਸੀ ਅਤੇ ਫਿਰ ਅਸੀਂ ਇੰਜੋਏ ਕਿੱਦਾਂ ਕਰਦੇ, ਜਾਂ ਘੁੰਮਣ ਕਿਤੇ ਜਾਂਦੇ ਹਾਂ ਜਾਂ ਕਿਤੇ ਰੈਸਟੋਰੈਂਟ ਜਾਂਦੇ ਖਾਣ ਬਾਹਰ ਆਪਾਂ, ਵੀ ਬੱਚਿਆਂ ਨੂੰ ਜਦੋਂ ਲੈ ਕੇ ਜਾਂਦੇ ਤੁਸੀਂ ਅਤੇ ਉਹਨਾਂ ਨੂੰ ਵੀ ਇੱਦਾਂ ਲੱਗਦਾ ਵੀ ਹਾਂ ਇਹ ਪਿਛਲੇ ਵੀਕ ਇੰਨੇ ਘੰਟੇ ਕੰਮ ਕੀਤਾ, ਇਹ ਮੇਰੇ ਫਾਦਰ ਕੋਲ ਪੈਸੇ ਆਏ ਆ, ਇਹ ਫਿਰ ਅਸੀਂ ਸਪੈਂਡ ਕੀਤੇ ਆ, ਉਹਨਾਂ ਨੂੰ ਫਿਰ ਪਤਾ ਲੱਗਣਾ ਵੀ ਹਾਂ ਪੈਸਾ ਕੰਮ ਕਰਕੇ ਆਉਣਾ। ਹੁਣ ਉਹ ਤਾਂ ਕੰਮ 'ਤੇ ਹੀ ਤੁਰਿਆ ਰਿਹਾ ਅਤੇ ਬੱਚਿਆਂ ਨੂੰ ਪੈਸੇ ਦੇ ਤੇ ਵੀ ਜਾਓ ਤੁਸੀਂ ਰੈਸਟੋਰੈਂਟ 'ਚ ਖਾਣਾ ਖਾਇਓ, ਅਤੇ ਉਹ ਵਾਈਫ ਗਈ ਜਵਾਕਾਂ ਨੂੰ ਖਾਣਾ ਖਵਾ ਕੇ ਲਿਆਈ, ਆਪ ਗਿਆ ਹੀ ਨਹੀਂ ਬੰਦਾ ਨਾਲ, ਫਿਰ ਉਹ ਕਿਹਾ ਵੀ ਆਹ ਲਓ ਪੈਸੇ ਤੁਸੀਂ ਜਾਓ ਅੱਜ ਉੱਥੇ ਫਲਾਣੇ ਥਾਂ ਘੁੰਮੇ ਆਓ, ਮੈਂ ਤਾਂ ਨਹੀਂ ਜਾ ਸਕਣਾ ਮੇਰੇ 'ਤੇ ਕੰਮ ਹੈ। ਵੀ ਜਦੋਂ ਇੱਦਾਂ ਹੁੰਦਾ ਫਿਰ ਉਹ ਬੱਚੇ ਵੀ ਇਹੀ ਸੋਚਣ ਲੱਗ ਜਾਂਦੇ ਆ ਵੀ ਕੰਮ ਵੀ ਨਹੀਂ ਸਾਰਾ।
ਬੱਚਾ ਕਿੱਡਾ ਗਿਆ, ਕਹਿੰਦਾ ਐਡਾ ਗਿਆ ਨਾ ਇਹਦਾ, ਹਾਂਜੀ ਤੇ ਉਹ ਹਾਂਜੀ ਕਹਿੰਦਾ ਮੈਂ ਤਾਂ ਉਹਨੂੰ ਲੰਮੇ ਪਿਆਂ ਨੂੰ ਦੇਖਦਾ, ਸੁੱਤਾ ਹੀ ਹੁੰਦਾ ਜਦੋਂ ਹਾਂਜੀ ਮੈਂ ਜਦੋਂ ਜਾਂਦਾ ਜਾਂਦਾ ਇਹਦਾ, ਹਾਂਜੀ ਹਾਂਜੀ ਹੁਣ ਤੁਸੀਂ ਇੱਦਾਂ ਜੇ ਟਾਈਮ ਨਹੀਂ ਦਿੱਤਾ ਇਹਦਾ, ਤੁਹਾਡੇ ਬੱਚੇ ਨੇ ਵੀ ਦੇਖਿਆ, ਅੱਛਾ ਮਤਲਬ ਅੱਛਾ ਕੰਮ ਇੱਦਾਂ ਹੁੰਦਾ, ਤੁਸੀਂ ਕੰਮ ਤੋਂ ਡਰਾ ਤਾ ਅਗਲੇ ਨੂੰ ਤੁਸੀਂ ਨਾ, ਬਿਲਕੁਲ ਹਾਂਜੀ ਉਹਨੂੰ ਲੱਗਦਾ ਮਤਲਬ ਅੱਛਾ ਕੰਮ ਦੇ ਇਸ ਚੱਕਰ 'ਚ ਜੇ ਪੈ ਗਏ ਫਿਰ ਤਾਂ ਇੱਦਾਂ ਹੀ ਆ, ਮਤਲਬ ਇੱਦਾਂ ਡੈਡੀ ਵਾਂਗੂ ਇੱਦਾਂ ਸਵੇਰੇ ਮੈਂ ਚੱਲ ਜਾਣਾ ਤੇ ਰਾਤ ਨੂੰ ਮਤਲਬ ਮੈਂ ਇੱਦਾਂ ਸਾਰਾ ਸਾਰਾ ਹਫ਼ਤਾ ਜਾਂ ਮਹੀਨਾ ਹਾਂਜੀ ਦਿਸਣਾ ਹੀ ਨਹੀਂ ਹੈਗਾ ਨਾ ਇਹਦਾ, ਬਿਲਕੁਲ ਤੇ ਉਹਨੂੰ ਕੰਮ ਤੋਂ ਤੁਸੀਂ ਹੇਟ ਕਰਾਤੀ ਤੁਸੀਂ ਨਾ ਇਹਦਾ, ਬਿਲਕੁਲ ਹਾਂਜੀ ਤੇ ਇੱਦਾਂ ਹੀ ਕਿਸੇ ਵੀ ਚੀਜ਼ ਨੇ ਇੱਦਾਂ ਕਿਸੇ ਵੀ ਚੀਜ਼ ਦੀ ਤੁਸੀਂ ਇੱਦਾਂ ਤਾਂ ਰੋਟੀਆਂ ਖਾ ਖਾ ਕੇ ਤੁਸੀਂ ਭਾਵੇਂ ਆਪਣਾ ਬੁਰਾ ਹਾਲ ਕਰ ਲਓ, ਕੀਤਾ ਹੋਇਆ ਲੋਕਾਂ ਨੇ, ਲੋਕਾਂ ਨੇ ਬਿਲਕੁਲ ਜੀ, ਹੁਣ ਤੁਸੀਂ ਪੰਜਾਬ ਦੇ ਤੁਸੀਂ ਵੀਡੀਓ ਦੇਖੋ, ਵਲੌਗ ਦੇਖੋ ਤੁਸੀਂ ਇੱਦਾਂ, ਤੇ ਇੱਥੇ ਇਹਨਾਂ ਲੋਕਾਂ ਦੇ ਦੂਜਿਆਂ ਦੇ ਤੁਸੀਂ ਦੇਖੋ ਇੱਦਾਂ, ਤੁਹਾਨੂੰ ਮਤਲਬ ਢਿੱਡ ਵਾਲੇ ਪਾਸੇ ਨਿਗਾਹ ਪੈ ਗਈ ਤਾਂ ਤੁਹਾਨੂੰ ਲੱਗੇਗਾ ਯਾਰ ਆਹ ਵੱਖਰੇ ਹੀ ਹਾਂਜੀ ਤੁਰੇ ਵੱਖਰਾ ਜਾਂਦੇ ਨੇ, ਹਾਂਜੀ ਹੁਣ ਇੱਧਰ ਕਿਸਾਨ ਮੋਰਚੇ ਦੀਆਂ ਕਿਤੇ ਵੀਡੀਓ ਦੇਖ ਲਓ ਤੁਸੀਂ, ਉਹਨਾਂ ਦੇ ਢਿੱਡ ਦੇਖਿਓ ਇੱਦਾਂ ਕਿੱਡੇ ਕਿੱਡੇ ਨੇ ਇੱਦਾਂ, ਤੇ ਨਾਲੇ ਉਹ ਕਹੀ ਜਾਂਦੇ ਨੇ ਸਾਨੂੰ ਇੱਦਾਂ ਪੈਸੇ ਨਹੀਂ ਬਚਦੇ ਨਾ, ਬਚਦਾ ਨਹੀਂ ਕੁਛ ਵੀ, ਹਾਂਜੀ ਤੇ ਬੰਦਾ ਕਹਿੰਦਾ ਮਤਲਬ ਇੱਦਾਂ ਤੁਸੀਂ ਤਾਂ ਤੁਹਾਡੇ ਘਟਾਣੇ ਚਾਹੀਦੇ ਨੇ ਬਲਕਿ ਨਾ, ਵੀ ਜੇ ਤੁਹਾਡੇ ਕੋਲੇ ਕੰਮ ਕਹਿੰਦੇ ਮਿਹਨਤ ਬਹੁਤ ਹੁੰਦੀ ਆ ਫਸਲ ਤੇ, ਜੇ ਸਾਡਾ ਉਹ ਬਹੁਤ ਹੁੰਦਾ ਕਿਸਾਨੀ ਆ, ਕਿਸਾਨਾਂ ਵਾਲੇ ਵੀ, ਅਸੀਂ ਵੀ ਕਿਸਾਨ ਆ ਜਿੱਦਾਂ ਉੱਥੋਂ, ਤੇ ਮੈਨੂੰ ਕਾਫੀ ਜਿੱਦਾਂ ਪਤਾ ਇਹਦੇ ਬਾਰੇ ਨਾ ਜੀ, ਵੀ ਹੁਣ ਜਦੋਂ ਕਣਕ ਬੀਜਤੀ ਇੱਕ ਵਾਰੀ, ਕਣਕ ਬੀਜ ਕੇ ਸਾਰੇ ਸਿਆਲ ਦੇ ਵਿੱਚ ਇੱਕ ਦਿਨ ਵੀ ਟਾਈਮ ਨਹੀਂ ਹੁੰਦਾ ਤੁਹਾਡੇ ਕੋਲੇ, ਵੀ ਇੱਕ ਦਿਨ ਵੀ ਕੰਮ ਨਹੀਂ ਹੁੰਦਾ ਗਾ, ਕਣਕ ਬੀਜਤੀ ਉਹਨੂੰ ਪਾਣੀ ਲਾਉਣਾ ਸਿਰਫ ਬਸ, ਹੋਰ ਕੋਈ ਕੰਮ ਨਹੀਂ, ਜਾਂ ਉਹਨੂੰ ਸਪਰੇ ਕਰਨੀ ਆ ਤੇ ਜਾਂ ਉਹਨੂੰ ਵੱਢਣਾ, ਇੱਦਾਂ ਹੀ ਝੋਨਾ ਜਦੋਂ ਤੁਸੀਂ ਲਾਤਾ, ਜਦੋਂ ਲਾਉਣ ਵੇਲੇ ਤੁਹਾਨੂੰ ਇੱਕ ਮਹੀਨਾ ਥੋੜ੍ਹੀ ਜਿਹੀ ਤੰਗੀ ਹੁੰਦੀ ਆ, ਉਦੋਂ ਸਾਰੇ ਬੰਦੇ ਕਰਦੇ ਆ ਕੰਮ ਕਰਦੇ ਚਲੋ, ਪਰ ਝੋਨਾ ਲਾਉਣ ਤੋਂ ਬਾਅਦ ਮੁੜ ਕੇ ਝੋਨਾ ਵੱਢਣ ਤੱਕ ਫਿਰ ਕਾਹਦੀ ਤੰਗੀ ਆ, ਫਿਰ ਤਾਂ ਅਸੀਂ ਮੈਂ ਤਾਂ ਆਪ ਅਸੀਂ ਖੇਤੀ ਕਰਦੇ ਸੀ ਅਤੇ ਅਸੀਂ ਤਾਸ ਹੀ ਕੁੱਟਦੇ ਰਹੇ ਉੱਥੇ ਬੈਠ ਕੇ, ਫੱਟੇ ਦੇ ਉੱਤੇ ਬਹਿ ਜਾਣਾ, ਤਾਸ ਕੁੱਟੀ ਜਾਣੀ ਸਾਰੀ ਦਿਹਾੜੀ, ਖੇਤ ਗਏ ਜੀ ਤੜਕੇ 10 ਵਜੇ ਤੱਕ, 10 ਵੱਜ ਗਏ 11 ਵਜੇ ਤੱਕ ਕੰਮ ਕੀਤਾ ਮਾੜਾ ਮੋਟਾ ਜਿਹੜਾ ਕਰਨਾ ਸੀ, ਅਤੇ ਮੁੜ ਕੇ ਘਰ ਆ ਗਏ ਜੀ, ਬਹੁਤ ਗਰਮੀ ਬਹੁਤ ਹੋ ਗਈ, ਅਤੇ ਫਿਰ ਘਰ ਆ ਕੇ ਫਿਰ ਜੀ 5 ਵਜੇ ਤੱਕ ਤਾਸ, ਵੀ ਜਿੱਦਾਂ ਤਾਸ ਕੁੱਟੀ ਜਾਣੀ ਉੱਥੇ ਬੈਠਿਆਂ ਨੇ ਬੰਦਿਆਂ ਨੇ, ਵੀ ਉਹ ਤਾਂ ਮੈਂ ਕਹਿੰਦਾ ਵੀ ਉੱਥੇ ਵੀ ਉਹ ਵੀ ਬੈਲੈਂਸ, ਸਾਡੇ ਜਿਹੜੇ ਕਿਸਾਨ ਵੀ ਰੌਲਾ ਪਾਈ ਜਾਂਦੇ ਵੀ ਉਹ ਉਹਨਾਂ ਨੇ ਵੀ ਬੈਲੈਂਸ ਨਹੀਂ ਹੈਗਾ ਗਾ, ਉਹਨਾਂ ਕੋਲੇ ਵੀ ਉਹਨਾਂ ਨੇ ਵੀ ਬੈਲੈਂਸ ਨਹੀਂ ਰੱਖਿਆ ਗਿਆ ਕੰਮ ਦਾ, ਵੀ ਜਾਂ ਤਾਂ ਕਣਕ ਹੀ ਆ ਅਤੇ ਝੋਨਾ ਹੀ ਆ, ਅਤੇ ਜੇ ਆਲੂ ਆ ਤਾਂ ਫਿਰ ਆਲੂ ਮੈਂ ਪਿੱਛੇ ਤੁਰ ਪੈਣਾ, ਜੇ ਗੰਨੇ ਪਿੱਛੇ ਪੈ ਗਏ ਤਾਂ ਗੰਨੇ ਪਿੱਛੇ ਤੁਰ ਪੈਣਾ, ਜਿਹੜੇ ਪਾਸੇ ਨੂੰ ਪੈ ਗਏ ਬਸ ਇੱਕ ਇੱਕ ਜਣੇ ਨੇ ਪਿੰਡ 'ਚ ਕਰ ਲਿਆ, ਦੂਜੇ ਨੇ ਨਾਲ ਪੁਦੀਨਾ ਲਾ ਲਿਆ, ਦੂਜੇ ਨੇ ਪੁਦੀਨਾ ਲਾ ਹੀ ਦੇਣਾ, ਉਹਨੇ ਉਹਨਾਂ ਨੇ ਉਹ ਦੂਜੇ ਜਿਹੜੇ ਜਿਹੜੇ ਉਹਨੂੰ 4 ਪੈਸੇ ਜਿਹੜੇ ਨੂੰ ਬਚਣੇ ਸੀ ਉਹਨਾਂ ਨੇ ਉਹਦਾ ਵੀ ਅੱਗੋਂ ਕੱਟ ਕੇ ਰੱਖ ਦੇਣਾ, ਵੀ ਬਸ ਗੱਲ ਖਤਮ ਹੋ ਗਈ ਨਾ, ਬਿਲਕੁਲ ਹਾਂਜੀ। ਨਹੀਂ ਦੇਖੋ ਇਹ ਹੁਣ ਜਿਹੜਾ MSP ਦਾ ਇਹਦਾ ਇੱਥੇ ਨਾ, ਮੈਂ ਜਦੋਂ ਪਿਛਲਾ ਇਹਦਾ ਕਿਸਾਨੀ ਮੇਰੇ ਦਾ ਮੋਰਚਾ ਲੱਗਾ ਜਦੋਂ ਦਿੱਲੀ ਬੈਠੇ, ਹਾਂਜੀ ਉਦੋਂ 2-3 ਮੈਂ ਪ੍ਰੋਗਰਾਮ ਇੱਥੇ ਕੀਤੇ ਸੀਗੇ, ਤਾਂ ਬਹੁਤ ਡਿਟੇਲਡ ਇੱਦਾਂ ਹੋਲੈਂਡ ਬਾਰੇ, ਇੱਦਾਂ ਹੋਰ ਕੰਟਰੀਆਂ ਬਾਰੇ ਵੀ, ਹਾਂਜੀ ਜਾਂ ਇਹਨਾਂ ਕੰਟਰੀਆਂ ਦੇ ਵਿੱਚ ਵੀ ਇੱਦਾਂ ਕਿੱਦਾਂ ਆਪਣਾ ਸ਼ੁਰੂ ਤੋਂ ਹੋਇਆ। ਹੁਣ ਜਿਹੜਾ MSP ਦਾ ਜਿਹੜਾ ਰੌਲਾ, ਉਹ ਸਿਰਫ ਰੌਲਾ ਇਸੇ ਚੀਜ਼ ਦਾ ਹੀ ਹੈ ਨਾ, ਇੱਦਾਂ ਜਿਹੜੀ ਸਾਨੂੰ ਜਿਹੜਾ ਕਣਕ ਆ ਅਤੇ ਝੋਨਾ ਆ ਉਹ ਅਸੀਂ ਬੀਜੀ ਜਾਣਾ ਇਹਦਾ, ਅਤੇ ਤੁਸੀਂ ਸਾਨੂੰ ਇੱਦਾਂ ਇਸ ਰੇਟ 'ਤੇ ਸਾਡਾ ਚੁੱਕੀ ਚੱਲੋ ਨਾ, ਹਾਂਜੀ ਹਾਂਜੀ। ਉਹਦੇ ਪਿੱਛੇ ਆਹੀ ਕਾਰਨ ਆ ਮੇਨ, ਜਿਹੜਾ ਇੱਦਾਂ ਵਿਹਲਿਆਂ ਨੂੰ ਜਿਹੜਾ ਮਿਲਦਾ ਪਿਆ ਨਾ, ਹੁਣ ਉਹਦੇ ਪਿੱਛੇ ਇਹ ਨਹੀਂ ਇਹਨਾਂ ਨੂੰ ਸਮਝ ਲੱਗ ਰਹੀ ਇਹਦਾ ਨੁਕਸਾਨ ਕਿੰਨਾ ਕਰ ਰਹੇ ਨੇ। ਹੁਣ ਇੱਥੇ ਬੈਠਿਆਂ ਮੈਨੂੰ ਇੱਦਾਂ ਕਈ ਵਾਰੀ ਇੱਦਾਂ ਇੱਦਾਂ ਦੀਆਂ ਵੀਡੀਓ ਬਥੇਰੀਆਂ, ਇੱਦਾਂ ਇੱਦਾਂ ਨਹੀਂ ਗਾ, ਉੱਦਾਂ ਹੀ ਵੀਡੀਓ ਨੇ ਬੋਗਸ ਇਹਦਾ, ਹਾਂਜੀ ਹਾਂਜੀ। ਥੱਲੇ ਅਗਲਿਆਂ ਨੇ ਆਪਣਾ ਨੰਬਰ ਐਡਰੈਸ ਦਿੱਤੇ ਹੁੰਦੇ ਨੇ ਇਹਦਾ, ਕੋਈ ਬੰਦਾ ਕੋਈ ਇੰਟਰਵਿਊ ਦੇ ਰਿਹਾ ਜਾਂ ਰਿਪੋਰਟਰ ਨੂੰ ਕਿਸੇ ਨੂੰ ਪੱਤਰਕਾਰ ਨੂੰ, ਤੁਸੀਂ ਜਾ ਕੇ ਚੈੱਕ ਕਰ ਲਓ ਇਹਦਾ ਉਹਨਾਂ ਕੋਲ, ਇੱਦਾਂ ਹੈਗੇ ਨੇ। ਇੱਦਾਂ ਪਿੱਛੇ ਥੋੜ੍ਹੇ ਦਿਨ ਪਹਿਲਾਂ ਮੈਂ ਦੇਖਦਾ ਸੀ ਮਿਰਚਾਂ ਦੀ ਕਿਸੇ ਨੇ ਪਾਈ ਸੀਗੀ, ਤਾਂ ਹਾਂਜੀ ਉਹ ਕਹਿੰਦਾ ਮੈਂ 7-7 ਲੱਖ ਦੀਆਂ 1 ਕਿੱਲੇ 'ਚੋਂ ਮੈਂ ਮਿਰਚਾਂ ਕੱਢਦਾ, ਕੋਈ ਅਵਕਾਡੋ ਲਾ ਰਿਹਾ, ਕੋਈ ਡਰੈਗਨ ਫਰੂਟ ਲਾ ਰਿਹਾ, ਕੋਈ ਕੁਛ ਲਾ ਰਿਹਾ ਇਹਦਾ। ਹੁਣ ਪਰ ਉਹਨਾਂ ਚੀਜ਼ਾਂ ਦੇ ਉੱਤੇ ਮਿਹਨਤ ਹੁੰਦੀ ਹੈ, ਬਿਲਕੁਲ ਜੀ। ਹੁਣ ਉਹ ਤੁਸੀਂ ਇੱਦਾਂ ਜਿਹੜੇ 10 ਕਿੱਲੇ ਤੁਹਾਡੀ ਜ਼ਮੀਨ ਹੈ, ਤਾਂ ਉਹ 'ਚੋਂ ਤੁਸੀਂ ਇੱਦਾਂ 2-2 ਲੱਖ ਇੱਦਾਂ ਲੱਖ ਜਿੰਨਾ ਵੀ ਮੈਨੂੰ ਪਤਾ ਨਹੀਂ ਕੱਢ ਰਹੇ ਤਾਂ, ਉਹ 'ਚੋਂ ਤੁਸੀਂ ਇੱਦਾਂ ਹੋਰ ਇੱਦਾਂ 10 ਗੁਣਾ ਕੱਢਿਆ ਜਾ ਸਕਦਾ ਉੱਥੇ, ਤੇ ਪਰ ਉੱਥੇ ਤਾਂ ਇੱਦਾਂ ਤੁਸੀਂ ਇੱਦਾਂ ਨਹੀਂ ਕਰ ਸਕਦੇ। ਤੁਸੀਂ ਇੱਕ ਦਿਨ ਬੀਜਤਾ ਤਾਂ ਮੁੜ ਕੇ ਜਿੱਦਾਂ 6 ਮਹੀਨੇ ਤਾਸ਼ ਕੁੱਟੀ ਗਏ ਜਾ ਕੇ ਸੱਥਾਂ ਦਲ ਬਹਿ ਕੇ ਨਾ, ਇੱਦਾਂ ਉਹ ਨਹੀਂ ਹੁੰਦਾ ਉਹਦੇ ਵਿੱਚ, ਇੱਦਾਂ ਉਹਦੇ ਵਿੱਚ ਤੁਹਾਨੂੰ ਐਵਰੀਡੇ ਤੁਹਾਨੂੰ ਕੁਛ ਨਾ ਕੁਛ ਕਰਨਾ ਪੈਣਾ। ਹੁਣ ਆਪਣੇ ਬਜ਼ੁਰਗ ਇੱਦਾਂ ਉਹ ਪਹਿਲਾਂ ਇਹ ਕੰਮ ਕਰਦੇ ਰਹੇ ਨੇ, ਇੱਦਾਂ ਹੁਣ ਨਾਨਾ ਸੀ ਮੇਰਾ ਇੱਦਾਂ ਤੇ ਉਹ ਗੋਡੀਆਂ ਕਰਨੀਆਂ ਉਹਨਾਂ ਨੇ ਫੜ ਕੇ ਰੰਬੇ ਦੇ ਨਾਲ ਬੈਠ ਕੇ ਨਾ, ਇੱਦਾਂ ਮਿਹਨਤਾਂ ਕੀਤੀਆਂ ਉਹਨਾਂ ਨੇ। ਹੁਣ ਆਪਣੇ ਲੋਕ ਇੱਦਾਂ ਪਿਛਲੇ 40-50 ਸਾਲਾਂ ਤੋਂ ਜਦੋਂ ਤੋਂ ਇੱਦਾਂ ਆਹ ਜਿਹੜਾ ਹਰੀ ਕ੍ਰਾਂਤੀ ਆਈ ਸੀ, ਬਿਲਕੁਲ ਉਹਦੇ ਕਰਕੇ ਇੱਦਾਂ ਥੋੜ੍ਹੀ ਜਿਹੀ ਤਾਂ ਹੱਡ ਹਰਾਮੀ ਹੋ ਗਈ, ਬਿਲਕੁਲ ਹੋਈ ਹੈ। ਹੁਣ ਗੁੱਸਾ ਤਾਂ ਕਰਨਾ ਇਹਨਾਂ ਨੇ, ਉਹ ਸਮੇਂ ਇੱਦਾਂ ਕਰਦੇ ਸੀਗੇ ਇੱਦਾਂ, ਹੁਣ ਪਰ ਉਹ ਇਹ ਤਾਂ ਇੱਥੋਂ ਇੱਦਾਂ ਗੁੱਸਾ ਕਰ ਲੈਣਗੇ ਤਾਂ ਵਧੀਆ ਰਹਿਣਗੇ, ਸਗੋਂ ਇੱਦਾਂ ਇੱਥੋਂ ਨਿਕਲਣਗੇ ਤਾਂ ਤੁਹਾਡੇ ਕੋਲ ਓਪਰਚੁਨਿਟੀ। ਅੱਜ ਤਾਂ ਆਪਾਂ ਇੰਨੇ ਤਾਂ ਬਾਹਰ ਜਿਹੜੇ ਆਏ ਹਾਂ, ਹਾਂਜੀ ਹਾਂਜੀ, ਇਹ ਵੀ ਆਪਾਂ ਨਾ ਆਏ ਹੁੰਦੇ ਨਾ ਇੱਦਾਂ, ਜੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ
ਪਹਿਲਾਂ ਤਾਂ ਫਿਲਹਾਲ ਆਪਾਂ ਇਹਨਾਂ ਕੰਟਰੀਆਂ ਦੀ ਗੱਲ ਕਰਦੇ ਪਏ ਸੀ ਨਾ, ਤਾਂ 80-80 ਘੰਟੇ 100-100 ਘੰਟੇ ਟੈਕਸੀ ਚਲਾਉਂਦੇ ਨੇ ਲੋਕ, ਬਿਲਕੁਲ ਜੀ, ਉਹਨਾਂ ਨੂੰ ਟਾਈਮ ਨਹੀਂ ਲੱਗਦਾ। ਹਾਂ, ਜਿਹੜੇ ਇੱਦਾਂ ਉੱਥੇ ਕਣਕ ਝੋਨਾ ਲਾ ਰਹੇ ਨੇ ਅਤੇ ਇੱਦਾਂ ਉਸ ਤੋਂ ਬਾਅਦ ਇੱਦਾਂ ਵਿਹਲੇ ਨੇ, ਉਹਨਾਂ ਕੋਲ ਤਾਂ ਟਾਈਮ ਹੀ ਟਾਈਮ ਹੈ ਸਗੋਂ ਨਾ, ਇੱਦਾਂ ਹਾਂਜੀ ਉਹ ਤਾਂ ਸਗੋਂ ਬਹੁਤ ਜ਼ਿਆਦਾ ਸਟੱਡੀ ਕਰ ਸਕਦੇ ਨੇ ਇਹਨਾਂ ਚੀਜ਼ਾਂ 'ਤੇ, ਇੱਦਾਂ ਪੜ੍ਹਾਈ ਵੀ ਕੀਤੀ ਜਾ ਸਕਦੀ ਹੈ। ਹਾਂਜੀ ਹਾਂਜੀ, ਉਹ ਤਾਂ ਜੇ ਜ਼ਿਆਦਾ ਨਹੀਂ ਤਾਂ ਜਿਹਦੇ ਕੋਲ ਤਾਂ 10 ਕਿੱਲੇ ਨੇ, ਹਾਂਜੀ ਉਹ ਇੱਦਾਂ ਅੱਧੇ ਕਿੱਲੇ 'ਚ ਐਕਸਪੈਰੀਮੈਂਟ ਕਰਕੇ ਦੇਖ ਲਵੇ, ਬਿਲਕੁਲ ਬਿਲਕੁਲ, ਇਸ ਤੋਂ ਪਹਿਲਾਂ ਮਤਲਬ ਇੱਦਾਂ ਟੂ ਲੇਟ ਹੋਵੇ ਤਾਂ ਫਿਰ ਇੱਕਦਮ ਇੱਦਾਂ ਕਰਨਾ ਪਵੇ, ਹਾਂਜੀ ਹਾਂਜੀ, ਤਾਂ ਬੰਦਾ ਕਹੇ ਚਲੋ ਠੀਕ ਹੈ, ਤਾਂ ਉਹ ਕਹਿੰਦਾ ਮਤਲਬ ਇੱਦਾਂ 1 ਕਿੱਲੇ 'ਚ 7 ਲੱਖ ਦੀਆਂ ਮਿਰਚਾਂ ਹੋ ਜਾਂਦੀਆਂ, ਹਾਂਜੀ ਚਲੋ 1/2 ਕਿੱਲਾ ਮੈਂ ਲਾ ਕੇ ਦੇਖਦਾ। ਹਾਂਜੀ, ਹੁਣ ਇੱਦਾਂ ਦੇ ਪਿੰਡ ਦੇ ਵਿੱਚ 2-3 ਵੀ ਇੱਦਾਂ 4 ਜਣੇ ਕਰ ਲੈਣਗੇ, ਹਾਂਜੀ ਉਹ ਰੋਲ ਮਾਡਲ ਬਣ ਜਾਣਗੇ ਨਾ, ਤਾਂ ਬਾਕੀਆਂ ਨੂੰ ਵੀ ਇੱਦਾਂ ਨਸੀਹਤ ਮਿਲੇਗੀ, ਹਾਂ ਉਹਨੂੰ ਇੰਨਾ ਫਾਇਦਾ ਹੋ ਰਿਹਾ ਅਤੇ ਮੈਂ ਵੀ ਇਹਦੇ ਵਿੱਚੋਂ ਥੋੜ੍ਹਾ ਜਿਹਾ ਕਰਕੇ ਦੇਖਦਾ ਮੈਂ ਨਾ। ਹਾਂਜੀ, ਇੱਦਾਂ ਬਹੁਤ ਕੁਛ ਇੱਦਾਂ ਚੇਂਜ ਕੀਤਾ ਜਾ ਮੈਂ ਸਕਦਾ। ਤੁਹਾਨੂੰ ਆਪਣੀ ਗੱਲ ਦੱਸਦਾ ਵੀ ਮੇਰੇ ਚਾਚੇ ਦਾ ਬੇਟਾ ਉਹ ਚਲੋ ਹੁਣ ਅਮਰੀਕਾ ਚੱਲ ਗਿਆ ਉੱਥੇ, ਅਤੇ ਉਹਨੇ ਵੀ ਕਹਿੰਦਾ ਵੀ ਮੈਂ ਫਲਾਵਰ ਲਾਉਣੇ ਆ, ਫੁੱਲ ਲਾਉਣੇ ਆ, ਐਕਸਪੈਰੀਮੈਂਟ ਕਰਨ ਲੱਗਿਆ, ਐਕਸਪੈਰੀਮੈਂਟ ਕਰਨ ਲੱਗਿਆ ਵੀ ਮੈਂ ਫੁੱਲ ਲਾਉਣੇ ਆ, ਕੋਈ ਨੌਲੇਜ ਨਹੀਂ ਲਈ, ਕੋਈ ਕਿਸੇ ਤੋਂ ਕੁਛ ਪੁੱਛਿਆ ਨਹੀਂ, ਉਹਨਾਂ ਫੁੱਲਾਂ ਦਾ ਤੇਲ ਨਿਕਲਣਾ ਜੀ, ਫਿਰ ਇਹਨਾਂ ਦਾ ਉਹ ਪਰਫਿਊਮ ਬਣਨਾ ਜੀ, ਇਹ ਉਹ ਹੋਣਾ ਜੀ, ਉਹ ਕਾਫੀ ਕੁਛ ਕਰਦਾ ਰਿਹਾ, ਅਤੇ ਉਹਨੇ 2 ਕਿੱਲੇ ਫੁੱਲ ਲਾਤੇ ਜਿੱਦਾਂ ਫਲਾਵਰ ਲਾਤੇ, ਪਰ ਬੀਜਣ ਤੋਂ ਲੈ ਕੇ ਉਹਨਾਂ ਨੂੰ ਵੱਢਣ ਤੱਕ ਉਹ ਬੰਦੇ ਨੇ ਮੋਟਰਸਾਈਕਲ ਤੋਂ ਲੱਤ ਥੱਲੇ ਲਾ ਕੇ ਖੇਤ ਵਿੱਚ ਨਹੀਂ ਪਾਈ। ਅੱਛਾ, ਪਰਫਿਊਮ ਇੱਦਾਂ ਬਣ ਜਾਣਾ ਫਿਰ। ਹਾਂ, ਫਿਰ ਉਹ ਹੁਣ ਪਰਫਿਊਮ ਉਹਦੀ ਪਹਿਲਾਂ ਤਾਂ ਆਪ ਨਹੀਂ ਨੌਲੇਜ ਲਈ, ਫਿਰ ਜਿਹੜੇ ਬੰਦੇ ਉੱਥੇ ਕੰਮ ਕਰਦੇ ਆ ਵਿਚਾਰੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਦੇ ਬਾਰੇ ਵੀ ਕਿੱਦਾਂ, ਇਹਨਾਂ ਨੇ ਦੇਖਭਾਲ ਕਿੱਦਾਂ ਕਰਨੀ ਆ। ਬਿਲਕੁਲ, ਉਹ ਪਹਿਲਾਂ ਉਹਦਾ ਬੀਜ ਸਾਰਾ ਝੜ ਗਿਆ ਥੱਲੇ, ਫਿਰ ਇਹਨਾਂ ਨੇ ਝਾੜੂਆਂ ਨਾਲ ਇਕੱਠਾ ਕੀਤਾ ਸਾਰਾ, ਮੇਰੇ ਫਾਦਰ ਸਾਹਿਬ ਹੋਰਾਂ ਨੇ, ਡੈਡੀ ਮੇਰੇ ਨਾਲੇ ਗਾਲਾਂ ਕੱਢਣ ਨਾਲੇ ਉੱਥੇ ਉਹਨਾਂ ਨੇ ਇਕੱਠਾ ਕਰਾਇਆ ਵੀ ਆਉਂ ਨਹੀਂ ਵੀ ਤੁਹਾਨੂੰ ਆਪਾਂ ਹੁਣ ਕਹਿ ਆਪਾਂ ਕਹਿਤਾ ਨਾ ਵੀ 1/2 ਕਿੱਲੇ ਦੀ ਜੀ ਟਰਾਈ ਕਰਕੇ ਦੇਖਣ, 1/2 ਕਿੱਲੇ ਦੀ ਟਰਾਈ ਕਰਨ ਤੋਂ ਪਹਿਲਾਂ ਥੋੜ੍ਹੀ ਬਹੁਤੀ ਨੌਲੇਜ ਲੈਣ, ਬਿਲਕੁਲ ਨੌਲੇਜ ਲੈਣ ਤੋਂ ਬਾਅਦ ਉਹਨੂੰ ਆਪ ਕਰਨ, ਨਾ ਇਹ ਨਹੀਂ ਕਿ ਬਈਏ ਨੂੰ ਭੇਜਦਾ ਵੀ ਜਾ ਪਾਣੀ ਛੱਡ ਦੇ ਜਾ ਕੇ, ਅਤੇ ਬਈਏ ਨੇ ਮੋਟਰ ਦਾ ਬਟਨ ਨੱਪ ਦੇਣਾ ਅਤੇ ਪਾਣੀ ਛੱਡਤਾ, ਪਾਣੀ ਛੱਡਣਾ ਕਿੰਨਾ ਉਹਨੂੰ, ਕਿੰਨੀ ਮਾਤਰਾ 'ਚ ਪਾਣੀ ਲੱਗਣਾ ਚਾਹੀਦਾ, ਉਹ 4 ਦਿਨ ਪਾਣੀ ਹਲਦੀ ਲਾ ਦੀ ਉੱਥੇ, ਹਲਦੀ 'ਚ 4 ਦਿਨ ਪਾਣੀ ਖੜ੍ਹਾ ਰਿਹਾ ਅਤੇ ਉਹਨੇ ਸੁੱਕ ਜਾਣੀ ਆ, ਗਲ ਜਾਣੀ, ਉਹ ਤਾਂ ਉਹਦੀਆਂ ਜੜ੍ਹਾਂ ਗਲ ਜਾਣੀਆਂ, ਉਹਨੂੰ ਪਾਣੀ ਉੱਦਾਂ ਹੀ ਦੇਣਾ ਪਊ ਨਾ ਜਿੰਨੀ ਉਹਨੂੰ ਲੋੜ। ਹੁਣ ਬਈਏ ਨੂੰ ਜਾ ਕੇ ਕਹਾਂਗੇ ਤਾਂ ਬਈਏ ਨੇ ਥੋੜ੍ਹੀ ਸਟੱਡੀ ਕੀਤੀ ਉਹਦੇ ਉੱਤੇ ਵੀ ਹਲਦੀ ਨੂੰ ਕਿੰਨਾ ਪਾਣੀ ਦੇਣਾ, ਅਤੇ ਉਹ ਇਹ ਸਾਡੇ ਬੰਦਿਆਂ 'ਚ ਇਹ ਚੀਜ਼ ਵੀ ਨਾਲ ਨਾਲ ਘਾਟ ਹੈਗੀ ਆ, ਬੈਲੈਂਸ ਇਹਨਾਂ ਦਾ ਉੱਥੇ ਵੀ ਹੈ ਨਹੀਂ ਗਾ ਵੀ ਜੇ 1/2 ਕਿੱਲੇ ਦੇ ਵੀ ਐਕਸਪੈਰੀਮੈਂਟ ਕਰਨਾ ਵੀ ਆਏ ਨਾ, ਹੋਏ ਤੁਸੀਂ ਅਸੀਂ ਕਹਿਤਾ ਵੀ ਇੱਥੋਂ 1/2 ਕਿੱਲੇ ਦੇ ਐਕਸਪੈਰੀਮੈਂਟ ਕਰੋ ਅਤੇ ਤੁਸੀਂ 1/2 ਕਿੱਲੇ ਦੇ ਐਕਸਪੈਰੀਮੈਂਟ ਕਰਨ ਲੱਗ ਜਾਓ, ਬਿਨਾਂ ਨੌਲੇਜ ਤੋਂ ਉਹ ਵੀ ਨਾ ਕਰੋ, ਹੈ ਨਾ, ਵੀ ਉਹ ਚੀਜ਼ ਵੀ ਜ਼ਰੂਰੀ ਆ। ਇੱਦਾਂ ਹੀ ਇਹਨਾਂ ਨੇ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਅਤੇ ਸਾਡੇ ਨਾ ਨਾਲ ਪਿੰਡ ਆ ਅਤੇ ਉੱਥੇ ਸ਼ੈਲਰ ਬਣਿਆ ਹੋਇਆ, ਅਤੇ ਪਹਿਲਾਂ ਜਿੱਦਾਂ ਅਸੀਂ ਆਪਣਾ ਫਸਲ ਸਾਰੀ ਮੰਡੀ ਵੇਚਦੇ ਸੀ, ਸਾਡੇ ਪਿੰਡ ਹੀ ਮੰਡੀ ਆ, ਅਤੇ ਉੱਥੇ ਮੰਡੀ 'ਤੇ ਜਾਣਾ ਅਤੇ ਉੱਥੇ ਜਿੱਦਾਂ ਵੀ 10 ਕੁ ਦਿਨ ਲੱਗ ਜਾਂਦੇ ਸੀ, ਐਵਰੇਜ ਸੀਗੀ ਜਾਣੀ ਵੀ ਜਿਹੜਾ ਜਿੱਦਾਂ ਸਾਨੂੰ 10-15 ਦਿਨ ਲੱਗਦੇ ਸੀਗੇ, ਵੀ ਉਹ ਸਾਡਾ ਤਿੰਨ ਪੜਾਵਾਂ ਵਿੱਚ ਜਿਹੜੀ ਸਾਡੀ ਫਸਲ ਸੀਗੀ ਉਹਨੂੰ ਤੋਲਦੇ ਸੀ, ਅਤੇ 10.5-15 ਦਿਨ ਲੱਗਦੇ ਸੀ ਉੱਥੇ, ਅਤੇ ਬਾਅਦ ਵਿੱਚ ਉੱਥੇ ਸ਼ੈਲਰ ਬਣ ਗਿਆ ਜਿਹੜਾ ਉਹ ਸ਼ੈਲਰ ਦਾ ਮਾਲਕ ਸੀਗਾ ਵੀ ਉਹ ਆੜ੍ਹਤੀ ਆ ਜਿੱਦਾਂ ਸਾਡਾ ਸੀਗਾ, ਅਤੇ ਅਸੀਂ ਉਹ ਕਹਿੰਦਾ ਵੀ ਤੁਸੀਂ ਮੰਡੀ ਨਾ ਲਿਜਾਓ, ਟਰਾਲੀ ਸਿੱਧੀ ਉੱਥੇ ਲੈ ਕੇ ਆਓ ਸ਼ੈਲਰ 'ਚ, ਅਤੇ ਬਸ ਲੈਫਟ ਵਾਲੀ ਟਰਾਲੀ ਤੁਸੀਂ ਲੈਫਟ ਵਾਲੀ ਟਰਾਲੀ ਚੱਕਣੀ ਹੈ ਅਤੇ ਤੁਸੀਂ ਛੱਡ ਕੇ ਤੋਲ ਕੇ ਪੈਸੇ ਲੈ ਕੇ ਚੱਲ ਜੂ ਘਰ ਨੂੰ। ਸੁਬਹਾ ਉਹਦੇ ਸਾਡੇ ਜਿੱਦਾਂ ਹੁਣ ਮਸ਼ੀਨ ਲਾਉਂਦੇ ਹਾਂ ਅਸੀਂ, ਅਤੇ ਸਾਡੇ ਤੋਂ 3-4 ਕਿਲੋਮੀਟਰ ਹੀ ਆ ਆਪਣੇ ਖੇਤ ਤੋਂ, ਅਤੇ 4 ਕੁ ਟਰੈਕਟਰੇ ਕਰ ਲੈਂਦੇ ਸਾਡੇ ਘਰ ਦੇ ਇਕੱਠੇ ਕਰਕੇ, ਅਤੇ ਇਹਨਾਂ ਨੇ ਸਿੱਧਾ ਹੀ ਖੇਤ 'ਚੋਂ ਵੱਢਣੀ ਆ ਅਤੇ ਉੱਥੇ ਜਾ ਕੇ ਸਿੱਟਣੀ ਆ ਝੋਨਾ ਵੀ ਅਤੇ ਕਣਕ ਵੀ, ਅਤੇ ਇਹ 2 ਸਾਲ ਵੇਚਦੇ ਰਹੇ, 3 ਸਾਲ ਇੱਦਾਂ ਹੀ, ਚੌਥੇ ਸਾਲ ਮੇਰਾ ਖਿਆਲ ਵੀ ਇਹਨਾਂ ਨੇ ਜਦੋਂ ਕਿਸਾਨੀ ਅੰਦੋਲਨ ਦਾ ਰੌਲਾ ਪੈ ਗਿਆ ਅਤੇ ਇਹਨਾਂ ਨੇ ਜਾ ਕੇ ਉਹਦੇ ਬਾਹਰ 'ਚ ਧਰਨਾ ਲਾਤਾ, ਮੇਰੇ ਫਾਦਰ ਸਾਹਿਬ ਵੀ ਨਾਲ ਸੀਗੇ ਅਤੇ ਸਾਡੇ ਹੋਰ ਵੀ ਆਂਢ ਗੁਆਂਢ ਦੇ ਹੋਰ ਵੀ ਨੇੜੇ ਤੇੜੇ ਵਾਲੇ ਬੰਦੇ ਬਹੁਤ, ਕਹਿੰਦੇ ਵੀ ਧਰਨਾ ਲਾਤਾ, ਉਹਦੇ ਟਰੱਕ ਨਹੀਂ ਲੰਘਣ ਦੇਣੇ। ਮੈਂ ਆਪਦੇ ਡੈਡੀ ਨਾਲ ਗੱਲ ਕੀਤੀ, ਮੈਂ ਕਿਹਾ ਵੀ ਡੈਡੀ ਤੁਸੀਂ ਰੋਕਦੇ ਕਾਹਤੋਂ ਉਹਦੇ ਟਰੱਕ ਬਈ। ਚਲੋ ਮੈਂ ਉਹ ਬੰਦੇ ਨੂੰ ਇੰਨਾ ਨਜ਼ਦੀਕ ਤੋਂ ਨਹੀਂ ਜਾਣਦਾ, ਪਰ ਮੈਂ ਕਿਹਾ ਵੀ ਉਹ ਬੰਦੇ ਬਾਰੇ ਤੁਸੀਂ ਮੈਨੂੰ ਦੱਸਿਆ ਵੀ ਬੰਦਾ ਬਹੁਤ ਵਧੀਆ, ਵੀ ਜਦੋਂ ਅਸੀਂ ਫਸਲ ਲੈ ਕੇ ਜਾਂਦੇ ਹਾਂ ਅਸੀਂ ਉਹਦੇ ਸ਼ੈਲਰ 'ਚ ਫਸਲ ਟਰਾਲੀ ਛੱਡਦੇ ਹਾਂ, ਅਤੇ ਜਦੋਂ ਟਰਾਲੀ ਲੈ ਕੇ ਬਾਹਰ ਨਿਕਲਦੇ ਹਾਂ ਜਿੱਦਾਂ ਮਸ਼ੀਨ ਲੱਗੀ ਅੱਜ ਸਾਰਾ ਦਿਨ ਆਪਾਂ ਜੇ 20 ਟਰਾਲੀਆਂ ਵੀ ਸਿੱਟੀਆਂ ਫਸਲ ਦੀਆਂ, ਅਤੇ ਜਦੋਂ 20 ਹੋ ਗਈਆਂ ਉਹਨੇ 20 ਦੇ ਸ਼ਾਮ ਨੂੰ ਚੈੱਕ ਦੇ ਦੇਣਾ ਤੁਹਾਨੂੰ ਪੈਸਿਆਂ ਦਾ, ਵੀ ਆ ਭਾਈ ਤੁਹਾਡੇ ਇੰਨਾ ਵਜ਼ਨ ਬਣਿਆ, ਇੰਨੇ ਵਜ਼ਨ ਦੇ ਇੰਨੇ ਪੈਸੇ ਬਣਦੇ ਆ, ਅਤੇ ਮਾਰਕੀਟ ਰੇਟ ਇਹਦਾ ਇੰਨਾ, ਅਤੇ ਮੈਂ ਤੁਹਾਡੀ ਇੰਨੇ 'ਚ ਰੱਖ ਲਈ ਆ, ਵੀ ਤੁਹਾਡੇ ਉਹਨੂੰ ਮਾਰਕੀਟ ਨਾਲੋਂ $5 ਵੱਧ ਦਿੱਤੇ, ₹5 ਵੱਧ ਦਿੱਤੇ ਆ,
ਅਤੇ ਤੁਸੀਂ ਘਰੇ ਆ ਕੇ ਕਹਿੰਦੇ ਬੰਦਾ ਬਹੁਤ ਵਧੀਆ, ਬੰਦਾ ਬਹੁਤ ਵਧੀਆ, ਮੈਨੂੰ ਤੁਸੀਂ ਫੋਨ 'ਤੇ ਦੱਸਦੇ ਰਹੇ ਆ ਵੀ ਬੰਦਾ ਬਹੁਤ ਵਧੀਆ, ਕਿਉਂਕਿ 5 ਕੁ ਸਾਲਾਂ ਤੋਂ ਹੀ ਮੇਰੇ ਆਉਣ ਤੋਂ ਬਾਅਦ ਉਹ ਬੰਦੇ ਨਾਲ ਇਹਨਾਂ ਦੀ ਆੜਤ ਹੋਈ ਆ, ਅਤੇ ਹੁਣ ਤੁਸੀਂ ਉਹਦਾ ਟਰੱਕ ਰੋਕੀ ਬੈਠੇ ਆ, ਕਹਿੰਦਾ ਇਹ ਚੌਲ ਸਾਡੇ ਉਹਨੂੰ ਅਡਾਨੀਆਂ ਬਾਨੀਆਂ ਨੂੰ ਵੇਚ ਰਿਹਾ। ਮੈਂ ਕਿਹਾ ਯਾਰ ਤੁਸੀਂ ਪੈਸੇ ਲੈ ਲਏ ਨਾ ਆਪਦੇ ਚੌਲਾਂ ਦੇ, ਉਹ ਆਪਦੇ ਚੌਲਾਂ ਦੇ ਤੁਸੀਂ ਪੈਸੇ ਲੈ ਲਏ ਆ, ਤੁਸੀਂ ਪੈਸੇ ਲੈ ਕੇ ਆਪਦੀ ਜੇਬ 'ਚ ਪਾ ਲਏ, ਹੁਣ ਉਹਦੀ ਚੀਜ਼ ਆ ਉਹ ਚਾਹੇ ਆਪਦੀ ਨਾਲੀ 'ਚ ਸਿੱਟੇ, ਚਾਹੇ ਛੱਪੜ 'ਚ ਸਿੱਟੇ, ਚਾਹੇ ਉਹ ਆਪਦੇ ਦਰਿਆ 'ਚ ਰੋੜੇ, ਅਤੇ ਚਾਹੇ ਅਡਾਨੀਆਂ ਨੂੰ ਵੇਚੇ, ਤੁਸੀਂ ਕਾਹਤੋਂ ਰੋਕਿਆ ਉਹਨੂੰ, ਟਰੱਕ ਕਿਉਂ ਨਹੀਂ ਲੰਘਣ ਦਿੰਦੇ? ਚਲੋ ਮੈਂ ਕਾਫੀ ਜ਼ੋਰ ਜ਼ਾਰ ਜਿਹਾ ਲਾਇਆ ਇੱਧਰ ਉੱਧਰੋਂ ਕਰਕੇ, ਅਤੇ ਮੈਂ ਫਾਦਰ ਸਾਹਿਬ ਨੂੰ ਸਮਝਾਇਆ ਨਾ ਵੀ ਤੁਸੀਂ ਨਾ ਇੱਦਾਂ ਕਰੋ, ਮੰਨਦੇ ਆ ਵੀ ਤੁਹਾਡੀ ਹੁਣ ਤੁਸੀਂ ਇੱਕ ਆਵਾਜ਼ ਦੇਣੀ ਆ, ਤੁਹਾਡੇ 50-60 ਬੰਦੇ ਆ ਜਾਣੇ ਆ, ਉੱਥੇ ਮੂਹਰੇ ਧਰਨਾ ਲਾ ਦੇਣਾ, ਅਗਲੇ ਦੇ ਟਰਾਲੇ ਭਰੇ ਖੜੇ ਆ, ਸਾਡੇ ਵਾਲੀ ਕੌਮ ਤਾਂ ਇਹੋ ਜਿਹੀ ਆ ਵੀ ਅੰਦਰ ਵੜ ਕੇ ਸਾਡੇ ਉਹ ਘਰਾਂ ਦਾ ਹੀ ਆ ਮੁੰਡਾ, ਅਤੇ ਉਹਦੇ ਟਰਾਲਿਆਂ ਦੇ ਰੱਸੇ ਤੋੜ, ਉਹਦੀਆਂ ਪੇਪਾਂ ਤਾਂ ਉਹ ਜਿਹੜੇ ਬੋਰੀਆਂ ਪਾੜ, ਨਾਈਫਾਂ ਮਾਰ, ਉਹ ਕਰ ਇਹ ਕਰ, ਉਹਦੇ 'ਤੇ ਉਹਦੇ ਚੌਲਾ ਦੇ ਅਡਾਨੀਆਂ ਦੇ ਮੋਹਰ, ਅਡਾਨੀਆਂ ਦੀ। ਮੈਂ ਕਿਹਾ ਅਡਾਨੀਆਂ ਦੀ ਮੋਹਰ ਤਾਂ ਮੈਨੂੰ ਵੀਡੀਓ ਭੇਜੀ ਜਾਣ ਬਣਾ ਬਣਾ ਕੇ, ਮੈਂ ਕਿਹਾ ਤੁਸੀਂ ਤਾਂ ਪੈਸੇ ਲਏ ਆ ਨਾ ਇਹਦੇ, ਅਤੇ ਅਗਲੇ ਦੀ ਚੀਜ਼ ਅਗਲਾ ਜਿਹਨੂੰ ਮਰਜ਼ੀ ਵੇਚੇ ਯਾਰ, ਤੁਸੀਂ ਇਹਨੂੰ ਕਿੱਦਾਂ ਰੋਕ ਸਕਦੇ ਆ ਨਾ? ਉਹ ਬੰਦੇ ਦੀ ਇੰਨੀ ਭਲਮਾਨ ਸੀ ਦੇਖੀ, ਉਹ ਬੰਦਾ ਕਹਿੰਦਾ ਵੀ ਤੁਸੀਂ ਦੱਸੋ ਕੀ ਕਰਨਾ, ਆਪਾਂ ਸਾਰਾ ਜਿੰਨਾ ਭਰਿਆ ਸਾਰਾ ਟਰੱਕ ਖਾਲੀ ਕਰ ਦਿੰਦੇ ਹਾਂ, ਇਹ ਕਹਿੰਦੇ ਘਰ। ਉਹਨੇ ਇਹਨਾਂ ਦੇ ਕਹਿਣ 'ਤੇ, ਵੇਖ ਕਿੱਡਾ ਬੰਦਾ ਵਧੀਆ ਨਾ ਉਹ, ਇਹਨਾਂ ਦੇ ਕਹਿਣ 'ਤੇ ਇਹਨਾਂ ਨਾਲ ਲੜਿਆ ਨਹੀਂ ਉਹ, ਇਹਨਾਂ ਦੇ ਕਹਿਣ 'ਤੇ ਟਰੱਕ ਲਾ ਕੇ ਸਾਰਾ ਖਾਲੀ ਕਰਕੇ ਢੇਰੀ ਕਰਤਾ, ਕਹਿੰਦਾ ਆਪਾਂ ਨਹੀਂ ਭੇਜਦੇ ਪਰ ਤੁਸੀਂ ਖੁਸ਼ ਰਹੋ, ਕਹਿੰਦਾ ਮੈਂ ਤੁਹਾਡੇ ਨਾਲ ਨਹੀਂ ਲੜਨਾ, ਕਿਉਂਕਿ ਤੁਸੀਂ ਫਸਲ ਵੇਚਦੇ ਆ ਇੱਥੇ, ਤੁਹਾਡੀ ਫਸਲ ਆ ਇਹ, ਪਰ ਜੇ ਉਹ ਮੇਰੇ ਵਰਗਾ ਉੱਥੇ ਹੁੰਦਾ ਕਹਿੰਦਾ ਯਾਰ ਮੈਂ ਤੁਹਾਨੂੰ ਪੈਸੇ ਦੇ ਦੇ ਆ, ਮੈਂ ਜਿਹਨੂੰ ਮਰਜ਼ੀ ਵੇਚਾਂ ਆਉਣਗਾ। ਅਤੇ ਬਾਅਦ ਵਿੱਚ ਉਹਨਾਂ ਨੂੰ ਕੀ ਕੀਤਾ, ਵਿੱਚੋਂ 2 ਪਿੰਡੋਂ ਸਾਡੇ ਸ਼ੁਰਲੀ ਛੱਡਤੀ, ਕਹਿੰਦੇ ਵੀ ਇਹਨਾਂ ਨੇ 5 ਲੱਖ ਰੁਪਈਆ ਲੈ ਕੇ ਰਾਜੀਨਾਮਾ ਕਰ ਲਿਆ ਉਹਦੇ ਨਾਲ, ਤਾਂ ਟਰਾਲੇ ਛੱਡਤੇ ਉਹਦੇ, ਤਾਂ ਧਰਨਾ ਚੱਕਦਾ ਉਹਦੇ ਬਾਹਰ 'ਚੋਂ। ਵੀ ਸਾਡੇ ਬੰਦਿਆਂ ਨੇ ਜੇ ਇੱਧਰੋਂ ਥੋੜ੍ਹਾ ਕਿਸੇ ਨੂੰ ਸਮਝਾ ਕੇ ਰੋਕ ਲਿਆ ਨਾ ਤੁਸੀਂ, ਉਹਨਾਂ ਨੂੰ ਸਮਝਣ, ਉਹਨੇ ਇਹ ਨਹੀਂ ਕਹਿਣਾ ਵੀ ਇਹ ਸਮਝ ਗਿਆ ਬੰਦਾ ਨਾ, ਉਹਨੂੰ ਉਹਦੇ 'ਤੇ ਇਲਜ਼ਾਮ ਲਾਉਣਾ, ਫਿਰ ਇਲਜ਼ਾਮ ਵੀ ਉਹ ਲਾਉਣਾ ਵੀ ਜਿਹੜਾ ਵੀ ਇਹ ਕਹਿੰਦੇ 5 ਲੱਖ ਰੁਪਈਆ ਲੈ ਕੇ ਨਾ ਮੁੱਕਰ ਗਿਆ ਬੰਦੇ, ਇਹਨਾਂ ਨੇ ਧਰਨਾ ਚੱਕ ਲਿਆ ਤਾਂ। ਮੈਂ ਕਿਹਾ ਯਾਰ ਵੀ ਆਹ ਗੱਲਾਂ ਕਰਨ ਵਾਲੀਆਂ ਕੋਈ ਬੈਲੈਂਸ ਹੈਗਾ ਕਿਤੇ ਬਣਿਆ ਇਹਨਾਂ ਦਾ? ਕੋਈ ਨਹੀਂ ਨਾ, ਐਵੇਂ ਥੋੜ੍ਹੀ ਅਗਲੇ ਰਾਜ ਕਰਦੇ ਨੇ ਇਹਨਾਂ ਚੀਜ਼ਾਂ ਕਰਕੇ, ਤੁਸੀਂ ਉਹਨਾਂ ਨੂੰ ਪਤਾ ਇੱਦਾਂ ਕਿੱਦਾਂ ਕਾਬੂ ਕਿੱਦਾਂ ਕਰਨਾ। ਹਾਂਜੀ, ਜਿੱਦਾਂ ਤੁਸੀਂ ਅਡਾਨੀ ਰਿਲਾਇੰਸ ਵਗੈਰਾ ਦੀ ਇੱਦਾਂ ਗੱਲ ਕਰਦੇ ਹੋ ਨਾ, ਹਾਂਜੀ, ਹੁਣ ਮੈਨੂੰ ਲੱਗਦਾ ਇਹ ਤਾਂ ਪੰਜਾਬ ਦੇ ਵਿੱਚ ਬਲਕਿ ਇੱਦਾਂ ਸਭ ਤੋਂ ਜ਼ਿਆਦਾ ਸ਼ਾਇਦ ਸਿੰਮ ਵਿਕਦੇ ਹੁਣ ਉਹਨਾਂ ਦੇ, ਹੁਣ ਆਪਣੇ ਬੰਦੇ ਇਦਾਂ ਇੱਦਾਂ ਖਰੀਦਣ ਲੱਗਦੇ ਫਿਰ ਤਾਂ ਇੱਦਾਂ ਡੁੱਲ ਜਾਂਦੇ ਉਸ ਚੀਜ਼ 'ਤੇ, ਅਗਲੇ ਨੂੰ ਪਤਾ ਕਿੱਦਾਂ ਇਹਨਾਂ ਨੂੰ ਕਾਬੂ ਕਰਨਾ, ਅਗਲੇ ਇਦਾਂ ਫ੍ਰੀ ਦੇ ਸਿੰਮਾਂ ਲਾਉਂਦੇ ਨੇ ਅਤੇ ਫਿਰ ਲੈਣਾ ਲੱਗੀਆਂ, ਫਿਰ ਉਹ ਵੀ ਅਖਬਾਰਾਂ ਦੇ ਵਿੱਚ ਆਉਂਦਾ, ਇਦਾਂ 2-2 ਦਿਨ ਲੋਕ ਲੈਣਾ ਦੇ ਵਿੱਚ ਲੱਗੇ ਰਹੇ, ਬਿਲਕੁਲ ਇੱਦਾਂ ਹੋਇਆ ਇਦਾਂ। ਅਤੇ ਉਹ ਦੇਖੋ ਜਿਹੜਾ ਹੁਣ ਅੱਗੇ ਤੋਂ ਪਿਛਲੀ ਵਾਰੀ ਇੱਦਾਂ ਇਹਨਾਂ ਦੇ ਫਾਰਮੂਲਾ ਦੀ ਚਲੋ ਗੱਲ ਚੱਲ ਪਈ ਇਦਾਂ, ਉਦੋਂ ਸੀਗਾ ਨਾ, ਉਦੋਂ ਇੱਕ ਵਾਰੀ ਇੱਦਾਂ ਇੱਕ ਵੀਡੀਓ ਜੀ ਇੱਦਾਂ ਵਾਇਰਲ ਜੀ ਹੋਈ ਸੀਗੀ, ਇੱਦਾਂ ਸਾਡੇ ਕੋਲੋਂ ਇੱਦਾਂ ਮੱਕੀ ਸ਼ਾਇਦ ਇੰਨੇ ਦੀ ਲੈਂਦੇ ਨੇ ਇੱਦਾਂ ਕਿਲੋ, ਅਤੇ ਉਸ ਤੋਂ ਬਾਅਦ ਪੈਕਟ ਦੇ ਵਿੱਚ ਮੱਕੀ ਦਾ ਆਟਾ ਬੰਦ ਕਰਕੇ ਇੱਦਾਂ 250 ਰੁਪਏ ਦਾ ਵੇਚਦੇ ਨੇ। ਹਾਂਜੀ ਹਾਂਜੀ। ਅਤੇ ਮੈਂ ਉੱਥੇ ਗੱਲ ਕੀਤੀ ਸੀ ਉਸ ਪ੍ਰੋਗਰਾਮ ਦੇ ਵਿੱਚ, ਮੈਂ ਕਿਹਾ ਦੇਖੋ ਇੱਦਾਂ ਮੈਂ ਘਰ ਬਣਾਉਂਦਾ, ਹੁਣ ਮੈਂ ਘਰ ਬਣਾਉਂਦਾ ਅਤੇ ਮੇਰੇ ਘਰ ਫੋਰ ਐਗਜ਼ਾਮਪਲ ਮੰਨ ਲਓ ਇੱਦਾਂ 10 ਲੱਖ ਦਾ ਵਿਕਦਾ, ਹਾਂਜੀ ਹਾਂਜੀ, ਹੁਣ ਇੱਥੇ ਮੇਰੇ ਲਾਗੇ ਕੋਈ ਬੰਦਾ ਹੈ ਤਾਂ ਉਹ ਮੇਰੇ ਕੋਲ ਇਹਦਾ ਘਰ ਖਰੀਦਦਾ 10 ਲੱਖ ਦਾ, ਤੋਂ ਬਾਅਦ 'ਚ ਇਹਦਾ ਮੈਂ ਕਹਿੰਦਾ 25 ਲੱਖ ਦਾ ਉਹਨੇ ਫਿਰ ਦੁਬਾਰਾ ਲਾ ਦਿੱਤਾ, ਅਤੇ ਮੈਨੂੰ ਸਗੋਂ ਇਹਦਾ ਲੜਨ ਦੀ ਥੋੜ੍ਹੀ ਲੋੜ ਹੈ, ਮੈਨੂੰ ਤਾਂ ਵਧੀਆ ਇਹਦਾ ਉਹਨੇ 25 ਲੱਖ ਹੁਣ ਸੈੱਟ ਕਰਤਾ ਪ੍ਰਾਈਜ਼ ਕਰਦਾ, ਬਿਲਕੁਲ, ਅਤੇ ਮੈਂ 10 ਦਾ ਵੇਚਦਾ ਸੀਗਾ, ਹੁਣ ਮੈਂ ਸਗੋਂ ਕਰਾਂ ਇੱਦਾਂ ਕਰਾਂ, ਮਤਲਬ ਮੈਂ ਉਹਨੂੰ ਵੇਚਣ ਦੀ ਥਾਂ 'ਤੇ ਮੈਂ ਸਿੱਧਾ ਘਰ 22 ਲੱਖ ਦਾ ਵੇਚਣ, ਮੇਰਾ ਪ੍ਰੋਫਿਟ ਡਬਲ ਹੋ ਗਿਆ। ਹੁਣ ਮੈਂ ਕਿਹਾ ਇੱਦਾਂ ਤੁਸੀਂ ਇੱਦਾਂ ਉਹਦੇ ਬੰਦ ਕਰਾਉਣਾ ਚਾਹੁੰਦੇ ਤੁਸੀਂ, ਇੱਦਾਂ ਉਹਦਾ ਇੱਦਾਂ ਪੈਕਟ ਨਾ ਵੀ ਕੇ 250 ਦਾ, ਅਤੇ ਬਲਕਿ ਇੱਦਾਂ ਕਿਉਂ ਨਹੀਂ ਕਰਦੇ ਇੱਦਾਂ ਉਹਦੇ ਪੈਕਟ ਦੇ ਨਾਲ ਤੁਸੀਂ ਆਪਣਾ ਇੱਕ ਮੱਕੀ ਦੇ ਆਟੇ ਦਾ ਪੈਕਟ ਤੁਸੀਂ 230 ਦਾ ਰੱਖਦੇ ਨਾਲ ਤੁਸੀਂ, ਬਿਲਕੁਲ, ਅਤੇ ਤੁਹਾਡੀ ਵਧੀਆ ਪੈਕਿੰਗ ਹੋਏਗੀ, ਵਧੀਆ ਬ੍ਰਾਂਡ ਹੋਏਗਾ, ਉੱਥੇ ਲਿਖ ਦਿਓ ਇੱਦਾਂ ਫਾਰਮਰ ਦਾ, ਕਿਸਾਨਾਂ ਦਾ, ਆਪਣਾ ਇੱਦਾਂ ਦਾ ਕੋਈ ਬ੍ਰਾਂਡ ਬਣਾ ਲਓ, ਅਤੇ ਤੁਹਾਡਾ ਕਿਉਂ ਨਾ ਵਿਕੇਗਾ। ਹੁਣ ਜਦੋਂ ਉਹਦਾ ਕਿੱਦਾਂ ਵਿਕ ਜਾਏਗਾ, ਤੁਹਾਡੇ ਕੋਲ ਤਾਂ ਅਪਰ ਹੈਂਡ ਆ ਨਾ, ਤੁਹਾਡੇ ਕੋਲ ਤਾਂ ਇੱਕੇ ਦਾ ਪੱਕਾ ਪੱਤਾ, ਹੁਣ ਉਹਨੂੰ ਤਾਂ ਤੁਸੀਂ ਚੀਜ਼ ਵੇਚੋਗੇ, ਹਾਂਜੀ, ਉਹਨੇ ਗਾਂ ਪ੍ਰੋਫਿਟ ਲਾ ਕੇ ਆਪਣਾ ਉੱਥੇ ਵੇਚਣੀ, ਬਿਲਕੁਲ, ਉਹ ਤੁਹਾਡਾ ਕੰਟਰੋਲ ਹੋ ਗਿਆ ਉਸ ਚੀਜ਼, ਬਿਲਕੁਲ, ਹਾਂਜੀ। ਹੁਣ ਤੁਸੀਂ ਉਹਨੂੰ ਇੱਦਾਂ ਤੁਸੀਂ ਆਪਣੇ ਉਹਦੇ ਨਾਲ ਇੱਕ ਬ੍ਰਾਂਡ ਰੱਖ ਦਿਓ, ਜਿੰਨੇ ਦੀ ਉਹ ਵੇਚਦਾ ਅਤੇ ਤੁਸੀਂ ਉਹਦੇ ਨਾਲ 2 ਰੁਪਏ ਘੱਟ ਤੁਸੀਂ ਵੇਚੀ ਚੱਲੋ, ਅਤੇ ਤੁਹਾਡੀ ਵਿਕੀ ਜਾਣੀ, ਉਹਦੀ ਤੋਂ ਵਿਕਣੀ ਨਹੀਂ ਹੈਗੀ, ਅਤੇ ਵੈਸੇ ਹੀ ਉਹਨੇ ਤੁਹਾਡੀ ਲੈਣੀ ਬੰਦ ਕਰ ਦੇਣੀ ਨਾ, ਚੀਜ਼ ਤਾਂ ਖਰੀਦਣੀ ਨਹੀਂ ਹੈਗੀ ਤੁਹਾਡੀ ਬਸ ਵਿੱਚ, ਅਤੇ ਪਰ ਇੱਦਾਂ ਉਸ ਪੱਧਰ 'ਤੇ ਤਾਂ ਜਾਣਾ ਹੀ ਨਹੀਂ ਹੈਗਾ ਨਾ, ਇਹਦਾ ਸਹਿਣਸ਼ੀਲਤਾ ਨਹੀਂ ਨਾ ਹੈਗੀ, ਡਿਵੈਲਪ ਨਹੀਂ ਕਰਨਾ ਆਪਣੇ ਆਪ ਨੂੰ, ਬੈਲੈਂਸ ਨਹੀਂ ਕਰਨਾ ਵੀ ਜੇ ਉਹਨੂੰ ਆਪਣੀ ਤੁਸੀਂ ਜਿਹੜੀ ਚੀਜ਼ ਹੈਗੀ ਆ ਵੀ ਉਹਨੂੰ ਜਦੋਂ ਮਾਰਕੀਟ ਵਿੱਚ ਲੈ ਕੇ ਆਉਂਗੇ, ਤੁਸੀਂ ਆਪਣਾ ਆਟਾ ਲੈ ਕੇ ਆ ਜਾਓ ਮਾਰਕੀਟ ਦੇ ਵਿੱਚ ਉਹਦੇ ਬਰਾਬਰ 'ਤੇ, ਬਿਲਕੁਲ, ਅੱਛਾ, ਹੁਣ ਪਿੰਡ ਦੇ ਵਿੱਚ ਹੀ ਆ, ਤੁਸੀਂ 10 ਘਰ ਰਲ ਕੇ, ਪਿੰਡ ਦੇ ਮੇਨ ਘਰ 10 ਜਿਹੜੇ ਮੇਨ 10 ਘਰ ਰਲ
ਇੱਕ ਗੋਦਾਮ ਬਣਾ ਲੈਣ, ਉਸ ਗੋਦਾਮ ਦੇ ਵਿੱਚ ਆਪਣੀ ਕਣਕ ਰੱਖਣ, ਬਿਲਕੁਲ ਉਸੇ ਕਣਕ ਦੇ ਉੱਤੋਂ ਆਟਾ ਬਣਾਉਣ, ਆਟਾ ਬਣਾ ਕੇ ਉਹੀ ਆਪਣਾ ਆਟਾ ਵੇਚਣ, ਅਤੇ ਆਪੇ ਤੁਸੀਂ ਤੁਹਾਨੂੰ ਮਾਰਕੀਟ ਦੇ ਵਿੱਚ ਜਾਣ ਦੀ ਲੋੜ ਨਹੀਂ, ਉਹਨੂੰ ਕਿਹਾ ਜਾਓ ਕਰ ਲਾ MMC ਬੰਦ ਜਿਹੜੀ ਕਰਨੀ ਹੈ। ਜਦੋਂ ਜਦੋਂ ਮੈਂ ਤੁਹਾਡੀ ਜਿਹੜੀ ਛੋਟਾ ਸੀਗਾ ਨਾ, ਇਹ ਤਾਂ ਪੰਜਾਬ ਦੇ ਵਿੱਚ ਇਹਦਾ ਮੇਨ ਮਸਲਾ ਉਦੋਂ ਇਹ ਸੀਗਾ, ਇਹਦਾ ਮੈਂ ਇੱਕ ਵਾਰੀ ਛੋਟੇ ਮੈਂ ਪੁੱਛਿਆ ਮੈਂ ਕੀ ਇਹਦਾ ਨਾ ਹਾਂਜੀ ਪ੍ਰੋਬਲਮ ਹੈ, ਮੈਨੂੰ ਲੱਗਦਾ ਇਹਦਾ 5ਵੀਂ 6ਵੀਂ 'ਚ ਹੋਊਂਗਾ ਮੈਂ, 7ਵੀਂ 'ਚ ਹੋਊਂਗਾ। ਹਾਂਜੀ ਉਦੋਂ ਕਹਿੰਦੇ ਇਹਦਾ ਪ੍ਰੋਬਲਮ ਇਹ ਹੈ ਤਾਂ ਜੇ ਕੋਈ ਬਜਾਜ ਵਾਲੇ ਜਾਂ ਕੋਈ ਫਲਾਣੇ ਤਾਂ ਹਾਂਜੀ ਸਕੂਟਰ ਬਣਾਉਂਦੇ ਨੇ ਜਾਂ ਹਾਂਜੀ ਕੋਈ ਟਾਟਾ ਵਾਲੇ ਸਟੀਲ ਦੇ ਗਟਰ ਬਣਾਉਂਦੇ ਨੇ, ਇਹਦਾ ਹਾਂਜੀ ਉਹਨਾਂ ਦੀ ਮਰਜ਼ੀ ਹੈ, ਜਦੋਂ ਮਰਜ਼ੀ ਵੇਚਣ, ਜਿੰਨੇ ਦਾ ਮਰਜ਼ੀ ਵੇਚਣ, ਹਾਂਜੀ ਜਿੱਦਾਂ ਮਰਜ਼ੀ ਉਹ ਸਟੋਰ ਕਰਨ, ਜਦੋਂ ਇੱਦਾਂ। ਪਰ ਕਹਿੰਦੇ ਕਿਸਾਨਾਂ ਨੂੰ ਉਦੋਂ ਕਾਨੂੰਨ ਹੁੰਦਾ ਸੀਗਾ ਤਾਂ ਇੰਨਾ ਕਿ ਤੁਸੀਂ ਆਪਣੇ ਖਾਣ ਜੋਗਾ ਰੱਖ ਸਕਦੇ ਆ, ਹਾਂਜੀ ਉਸ ਤੋਂ ਬਾਅਦ ਤੁਹਾਨੂੰ ਸਾਰਾ ਵੇਚਣਾ ਪੈਣਾ ਨਾ, ਵੇਚਣਾ ਪੈਣਾ। ਕਹਿੰਦੇ ਅਸੀਂ ਕਿਉਂ ਨਹੀਂ ਸਟੋਰ ਕਰ ਸਕਦੇ ਨਾ ਇਦਾਂ, ਹੁਣ ਜਦੋਂ ਉਹਨਾਂ ਨੇ ਇਸ ਚੀਜ਼ ਦੀ ਖੁੱਲ੍ਹ ਦਿੱਤੀ ਤੁਸੀਂ ਸਟੋਰ ਕਰ ਸਟੋਰ ਸਕਦੇ ਹੋ ਕਰ ਤੁਸੀਂ ਸਕਦੇ, ਇਦਾਂ, ਹਾਂਜੀ ਅਤੇ ਹੁਣ ਉਹਦੇ ਖਿਲਾਫ਼ ਹੋ ਗਏ, ਇੱਦਾਂ ਮਤਲਬ ਨਹੀਂ ਸਾਡੇ ਕੋਲ ਖਰੀਦੋ ਤੁਸੀਂ ਸਾਰਾ ਖਰੀਦੋ ਹੁਣ ਹੈ ਨਾ ਇਦਾਂ। ਹਾਂਜੀ ਬਿਲਕੁਲ, ਹਾਂ ਜਿੱਦਾਂ ਤੁਸੀਂ ਕਹਿ ਰਹੇ ਇੱਦਾਂ ਇਹ ਚੀਜ਼ ਦੀ ਤਾਂ ਲੋੜ ਹੈ, ਨਾਲੇ ਤਾਂ ਜਿਹੜੀ ਚੀਜ਼ ਦੀ ਡਿਮਾਂਡ ਆ ਤੁਸੀਂ ਹਾਂਜੀ ਤੁਸੀਂ ਵੇਚੋ ਉਹ ਚੀਜ਼ ਨਾ, ਇੱਦਾਂ ਤੁਸੀਂ ਆਪਣਾ ਚੇਂਜ ਕਰ ਲਓ, ਇੱਦਾਂ ਥੋੜ੍ਹੀ ਹੈਗਾ ਤੁਸੀਂ ਤੁਹਾਡੇ ਕੋਲ ਤਾਂ ਸਗੋਂ ਇਹ ਤਾਂ ਇੱਦਾਂ ਜ਼ਮੀਨ ਆ ਨਾ, ਇੱਦਾਂ ਜਿਹੜੀ ਮੇਨ ਹੈ ਮੇਨ ਤਾਂ, ਹਾਂਜੀ ਹਾਂਜੀ ਹੁਣ ਉਹਦੇ ਵਿੱਚ ਤਾਂ ਤੁਸੀਂ ਜਿਹੜੀ ਚੀਜ਼ ਦੀ ਡਿਮਾਂਡ ਹੈ ਉਹ ਤੁਸੀਂ ਬੀਜੋ ਬੀਜੋ ਹਾਂਜੀ, ਤਾਂ ਉਹ ਤੁਹਾਨੂੰ ਜਿੱਦਾਂ ਉਹਦੇ ਪੈਸੇ ਵੀ ਜ਼ਿਆਦਾ ਮਿਲਣਗੇ, ਉਹ ਚੀਜ਼ ਤੁਸੀਂ ਬੀਜਦੇ ਕਿਉਂ ਜਿਹਦੀ ਡਿਮਾਂਡ ਘੱਟ ਆ, ਬਿਲਕੁਲ ਜਿਹਦੀ ਡਿਮਾਂਡ ਘੱਟ ਆ ਉਹ ਤਾਂ ਓਬਵੀਅਸਲੀ ਉਹਦੇ ਪੈਸੇ ਵੀ ਤਾਂ ਤੁਹਾਨੂੰ ਥੋੜ੍ਹੇ ਮਿਲਣਗੇ, ਬਿਲਕੁਲ ਚਾਹੇ ਤੁਹਾਨੂੰ ਕੋਈ ਗਵਰਨਮੈਂਟ ਦੇ ਦੇ ਚਾਹੇ ਤੁਹਾਨੂੰ ਲੋਕ ਦੇ ਦੇਣ, ਬਿਲਕੁਲ ਤਾਂ ਉਹ ਤੁਸੀਂ ਇੱਦਾਂ ਆਲਵੇਜ਼ ਆਪਣੇ ਆਪ ਨੂੰ ਇੱਦਾਂ ਅਪਡੇਟ ਕਰਦੇ ਰਹੋ, ਅਪਗ੍ਰੇਡ ਕਰਦੇ ਰਹੋ, ਬਿਲਕੁਲ ਜਿਹੜੀ ਚੀਜ਼ ਦੀ ਲੋੜ ਹੈਗੀ ਤੁਹਾਡੀ ਮਾਰਕੀਟ ਦੇ ਹਿਸਾਬ ਨਾਲ ਉਹ ਤੁਸੀਂ ਕਰੋ। ਹਾਂਜੀ ਹੁਣ ਅੱਜ ਵੀ ਅਸੀਂ ਗੱਲ ਕਰਦੇ ਹਾਂ, ਇਹ ਤੁਹਾਡੀ ਮਿਰਚਾਂ ਦੀ ਇੱਕ ਐਗਜ਼ਾਮਪਲ ਦਿੱਤੀ ਆਪਾਂ, ਹਾਂਜੀ ਹਾਂਜੀ ਹੁਣ ਜਿਹੜਾ ਵੀ ਇੱਦਾਂ ਆਪਣੀ ਪਹਿਲਾਂ ਇੱਥੇ ਇੱਦਾਂ ਲੈਬੋਰਟਰੀਆਂ 'ਚ ਟੈਸਟ ਹੁੰਦੇ ਨੇ, ਹਾਂਜੀ ਇੱਦਾਂ ਦੇਖਦੇ ਨੇ ਇੱਦਾਂ ਤੁਹਾਡੀ ਇੱਦਾਂ ਮਿੱਟੀ ਦੇ ਵਿੱਚ ਇੱਦਾਂ ਉ੗ ਕੀ ਸਕਦਾ ਨਾ, ਬਿਲਕੁਲ ਹਾਂਜੀ ਤੁਸੀਂ ਉਹ ਦੇਖੋ ਤੁਹਾਡੀ ਪੋਟੈਂਸ਼ੀਅਲ ਕੀ, ਤੁਹਾਡੀ ਜ਼ਮੀਨ 'ਚ ਇੱਦਾਂ ਸਭ ਤੋਂ ਜ਼ਿਆਦਾ ਵਧੀਆ ਕੀ ਹੋ ਸਕਦਾ ਨਾ, ਹੋ ਸਕਦੀ ਹਾਂਜੀ ਉਹਦੇ ਵਿੱਚੋਂ ਤੁਸੀਂ ਇੱਦਾਂ ਉਹਨਾਂ ਨੇ ਤੁਹਾਨੂੰ ਹੋ ਸਕਦਾ ਲੈਬ 'ਚ ਟੈਸਟ ਕਰਾਓ ਤਾਂ ਤੁਹਾਨੂੰ 10 ਫਸਲਾਂ ਦੱਸਦੇ ਨੇ, ਇੱਦਾਂ ਆਹ 10 ਫਸਲਾਂ ਤੁਹਾਡੀ ਜ਼ਮੀਨ 'ਚ ਬਹੁਤ ਵਧੀਆ ਹੋ ਸਕਦੀਆਂ ਨੇ, ਉਹ 10ਾਂ ਦੇ ਵਿੱਚੋਂ ਤੁਸੀਂ ਚੂਜ਼ ਕਰੋ ਆ 2-3 ਜਿਹੜੀਆਂ ਨੇ ਜਿੱਦਾਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਤੁਹਾਨੂੰ ਪ੍ਰੋਫਿਟ ਹੁੰਦਾ ਨਾ। ਹਾਂਜੀ ਹਾਂਜੀ ਹੁਣ ਹਰ ਬੰਦਾ ਇੱਦਾਂ ਹੀ ਕਰਦਾ, ਮੈਂ ਵੀ ਇੱਦਾਂ ਹੀ ਕਰਦਾ, ਹੁਣ ਮੈਂ ਇੱਥੇ ਇੱਦਾਂ ਜਗ੍ਹਾ ਲੈਂਦਾ ਅਤੇ ਮੈਂ ਉੱਥੇ ਉਹ ਏਰੀਏ ਦੇ ਹਿਸਾਬ ਨਾਲ ਜਿੱਥੇ ਮੈਂ ਜਗ੍ਹਾ ਲੈ ਜਾਂਦੀ ਹਾਂਜੀ ਉੱਥੇ ਦੇਖਦਾ ਇੱਥੇ ਕਿਹੜੇ ਘਰ ਕਿੱਦਾਂ ਦੇ ਵਿਕਦੇ ਨੇ ਅਤੇ ਮੈਂ ਕਿੰਨੇ ਵੱਧ ਤੋਂ ਵੱਧ ਬਣਾ ਸਕਦਾ ਸਾਰਾ, ਮੈਂ ਹਿਸਾਬ ਕਿਤਾਬ ਕਰਨਾ ਹੁੰਦਾ ਹਾਂਜੀ, ਅਤੇ ਮੇਰੀ ਰਿਸਪੋਂਸੀਬਿਲਟੀ, ਮੇਰਾ ਰਿਸਕ ਆ, ਬਿਲਕੁਲ ਅਤੇ ਮੇਰਾ ਰਿਵਾਰਡ ਆ, ਬਿਲਕੁਲ ਹੁਣ ਉਹਦੇ ਵਿੱਚ ਇੱਦਾਂ ਘਾਟਾ ਵੀ ਮੈਨੂੰ ਪੈ ਸਕਦਾ ਬਿਲਕੁਲ ਅਤੇ ਹਾਂ ਉਹਦੇ ਵਿੱਚ ਮੈਨੂੰ ਫਾਇਦਾ ਵੀ ਹੋਣਾ, ਪਰ ਜੇ ਕੈਲਕੂਲੇਟਿਡ ਰਿਸਕ ਲਿਆ ਹੋਵੇ ਇੱਦਾਂ ਪਹਿਲਾਂ ਸੋਚ ਸਮਝ ਕੇ ਸਾਰੀ ਕੈਲਕੂਲੇਸ਼ਨ ਕੀਤੀਆਂ ਹੋਣ ਹਾਂਜੀ ਅਤੇ ਫਿਰ ਉਹ ਆਪਣੇ ਆਪ ਘੱਟ ਜਾਂਦਾ ਤੁਹਾਡਾ ਨਾ ਇੱਦਾਂ ਰਿਸਕ, ਰਿਸਕ ਇਫੈਕਟ ਘੱਟ ਜਾਂਦੇ। ਹਾਂਜੀ ਜੀ ਹਾਂਜੀ, ਇੱਦਾਂ ਕਹਿੰਦੇ ਇੱਦਾਂ ਆਪਣੇ ਇੱਦਾਂ ਗੋਰਿਆਂ ਦੀ ਕਹਾਵਤ ਹੈ, ਇੱਦਾਂ ਸਾਰੇ ਅੰਡੇ ਇੱਕ ਬਾਸਕਿਟ 'ਚ ਨਾ ਪਾਓ ਤੁਸੀਂ ਆਪਣੇ ਨਾ, ਹਾਂਜੀ ਤੁਸੀਂ ਇੱਦਾਂ ਰਿਸਕ ਨੂੰ ਡਿਵਾਈਡ ਕਰ ਦਿਓ ਥੋੜ੍ਹਾ ਜਿਹਾ ਥੋੜ੍ਹਾ, ਹੁਣ ਜਿਹਦੀ ਜਿੱਦਾਂ 10-15 ਕਿੱਲੇ ਜ਼ਮੀਨ ਹੈ ਤਾਂ ਇੱਕ ਜਿਹੜੀ ਤੁਸੀਂ ਚੀਜ਼ ਫਸਲ ਹੈ ਇੱਕ ਸਾਰੀ ਨਾ ਲਾ ਲਓ ਤੁਸੀਂ, ਹਾਂਜੀ 3-4 ਕਿੱਲੇ ਆਹ ਲਾ ਲਓ, 3-4 ਕਿੱਲੇ ਆਹ ਲਾ ਲਓ, 3-4 ਆਹ ਲਾ ਲਓ ਨਾ, ਹੁਣ ਇੱਕ ਅੱਧੀ ਤਾਂ ਕਿਸੇ ਦਾ ਇੱਦਾਂ ਰੇਟ ਘੱਟ ਵੀ ਹੋਏਗਾ ਅਤੇ ਦੂਸਰੀ ਥੋੜ੍ਹੀ ਜਿਹੀ ਤਾਂ ਠੀਕ ਰਹਿ ਜਾਏਗੀ ਇੱਦਾਂ, ਅਤੇ ਓਵਰਆਲ ਤੁਹਾਡਾ ਇੱਦਾਂ ਮਾਰਜਨ ਵਗੈਰਾ ਤੁਹਾਡਾ ਇੱਦਾਂ ਠੀਕ ਰਹਿ ਜਾਏਗਾ ਇੱਦਾਂ। ਹਾਂਜੀ ਹੈਗਾ ਨਾ ਜੀ, ਅਤੇ ਦੇਖੋ ਇਹਦਾ ਨਾ ਆਪਾਂ ਇੱਦਾਂ ਬੈਲੈਂਸ ਪਰਸਨੈਲਿਟੀ ਦੀ ਗੱਲ ਕਰਦੇ ਪਏ ਸੀ, ਵਾਪਸ ਆਪਾਂ ਘੁੰਮ ਕੇ ਉੱਥੇ ਆ ਜਾਈਏ। ਹਾਂਜੀ ਹਾਂਜੀ, ਹੁਣ ਮੈਂ ਇੱਦਾਂ ਅੱਜ ਬੈਠਾ ਸਵੇਰੇ ਸੋਚਦਾ ਪਿਆ ਸੀ, ਜਿੱਦਾਂ ਹੁਣ ਕੋਈ ਆਪਾਂ ਇੱਦਾਂ ਕੋਈ ਖੰਡ ਲੈ ਲਓ ਤੁਸੀਂ ਨਾ, ਇੱਦਾਂ 1 ਕਿਲੋ ਖੰਡ ਲੈ ਲਈ ਤੁਸੀਂ, ਖੰਡ ਦਾ ਇੱਥੇ ਕਿੰਨਾ ਕੁ ਰੇਟ ਹੋਣਾ ਸ਼ੂਗਰ ਦਾ ਕਿਲੋ ਦਾ, ਇੱਦਾਂ $1.5 ਦੀ ਕਿਲੋ, 2 ਦੀ ਹੋ ਗਈ ਵੱਧ ਤੋਂ ਵੱਧ, ਅਤੇ ਤੁਸੀਂ ਸੋਲਟ ਦਾ ਰੇਟ ਪਤਾ ਕਰ ਲਿਓ ਉਹ ਵੀ ਇੱਦਾਂ ਹੀ $1.5-2 ਵੱਧ ਤੋਂ ਵੱਧ ਕਿਲੋ ਹੋਏਗਾ ਨਾ, ਬਿਲਕੁਲ। ਆਟਾ ਪਤਾ ਕਰ ਲਿਓ ਤੁਸੀਂ ਉਹ ਵੀ ਇੰਨੇ ਦਾ ਹੀ ਹੋਏਗਾ ਨਾ, ਲਗਭਗ ਤੁਸੀਂ ਜਿੰਨੀਆਂ ਵੀ ਇੱਦਾਂ ਇਨਗਰੀਡੀਐਂਟਸ ਯੂਜ਼ ਹੁੰਦੇ ਨੇ ਇੱਦਾਂ ਮਸਾਲਿਆਂ ਤੋਂ ਇਲਾਵਾ ਉਹ ਪੈਂਦੇ ਥੋੜ੍ਹੇ ਥੋੜ੍ਹੇ ਨਾ, ਬਾਕੀ ਸਾਰਾ ਕੁਛ ਜਿਹੜੇ ਮੇਨ ਇਨਗਰੀਡੀਐਂਟਸ ਨੇ ਕਿਸੇ ਵੀ ਡਿਸ਼ ਦੇ ਉਹ ਆਲਮੋਸਟ ਇੱਦਾਂ ਹੀ $2-4 ਦੀ ਰੇਂਜ ਵਿੱਚ ਹੀ ਹੋਣਗੇ, ਤੁਸੀਂ ਜਿਹੜੇ ਮਰਜ਼ੀ ਤੁਸੀਂ ਲੈ ਲਿਓ ਜਾ ਕੇ ਨਾ, ਹਾਂਜੀ ਭਾਵੇਂ ਤੁਸੀਂ ਚਿਕਨ ਲੈ ਲਿਓ ਜਾ ਕੇ। ਹਾਂਜੀ, ਅੱਛਾ ਹੁਣ ਤੁਸੀਂ ਇੱਦਾਂ ਰੈਸਟੋਰੈਂਟ ਜਾਂਦੇ ਤੁਸੀਂ ਉੱਥੇ ਤਾਂ ਇੱਕ ਪਲੇਟ ਦੇ ਵਿੱਚ ਜਾਂ ਡਿਗ ਬੋਲ ਦੇ ਵਿੱਚ ਤੁਹਾਨੂੰ 200 ਗ੍ਰਾਮ ਚਿਕਨ ਬਣਾ ਕੇ ਪਾਇਆ ਹੁੰਦਾ ਜਾਂ ਪਨੀਰ ਮਸਾਲਾ ਹੁੰਦਾ ਜਾਂ ਕੁਛ ਵੀ, ਚਿਕਨ ਟਿੱਕਾ, ਪਨੀਰ ਟਿੱਕਾ, ਦਾਲ ਮੱਖਣੀ ਹੋ ਗਈ ਨਾ, ਹੁਣ ਉਹਦੇ ਪੈਸੇ ਕਿੰਨੇ ਹੁੰਦੇ ਨੇ ਤਾਂ $20-25 ਹੁਣ ਤੁਸੀਂ ਉਹ ਤੁਸੀਂ ਦੇਖੋ $200-250 ਗ੍ਰਾਮ ਦਾ $20-25 ਅਤੇ ਉਹਨੂੰ ਤੁਸੀਂ ਕਿਲੋ ਦੇ ਹਿਸਾਬ ਨਾਲ ਲਾਓ ਅਤੇ $100 ਦੀ ਕਿਲੋ ਹੋ ਗਈ ਨਾ, ਹੁਣ ਉਹਦੇ ਵਿੱਚ ਜਿਹੜੀਆਂ ਇਕੱਲੀਆਂ ਇਕੱਲੀਆਂ ਚੀਜ਼ਾਂ ਨੇ ਤੁਸੀਂ ਦੇਖੋ ਉਹਦੇ ਵਿੱਚ ਪਾਣੀ ਤਾਂ ਸਗੋਂ ਬਲਕਿ ਫ੍ਰੀ ਵਾਂਗੂ ਹੁੰਦਾ ਹੈ, ਤਾਂ ਪਾਣੀ ਵੀ ਹੁੰਦਾ ਨਾ ਦਾਲ ਦੇ ਵਿੱਚ ਜਿਹੜੀ ਚੀਜ਼ ਦੇ ਵਿੱਚ, ਉਹ ਵੀ ਉਹਦਾ ਵੀ ਵੇਟ ਵਿੱਚ ਹੀ ਹੁੰਦਾ। ਹਾਂਜੀ,
ਹੁਣ ਇੱਦਾਂ ਹੀ ਲੂਣ ਰੱਖ ਦੋ ਤੁਹਾਡੇ ਲਾਗੇ, ਤੁਸੀਂ ਉਹਦੇ ਵੀ ਤੁਸੀਂ ਦੋ ਡੋਲਰ ਡਾਲਰ ਦਿਓਗੇ। ਕਿਲੋ ਹਾਂਜੀ, ਆਟਾ ਤੁਹਾਡੇ ਲਾਗੇ ਰੱਖ ਦੇ, ਉਹਦੇ ਵੀ ਤੁਸੀਂ ਇੱਕ ਦੋ ਡੋਲਰ ਕਿਲੋ ਦੇ ਦਿਓਗੇ ਤੁਸੀਂ ਨਾ, ਚੌਲਾਂ ਦੇ ਵੀ ਇੱਦਾਂ ਦਿਓਗੇ ਤੁਸੀਂ ਇਦਾਂ। ਹਾਂਜੀ, ਪਰ ਇੱਕ ਡਿਸ਼ ਹੈ ਉਹਦੇ ਤੁਸੀਂ ਇੱਦਾਂ ਹਰ ਬੰਦਾ $25 $30 ਦੇ ਰਿਹਾ, $30 ਹੱਸ ਕੇ ਦਿੰਦਾ ਦੇ ਰਿਹਾ ਨਾ ਇਹਦਾ। ਹਾਂਜੀ, ਉਹ ਇੱਦਾਂ ਕਿਉਂਕਿ ਉਹ ਇੱਦਾਂ ਇੱਕ ਸ਼ੈੱਫ ਨੇ ਇੱਦਾਂ ਬੈਲੈਂਸ ਕਰਕੇ ਇੱਦਾਂ ਬਣਾ ਤੀ, ਉਹਦੇ ਵਿੱਚ ਸਾਰਾ ਕੁਛ ਇੱਦਾਂ ਥੋੜ੍ਹਾ ਥੋੜ੍ਹਾ ਪਾ ਕੇ ਇੱਦਾਂ ਇੱਕ ਡਿਸ਼ ਕ੍ਰੀਏਟ ਕਰਤੀ ਨਾ। ਹਾਂਜੀ, ਹੁਣ ਇੱਦਾਂ ਹੀ ਤੁਹਾਡੀ ਇੱਦਾਂ ਬੈਲੈਂਸਡ ਪਰਸਨੈਲਿਟੀ ਹੈ ਨਾ ਇੱਦਾਂ ਇੱਦਾਂ ਆਪਣੀ ਤੁਹਾਡੀ, ਹਾਂਜੀ ਉਹ ਵੀ ਤੁਹਾਡੀ ਜੇ ਇੱਦਾਂ ਬੈਲੈਂਸਡ ਹੈ ਇੱਦਾਂ ਸਾਰਾ ਕੁਛ ਹੀ ਉਹਦੇ ਵਿੱਚ ਹੈਗਾ ਇੱਦਾਂ ਸਮੁੱਚਤਾ ਉਹਦੇ ਵਿੱਚ, ਫਿਰ ਹੀ ਉਹਦੀ ਵੈਲਿਊ ਹੋਣੀ ਇੱਦਾਂ ਡਿਸ਼ ਵਾਂਗੂ। ਬਿਲਕੁਲ, ਨਹੀਂ ਤਾਂ ਇੱਦਾਂ ਇੱਕ ਰੋ ਮਟੀਰੀਅਲ ਵਾਂਗੂ ਇੱਕ ਚੀਜ਼ ਹੀ ਹੈ ਤੁਸੀਂ ਇਹਦਾ ਨਾ। ਹਾਂਜੀ, ਇੱਕ ਜਿੱਦਾਂ ਹੁਣ ਇੱਦਾਂ ਕਿੰਨੇ ਲੋਕ ਨੇ ਇੱਦਾਂ ਇੱਦਾਂ ਪੈਸੇ ਕਮਾ ਕਮਾ ਕੇ ਮਰ ਗਏ, ਕੋਈ ਨਸ਼ੇ ਕਰ ਕਰਕੇ ਮਰ ਗਿਆ, ਬਿਲਕੁਲ ਕੋਈ ਫਲਾਣੀ ਚੀਜ਼ ਕਰਕੇ ਮਰ ਗਿਆ, ਕੋਈ ਤਾਂ ਉਹ ਜੰਗਲਾਂ 'ਚ ਬੈਠਾ ਭਗਤੀ ਕਰਕੇ, ਕੋਈ ਵਾਹਿਗੁਰੂ ਕਰ ਕਰਕੇ ਮਰ ਗਿਆ, ਕੋਈ ਕਿੱਦਾਂ ਮਰ ਗਿਆ। ਹੁਣ ਉਹਦੇ ਜਾਣ ਪਿੱਛੋਂ ਮਤਲਬ ਉਹਦੇ ਇੱਦਾਂ ਘਰਦਿਆਂ ਨੂੰ ਜਾਂ ਕਿਸੇ ਨੂੰ ਪੁੱਛ ਕੇ ਦੇਖੋ ਮਤਲਬ ਇੱਦਾਂ ਉਹਦਾ ਕੋਈ ਬੈਨੀਫਿਟ ਹੋਇਆ ਤੁਹਾਨੂੰ ਇੱਦਾਂ? ਨਹੀਂ, ਉਹ ਕਹਿਣਗੇ ਨਹੀਂ, ਮਤਲਬ ਇੱਦਾਂ ਹਾਂ ਕੋਈ ਭੋਰੇ 'ਚ ਬੈਠਾ ਰਿਹਾ, ਕੋਈ ਇੱਦਾਂ ਸਮਾਧੀਆਂ ਲਾ ਕੇ ਬੈਠਾ ਰਿਹਾ, ਜਾਂ ਕੋਈ ਸਾਰੀ ਉਮਰ ਸ਼ਰਾਬ ਹੀ ਪੀ ਗਿਆ, ਹਾਂਜੀ, ਜਾਂ ਸਾਰੀ ਉਮਰ ਕੋਈ ਇੱਦਾਂ ਕਾਰ ਦੀ ਸੀਟ 'ਤੇ ਬੈਠਾ ਰਿਹਾ, ਜਾਂ ਕੋਈ ਟਰੱਕ ਦੀ ਸੀਟ 'ਤੇ ਬੈਠਾ ਰਿਹਾ, ਇੱਦਾਂ ਹੁਣ ਉਹ ਬੈਲੈਂਸਡ ਪਰਸਨੈਲਿਟੀ ਨਹੀਂ ਹੈਗੀ ਨਾ ਇੱਦਾਂ, ਉਹਦੀ ਕੀਮਤ ਨਹੀਂ ਪੈਣੀ, ਕੀਮਤ ਤੁਹਾਡੀ ਪੈਣੀ ਜੇ ਤੁਹਾਡੀ ਬੈਲੈਂਸ ਪਰਸਨੈਲਿਟੀ ਹੈ। ਹੁਣ ਤੁਸੀਂ ਇੱਦਾਂ ਸਮੁੱਚਤਾ 'ਚ ਇੱਦਾਂ ਹਰੇਕ ਚੀਜ਼ ਜੇ ਮਤਲਬ ਥੋੜ੍ਹੀ ਥੋੜ੍ਹੀ ਆਪਣੇ ਇੱਦਾਂ ਤੁਹਾਡੇ ਹਫ਼ਤਾ ਆ, ਤੁਹਾਡੇ 7 ਦਿਨ ਨੇ ਤੁਹਾਡੇ, ਹਾਂਜੀ, ਇੱਕ ਇੱਕ ਦਿਨ ਦੇ ਵਿੱਚ ਕਿੰਨੇ ਕਿੰਨੇ ਘੰਟੇ ਨੇ ਤੁਹਾਡੇ ਨਾ ਇੱਦਾਂ, ਹਾਂਜੀ, ਉਹਦੇ ਵਿੱਚ ਤੁਸੀਂ ਇੱਦਾਂ ਹਰੇਕ ਚੀਜ਼ ਤੁਸੀਂ ਇੱਦਾਂ ਉਹਨੂੰ ਦਿਓ ਥੋੜ੍ਹੀ ਜਿਹੀ, ਇੱਦਾਂ ਕੰਮ ਵੀ ਆਪਣਾ ਕਰੋ ਤੁਸੀਂ ਬੈਲੈਂਸ ਦੇ ਵਿੱਚ। ਹਾਂਜੀ, ਹਾਂ ਇਨਕਮ ਵਧਾਉਣ 'ਚ ਕੋਈ ਪ੍ਰੋਬਲਮ ਨਹੀਂ, ਪੈਸੇ ਚਾਹੀਦੇ ਨੇ ਸਾਰਿਆਂ ਨੂੰ, ਆਪਣਾ ਥੋੜ੍ਹਾ ਜਿਹਾ, ਪਰ ਉਹਦੇ ਵਾਸਤੇ ਸਕਿੱਲ ਵਧਾਓ ਤੁਸੀਂ ਆਪਣਾ ਇੱਦਾਂ, ਆਪਣੇ ਘੰਟੇ ਨਾ ਵਧਾਓ, ਆਪਣਾ ਟਾਈਮ ਨਾ ਇੱਦਾਂ ਜ਼ਿਆਦਾ ਲਾਓ ਇੱਦਾਂ, ਹਾਂਜੀ, ਜੋ ਵੀ ਤੁਸੀਂ ਕਰ ਰਹੇ ਤਾਂ ਉਹਦੇ ਵਿੱਚੋਂ ਨਿਕਲਣ ਦੀ ਟਰਾਈ ਕਰੋ, ਜੇ ਤੁਹਾਨੂੰ ਲੱਗਦਾ ਤੁਹਾਨੂੰ ਜੋ ਤੁਸੀਂ ਕਰ ਰਹੇ ਹੋ ਐਕਸਟਰਾ ਵਰਕ ਹੋ ਰਿਹਾ, ਹਾਂ ਉਹਦੇ ਵਿੱਚ ਤੁਹਾਨੂੰ ਮਿਨੀਮਮ ਪੇ ਮਿਲਦੀ ਪਈ ਹੈ, ਹਾਂਜੀ, ਤੇ ਥੋੜ੍ਹਾ ਜਿਹਾ ਆਪਣਾ ਇੱਦਾਂ ਟਾਈਮ ਕੱਢ ਕੇ ਇੱਦਾਂ ਹੋਰ ਸਕਿੱਲ ਇੰਪਰੂਵ ਕਰਕੇ, ਸਾਲ 2 ਸਾਲ ਪੜ੍ਹਾਈ ਕਰ ਲਓ, ਕੋਰਸ ਕਰ ਲਓ, ਇੱਥੇ ਬਥੇਰੀਆਂ ਚੀਜ਼ਾਂ ਦੀ ਸ਼ੋਰਟੇਜ ਹੈਗੀ ਨਾ, ਹਾਂ ਉਹ ਕਰੋ ਤੁਸੀਂ ਇੱਦਾਂ, ਉਹ ਕਰਕੇ ਇੱਦਾਂ ਉਹਦੇ ਨਾਲ ਤੁਸੀਂ ਇੱਦਾਂ ਥੋੜ੍ਹੇ ਜਿਹੇ ਇੱਦਾਂ ਆਪਣੇ ਬੱਚਿਆਂ ਵਾਸਤੇ ਸਮਾਂ ਕੱਢੋ, ਆਪਣੇ ਘਰਦਿਆਂ ਵਾਸਤੇ ਸਮਾਂ ਕੱਢੋ, ਆਪਣੀ ਹੋਲੀਡੇਜ਼ ਵਾਸਤੇ ਸਮਾਂ ਕੱਢੋ, ਆਪਣੇ ਆਪਣੇ ਮੈਂਟਲ ਫਿਟਨੈਸ ਵਾਸਤੇ ਸਮਾਂ ਕੱਢੋ, ਆਪਣੀ ਫਿਟਨੈਸ ਵਾਸਤੇ, ਹੈਲਥ ਵਾਸਤੇ, ਜਿਮ ਵਾਸਤੇ, ਐਕਸਰਸਾਈਜ਼ ਵਾਸਤੇ ਥੋੜ੍ਹਾ ਜਿਹਾ ਆਪਣਾ ਉੱਦਾਂ ਫ੍ਰੀ ਟਾਈਮ ਹੀ ਕੱਢੋ ਸਾਲ 'ਚ, ਇੱਦਾਂ 2-3 ਹਫ਼ਤੇ ਦੀ ਇੱਦਾਂ ਹੋਲੀਡੇ ਕਰਕੇ, ਇੱਦਾਂ ਜੇ ਜ਼ਿਆਦਾ ਦੂਰ ਨਹੀਂ ਕਿਤੇ ਲਾਗੇ ਚਾਗੇ, ਕਿਤੇ ਇੱਥੇ ਲੋਕਲ ਚਲ ਜਾਓ ਆਪਣੇ ਕਿਤੇ ਲਾਗੇ ਵਾਟਰਫਾਲ ਦੇ ਲਾਗੇ ਜਾ ਕੇ ਬਹਿ ਜਾਓ, ਥੋੜ੍ਹਾ ਜਿਹਾ ਆਪਣੇ ਦਿਮਾਗ ਨੂੰ ਥੋੜ੍ਹਾ ਜਿਹਾ ਸਟ੍ਰੈਸ ਫ੍ਰੀ ਕਰ, ਹਾਂ ਉਹਦੇ ਨਾਲ ਤੁਸੀਂ ਇੱਦਾਂ ਜਿਹੜੀ ਦੌੜ ਦੇ ਵਿੱਚ ਰੈਟ ਰੇਸ 'ਚ ਪਏ ਆਪਣੇ ਲੋਕ ਕਈ, ਇੱਦਾਂ ਉਹ ਇੱਦਾਂ ਨਹੀਂ ਫੜ ਹੋਣਾ, ਇੱਦਾਂ ਇੱਦਾਂ ਨਹੀਂ ਹੋਣਾ ਮਤਲਬ 200-200 ਘੰਟਾ ਲਾਉਣ ਲੱਗ ਜਾਓਗੇ ਤੁਸੀਂ ਅਤੇ ਕਿਤੇ ਪਹੁੰਚ ਜਾਓਗੇ, ਉਹ ਤੁਸੀਂ ਆਪਣਾ ਨੁਕਸਾਨ ਕਰੋਗੇ, ਆਪਣੀ ਹੈਲਥ ਦਾ ਵੀ ਨੁਕਸਾਨ ਕਰੋਗੇ, ਆਪਣੀ ਮੈਂਟਲ ਹੈਲਥ ਦਾ ਵੀ ਨੁਕਸਾਨ ਕਰੋਗੇ, ਫੈਮਿਲੀ ਦੇ ਪੱਲੇ ਵੀ ਕੁਛ ਨਹੀਂ ਪੈਣਾ, ਤੁਹਾਡੇ ਬੱਚਿਆਂ ਨੇ ਵੀ ਤੁਹਾਡਾ ਬਾਅਦ ਵਿੱਚ ਕਹਿਣਾ ਮਤਲਬ ਇੱਦਾਂ ਪਿਓ ਪਤਾ ਨਹੀਂ ਜਿੱਦਾਂ ਆਇਆ ਸੀ ਉਦੋਂ ਚਲਾ ਗਿਆ, ਮੈਂ ਤਾਂ ਦੇਖਿਆ ਨਹੀਂ ਸੀ, ਦੇਖਿਆ ਨਹੀਂ, ਹਾਂਜੀ ਦੇਖਿਆ ਨਹੀਂ ਸੀ ਉਹਨੂੰ ਨਾ ਇੱਦਾਂ, ਹੁਣ ਤੁਹਾਡੀ ਇਹਦਾ ਮਤਲਬ ਡਿਸ਼ ਵਾਂਗੂ ਕੀਮਤ ਤਾਂ ਪੈਣੀ, ਇਹਦਾ ਉਹਨੂੰ ਬੈਲੈਂਸ ਕਰੋਗੇ ਨਾ, ਬੈਲੈਂਸ ਕਰੋਗੇ, ਹਾਂਜੀ, ਹੁਣ ਉਹਦੇ ਵਿੱਚ ਇੱਦਾਂ ਤੁਸੀਂ ਇੱਦਾਂ ਵਲੰਟੀਅਰਲੀ ਕੁਛ ਕਰੋਗੇ ਤੁਸੀਂ, ਅਤੇ ਉਹਦੇ ਵਿੱਚ ਤੁਹਾਨੂੰ ਇੱਦਾਂ ਤੁਹਾਡੇ ਇੱਦਾਂ ਮਨ ਵਿੱਚ ਜਿਹੜੇ ਤੁਹਾਡੇ ਇੱਦਾਂ ਭਾਵ ਆਉਣੇ ਨੇ, ਤੁਹਾਡੇ ਕੁਛ ਇੱਦਾਂ ਹਾਰਮੋਨਸ ਬਣਨੇ ਨੇ, ਤੁਹਾਡੇ ਬ੍ਰੇਨ ਵਿੱਚ ਕੁਛ ਬਣਨਾ ਨਾ, ਉਹਦੇ ਨਾਲ ਜਿਹੜਾ ਤੁਹਾਨੂੰ ਸਕੂਨ ਮਿਲਣਾ ਉਹ ਡਿਫਰੈਂਟ ਹੋਣਾ ਨਾ ਇਹਦਾ। ਹੁਣ ਆਪਣੇ ਲੋਕਾਂ ਨੂੰ ਇੱਦਾਂ ਮੋਸਟਲੀ ਲੱਗਦਾ ਇੱਦਾਂ ਗੁਰਦੁਆਰੇ ਦੇ ਵਿੱਚ ਜਿਹੜੀ ਸੇਵਾ ਕਰਦੇ ਆ ਆਪਣੇ ਲੋਕ ਇੱਦਾਂ ਕਰਦੇ ਨੇ, ਹਾਂਜੀ ਹਾਂਜੀ, ਉਹ ਵੀ ਜ਼ਿਆਦਾਤਰ ਲਾਲਚ ਕਰਦੇ ਨੇ, ਹਾਂਜੀ, ਜੇ ਜਿਹਨਾਂ ਨੂੰ ਦੱਸਤਾ ਜਾਵੇ ਤਾਂ ਮਤਲਬ ਇਹਦੇ ਵਿੱਚ ਕੁਛ ਨਹੀਂ ਹੈਗਾ, ਤੁਹਾਨੂੰ ਇੱਦਾਂ ਇਸ ਤੋਂ ਬਾਅਦ ਇੱਦਾਂ ਸੇਵਾ ਕਰਨੀ ਕਰ ਲਾ ਠੀਕ ਹੈ, ਤੁਹਾਨੂੰ ਤਾਂ ਲੰਗਰ ਬਣਾ ਲਾ ਜਾਂ ਵਰਤਾ ਲਾ ਜਾਂ ਭਾਂਡੇ ਧੋ ਲਾ ਜਾਂ ਝਾੜੂ ਫੇਰ ਲਾ, ਇਹਦੇ ਬਦਲੇ ਤੈਨੂੰ ਇੱਦਾਂ ਕੋਈ ਨਹੀਂ ਸਵਰਗਾਂ ਦੀ ਕੋਈ ਟਿਕਟ ਨਹੀਂ ਮਿਲਣੀ, ਹਾਂਜੀ ਬਿਲਕੁਲ, ਤੈਨੂੰ ਕੁਛ ਨਹੀਂ ਇੱਦਾਂ ਤੇਰੀਆਂ ਉੱਥੇ ਇੱਟਾਂ ਲੱਗਣੀਆਂ ਜਾ ਕੇ ਨਾ ਤੇਰੇ ਕੋਠੇ, ਫਿਰ ਅਗਲਾ ਕਹੇਗਾ ਫੇਰ ਕਾਹਤੋਂ ਮੈਂ ਕਰਾਂ ਨਾ ਇਹਦਾ, ਬਿਲਕੁਲ, ਹਾਂ ਪਰ ਜੇ ਤੁਸੀਂ ਇੱਦਾਂ ਉਹਦੇ ਬਾਵਜੂਦ ਵੀ ਕਰੋਗੇ ਤੁਹਾਨੂੰ ਪਤਾ ਹੋਏਗਾ, ਇੱਦਾਂ ਇੱਥੇ ਇੱਕ ਮੁੰਡਾ ਆਪਣੇ ਗੁਰਦੁਆਰੇ, ਹਾਂਜੀ, ਉਹ ਇੱਕ ਦਿਨ ਇੱਦਾਂ ਗੱਲ ਕਰਦਾ ਸੀ ਕਹਿੰਦਾ ਜਿਹੜੀ ਅਸਲੀ ਸੇਵਾ ਮਤਲਬ ਆ ਸਾਡੇ ਗੁਰਦੁਆਰੇ ਦੀ ਹੈ, ਹਾਂਜੀ, ਹੁਣ ਕਿਉਂਕਿ ਇੱਥੇ ਤਾਂ ਇੱਦਾਂ ਭਾਅ ਜੀ ਅਸੀਂ ਸਾਰੇ ਇੱਦਾਂ ਕਹਿੰਦੇ ਇੱਦਾਂ ਇੱਥੇ ਇੱਦਾਂ ਦਾ ਕੁਛ ਨਹੀਂ ਹੁੰਦਾ, ਹਾਂਜੀ ਹਾਂਜੀ, ਇੱਥੇ ਇੱਦਾਂ ਨਹੀਂ ਹੈਗਾ ਤੁਹਾਡੀ ਇੱਦਾਂ ਇਹ ਸੇਵਾ ਕਰੋਗੇ ਤਾਂ ਤੁਹਾਡਾ ਬਿਜ਼ਨਸ ਤੁਹਾਡਾ ਚੱਲ ਪੈਣਾ, ਜਾਂ ਤੁਹਾਡਾ ਇੱਦਾਂ ਕੋਈ ਨਿਆਣੇ ਹੋ ਜਾਣੇ ਨੇ, ਜਾਂ ਨਿਆਣੇ ਨੂੰ ਸਮਝਦਾ ਕੁਛ ਨਹੀਂ ਹੋਣਾ, ਉਹ ਤੁਹਾਨੂੰ ਆਪਣੀ ਸਮਝਦਾਰੀ ਦੇ ਨਾਲ ਆਪਣਾ ਬ੍ਰੇਨ ਯੂਜ਼ ਕਰਕੇ ਆਪਣੇ ਸਰਕਮਸਟਾਂਸੀ ਦੇ ਵਿੱਚੋਂ ਇੱਦਾਂ ਨਿਕਲ ਕੇ ਤੁਹਾਨੂੰ ਇੱਦਾਂ ਉਹ ਸਾਰਾ ਕੁਛ ਤੁਹਾਨੂੰ ਕਰਨਾ ਪੈਣਾ ਆਪਣਾ ਨਾ, ਇਦੋਂ ਇਹਦੇ ਨਾਲ ਨਹੀਂ ਹੋਣਾ ਤੁਹਾਡਾ ਇੱਦਾਂ ਇੱਥੇ ਸੇਵਾ ਕਰੋਗੇ ਉਹ ਵੱਖਰੀ ਜੀ, ਹਾਂ ਪਰ ਜਦੋਂ ਤੁਸੀਂ ਇੱਦਾਂ ਨਿਸ਼ਕਾਮ ਸੇਵਾ ਜਿਹਨੂੰ ਕਹਿੰਦੇ ਇੱਦਾਂ ਇੱਦਾਂ ਤੁਸੀਂ ਕਰੋਗੇ ਕਰੋਗੇ, ਹਾਂਜੀ, ਹਾਂ ਪਰ ਉਹਦੇ ਵਿੱਚੋਂ ਤੁਹਾਨੂੰ ਇੱਦਾਂ ਡੈਫੀਨੇਟਲੀ ਰਿਵਾਰਡ ਮਿਲਦਾ ਹੈ, ਉਹਦੇ ਵਿੱਚ ਤੁਹਾਨੂੰ ਇੱਕ ਅਲੱਗ
ਕਹਿੰਦੇ ਸਾਨੂੰ ਲੰਗਰ ਬਣਾਉਣ ਥੋੜ੍ਹੀ ਮਿਲਦੇ ਹੁੰਦੇ, ਮੈਂ ਕਿਹਾ ਮੈਨੂੰ ਵੀ ਨਹੀਂ ਮਿਲਦੇ ਅਤੇ ਮੈਂ ਕਿਹਾ ਹਰ ਇੱਕ ਚੀਜ਼ ਪੈਸੇ ਵਾਸਤੇ ਥੋੜ੍ਹੀ ਹੁੰਦੀ ਹੈ, ਹਾਂਜੀ ਹਾਂਜੀ ਪੈਸੇ ਤੋਂ ਬਿਨਾਂ ਵੀ ਕੁਛ ਹੁੰਦੀ ਹੈ ਨਾ। ਹੁਣ ਉਹੀ ਤਾਂ ਆਪਾਂ ਪੈਸੇ ਦੀ ਸਟਾਰਟਿੰਗ 'ਚ ਗੱਲ ਕਰਦੇ ਪਏ ਸੀ, ਹਾਂਜੀ ਹੁਣ ਪੈਸਾ ਠੀਕ ਹੈ ਆਪਾਂ ਇੱਕ ਸਮਾਜ ਵਾਸਤੇ ਇੱਕ ਸਿਸਟਮ ਬਣ ਗਿਆ ਨਾ। ਹਾਂਜੀ ਹਾਂਜੀ ਸਿਸਟਮ ਜਿੱਦਾਂ ਪਹਿਲਾਂ ਚੱਲਦਾ ਪਿਆ ਸੀਗਾ ਆਪਾਂ ਇਹ ਤਾਂ ਉਹਨੂੰ ਥੋੜ੍ਹਾ ਜਿਹਾ ਬੈਟਰ ਬਣਾ ਲਿਆ, ਹਾਂਜੀ ਪਰ ਇਹ ਨਹੀਂ ਹੈਗਾ ਇਹ ਤਾਂ ਹੁਣ ਆਪਾਂ ਇਹ ਇਕੱਠੇ ਕਰ ਲੈਂਦੇ ਸਾਰੇ ਨਾ, ਇਹ ਤਾਂ ਬਿਲਕੁਲ ਠੀਕ ਹੈ ਆਪਣੇ ਤਾਂ ਲੋੜ ਮੁਤਾਬਕ ਕਰੋ, ਤੁਹਾਨੂੰ ਜ਼ਰੂਰ ਆਪਣੇ ਤੁਹਾਨੂੰ ਦੁਨੀਆ ਦੀ ਰੇਸ ਦੇ ਨਾਲ ਥੋੜ੍ਹਾ ਥੋੜ੍ਹਾ ਨਾਲ ਰਹਿਣਾ ਚਾਹੀਦਾ, ਜਿੱਦਾਂ ਆਪਣੇ ਨਹੀਂ ਤਾਂ ਤੁਸੀਂ ਪਿੱਛੇ ਰਹਿ ਜਾਓਗੇ ਤੁਸੀਂ ਹਾਂਜੀ ਜੇ ਰੁਕ ਜਾਓਗੇ ਤਾਂ, ਪਰ ਇਹ ਨਹੀਂ ਹੈਗਾ ਤੁਸੀਂ ਇੱਦਾਂ ਸਿਰਫ ਇਹਦੇ ਪਿੱਛੇ ਪੈ ਜਾਣਾ, ਹਾਂਜੀ ਹਾਂਜੀ ਜਿੱਦਾਂ ਤੁਸੀਂ ਹਰ ਇੱਕ ਚੀਜ਼ ਨੂੰ ਆਪਣਾ ਨਾਲ ਲੈ ਕੇ ਚੱਲਣਾ। ਹਾਂਜੀ ਹਾਂਜੀ ਮੈਂ ਪਿੱਛੇ ਨਾ ਉਦੋਂ ਆਪਣਾ ਉੱਥੇ ਸ਼ਾਲੀ ਰੋਡ ਹੁੰਦੇ ਸੀ ਆਪਾਂ ਅਤੇ ਭਾਜੀ ਪੱਤੇ ਇਕੱਠੇ ਕਰੀ ਜਾਣ ਨਾ ਝਾੜੂ ਲਾ ਕੇ ਕੇਵਲ ਭਾਜੀ, ਅਤੇ ਮੈਂ ਉੱਥੇ ਪਹੁੰਚਿਆ ਅਤੇ ਉਹਦੇ ਗੁਰਦੁਆਰਾ ਸਾਹਿਬ ਜਿੱਦਾਂ ਜਾਈਦਾ ਸੀ ਉੱਥੇ ਸ਼ਾਮ ਨੂੰ, ਅਤੇ ਮੈਂ ਕਿਹਾ ਭਾਜੀ ਇਹ ਹੁਣ ਆਪਾਂ ਨੂੰ ਆਪ ਨੂੰ ਹੀ ਕਰਨਾ ਪੈਣਾ ਸੇਵਾ। ਕਹਿੰਦੇ ਕਿਉਂ? ਮੈਂ ਕਿਹਾ ਹੁਣ ਲੋਕਾਂ ਨੂੰ ਆਪਾਂ ਸਿਆਣੇ ਕਰੀ ਜਾਂਦੇ ਹਾਂ ਨਾ ਵੀ ਇੱਥੇ ਸੇਵਾ ਤੋਂ ਕੁਛ ਮਿਲਦਾ ਨਹੀਂ ਅਤੇ ਆਪਣੇ ਪੱਤੇ ਵੀ ਜ਼ਿਆਦਾ ਹੋ ਜਾਂਦੇ ਇਸੇ ਕਰਕੇ ਜੀ, ਵੀ ਜਿੰਨੇ ਬੰਦੇ ਆਉਂਦੇ ਹੁਣ ਮੈਂ ਵੀ ਇੱਥੇ ਮੈਂ ਹੁਣ ਉੱਥੇ ਗੁਰਦੁਆਰੇ ਜਾਂਦਾ ਸੀ ਅਤੇ ਮੈਂ ਕਹਿੰਦਾ ਸੇਵਾ ਕਰਕੇ ਕੁਛ ਜਦੋਂ ਮਿਲਣਾ ਨਹੀਂ, ਗੁਰਦੁਆਰੇ ਅੰਦਰ ਗਏ ਗੱਲਾਂ ਬਾਤਾਂ ਕੀਤੀਆਂ ਚਾਹ ਪਾਣੀ ਪੀਤੀ, ਕਈ ਵਾਰੀ ਕੱਪ ਵੀ ਨਹੀਂ ਧੋਈਦਾ ਸੀ ਉੱਦਾਂ ਹੀ ਰੱਖ ਕੇ ਤੁਰੇ ਜਾਂਦੇ ਵੀ ਸੇਵਾ ਦਾ। ਉਹ ਤਾਂ ਭਾਜੀ ਤੋਂ ਬਾਅਦ ਵਿੱਚ ਹੌਲੀ ਹੌਲੀ ਸਿੱਖੀਆਂ ਗੱਲਾਂ ਵੀ ਜੇ ਇਹ ਤੁਹਾਡਾ ਫਰਜ਼ ਹੈ, ਜੇ ਤੁਹਾਨੂੰ ਕੁਛ ਨਹੀਂ ਵੀ ਤੁਸੀਂ ਅਗਲੇ ਜਨਮ 'ਚ ਕੁਛ ਨਹੀਂ ਲੈਣਾ ਚਾਹੁੰਦੇ ਜਾਂ ਵੀ ਜਿੱਦਾਂ ਹੁਣ ਕਾਮਰੇਡ ਸੋਚ ਰੱਖ ਕੇ ਚੱਲਦੇ ਸੀ ਅਸੀਂ ਜਿੱਦਾਂ ਵੀ ਇਹ ਅਗਲੇ ਜਨਮ 'ਚ ਕਿਹੜਾ ਕੁਛ ਮਿਲਣਾ, ਸੇਵਾ ਕਰਨ ਦਾ ਕੀ ਫਾਇਦਾ, ਪਰ ਐਜ਼ ਏ ਵਲੰਟੀਅਰ ਤੁਸੀਂ ਜਾ ਕੇ ਕੁਛ ਕਰੋਗੇ ਜਾਂ ਉੱਥੇ ਝਾੜੂ ਮਾਰੋਗੇ ਜਾਂ ਉੱਥੇ ਕੁਛ ਕਰਦੇ ਹਾਂ ਜਿੱਦਾਂ ਭਾਅ ਜੀ ਕਰਦੇ ਸੀ। ਭਾਅ ਜੀ ਕਹਿੰਦੇ ਤੈਨੂੰ ਨਹੀਂ ਨਾ ਇਸ ਗੱਲ ਦਾ ਪਤਾ ਵੀ ਮੈਨੂੰ ਇਹਦੇ ਨਾਲ ਕਿੰਨਾ ਸਕੂਨ ਮਿਲਦਾ, ਕਹਿੰਦਾ ਤੈਨੂੰ ਇਸ ਗੱਲ ਦਾ ਨਹੀਂ ਪਤਾ, ਮੈਂ ਝਾੜੂ ਮਾਰ ਰਿਹਾ ਮੈਂ ਸੇਵਾ ਕਰਕੇ ਨਹੀਂ ਮਾਰ ਰਿਹਾ, ਜਾਂ ਮੈਂ ਅਗਲੇ ਜਨਮ ਵਾਸਤੇ ਮਾਰ ਰਿਹਾ ਜਾਂ ਕੋਈ ਜਨਮ ਸਫਲਾ ਕਰਨ ਵਾਸਤੇ। ਅਤੇ ਭਾਅ ਜੀ ਕਹਿੰਦੇ ਵੀ ਮੈਨੂੰ ਕਿੰਨਾ ਸਕੂਨ ਮਿਲਦਾ ਤੈਨੂੰ ਇਸ ਗੱਲ ਦਾ ਕਿੱਥੋਂ ਪਤਾ ਲੱਗੂਗਾ, ਜੇ ਤੂੰ ਕਰੇਂਗਾ ਤਾਂ ਫੇਰ ਪਤਾ ਲੱਗੂਗਾ। ਅਤੇ ਮੈਂ ਵੀ ਝਾੜੂ ਚੱਕ ਕੇ ਲੱਗ ਗਿਆ, ਮੈਂ ਕਿਹਾ ਬਾਅਦ ਵਿੱਚ ਮੈਂ ਵੀ ਸੋਚਿਆ ਵੀ ਗੱਲ ਤਾਂ ਭਾਅ ਜੀ ਦੀ ਸੱਚੀ ਆ ਵੀ ਸਕੂਨ ਤਾਂ ਹੈਗਾ ਇਸ ਚੀਜ਼ 'ਚ ਨਾ, ਵੀ ਜਦੋਂ ਤੁਸੀਂ ਸਕੂਨ ਵਾਸਤੇ ਜਾਂ ਆਪਣੇ ਫਰਜ਼ ਵਾਸਤੇ ਕੰਮ ਕਰੋਗੇ ਨਾ ਵੀ ਇਹ ਸੰਸਥਾ ਇਹ ਸਾਡਾ ਅਸੀਂ ਇੱਥੇ ਆਉਂਦੇ ਹਾਂ ਵੀ ਕਮ ਸੇ ਕਮ ਝਾੜੂ ਦਾ ਮਾਰ ਦੇਈਏ, ਵੀ ਉੱਥੇ ਪੱਤੇ ਜੇ ਇਕੱਠੇ ਹੋ ਜਾਂਦੇ ਸੀ ਅਤੇ ਭਾਜੀ ਲੱਗੇ ਪਏ ਸੀ ਅਤੇ ਮੈਨੂੰ ਉਹ ਗੱਲ ਤਾਂ ਯਾਦ ਆ ਗਈ। ਹਾਂਜੀ ਨਹੀਂ ਉਹ ਤਾਂ ਦੇਖੋ ਇੱਦਾਂ ਤੁਸੀਂ ਜਿੰਨਾ ਤੁਸੀਂ ਇਹਦਾ ਆਪਣਾ ਦਾਇਰਾ ਵੱਡਾ ਬਣਾ ਲਓ ਇੱਦਾਂ ਸਾਰਾ ਕੁਛ ਤੁਹਾਡਾ ਹੀ ਹੈ ਨਾ। ਹਾਂਜੀ ਹਾਂਜੀ ਜੇ ਤੁਸੀਂ ਇਹਨੂੰ ਮੰਨ ਲਓ ਇੱਦਾਂ ਹੁਣ ਗੁਰਬਾਣੀ ਵਿੱਚ ਇੱਦਾਂ ਵਾਰ ਵਾਰ ਇੱਦਾਂ ਮਤਲਬ ਕਿਹਾ ਇੱਦਾਂ ਮਤਲਬ ਤੂੰ ਹੀ ਤਾਂ ਰੱਬ ਆ ਇੱਦਾਂ, ਹੁਣ ਆਪਾਂ ਇੱਦਾਂ ਰੱਬ ਨੂੰ ਕਹਿੰਦੇ ਹਰ ਚੀਜ਼ ਆਪਾਂ ਰੱਬ 'ਤੇ ਸੁੱਟ ਦਿੰਦੇ ਹਾਂ ਨਾ ਇੱਦਾਂ ਤੂੰ ਕਰ ਇੱਦਾਂ। ਹਾਂਜੀ ਹਾਂਜੀ ਅਤੇ ਜਦੋਂ ਸਾਨੂੰ ਪਤਾ ਲੱਗ ਗਿਆ ਇੱਦਾਂ ਅਸੀਂ ਹਾਂ ਰੱਬ ਇੱਦਾਂ ਜੋ ਬਰਮੰਡੇ ਸੋਈ ਪਿੰਡ ਹੈ, ਅਤੇ ਇੱਦਾਂ ਵਾਰ ਵਾਰ ਇੱਦਾਂ ਗੁਰੂ ਨਾਨਕ ਨੇ ਕਿਹਾ ਨਾਨਕਾ ਪਾਤਸ਼ਾਹ ਦੇਸੇ ਜਾ ਰਿਹਾ ਇੱਦਾਂ, ਹਾਂਜੀ ਹਾਂਜੀ ਇੱਦਾਂ ਬਲਹਾਰੀ ਕੁਦਰਤ ਵਸਿਆ ਇੱਦਾਂ ਸਾਨੂੰ ਇੱਦਾਂ ਇੰਨਾ ਸ਼ਬਦ ਪੜ੍ਹ ਪੜ੍ਹ ਕੇ ਸਾਨੂੰ ਸਮਝ ਲੱਗ ਗਈ ਉਹਨਾਂ ਚੀਜ਼ਾਂ ਦੀ, ਫਿਰ ਆਪਾਂ ਇਹਨਾਂ ਚੀਜ਼ਾਂ ਨੂੰ ਇੱਦਾਂ ਕਿੰਨੇ ਰੱਖਣਾ ਇੱਦਾਂ ਸਾਨੂੰ ਪਤਾ ਲੱਗ ਗਿਆ ਆਹੀ ਹੈ ਸਾਰਾ ਕੁਛ ਅਸੀਂ ਜਿੱਦਾਂ ਅਸੀਂ ਸਟਾਰਟ ਤੋਂ ਇੱਦਾਂ ਕਿਹਾ ਸੀਗਾ ਤਾਂ ਮਤਲਬ ਜਿਹੜਾ ਇਨਸਾਨ ਹੈ ਇੱਦਾਂ ਉਹ ਮੁੱਢਲੀ ਇਕਾਈ ਹੈ ਨਾ, ਇਕਾਈ ਹੈ ਹੁਣ ਉਹ ਸਭ ਤੋਂ ਜ਼ਿਆਦਾ ਸਿਆਣਾ ਹੈ ਤਾਂ, ਹੁਣ ਆਸੇ ਪਾਸੇ ਆਪਣੇ ਜੋ ਵੀ ਨੇ ਇੱਦਾਂ ਮਤਲਬ ਕਿਤੇ ਤਾਂ ਗਾਵਾਂ ਨੇ ਕਿਤੇ ਮੱਝਾਂ ਨੇ ਪੰਜਾਬ 'ਚ ਜਾਂ ਇੱਥੇ ਭੇਡਾਂ ਨੇ ਜਾਂ ਇੱਦਾਂ ਉਹਨਾਂ ਨੇ ਥੋੜ੍ਹੀ ਕਰਨਾ ਇੱਦਾਂ, ਵੈਸੇ ਉਹ ਗੰਦ ਪਾ ਵੀ ਨਹੀਂ ਰਹੀਆਂ ਇੱਦਾਂ, ਪਾ ਵੀ ਤਾਂ ਇਨਸਾਨ ਹੀ ਰਿਹਾ ਗੰਦ, ਉਹ ਤਾਂ ਨੈਚੁਰਲੀ ਸੀ ਨੈਚੁਰਲ ਚੀਜ਼ਾਂ, ਨਾ ਉਹਨਾਂ ਨੂੰ ਲਿਫਾਫੇ ਖਿਲਾ ਰਹੇ ਸੀਗੇ ਨਾ ਉਹਨਾਂ ਨੂੰ ਚੁੱਕਣੇ ਚਾਹੀਦੇ ਨੇ, ਹੁਣ ਜੇ ਅਸੀਂ ਸੁੱਟੇ ਅਸੀਂ ਤਾਂ ਚੁੱਕਣੇ ਵੀ ਤਾਂ ਅਸੀਂ ਨੇ ਨਾ ਆਪਦੇ ਤਾਂ, ਹੁਣ ਉਹ ਚੀਜ਼ ਜੇ ਆਪਾਂ ਰਿਸਪੋਂਸੀਬਿਲਟੀ ਆਪਣੀ ਸਮਝਾਂਗੇ ਜੇ ਆਪਣਾ ਇਹਦਾ ਦਾਰਾ ਥੋੜ੍ਹਾ ਜਿਹਾ ਵੱਡਾ ਕਰ ਦਾਂਗੇ ਆਪਾਂ, ਜੇ ਇਹਨੂੰ ਆਪਣੇ ਪੂਰੇ ਕੰਟਰੀ ਨੂੰ ਸ਼ਹਿਰ ਨੂੰ ਜਿੱਥੇ ਵੀ ਆਪਾਂ ਰਹਿੰਦੇ ਹਾਂ ਤਾਂ ਜੇ ਇਹਨੂੰ ਤੁਸੀਂ ਆਪਣਾ ਸਮਝਣ ਲੱਗ ਜਾਓਗੇ ਤਾਂ, ਅਤੇ ਫਿਰ ਤੁਹਾਨੂੰ ਆਪਣੇ ਆਪ ਹੀ ਇੱਦਾਂ ਘਰ ਵਾਂਗੂ ਲੱਗਣਾ ਤੁਹਾਨੂੰ, ਜਿੱਦਾਂ ਹੁਣ ਘਰ ਮੈਂ ਆਪਣਾ ਆਪਾਂ ਸਾਫ਼ ਕਰੀ ਦਾ ਇੱਦਾਂ ਤੁਹਾਨੂੰ ਲੱਗਣਾ ਇਹ ਤਾਂ ਮਤਲਬ ਇਹਨੂੰ ਮੈਂ ਆਪਣੇ ਸ਼ਹਿਰ ਨੂੰ ਵੀ ਸਾਫ਼ ਰੱਖਾਂ ਆਪਣਾ, ਇੱਦਾਂ ਜੇ ਗੁਰਦੁਆਰਾ ਤਾਂ ਉਹਨੂੰ ਵੀ ਮੈਂ ਸਾਫ਼ ਰੱਖਣਾ, ਇਹਦਾ ਇੱਦਾਂ ਕੋਈ ਇੱਦਾਂ ਨਹੀਂ ਹੈਗਾ ਤੁਹਾਨੂੰ ਇਹਦੇ ਨਾਲ ਕੁਛ ਅੱਗੇ ਜਾ ਕੇ ਕੁਛ ਮਿਲਣਾ, ਅੱਗੇ ਤਾਂ ਇਹਦਾ ਗੁਰਬਾਣੀ ਤਾਂ ਲਿਖਿਆ ਮਤਲਬ ਅੱਗੇ ਮਤਲਬ ਕੋਈ ਦੇਖਿਆ ਨਹੀਂ ਕਿਸੇ ਨੇ ਜਾ ਕੇ ਨਾ, ਕੋਈ ਮੁੜ ਕੇ ਆ ਕੇ ਕਦੇ ਕਿਸੇ ਨੂੰ ਦੱਸਿਆ ਨਹੀਂ ਇਹਦਾ, ਇੱਦਾਂ ਕੀ ਹੋ ਸਕਦਾ ਇਹਦਾ। ਜਿੱਦਾਂ ਅਗਲਾ ਜਨਮ ਤੁਹਾਡੇ ਜਿਹੜੇ ਤੁਹਾਡੇ ਬੱਚੇ ਆ, ਤੁਸੀਂ ਜਿੱਦਾਂ ਤੁਹਾਡਾ ਪਿਛਲਾ ਜਨਮ ਤੁਹਾਡੇ ਪੇਰੈਂਟਸ ਸੀਗੇ ਅਤੇ ਅਗਲਾ ਜਨਮ ਤੁਹਾਡੇ ਬੱਚੇ ਆ ਜੀ, ਵੀ ਜੇ ਤੁਸੀਂ ਆਪਣਾ ਅਗਲਾ ਜਨਮ ਸੌਖਾ ਕਰਨਾ ਅਤੇ ਆਪਣੇ ਆਉਣ ਵਾਲੀ ਪੀੜ੍ਹੀ ਵਾਸਤੇ ਤੁਸੀਂ ਵਧੀਆ ਇਨਵਾਇਰਮੈਂਟ ਛੱਡ ਕੇ ਜਾਓ, ਵਧੀਆ ਉਹਨਾਂ ਵਾਸਤੇ ਵਧੀਆ ਚੀਜ਼ਾਂ ਛੱਡ ਕੇ ਜਾਓ। ਜੇ ਤੁਸੀਂ ਹੁਣ ਜਿੱਦਾਂ ਇੰਡੀਆ 'ਚ ਵੀ ਹੁਣ ਆਪਣੇ ਕਿਸਾਨੀ ਦੀ ਗੱਲ ਹੀ ਕਰਦੇ ਸੀ ਆਪਾਂ ਵਿੱਚ, ਵੀ ਜੇ ਹੁਣ ਪਰਾਲੀ ਨੂੰ ਅੱਗ ਲੱਗਦੀ ਆ ਅਤੇ ਉਹਦੇ ਨਾਲ ਧੂੰਆਂ ਹੁੰਦਾ, ਧੂੰਏ ਨਾਲ ਬਿਮਾਰੀਆਂ ਹੁੰਦੀਆਂ, ਵੀ ਮੇਰੀ ਨੌਲੇਜ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵੀ ਮੈਂ 7-8 ਮੌਤਾਂ ਹਾਰਟ ਨਾਲ ਹੋ ਗਈਆਂ, ਹਾਰਟ ਅਟੈਕ ਨਾਲ ਹੋਈਆਂ। ਮਤਲਬ ਹਾਰਟ ਅਟੈਕ ਤਾਂ ਹੀ ਹੋਇਆ ਨਾ, ਕੁਛ ਨਾ ਕੁਛ ਪ੍ਰੋਬਲਮ ਇਨਵਾਇਰਮੈਂਟ ਦੇ ਵਿੱਚ ਹੀ ਹੋਈ ਆ ਨਾ, ਕਿਤੇ ਨਾ ਕਿਤੇ ਤਾਂ ਕੁਛ
ਮੇਰੇ ਨੈਟਵਰਕ ਦੇ ਵਿੱਚ 8-7 ਹੈਗੀਆਂ ਹਾਰਟ ਅਟੈਕ ਨਾਲ, ਤੇ ਤੁਹਾਡੇ ਨੈਟਵਰਕ 'ਚ ਵੀ ਹੋਣਗੀਆਂ, ਹੋਰ ਬਿਲਕੁਲ ਹੋਰਾਂ ਦੇ ਵੀ ਨੈਟਵਰਕ 'ਚ 2-4 ਹੋਣਗੀਆਂ, ਤੇ ਮਤਲਬ ਹਾਰਟ ਨਾਲ ਪ੍ਰੋਬਲਮ ਆ ਰਹੀ ਹੈ, ਤੇ ਹਾਰਟ ਦੀ ਪ੍ਰੋਬਲਮ ਤਾਂ ਹੀ ਆ ਰਹੀ ਹੈ ਨਾ ਕਿ ਉੱਥੇ ਕੋਈ ਇਨਵਾਇਰਮੈਂਟ ਦੇ ਵਿੱਚ ਜਾਂ ਖਾਣ ਪੀਣ ਦੇ ਵਿੱਚ ਅਸੀਂ ਰੇਹਾਂ ਸਪਰੇਆਂ ਦੀਆਂ ਇਹੋ ਜਿਹੀ ਪੈਦਾਵਾਰ ਹੀ ਇਹੋ ਜਿਹੀ ਕਰਤੀ ਜਿਹੜੀ ਖਾ ਰਹੇ ਹਾਂ, ਵੀ ਉਹਨੂੰ ਅਸੀਂ ਜ਼ਹਿਰੀਲਾ ਬਣਾਤਾ, ਤੇ ਆਉਣ ਵਾਲੀ ਪੀੜ੍ਹੀ ਸਿੱਕ ਹੋ ਰਹੀ ਆ, ਬਿਮਾਰ ਹੋ ਰਹੀ ਆ। ਫਿਰ ਅਸੀਂ ਉੱਥੇ ਰੱਬ ਦਾ ਦੋਸ਼ ਦੇਈ ਜਾਵਾਂਗੇ ਜਾਂ ਅਸੀਂ ਕਿਸੇ ਬੰਦੇ ਦਾ ਆਪਣਾ ਕਰੀ ਜਾਈਏ ਵੀ ਰੱਬ ਨੇ ਜੋ ਕਰਨਾ ਸੀ ਕਰਤਾ, ਸਾਡੀ ਲਿਖੀ ਇੰਨੀ ਸੀ, ਹੋਣਾ ਹੀ ਇਹ ਸੀ। ਰੀਸੈਂਟਲੀ ਮੇਰੇ ਬ੍ਰਦਰ ਦੇ ਸਾਲੇ ਦੇ ਬੇਟੇ ਦੀ ਡੈਥ ਹੋਈ ਆ 2 ਦਿਨ ਪਹਿਲਾਂ ਹੀ। ਉਹਦਾ ਜਿਹੜਾ ਗ੍ਰੈਂਡਫਾਦਰ ਸੀਗਾ ਉਹ ਵੀ ਬਹੁਤ ਵੀ ਜਾਣੀ ਗੁਰਦੁਆਰੇ ਪਾਠ ਕਰਦਾ, ਸੇਵਾ ਕਰਦਾ। ਉਹਦਾ ਜਿਹੜਾ ਫਾਦਰ ਆ ਮੇਰੇ ਬ੍ਰਦਰ ਦਾ ਸਾਲਾ ਜਿਹੜਾ, ਉਹ ਵੀ ਬਹੁਤ ਜ਼ਿਆਦਾ ਭਗਤ ਬੰਦਾ, ਉਹਦੀ ਵਾਈਫ ਵੀ। ਵੀ ਜੇ ਮੈਂ ਕਿਹਾ ਵੀ ਉਹਨਾਂ ਦਾ ਬੱਚੇ ਨੂੰ ਇੱਦਾਂ ਹੈਪਨਿੰਗ ਹੋ ਗਈ, ਕਹਿੰਦੇ ਪਰਮਾਤਮਾ ਨੇ ਕੀਤਾ, ਅਤੇ ਮੇਰੇ ਕੋਲੋਂ ਮੋਟੀ ਸਾਰੀ ਗਾਲ ਨਿਕਲੀ ਨਾ। ਮੈਂ ਕਿਹਾ ਯਾਰ ਜੇ ਪਰਮਾਤਮਾ ਨੇ ਇਹ ਕੀਤਾ ਤਾਂ ਯਾਰ ਵੀ ਫਿਰ ਇਦੂ ਉੱਤੇ ਕੀ ਕਰ ਸਕਦਾ ਪਰਮਾਤਮਾ ਵਾਸਤੇ, ਖੁਸ਼ ਕਰਨ ਵਾਸਤੇ। ਉਹ ਦੋਨੋਂ ਮੀਆਂ ਬੀਬੀ ਬਹੁਤ ਚੰਗੇ ਆ, ਮੁੰਡੇ ਦਾ ਗ੍ਰੈਂਡਫਾਦਰ ਵੀ ਬਹੁਤ ਚੰਗਾ, ਠੀਕ। ਵੀ ਉਹ ਇੰਨਾ ਵਧੀਆ ਪਰਿਵਾਰ ਸੀ, ਇੰਨੇ ਵਧੀਆ ਸੀ, ਜੇ ਪਰਮਾਤਮਾ ਨੂੰ ਮੰਨਣ ਵਾਲਿਆਂ ਨਾਲ ਇੱਦਾਂ ਹੋ ਗਈ ਆ, ਠੀਕ। ਅਤੇ ਫਿਰ ਮੈਂ ਕਿਹਾ ਵੀ ਜੇ ਪਰਮਾਤਮਾ ਨੇ ਉਹਨਾਂ ਨੂੰ ਇੰਨੀ ਭਗਤੀ ਕਰਨ ਤੋਂ, ਇੰਨਾ ਨਾਮ ਸਿਮਰਨ ਕਰਨ ਤੋਂ ਬਾਅਦ ਵੀ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ, ਅਤੇ ਮੈਂ ਕਿਹਾ ਵੀ ਫਿਰ ਤਾਂ ਪਰਮਾਤਮਾ ਤੋਂ ਆਪਾਂ ਕੀ ਲੈਣਾ ਫਿਰ? ਫਿਰ ਇਹੋ ਜਿਹੇ ਪਰਮਾਤਮਾ ਤੋਂ ਕੀ ਕਰਨਾ ਆਪਾਂ? ਬਿਲਕੁਲ ਵੀ ਇਹੋ ਜਿਹੇ ਰੱਬ ਤੋਂ ਅਸੀਂ ਕੀ ਲੈਣਾ ਫਿਰ? ਨਹੀਂ ਨਹੀਂ ਤੂੰ ਕਹਿੰਦਾ ਵੀ ਗਲਤ ਬੋਲਦਾ ਰੱਬ ਨੂੰ, ਵੀ ਰੱਬ ਜੋ ਮਰਜ਼ੀ ਕਰ ਸਕਦਾ। ਮੈਂ ਕਿਹਾ ਨਹੀਂ ਫਿਰ ਮੈਂ ਨਹੀਂ ਮੰਨਦਾ ਇਸ ਗੱਲ 'ਤੇ, ਬਿਲਕੁਲ ਵੀ ਮੈਂ ਨਹੀਂ ਮੰਨਣਾ ਫਿਰ ਇਸ ਗੱਲ 'ਤੇ ਰੱਬ ਨਹੀਂ, ਫਿਰ ਤਾਂ ਸ਼ੈਤਾਨ ਹੈ। ਵੀ ਜੇ ਫਿਰ ਕੋਈ ਸ਼ੈਤਾਨ ਆ ਨਾ ਉਹ, ਵੀ ਜੇ ਤੁਹਾਡੀ ਇੰਨੀ ਸੇਵਾ ਭਾਵਨਾ ਤੋਂ ਬਾਅਦ ਵੀ ਤੁਹਾਡੇ ਨਾਲ ਇੱਦਾਂ ਹੋ ਗਈ ਆ, ਫਿਰ ਇਹੋ ਜਿਹੇ ਰੱਬ ਤੋਂ ਕੀ ਲੈਣਾ? ਠੀਕ ਹੈ ਜੀ। ਨਹੀਂ ਦੇਖੋ ਇੱਦਾਂ ਨਾ, ਮੈਂ ਜਦੋਂ ਇੱਥੇ 28-30 ਸਾਲ ਪਹਿਲਾਂ ਆਇਆ ਸੀਗਾ, ਉਦੋਂ ਪਹਿਲਾਂ ਨਹੀਂ ਸੀ ਨੈੱਟ ਨੁੱਟ ਹੈਗਾ ਇੱਦਾਂ ਨਾ ਕਿਸੇ ਕੋਲ, ਬਿਲਕੁਲ। ਅਤੇ ਉਦੋਂ ਨਹੀਂ ਸੀ ਇੱਦਾਂ ਪਤਾ, ਫੈਕਟਸ ਦਾ ਨਹੀਂ ਪਤਾ, ਡਾਟਾ ਨਹੀਂ ਸੀ ਹੈਗਾ ਕਿਸੇ ਕੋਲ। ਹੁਣ ਮੈਨੂੰ ਯਾਦ ਹੈ ਇੱਦਾਂ ਇੱਕ ਦਿਨ ਨਾ ਮੈਂ ਉੱਥੇ ਬੈਠਾ ਸੀਗਾ, ਇੱਦਾਂ ਪਹਿਲਾਂ ਮੈਂ ਚਲੋ ਉੱਥੇ ਵੀ ਇੱਦਾਂ ਟਰਾਈ ਕੀਤੀ, ਇੱਦਾਂ ਕੁਛ ਨਾ ਕੁਛ ਕਰਾਉਣਾ ਇੱਦਾਂ। ਹਾਂਜੀ। ਉੱਥੇ ਮੈਂ ਆਪਣੇ ਆਸੇ ਪਾਸੇ ਦੇਖਿਆ ਇੱਦਾਂ, ਨਾ ਤਾਂ ਕੋਈ ਜੋਬ ਜੂਬ ਮਿਲਣ ਦਾ ਕੋਈ ਸਕਿੱਲ ਹੈਗਾ ਚਾਂਸ ਇੱਦਾਂ। ਹਾਂਜੀ। ਅਤੇ ਆਸੇ ਪਾਸੇ ਵੀ ਸਾਰੇ ਇੱਦਾਂ ਤੁਰੇ ਫਿਰਦੇ, ਕੋਈ ਰਿਸ਼ਵਤ ਮੰਗ ਰਿਹਾ, ਕੋਈ ਸਿਫਾਰਿਸ਼ ਇੱਦਾਂ ਨਹੀਂ ਸੀ ਇੰਨਾ ਹੈਗਾ ਇਹਦਾ ਨਾ। ਮੈਨੂੰ ਲੱਗਾ ਇੱਦਾਂ ਮਤਲਬ ਇਹ ਤਾਂ ਔਖਾ ਹੈ, ਇੱਦਾਂ ਇੱਥੇ ਨਹੀਂ ਆਪਣਾ ਇੱਦਾਂ ਨਹੁੰ ਫਸਦਾ। ਹਾਂਜੀ। ਅਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਕਿ ਮਾੜਾ ਮੋਟਾ ਕੋਈ ਬਿਜ਼ਨਸ ਛੋਟਾ ਮੋਟਾ ਸ਼ੁਰੂ ਕਰਕੇ ਦੇਖਦੇ ਹਾਂ। ਹਾਂਜੀ। ਉਹਦੇ ਵਿੱਚ ਵੀ ਮੈਂ ਦੇਖਿਆ ਇੱਦਾਂ ਬਹੁਤ ਝੂਠ ਮਿਲਾਵਟਾਂ, ਇੱਦਾਂ ਮਤਲਬ ਸੋਹਾਂ ਖਾ ਖਾ ਲੋਕਾਂ ਨੇ ਝੂਠ ਬੋਲਣਾ। ਇੱਦਾਂ ਮੈਂ 3-4 ਇੱਦਾਂ ਐਕਸਪਲੋਰ ਕੀਤੇ ਨਾ, ਮੈਂ ਸੋਚਿਆ ਕੋਈ ਛੋਟੀ ਮੋਟੀ ਕੋਈ ਫੈਕਟਰੀ ਲਾ ਦਿੰਦਾ। ਹਾਂਜੀ। ਮੈਂ ਦੇਖਿਆ ਨਹੀਂ ਮੇਰੇ ਵੱਸ ਦਾ ਨਹੀਂ ਕੰਮ ਹੈਗਾ ਇਹ, ਤਾਂ ਮੈਂ ਤਾਂ ਬਾਹਰ ਚਲੇ ਜਾਣਾ। ਤੀਜੀ ਆਪਸ਼ਨ ਉਹ ਸੀਗੀ, ਇੱਦਾਂ ਨਾਲ ਆਸੇ ਪਾਸੇ ਥੋੜ੍ਹੇ ਬਹੁਤ ਲੋਕ ਗਏ ਸੀ, ਕੋਈ ਜਾ ਰਹੇ ਸੀਗੇ। ਮੇਰੇ ਫਾਦਰ ਵੀ ਪਹਿਲੀਆਂ ਚ ਇੰਗਲੈਂਡ ਗਏ ਸੀਗੇ, ਉਹ ਚਲੋ ਮਾੜਾ ਮੋਟਾ ਸੀਗਾ ਇਹ ਤਾਂ। ਅੱਛਾ ਚਲੋ ਮੈਂ ਇੱਦਾਂ ਬਾਹਰ ਜਾਣ ਦੀ ਗੱਲ ਕੀਤੀ ਨਾ, ਮੈਂ ਯਾਦ ਆ ਆਪਣੇ ਨਾਨਕੇ ਗਿਆ ਤਾਂ ਉੱਥੇ ਪਿੰਡ 'ਚ ਇੱਦਾਂ ਬਜ਼ੁਰਗ ਸੀਗੇ ਇਹ ਤਾਂ, ਤਾਂ ਉਹ ਮੈਨੂੰ ਕਹਿਣ ਲੱਗ ਪਏ ਇੱਦਾਂ ਉੱਦਾਂ ਪਾੜਿਆ ਤੂੰ ਇੱਦਾਂ ਬਾਹਰ ਜਾਣਾ, ਅਤੇ ਤਾਂ ਬਾਹਰ ਕੀ ਕਰੇਗਾ, ਕਿੱਦਾਂ ਹੁੰਦਾ ਨਾ ਇਹਦਾ। ਤਾਂ ਉਦੋਂ ਮੈਨੂੰ ਚਿੱਤਾ ਇੱਦਾਂ ਮਤਲਬ ਉਦੋਂ ਜਿੰਨਾ ਕੁ ਥੋੜ੍ਹਾ ਬਹੁਤਾ ਕਿਤਾਬਾਂ 'ਚੋਂ ਪੜ੍ਹਿਆ ਸੀ ਮੈਂ ਕਿਸੇ, ਹਾਂਜੀ, ਅਤੇ ਉਦੋਂ ਵਿੱਚ ਥੋੜ੍ਹੇ ਬਹੁਤ ਤੁੱਕੇ ਸੀਗੇ ਇੱਦਾਂ ਦੱਸਣ ਲੱਗ ਪਿਆ ਇੱਦਾਂ ਇੱਦਾਂ ਹੋਣਾ ਇਹ ਤਾਂ। ਹਾਂਜੀ। ਪਰ ਮੈਂ ਗੱਲ ਕਰਨ ਲੱਗਾ, ਅੱਜ ਤਾਂ ਇੱਦਾਂ ਤੁਸੀਂ ਯੂਟਿਊਬ 'ਤੇ ਜਾਂ ਦੇਖ ਲਓ ਜਾਂ ਉੱਦਾਂ ਗੂਗਲ 'ਤੇ ਸਰਚ ਮਾਰੋ ਤੁਸੀਂ, ਹਾਂਜੀ, ਹਰੇਕ ਚੀਜ਼ ਦਾ ਡਾਟਾ ਆ ਅੱਜ ਤਾਂ। ਹਾਂਜੀ ਹਾਂਜੀ। ਹੁਣ ਤੁਸੀਂ ਇੱਦਾਂ ਨਾਮ ਜਪਣ ਦੀ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਪਏ ਸੀ, ਹਾਂਜੀ, ਹੁਣ ਉਹ ਨਾਮ ਜਪਣ ਦਾ ਤਾਂ ਸਭ ਤੋਂ ਜ਼ਿਆਦਾ ਨਾਮ ਇੰਡੀਆ 'ਚ ਜਪਿਆ ਜਾਂਦਾ, ਮੰਦਰ ਗੁਰਦੁਆਰੇ ਮਸੀਤਾਂ ਸਭ ਤੋਂ ਜ਼ਿਆਦਾ ਉਹਨਾਂ, ਜਾਂ ਹੋਰ ਵੀ ਜਿਹੜੇ ਇੱਦਾਂ ਦੇ ਤਾਂ ਧਾਰਮਿਕ ਕੰਟਰੀ ਨੇ ਉਹਨਾਂ ਤੁਸੀਂ ਦੇਖ ਲਓ, ਉਹਨਾਂ ਦਾ ਤੁਸੀਂ ਡਾਟਾ ਚੁੱਕ ਲਓ, ਉੱਥੇ ਲੋਕਾਂ ਨੂੰ ਹਾਰਟ ਦੀਆਂ ਪ੍ਰੋਬਲਮ ਕਿੰਨੀਆਂ ਨੇ, ਕੈਂਸਰ ਕਿੰਨੇ ਨੇ, ਡਾਇਬਟੀਜ਼ ਕਿੰਨੀਆਂ ਨੇ, ਰੇਪ ਕਿੰਨਿਆਂ ਦੇ ਹੁੰਦੇ ਨੇ, ਕਤਲ ਕਿੰਨਿਆਂ ਦੇ ਹੁੰਦੇ ਨੇ, ਲੋਕ ਦੁਖੀ ਕਿੰਨੇ, ਤਾਂ ਮੈਂਟਲ ਹੈਲਥ ਬਾਰੇ ਜਿਹੜੀ ਮਰਜ਼ੀ ਚੀਜ਼ ਦਾ ਤੁਸੀਂ ਡਾਟਾ ਚੁੱਕ ਲਓ ਨਾ, ਇਹਨਾਂ ਕੰਟਰੀਆਂ ਦਾ ਚੁੱਕ ਲਓ ਜਿਹੜੇ ਕੰਟਰੀਆਂ ਨੂੰ ਇੱਦਾਂ ਨਾਸਤਿਕ ਸਮਝਿਆ ਜਾਂਦਾ, ਜਿਹਨਾਂ 'ਚ ਇੱਦਾਂ ਮੰਦਰ ਗੁਰਦੁਆਰੇ ਕੁਟਾਲ ਨਹੀਂ ਰੋਜ਼ ਸਵੇਰੇ ਸ਼ਾਮ ਵੱਜਦੇ ਹੈ ਨਾ, ਇਹਨਾਂ ਕੰਟਰੀਆਂ ਦਾ ਦੇਖ ਲਓ, ਅਤੇ ਉਹ ਫਿਰ ਤੁਸੀਂ ਤੁਹਾਨੂੰ ਆਪਣੇ ਆਪ ਤੁਹਾਡੇ ਸਾਹਮਣੇ ਆ ਜਾਣਾ। ਬਿਲਕੁਲ। ਹੁਣ ਜਿੱਦਾਂ ਤੁਸੀਂ ਆਪਣੇ ਗੱਲ ਕਰਦੇ ਸੀ ਕਿਸੇ ਦੇ ਜਾਣਨ ਵਾਲੇ ਦੀ, ਹਾਂਜੀ ਹਾਂਜੀ, ਹੁਣ ਇੱਦਾਂ ਉਹ ਤੁਸੀਂ ਜੇ ਅੱਜ ਵੀ ਇੱਦਾਂ ਡਾਟਾ ਦੇਖ ਕੇ ਵੀ ਸਾਹਮਣੇ ਇੱਦਾਂ ਨਹੀਂ ਮੰਨ ਰਹੇ ਤਾਂ, ਹਾਂਜੀ, ਫਿਰ ਤਾਂ ਇੱਦਾਂ ਅੱਖਾਂ ਕਬੂਤਰੇ ਤਾਂ ਬੰਦ ਕਰ ਲੈਂਦਾ, ਬਿਲਿੰਗ ਦੇਖ ਕੇ ਤੁਸੀਂ ਉਹ ਬੰਦ ਕੀਤੀ ਆ ਨਾ, ਬਿਲਕੁਲ ਜੀ, ਉਹ ਫਿਰ ਤੁਹਾਨੂੰ ਕੋਈ ਨਹੀਂ ਤੁਹਾਨੂੰ ਜਗਾ ਸਕਦਾ ਇੱਦਾਂ ਦੀ ਤੁਸੀਂ ਨੀਂਦ ਸੁੱਤੇ ਹੋਏ ਤਾਂ, ਅਤੇ ਫਿਰ ਤੁਹਾਡਾ ਤਾਂ ਫਿਰ ਤਾਂ ਤੁਹਾਨੂੰ ਰੱਬ ਵੀ ਤੁਹਾਡਾ ਕੁਛ ਨਹੀਂ ਕਰ ਸਕਦਾ ਨਾ। ਹਾਂਜੀ। ਹੁਣ ਤੁਹਾਡੇ ਸਾਹਮਣੇ ਇੱਦਾਂ ਤੁਸੀਂ ਦੇਖ ਰਹੇ ਹੋ, ਮਤਲਬ ਇੱਦਾਂ ਤੁਹਾਨੂੰ ਨਾਲ ਡਾਕਟਰ ਨੂੰ ਪੁੱਛੋ, ਉਹ ਤੁਹਾਨੂੰ ਕਾਰਨ ਵੀ ਦੱਸਦੇ ਨੇ ਇੱਦਾਂ, ਫਲਾਣੇ ਫਲਾਣਾ ਤੁਹਾਡੀ ਆ ਬਿਮਾਰੀ ਤੁਹਾਨੂੰ ਹੋਈ ਕਾਹਦੇ ਕਰਕੇ ਹੋਈ ਨਾ, ਇੱਦਾਂ ਇੱਦਾਂ ਹੋਇਆ ਇੱਦਾਂ। ਹੁਣ ਕਈ ਬਿਮਾਰੀਆਂ ਦੇ ਉੱਤੇ ਜਿਹਨਾਂ ਦੇ ਉੱਤੇ ਕਾਬੂ ਪਾਇਆ ਡਾਕਟਰਾਂ ਨੇ ਪਾਇਆ, ਤਾਂ ਇੱਦਾਂ ਕੁਛ ਕੱਢ ਕੇ ਨਾ, ਇਹ ਤਾਂ ਅੱਛਾ ਇਹਦੇ ਕਰਕੇ ਹੁੰਦਾ ਸੀ, ਉਹਨਾਂ ਨੇ ਚੇਂਜ ਕਰ ਲਿਆ ਨਾ। ਹੁਣ ਇਹਨਾਂ ਕੰਟਰੀਆਂ 'ਚ ਉਹ ਬਿਮਾਰੀਆਂ ਕਿਉਂ ਨਹੀਂ ਹੈਗੀਆਂ,
ਨੌਲੇਜ ਹੀ ਹੈ। ਜਿੱਦਾਂ ਕੁਦਰਤ ਦੇ ਨਿਯਮ ਨੇ ਜਿਹੜੇ, ਤਾਂ ਹਾਂਜੀ ਹੁਣ ਜਿੱਦਾਂ ਆਪਣੇ ਤਾਂ ਆਪਣਾ ਕਿਡਨੀਆਂ ਨੇ, ਲੀਵਰ ਹੈ ਆਪਣਾ, ਹਾਂਜੀ ਹੁਣ ਉਹ ਜੋ ਆਪਾਂ ਜੇ ਪਾਣੀ ਪੀਂਦੇ ਹਾਂ ਆਪਾਂ, ਹਾਂਜੀ ਹੁਣ ਇੱਥੇ ਪਾਣੀ ਦੇ ਵਿੱਚ ਜਿੱਦਾਂ ਫਿਲਟਰ ਨੇ, ਤਾਂ ਫਿਲਟਰ ਦੇ ਵਿੱਚ ਜਿੱਦਾਂ ਉਹ ਕਹਿੰਦੇ ਜਿੱਦਾਂ ਹੈਵੀ ਮੈਟਲਸ ਜਾਂ ਆਹ ਹਾਂਜੀ ਚੀਜ਼ਾਂ, ਹਾਂਜੀ ਆਹ ਫਿਲਟਰ, ਆਹ ਇੱਕ ਅਲੱਗ ਅਲੱਗ ਤਰ੍ਹਾਂ ਦੇ ਫਿਲਟਰ ਨੇ, ਹਾਂਜੀ ਆਹ ਫਿਲਟਰ ਆਹ ਚੀਜ਼ਾਂ ਨੂੰ ਫਿਲਟਰ ਕਰ ਦਿੰਦਾ ਪਾਣੀ 'ਚੋਂ ਕੱਢ ਦਿੰਦਾ, ਹਾਂਜੀ ਇੱਦਾਂ ਦੇ ਫਿਲਟਰ ਵੀ ਹੈਗੇ ਨੇ ਜਿੱਦਾਂ 99.99% ਤੱਕ ਕਹਿੰਦੇ ਵਾਇਰਸਿਸ ਵੀ ਕਰ ਦਿੰਦਾ ਹੈ ਨਾ। ਇੱਦਾਂ ਦੀਆਂ ਅਸੀਂ ਜਿੱਦਾਂ ਬੋਟਲ ਫਿਲਟਰ ਵਾਲੀ ਲੈ ਕੇ ਜਾਂਦੇ ਨੇ ਇੰਡੀਆ ਜਦੋਂ ਜਾਈਏ ਅਕਸਰ, ਇੱਦਾਂ ਅੱਛਾ ਜੀ ਅਸੀਂ ਉੱਥੇ ਪਾਣੀ ਲੈ ਕੇ ਨਾ ਉਹ 'ਚ ਪਾ ਦਈਦਾ, ਇੱਦਾਂ ਉਹਦੇ ਵਿੱਚੋਂ ਇੱਦਾਂ ਸਭ ਕੁਛ ਫਿਲਟਰ ਕਰਕੇ ਇੱਦਾਂ ਸਾਫ਼ ਪਾਣੀ ਆਉਂਦਾ, ਤਾਂ ਉਹਦੀ ਇੰਨੀ ਵਾਰੰਟੀ। ਉਹ ਕਹਿੰਦੇ ਮਤਲਬ ਤੁਸੀਂ ਇੱਦਾਂ ਇੱਦਾਂ ਉਹਦੇ ਬਾਹਰ ਵੀ ਫੋਟੋ ਵੀ ਪਾਈ ਹੁੰਦੀ, ਤੁਸੀਂ ਗੰਦੇ ਤੋਂ ਗੰਦੇ ਨਾਲ, ਉਹ ਹੈਗਾ ਇੱਦਾਂ ਜਿਹੜੇ ਇੱਦਾਂ ਲੋਕ ਕੈਂਪਿੰਗ ਟਰੈਂਪਿੰਗ ਕਰਨ ਨਹੀਂ ਜਾਂਦੇ ਉੱਥੇ ਪਹਾੜਾ ਪਹੁੜਾਂ ਜਿੱਦਾਂ ਘੁੰਮਦੇ ਹਾਂਜੀ ਕਰਦੇ ਨੇ, ਹਾਂਜੀ ਹਾਂਜੀ ਉਹ ਕਹਿੰਦੇ ਇੱਦਾਂ ਇੱਕ ਲਾਈਫ ਸਟਰੋਅ ਵੀ ਹੈਗਾ, ਇੱਕ ਕੰਪਨੀ ਦਾ ਨਾਂ ਇੱਦਾਂ, ਉਹ ਸਟਰੋਅ ਹੀ ਹੈ ਇੱਦਾਂ। ਅੱਛਾ ਜੀ ਉਹ ਤਾਂ ਕਹਿੰਦੇ ਜਿੱਦਾਂ ਜਿੱਥੇ ਮਰਜ਼ੀ ਤੁਸੀਂ ਨਦੀ ਨਾਲੇ 'ਚ ਉੱਦਾਂ ਉਹਨੂੰ ਵਿੱਚ ਸਟਰੋਅ ਨੂੰ ਲਾ ਕੇ ਮੂੰਹ ਲਾ ਕੇ ਪਾਣੀ ਪੀ ਲਓ, ਦੂਜੇ ਪਾਸੇ ਤਾਂ ਗੰਦਾ ਪਾਣੀ ਨਾਲੇ ਦਾ, ਅਤੇ ਦੂਜੇ ਪਾਸੇ ਤੁਹਾਨੂੰ ਸਾਫ਼ ਪਾਣੀ, ਇੱਦਾਂ 100% ਪਿਓਰ ਤੁਹਾਨੂੰ ਪਾਣੀ ਨਿਕਲਣਾ ਉਹਦੇ ਵਿੱਚੋਂ ਨਾ ਇੱਦਾਂ। ਓਕੇ, ਅਤੇ ਉਹ ਚੀਜ਼ਾਂ ਇੱਦਾਂ ਇਹਨਾਂ ਨੇ ਉਹ ਚੀਜ਼ਾਂ ਦੇ ਉੱਤੇ ਕਾਬੂ ਪਾ, ਉਹ ਹੁਣ ਚੀਜ਼ਾਂ ਤੁਹਾਡੇ ਤਾਂ ਕਿਡਨੀਆਂ 'ਚ ਜਾਣਗੀਆਂ, ਤੁਹਾਡੇ ਲੀਵਰ 'ਚ ਜਾਣਗੀਆਂ, ਹਾਂਜੀ, ਅਤੇ ਆਪੀ ਉਹਨੇ ਲੀਵਰ ਦੇ ਕੈਂਸਰ ਕਰਨੇ ਨੇ, ਤੁਹਾਨੂੰ ਹਾਰਟ ਅਟੈਕ ਕਰਨਾ, ਹਾਂਜੀ, ਹੁਣ ਉਹ ਇਹਨਾਂ ਨੇ ਚੀਜ਼ਾਂ ਸਮਝ ਲਈਆਂ, ਉਹ ਹੁਣ ਉਹ ਨਿਯਮ ਨੇ, ਉਹ ਹੈ ਨਾਮ ਉਹ ਸੀਗਾ ਜਿਹੜਾ, ਨਾਮ ਤਾਂ ਉਹ ਸੀ, ਨਾਮ ਜਿਹੜਾ ਜਪਣਾ ਸਮਝਣਾ ਸੀਗਾ ਨਾ ਹਾਂਜੀ ਇਹਦਾ, ਹਾਂਜੀ ਉਹ ਪਹਿਲਾਂ ਹੁਣ ਅਸਲ 'ਚ ਹੈ ਵੀ, ਤਾਂ ਪਹਿਲਾਂ ਪਿਓਰ ਸੀਗਾ, ਪਹਿਲਾਂ ਉਹ ਗੰਦ ਵੀ ਤਾਂ ਅਸੀਂ ਆਪ ਹੀ ਪਾਇਆ ਸੀਗਾ ਨਾ, ਹਾਂਜੀ ਹਾਂਜੀ, ਹੁਣ ਪਹਿਲਾਂ ਨਦੀਆਂ ਨਾਲੇ ਸਾਰੇ ਸਾਫ਼ ਸੀਗੇ, ਹਾਂਜੀ ਹਾਂਜੀ, ਹੁਣ ਉਹਨੂੰ ਸਮਝਣ ਦੀ ਬਜਾਏ ਮਤਲਬ ਇੱਦਾਂ ਟੱਕਰਾਂ ਆਪਾਂ ਕਿਤੇ ਹੋਰ ਮਾਰ ਰਹੇ ਹਾਂ ਨਾ, ਇੱਦਾਂ ਕਿਤੇ ਹੋਰ ਇੱਦਾਂ ਉਹਨੂੰ ਕਰੀ ਜਾਂਦੇ, ਇੱਥੋਂ ਇੱਦਾਂ ਹੋ ਜਾਵੇ, ਇੱਦਾਂ ਹੋ ਜਾਵੇ, ਇੱਦਾਂ ਉਹਦੇ ਨਾਲ ਨਹੀਂ ਹੋਣਾ। ਆਪਣੇ ਨਾਲ ਸਰੋਤੇ ਨੇ ਇੱਕ ਵਟਸਐਪ 'ਤੇ, ਇਹਨਾਂ ਦਾ ਸਵਾਗਤ ਹੈ ਜੀ ਤੁਹਾਡਾ ਵਟਸਐਪ 'ਤੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੋਰ ਜੀ ਠੀਕ ਠਾਕ? ਕਾਫੀ ਟਾਈਮ ਬਾਅਦ ਪ੍ਰੋਗਰਾਮ ਵਿੱਚੋਂ ਕਾਫੀ ਸਕਿਪ ਹੋ ਗਿਆ ਜੀ ਜੀ ਬਸ ਰਜੀ ਐਵੇਂ ਆ ਤੁਸੀਂ ਦਾ। ਹਾਂਜੀ 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 ਨਹੀਂ ਮੈਂ ਤੇ ਇਸੀ ਇਹੀ ਗੱਲ ਕਰਨਾ ਚਾਹੁੰਦਾ ਸੀ ਕਿ ਮਤਲਬ ਸਾਡੇ ਜਿਹੜੀ ਆ ਨਾ ਮਤਲਬ ਬੈਲੈਂਸ ਨਹੀਂ ਹੈਗਾ ਕਿਤੇ ਵੀ ਜੀ, ਤੇ ਇੱਕ ਜਿਹੜੀ ਆ ਮਤਲਬ ਪ੍ਰੋਬਲਮ ਹੈਗੀ ਆ ਵੀ ਸਾਹੀ ਨਾ ਜਿਹੜੇ ਫੈਸਲੇ ਆ ਉਹ ਜ਼ਿਆਦੇ ਮਤਲਬ ਆਲੇ ਦੁਆਲੇ ਨੂੰ ਦੇਖ ਕੇ, ਜਿੱਦਾਂ ਭਾਜੀ ਵੀ ਅੱਗੇ ਕਈ ਵਾਰੀ ਗੱਲ ਕਰਦੇ ਹੁੰਦੇ ਆ ਵੀ ਮਤਲਬ ਜਿਹੜਾ ਵਾ ਵੀ ਅਸੀਂ ਫੈਸਲੇ ਮਤਲਬ ਵਧੀਆ ਕਰਨੇ ਚਾਹੁੰਦੇ ਢੁਕਵੇਂ ਨਹੀਂ ਕਰਨੇ ਚਾਹੁੰਦੇ ਵੀ ਮਤਲਬ ਹਰੇਕ ਗੱਲ ਦੇਖ ਕੇ। ਮੰਨ ਲਓ ਵੀ ਹੁਣ ਇੱਕ ਬੰਦਾ, ਮੈਂ ਵੀ ਇੱਥੋਂ ਬਾਹਰੇ ਬੋਲਦਾ ਇਟਲੀ ਤੋਂ ਜੀ, ਤੇ ਸਾਡੇ ਬੰਦੇ ਇਹ ਆ ਵੀ ਜਿੱਦਾਂ ਹੁਣ ਮਤਲਬ ਨਵਾਂ ਬੰਦਾ ਕੋਈ ਵੀ ਆਉਂਦਾ ਉਹ ਇਹ ਦੇਖਦਾ ਵੀ ਫਲਾਣੇ ਕੋ ਐਡਾ ਵਧੀਆ ਘਰ ਆ ਮਤਲਬ, ਜਾਂ ਇਹਦੇ ਕੋਲ ਗੱਡੀ ਇੰਨੀ ਵਧੀਆ ਵਾ, ਮੈਂ ਮਤਲਬ ਉਹਦੇ ਨਾਲ ਦੀ ਗੱਡੀ ਲੈ ਲਾ ਤੇ ਉਹਦੇ ਨਾਲ ਦਾ ਘਰ ਖਰੀਦ ਲਾ, ਪਰ ਅਸੀਂ ਇਹ ਨੀ ਦੇਖਦੇ ਵੀ ਉਹਨੂੰ ਆਏ ਨੂੰ ਕਿੰਨੇ ਸਾਲ ਹੋ ਗਏ ਆ। ਬਿਲਕੁਲ ਬਿਲਕੁਲ, ਇੱਦਾਂ ਇੱਕ ਤਾਂ ਇੱਦਾਂ ਨਵਾਂ ਕੁਛ ਕਰਨ ਤੋਂ ਆਪਣੇ ਲੋਕ ਡਰਦੇ ਨੇ, ਰਿਸਕ ਨਹੀਂ ਲੈਣਾ ਚਾਹੁੰਦੇ ਨਾ, ਇੱਦਾਂ ਕੁਛ ਨਵਾਂ ਕਰਾਂਗੇ ਤਾਂ ਹੀ ਕੁਛ ਨਵਾਂ ਨਿਕਲੇਗਾ। ਬਾਕੀ ਜਿਹੜੀ ਰੀਸ ਆ, ਦਿਖਾਵਾ ਆ ਜਿਹੜਾ, ਉਹ ਸਬਰ ਨਹੀਂ ਹੈਗਾ ਥੋੜ੍ਹਾ ਜਿਹਾ ਨਾ, ਜਿੱਦਾਂ ਟਾਈਮ ਲੱਗਦਾ ਹੈ ਤਾਂ ਤੁਸੀਂ ਵੀ ਉੱਥੇ ਪਹੁੰਚ ਸਕਦੇ, ਕੋਈ ਡਾਊਟ ਨਹੀਂ ਹੈਗਾ, ਇੱਦਾਂ ਤੁਸੀਂ ਆਪਣੀ ਚਾਲ ਚੱਲੋ ਨਾ, ਜਿੱਦਾਂ ਜਿੱਦਾਂ ਤੁਸੀਂ ਕਿਹਾ ਇੱਦਾਂ ਉਹ 30 ਸਾਲ ਪਹਿਲਾਂ ਤਾਂ ਆਇਆ, ਜਿੱਦਾਂ ਹੁਣ ਜਿਹੜਾ ਅੱਜ ਨਵਾਂ ਆਇਆ ਅੱਜ ਉਹਦੀ ਰੀਸ ਨਹੀਂ ਕਰ ਸਕਦਾ ਨਾ। ਹਾਂਜੀ ਹਾਂਜੀ, ਤੇ ਇੱਕ ਇਹ ਆ ਵੀ ਸਾਡੇ ਬੰਦੇ ਜਿੱਥੇ ਵੀ ਮੰਨ ਲਓ ਕੋਈ ਫੈਕਟਰੀ ਦੇ ਵਿੱਚ ਫਸਿਆ, ਜਦੋਂ 30 ਸਾਲ ਪਹਿਲਾਂ ਆ ਕੇ ਉੱਥੇ ਫੈਕਟਰੀ 'ਚ ਕੰਮ ਕਰਨੇ ਹੈ, ਅੱਜ ਵੀ ਉੱਥੇ ਹੀ ਲੱਗਾ ਵਾ, ਤੇ ਮਤਲਬ ਜਿਹੜਾ ਬਾਹਰ ਨਿਕਲ ਕੇ ਨਾ ਤੇ ਆਪਣੀ ਸਕਿੱਲ ਵਧਾਉਣ ਬਾਰੇ ਕੋਈ ਸੋਚ ਰਿਹਾ ਤੇ ਨਾ ਮਤਲਬ ਰਿਸਕ ਹੀ ਲੈਣਾ ਚਾਹੁੰਦਾ ਵੀ ਮਤਲਬ ਮੈਂ ਬਾਹਰ ਲੱਗੂਗਾ ਤੇ ਉਹਨੂੰ ਇਹੀ ਡਰ ਕਿ ਜਦੋਂ ਮੈਂ ਜੇ ਕੰਮ ਇੱਥੋਂ ਫੈਕਟਰੀ 'ਚ ਛੱਡਤਾ ਤੇ ਪਤਾ ਨੀ ਬਾਹਰ ਮੇਰਾ ਕੀ ਬਣਨਾ, ਵੀ ਮੈਨੂੰ ਕੰਮ ਨੀ ਮਿਲਣਾ ਤੇ ਪਤਾ ਨੀ ਕੀ ਹੋ ਜਾਣਾ। ਆਪਣੇ ਆਪ 'ਤੇ ਵਿਸ਼ਵਾਸ ਨਹੀਂ ਨਾ ਹੈਗਾ, ਵਿਸ਼ਵਾਸ ਨਿਕਲਦਾ ਤੁਹਾਡੀ ਐਜੂਕੇਸ਼ਨ 'ਚੋਂ, ਤੁਹਾਡੇ ਜਿੰਨਾ ਤੁਸੀਂ ਆਪਣੇ 'ਤੇ ਕੰਮ ਕਰੋਗੇ ਉਹ 'ਚੋਂ ਤੁਹਾਡਾ ਵਿਸ਼ਵਾਸ ਨਿਕਲੇਗਾ ਤੁਹਾਨੂੰ ਨਾ। ਹੁਣ ਆਪਾਂ ਨੂੰ ਇੱਦਾਂ ਸਿੰਪਲ ਚੀਜ਼ਾਂ, ਆਪਾਂ ਨੂੰ ਪਤਾ ਮੈਂ ਕਿੰਨਾ ਤੁਰ ਸਕਦਾ ਜਾਂ ਕਿੰਨਾ ਭੱਜ ਸਕਦਾ, ਉਹ 'ਤੇ ਵਿਸ਼ਵਾਸ ਹੈ ਆਪਾਂ ਨੂੰ, ਇੱਦਾਂ ਥੋੜ੍ਹੀ ਲੱਗਦਾ ਆਪਾਂ ਨੂੰ ਆਪਾਂ ਡਿੱਗ ਪਾਂਗੇ ਇੱਦਾਂ ਬਾਹਰ ਨਿਕਲ ਕੇ ਤੁਰਾਂਗੇ, ਉਸ ਚੀਜ਼ 'ਤੇ ਵਿਸ਼ਵਾਸ ਹੈ। ਜਿਹੜੀ ਚੀਜ਼ ਇੱਦਾਂ ਹੁਣ ਉਹਨਾਂ ਨੇ ਉਹ ਕੀ ਕੀਤੀ ਨਹੀਂ ਹੈਗੀ ਨਾ, ਆਪਣਾ ਸਕਿੱਲ ਡਿਵੈਲਪ ਨਹੀਂ ਕੀਤਾ, ਤਾਂ ਕਰਕੇ ਉਹਨਾਂ ਨੂੰ ਉਸ ਚੀਜ਼ 'ਤੇ ਵਿਸ਼ਵਾਸ ਨਹੀਂ ਹੈਗਾ ਉਹਨਾਂ ਨੂੰ। ਹਾਂਜੀ ਹਾਂਜੀ ਹਾਂਜੀ, ਉਹੀ ਹੈ ਨਾ ਗੱਲ ਵੀ ਮਤਲਬ ਆਪਣੇ ਆਪ ਤੇ ਨਾ ਅਸੀਂ ਆਲੇ ਦੁਆਲੇ ਤੋਂ ਮਤਲਬ ਇੰਨਾ ਸਾਡੇ ਆਲੇ ਦੁਆਲੇ ਚੀਜ਼ਾਂ ਹੁੰਦੀਆਂ ਮਤਲਬ ਅਸੀਂ ਉਹਨਾਂ ਤੋਂ ਕੋਈ ਸਿੱਖ ਵੀ ਨੀ ਰਹੇ, ਉਹ ਸਾਡੇ ਬੰਦੇ ਉਹੀ ਮਤਲਬ ਕੋਲੂ ਦੇ ਬੈ ਲੱਗੂ ਬਸ ਉੱਥੇ ਕੀ ਗੇੜੇ ਕੱਢੀ ਜਾਂਦੇ ਉਹਨੇ ਚੱਕਰ ਦੇ ਵਿੱਚ ਹੀ ਵੀ ਅੱਖਾਂ ਤੇ ਖੋਪੇ ਲੱਗੇ ਤੇ ਮਤਲਬ ਉਹ ਆਲੇ ਦੁਆਲੇ ਘੁੰਮੀ ਜਾਂਦੇ ਉੱਥੇ ਹੀ। ਬਿਲਕੁਲ 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 ਬਿਲਕੁਲ, ਉਹ ਦੇਖਣਾ ਨੀ ਚਾਹੁੰਦੇ ਨਾ ਕੁਛ ਵੀ, ਤਾਂ ਜਿਹੜਾ ਕੋਈ ਅਕਲ ਦੀ ਗੱਲ ਕਰਦਾ ਉਹਨੂੰ ਤਾਂ ਆਪਣੇ ਲੋਕੀ ਤਾਂ ਮਾਰਨ ਨੂੰ ਪੈਂਦੇ, ਤੂੰ ਕਿੱਦਾਂ ਵਿੱਚੋਂ ਇਕੱਲਾ ਹੀ ਸਿਆਣਾ। ਹਾਂਜੀ 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 ਹਾਂਜੀ, ਬਸ ਬਸ ਉਹੀ ਗੱਲ ਆ ਨਾ ਵੀ ਜੇ ਤੁਸੀਂ ਮਤਲਬ ਕਿਸੇ ਨੂੰ ਕੋਈ ਗੱਲ ਦੱਸੋਗੇ ਉਹ ਮਤਲਬ ਜਾਂ ਤੁਹਾਡੇ ਤੇ
ਮਤਲਬ ਅੱਗੇ ਵੀ ਆਪਣੀ ਇੱਕ ਵਾਰੀ ਗੱਲ ਹੋਈ, ਕਾਫੀ ਟਾਈਮ ਹੋ ਗਿਆ ਵੀ, ਮਤਲਬ ਬੋਲਦੇ ਤੂੰ ਕੱਲ ਆ ਗਏ ਤੇ ਸਾਨੂੰ ਅੱਜ ਦੱਸ ਦਾ, ਜਾਂ ਸਾਡੇ ਕੋ ਇਹ ਜੇ ਕੋਈ ਸਵਾਲ ਕਰ ਲੋ, ਜਦੋਂ ਜਵਾਬ ਨੀ ਆਉਂਦਾ ਉਹ ਕਹਿ ਦਿੰਦੇ ਜੇ ਵੀ ਮਤਲਬ ਪਹਿਲਾਂ ਤੂੰ ਜੰਮਿਆ ਸੀ ਜਾਂ ਮੈਂ ਜੰਮਿਆ ਸੀ, ਮਤਲਬ ਇਹਨਾਂ ਗੱਲਾਂ ਤੇ ਆ ਕੇ ਉਤਾਰੂ ਹੋ ਜਾਂਦੇ ਆ। ਹਾਂਜੀ ਬਿਲਕੁਲ ਬਿਲਕੁਲ, ਨਾਲੇ ਲੱਤਾਂ ਖਿੱਚਣ ਵਾਲੇ ਜ਼ਿਆਦਾ ਨੇ ਆਪਣੇ ਨਾ, ਜਦੋਂ ਤੁਸੀਂ ਕੁਛ ਨਵਾਂ ਕਰਨ ਲੱਗੋਗੇ ਡੈਫੀਨੇਟਲੀ ਤੁਹਾਨੂੰ ਆ ਕੇ ਤਾਂ ਬਿਨ ਮੰਗੀਆਂ ਸਲਾਹਾਂ ਦੇਣਗੇ, ਤਾਂ ਆਹ ਕਿਹੜੇ ਕੰਮ 'ਚ ਪੈ ਗਏ ਹਾਂ ਅਸੀਂ, ਇੱਦਾਂ ਕਮਲੇ ਹਾਂ ਅਸੀਂ, ਤੀਆਂ ਸਾਲਾਂ ਦੀ ਫੈਕਟਰੀ 'ਚ ਕਰੀ ਜਾਂਦੇ ਜੇ ਇੱਦਾਂ ਹੁੰਦਾ ਹੁੰਦਾ ਤੇ ਅਸੀਂ ਨਾ ਕਰ ਲੈਂਦੇ, ਤੇ ਪਹਿਲਾਂ ਤੁਹਾਨੂੰ ਬਹੁਤ ਇੱਦਾਂ ਮਿਸਗਾਈਡ ਕਰਨੀ ਹੈ, ਉਹੀ ਹੋਣਗੇ ਜਦੋਂ ਤੁਸੀਂ ਕਾਮਯਾਬ ਹੋ ਜਾਓਗੇ 5-7 ਸਾਲਾਂ ਬਾਅਦ, ਤੁਹਾਡੇ ਕੋਈ ਬਾਅਦ 'ਚ ਸਲਾਹ ਮੰਗਣ ਆਣਗੇ ਇੱਦਾਂ ਜੇ ਦੁਬਾਰਾ, ਹੁਣ ਤੂੰ ਕਰ ਲਿਆ ਤਾਂ ਹਾਂਜੀ ਮੈਨੂੰ ਹਾਂਜੀ ਦੱਸ ਦੇ ਇਹਦਾ। ਹਾਂਜੀ ਹਾਂਜੀ ਹਾਂਜੀ, ਨਹੀਂ ਨਹੀਂ ਉਹੀ ਹੈ ਨਾ, ਸਾਡੇ ਬੰਦੇ ਆ ਤਾਂ ਉਹੀ ਹੈ ਨਾ, ਰਿਸਕ ਨਹੀਂ ਲੈਣਾ ਚਾਹੁੰਦੇ, ਤੇ ਮਤਲਬ ਉਹੀ ਹੈ ਓਨੇ ਕੁ ਗੇੜ ਦੇ ਵਿੱਚ, ਇੱਕ ਆਪਣੀ ਸਕਿੱਲ ਬਾਰੇ ਕੋਈ ਬੰਦਾ ਨਹੀਂ ਸੋਚ ਰਿਹਾ ਵੀ ਚੱਲ ਠੀਕ ਹੈ ਮੈਂ ਆਹ ਹੁਣ ਜਿਹੜਾ ਕੰਮ ਹੁਣ ਮੈਂ ਮੰਨ ਲਓ ਵੀ ਆਹ ਕੰਮ 100-10 ਸਾਲ ਤੋਂ ਕਰ ਰਿਹਾ, 15 ਸਾਲ ਤੋਂ ਕਰ ਰਿਹਾ, ਤੇ ਇਹਦਾ ਤੇ ਨਤੀਜਾ ਉਹੀ ਨਿਕਲ ਗਿਆ ਨਾ ਜੋ ਮਤਲਬ ਪਹਿਲਾਂ ਨਿਕਲ ਰਿਹਾ, ਜੇ ਅਸੀਂ ਕੁਝ ਨਵਾਂ ਕਰਾਂਗੇ ਤਾਂ ਹੀ ਉਹਦੇ ਨਤੀਜੇ ਵੱਖਰੇ ਹੋਣਗੇ ਨਾ। ਬਿਲਕੁਲ ਬਿਲਕੁਲ ਬਿਲਕੁਲ, ਤੇ ਪਰ ਉਹ ਸਾਡੇ ਬੰਦੇ ਨਹੀਂ ਇਸ ਬਾਰੇ ਕੁਛ ਵੀ ਨਹੀਂ ਸੋਚ ਰਹੇ, ਬਾਕੀ ਤਕਰੀਬਨ ਉਹੀ ਆ ਵੀ ਇੱਕ ਅਸੀਂ ਜਿਹੜਾ ਸਾਨੂੰ ਦਿਖਾਵੇ ਦੀ ਹੋੜ ਆ ਵੀ ਮਤਲਬ ਫੈਸਲੇ ਹਰੇਕ ਵੀ ਢੁਕਵਾਂ ਫੈਸਲਾ ਨੀ ਅਸੀਂ ਕਰਨਾ ਚਾਹੁੰਦੇ, ਵਧੀਆ ਕਰਨਾ ਚਾਹੁੰਦੇ ਵੀ ਬਸ ਇੱਕ ਵਾਰੀ ਮੈਨੂੰ ਵਧੀਆ ਕਹਿ ਦਿਓ ਵੀ ਮੈਂ ਵਧੀਆ ਕੀਤਾ, ਬਾਅਦ ਚ ਭਾਵੇਂ ਮਤਲਬ ਸਾਡਾ ਕਿਸ਼ਤਾ ਲਾਓ ਦੇ ਆ, ਸਾਡਾ ਜੋ ਮਰਜ਼ੀ ਹੁੰਦੇ ਆ, ਮਤਲਬ ਅਸੀਂ ਜਿੱਦਾਂ ਮਰਜ਼ੀ ਆਪਣੇ ਉਹਦੇ ਵਿੱਚ ਪਰਿਵਾਰ ਦੇ ਵਿੱਚ ਮਤਲਬ ਔਖੇ ਹੋਈਏ ਸੌਖੇ ਹੋਈਏ ਵੀ ਉਹ ਨੀ ਅਸੀਂ ਸੋਚਣਾ ਚਾਹੁੰਦੇ, ਆਉਣ ਵਾਲੇ ਸਮੇਂ ਨੂੰ ਨੀ ਵਿਚਾਰਦੇ ਵੀ ਸਮਾਂ ਕਿੱਧਰ ਨੂੰ ਜਾ ਰਿਹਾ ਜਾਂ ਮਤਲਬ ਅਸੀਂ ਕੀ ਮਤਲਬ ਕਰ ਸਕਦੇ ਆ। ਬਿਲਕੁਲ ਗਰੰਟੀ ਭਾਲਦੇ ਨਾ, ਇਹ ਤਾਂ ਕਹਿੰਦੇ ਮਤਲਬ ਇੱਕ ਆਹ ਚੀਜ਼ ਇੱਕ ਨਵੀਂ ਮੈਂ ਕਰ ਲੈਂਦਾ ਪਰ ਪਹਿਲਾਂ ਗਰੰਟੀ ਦੇ ਦਿਓ ਕੋਈ ਲਿਖ ਕੇ ਮੈਨੂੰ ਇਹਦੇ ਵਿੱਚ ਕਾਮਯਾਬ ਮੈਂ ਇੱਦਾਂ ਹੋਵਾਂਗਾ ਕਿ ਨਹੀਂ ਹੋਵਾਂਗਾ ਨਾ। ਹੁਣ MSP ਇੱਦਾਂ ਦੀ ਗੱਲ ਚੱਲਦੀ ਪਈ ਸੀ, ਉਹ ਗਰੰਟੀ ਹੈ ਨਾ, ਇਹ ਤਾਂ ਉਹ 'ਚ ਤਾਂ ਗਰੰਟੀ ਮਿਲੀ ਹੋਈ ਹੈ, ਅਤੇ ਪਰ ਜਿਹੜੀ ਗਰੰਟੀ ਹੈ ਚੀਜ਼ ਦੀ ਉਹ ਚੀਜ਼ ਵੀ ਮਤਲਬ ਓਨੀ ਜ਼ਿਆਦਾ ਵਧੀਆ ਨਹੀਂ ਹੋਏਗੀ, ਤੁਸੀਂ ਥੱਲੇ ਜੇ ਰਹੋਗੇ ਉਹਦੇ ਵਿੱਚ, ਜੇ ਤੁਸੀਂ ਥੋੜ੍ਹਾ ਜਿਹਾ ਰਿਸਕ ਲਓਗੇ ਤਾਂ ਨਿਕਲ ਵੀ ਤਾਂ ਹੀ ਸਕਦੇ ਹੋ ਉਸ ਚੀਜ਼ ਤੋਂ ਬਾਹਰ। ਹਾਂਜੀ ਹਾਂਜੀ ਹਾਂਜੀ, ਨਹੀਂ ਨਹੀਂ ਉਹ ਸਾਡੇ ਮਤਲਬ ਸਾਰਿਆਂ ਦਾ ਹੀ ਇਹੀ ਆ ਤਕਰੀਬਨ, ਆਲੇ ਦੁਆਲੇ ਵੀ ਤੁਸੀਂ ਦੇਖ ਲਓ, ਇੰਡੀਆ ਦੇ ਵਿੱਚ ਵੀ ਮੈਂ ਚਲੋ ਮੈਂ ਇੰਡੀਆ ਦੇ ਵਿੱਚ ਵੀ ਕੰਮ ਮਤਲਬ ਚਲੋ ਮੈਂ ਪੜ੍ਹਾਈ 'ਚ ਨਹੀਂ ਸੀ ਨਾ ਵਧੀਆ, ਤੇ ਮਤਲਬ ਕੁਝ ਘਰ ਦੇ ਹਾਲਾਤ ਏਦਾਂ ਦੇ ਸੀਗੇ, ਤੇ ਮੈਂ ਇੰਡੀਆ ਮਤਲਬ ਕੰਮ ਸਿੱਖਿਆ ਫਰਨੀਚਰ ਦਾ ਜੀ। ਹਾਂਜੀ, ਤੇ ਜਦੋਂ ਕਿ ਮੈਂ ਉੱਥੇ ਕੰਮ ਸਿੱਖਣ ਲੱਗਾ ਮਤਲਬ ਆਲੇ ਦੁਆਲੇ, ਹਾਲਾਂਕਿ ਜ਼ਿਮੀਂਦਾਰਾਂ ਪਰਿਵਾਰ 'ਚ ਸੀਗੇ, ਤੇ ਉੱਥੇ ਮਤਲਬ ਸਾਡੇ ਆਲੇ ਦੁਆਲੇ ਤਾਏ ਚਾਚੇ ਲਾ ਲਓ ਜਾਂ ਹੋਰ ਵੀ ਲਾ ਲਓ ਮਤਲਬ ਮਾਮੇ ਲਾ ਲਓ ਜਾਂ ਹੋਰ ਵੀ ਕਈ ਨੇ, ਮਤਲਬ ਉਹ ਇਸ ਗੱਲ ਤੇ ਹੀ ਰੌਲਾ ਪਾ ਕੇ ਉਦੋਂ ਬਹਿੰਦੇ ਸੀਗੇ, ਅੱਜ ਤੋਂ 15 ਸਾਲ ਪਹਿਲਾਂ 20 ਸਾਲ ਵੀ ਮਤਲਬ ਤੂੰ ਕਿਹੜੇ ਕੰਮਾਂ 'ਚ ਪੈ ਗਿਆ, ਤੂੰ ਹੁਣ ਮਤਲਬ ਇਹ ਕੰਮ ਕਰੇਗਾ, ਨਹੀਂ ਬਸ ਮਤਲਬ ਏਦਾਂ ਦੀ ਸਾਡੇ ਉੱਥੇ ਆਲੇ ਦੁਆਲੇ ਜਿਹੜਾ ਉਹ ਸਾਡੇ ਮਤਲਬ ਹਰ ਵਾਰੀ ਵੀ ਜ਼ਿੰਮੇਦਾਰੀ ਦਾ ਜਿਹੜਾ ਕਿੱਲਾ ਅੜਿਆ ਵੀ ਮਤਲਬ ਉਹ ਨੀ ਸਾਨੂੰ ਕਿਸੇ ਬੰਨੇ ਲੱਗਣ ਦਿੱਤਾ, ਜਿਹੜੀ ਅਸੀਂ ਜਾਤ ਆਪਣੀ ਹਰੇਕ ਬੰਦਾ ਆਪਣੀ ਜਾਤ ਜਿਹੜੀ ਚੁੱਕੀ ਫਿਰਦਾ ਨਾਲ ਜਿੱਥੇ ਵੀ ਜਾਂਦਾ ਉਹ ਜਾਤ ਲੈ ਕੇ ਜਾਂਦਾ ਵੀ ਮਤਲਬ ਮੇਰੀ ਆ ਜਾਤ ਆ ਤੇ ਮੈਂ ਨਹੀਂ ਕਰ ਸਕਦਾ ਮਤਲਬ। ਬਸ ਇਹਨਾਂ ਚੀਜ਼ਾਂ ਨੂੰ ਬਸ ਸਮਝ ਕੇ ਆਪਾਂ ਨੂੰ ਨਿਕਲਣਾ ਪੈਣਾ, ਚਲੋ ਹੁਣ ਘੱਟੋ ਘੱਟ ਚਲੋ ਆਪਣੀਆਂ ਜੇ ਲੰਘ ਗਈਆਂ ਤਾਂ ਅੱਗੋਂ ਆਪਣੇ ਨਿਆਣੇ ਵਾਸਤੇ ਥੋੜ੍ਹਾ ਜਿਹਾ ਪਲੇਟਫਾਰਮ ਜਾਂ ਥੋੜ੍ਹਾ ਜਿਹਾ ਪੱਧਰਾ ਰਾਹ ਕਰ ਦਈਏ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ 'ਚੋਂ ਨਿਕਲਣ ਦੀ ਹੈ। ਹਾਂਜੀ ਹਾਂਜੀ ਜੀ ਹਾਂਜੀ ਹਾਂਜੀ, ਨਹੀਂ ਨਹੀਂ ਇਹੀ ਗੱਲ ਆ ਮਤਲਬ ਉੱਥੇ ਵੀ ਜਦੋਂ ਮੈਂ ਉਦੋਂ ਕੰਮ ਸਿੱਖਿਆ ਪਹਿਲਾਂ ਜਿਹੜੇ ਬੰਦੇ ਮੰਨ ਲਓ ਵੀ ਸਾਨੂੰ ਮੈਨੂੰ ਇਹ ਸਲਾਹਾਂ ਦਿੰਦੇ ਸੀ ਵੀ ਵੀ ਤੂੰ ਇਹ ਕਿਹੜੇ ਕੰਮਾਂ 'ਚ ਬਹਿ, ਬਾਅਦ 'ਚ ਉਹੀ ਬੰਦੇ ਮਤਲਬ ਸਾਡਾ ਵੀ ਆਹ ਕੰਮ ਸਾਡੀ ਏਦਾਂ ਦੀ ਮਤਲਬ ਹਾਲਾਤ ਆਈ, ਉਹ ਪਹਿਲੀ ਗੱਲ ਨੂੰ ਤੇ ਆਪਣੀ ਨੂੰ ਭੁੱਲ ਹੀ ਜਾਂਦੇ ਆ ਵੀ ਚੱਲ ਜੇ ਮੈਂ ਘੱਟੋ ਘੱਟ ਇਹਦੀ ਗੱਲ ਕਹੀ ਆ ਤੇ ਹੁਣ ਇਹੀ ਨਾ ਕਵਾਂ ਇਹਨੂੰ। ਇੰਨਾ ਨਹੀਂ ਹੈਗਾ ਜੀ, ਇੰਨਾ ਹੁੰਦਾ ਜੀ, ਇੰਨਾ ਨਹੀਂ ਹੈਗਾ ਆਪਣੇ ਬੰਦਿਆਂ 'ਚ। ਠੀਕ ਹੈ ਵੀਰੇ, ਧੰਨਵਾਦ ਜੀ, ਤੇ ਹਾਂਜੀ ਹੋਰ ਵੀ ਕੋਈ ਨਹੀਂ ਵੀਰ ਜੀ, ਓਕੇ ਜੀ ਕੋਈ ਨਹੀਂ ਕਰਾਂਗਾ, ਓਕੇ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਧੰਨਵਾਦ। ਹੋਰ ਵੀ ਕਾਲਾਂ ਆ ਰਹੀਆਂ, ਚਲੋ ਵਿੱਚ ਮਾੜਾ ਮਾੜਾ ਸੁਣ ਲਈਏ ਕਿਸੇ ਦਾ, ਇੱਦਾਂ ਆਪਾਂ ਇਜਾਜ਼ਤ ਲੈਣ ਤੋਂ ਪਹਿਲਾਂ। ਹਾਂਜੀ ਇੱਦਾਂ, ਅਤੇ ਵਾਕਈ ਜਿੱਦਾਂ ਉਹ ਇੱਦਾਂ ਗੱਲ ਕਰਦੇ ਸੀ ਨਾ, ਇੱਦਾਂ ਇੱਦਾਂ ਜਦੋਂ ਕੋਈ ਨਵੀਂ ਨਵਾਂ ਕੁਛ ਸ਼ੁਰੂ ਕਰਨਾ ਚਾਹੁੰਦਾ, ਇੱਦਾਂ ਹੁਣ ਪਹਿਲਾਂ ਦੇਖ ਲਓ ਆਪਣੇ ਇੱਦਾਂ ਕੁੜੀਆਂ ਨੂੰ ਪਹਿਲਾਂ ਤਾਂ ਕਹਿੰਦੇ ਸੀਗੇ ਤਾਂ ਪੜ੍ਹਾਉਣਾ ਹੀ ਨਹੀਂ ਨਾ, ਇਹਦਾ 5ਵੀਂ ਤੱਕ ਪੜ੍ਹਾਉਂਦੇ ਹੁੰਦੇ ਸੀ ਵੱਧ ਤੋਂ ਵੱਧ, ਪਹਿਲਾਂ ਉਸ ਤੋਂ ਉਹ ਵੀ ਨਹੀਂ ਪੜ੍ਹਾਉਂਦੇ ਸੀਗੇ ਸ਼ਾਇਦ। ਹਾਂਜੀ ਉਸ ਤੋਂ ਬਾਅਦ ਇੱਦਾਂ ਬਾਹਰ ਇੱਦਾਂ ਨਵੀਆਂ ਨਵੀਆਂ ਇੱਦਾਂ ਆਉਣੀਆਂ ਸ਼ੁਰੂ ਹੋਈਆਂ ਇੱਦਾਂ, ਅਤੇ ਉਦੋਂ ਕਹਿੰਦੇ ਸੀ ਨਹੀਂ ਘੱਲਣਾ ਇੱਦਾਂ, ਅਤੇ ਹੁਣ ਦੇਖ ਲਓ ਉਹ ਇੱਦਾਂ ਦਾ ਚੱਲਿਆ, ਇੱਦਾਂ ਮਤਲਬ ਕੋਈ ਇੱਦਾਂ ਇਸ ਚੀਜ਼ ਨੂੰ ਮਾਇੰਡ ਹੀ ਨਹੀਂ ਕਰਦਾ ਨਾ ਉਹ ਚੀਜ਼, ਕਿਉਂਕਿ ਨੋਰਮਲ ਹੋ ਗਈ ਨਾ ਇੱਦਾਂ। ਹਾਂਜੀ ਬਾਕੀ ਚੀਜ਼ਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਨਹੀਂ ਹੋਈ ਇੱਦਾਂ ਉਹ ਨੋਰਮਲ ਨਹੀਂ ਹੋਈਆਂ। ਉਹੀ ਸੀ ਮੈਂ ਗੱਲ ਕਰਦਾ ਜੀ, ਜਿੱਦਾਂ ਕੁੜੀਆਂ ਦੀ ਗੱਲ ਕੀਤੀ ਆ ਜੀ, ਵੀ ਜਿੱਦਾਂ ਹੁਣ ਅਸੀਂ ਉੱਥੇ ਕੁੜੀਆਂ ਨੂੰ ਵੀ ਪਹਿਲਾਂ ਤਾਂ ਇੱਦਾਂ ਰੱਖਦੇ ਹਾਂ ਵੀ ਪਲੱਸ ਟੂ ਤੱਕ ਤਾਂ ਜਿੱਦਾਂ ਬੱਚੇ ਨੂੰ ਅਸੀਂ ਭੇਜਦੇ ਹਾਂ ਵੀ ਇਹਨੂੰ ਘਰੋਂ ਸਕੂਲ, ਸਕੂਲੋਂ ਘਰੇ, ਉਹ ਵੀ ਵੈਨ ਆਉਂਦੀ ਆ ਜਾਂ ਛੱਡ ਕੇ ਆਉਂਦੇ ਹਾਂ,
ਉਹਨੂੰ ਉਹਦੇ ਅੰਦਰ ਫਰੀਡਮ ਨਹੀਂ ਪਾਉਂਦੇ ਗੇ, ਥੋੜ੍ਹੀ ਜਿਹੀ ਵੀ ਉਹਨੂੰ ਉਹਨੂੰ ਹਮੇਸ਼ਾ ਹੀ ਕੰਫਰਟ ਜ਼ੋਨ 'ਚ ਰੱਖਦੇ, ਉਹਨੂੰ ਬਾਹਰ ਨਹੀਂ ਕੱਢਦੇ। ਫਿਰ ਜਦੋਂ ਪਲੱਸ ਟੂ ਕਰ ਲੈਂਦੀ ਤਾਂ ਉਹਨੂੰ ਕਹਿ ਦਿੰਦੇ ਤੂੰ ਆਈਲੈਟਸ ਕਰ ਲਾ, ਤਾਂ ਉਹ ਆਈਲੈਟਸ ਕਰ ਲੈਂਦੀ ਵਿਚਾਰੀ। ਆਈਲੈਟਸ ਕਰਕੇ ਕਹਿ ਦਿੰਦੇ ਚੱਲ ਪੁੱਤ ਤੈਨੂੰ ਬਾਹਰ ਭੇਜ ਦਿੰਦੇ ਹਾਂ। ਪਹਿਲਾਂ ਤਾਂ ਉਹਨੂੰ ਤੁਸੀਂ ਪਲੱਸ ਟੂ ਤੱਕ ਜਾਂ ਉਹ ਜੇ ਉਹਦੀ 18-22 ਸਾਲ ਦੀ ਉਮਰ ਤੱਕ 20 ਸਾਲ ਦੀ ਉਮਰ ਤੱਕ ਉਹਨੂੰ ਕੰਫਰਟ 'ਚ ਹੀ ਰੱਖਿਆ ਨਾ, ਉਹਨੂੰ ਬਾਹਰ ਹੀ ਨਹੀਂ ਨਿਕਲਣ ਦਿੱਤਾ। ਵੀ ਜਦੋਂ ਤੁਹਾਡੀ ਗੱਲ ਵੀ ਜਦੋਂ ਵੀ ਕੁੜੀਆਂ ਨੂੰ ਪੜ੍ਹਾ ਤਾਂ ਲਿਆ ਆ, ਪਰ ਉਹਨਾਂ ਨੂੰ ਕੰਫਰਟ ਜ਼ੋਨ 'ਚ ਉਦੋਂ ਹੀ ਕੱਢੋ ਸ਼ੁਰੂ 'ਚੋਂ ਹੀ ਜੀ ਨਾਲ ਦੀ ਨਾਲ। ਅਤੇ ਜੇ ਉਹ ਬਾਹਰ ਵੀ ਆ ਰਹੀਆਂ ਤਾਂ ਉਹਨਾਂ ਨੂੰ ਬਾਹਰ ਆ ਕੇ ਵੀ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ। ਉਹ ਵਿਚਾਰੀਆਂ ਉੱਥੇ ਤਾਂ ਕੰਫਰਟ ਜ਼ੋਨ 'ਚ ਇੱਦਾਂ ਰਹਿੰਦੀਆਂ ਵੀ ਉਹਨਾਂ ਨੇ ਕਿਸੇ ਨੂੰ ਗੱਲ ਤੱਕ ਨਹੀਂ ਕੀਤੀ ਹੁੰਦੀ। ਜਦੋਂ ਇੱਥੇ ਆ ਕੇ ਨਿਊਜ਼ੀਲੈਂਡ, ਕੈਨੇਡਾ, ਅਮੈਰੀਕਾ ਜਾ ਕੇ ਉਤਰਦੀਆਂ, ਉੱਥੇ ਸਾਰਾ ਮਾਹੌਲ ਹੀ ਵੱਖਰਾ ਹੁੰਦਾ। ਫਿਰ ਉਹਨਾਂ ਨੂੰ ਉਹ ਬੱਚੇ ਜਾਂ ਤਾਂ ਜ਼ਿਆਦਾ ਹੀ ਵਿਗੜ ਜਾਂਦੇ ਆ ਅਤੇ ਜਾਂ ਕੁਛ ਵੀ ਨਹੀਂ ਕਰ ਪਾਉਂਦੇ ਗੇ। ਉਹਨਾਂ ਦਾ ਬੈਲੈਂਸ ਨਹੀਂ ਬਣਦਾ ਉਹਨਾਂ ਦਾ ਵੀ ਜਿੱਦਾਂ ਆਪਣੀ ਪ੍ਰੋਗਰਾਮ ਦਾ ਵੀ ਜਿੱਦਾਂ ਬੈਲੈਂਸ ਹੈ ਵੀ ਉਹ ਬੈਲੈਂਸ ਨਹੀਂ ਬਣਾ ਪਾਉਂਦੇ ਨਾ। ਬਿਲਕੁਲ ਹਾਂਜੀ ਹਾਂਜੀ ਸਰ, ਉੱਥੇ ਨਾ ਆਪਣੇ ਨਾਲ ਇੱਕ ਹੋਰ ਸਵਾਗਤ ਹੈ ਜੀ ਤੁਹਾਡਾ ਵਟਸਐਪ ਤੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈ ਵਾਈਫਾਈ? ਹਾਂਜੀ ਹਾਂਜੀ ਬਿਲਕੁਲ ਠੀਕ। ਹਾਂਜੀ ਆ ਰਹੀ। ਮੈਂ ਰਾਜਸਥਾਨ ਤੋਂ ਬੋਲ ਰਿਹਾ ਹਾਂ, ਪਿਛਲੀ ਵਾਰ ਕੋਲ ਆ ਗਏ ਨੈਟਵਰਕ ਕੀ ਵਜ੍ਹਾ ਤੋਂ ਬਾਤ ਨਹੀਂ ਹੋ ਰਹੀ। ਜੀ ਹਾਂਜੀ, ਤੁਸੀਂ ਸਪੀਕਰ ਫੋਨ ਲਾਇਆ ਸ਼ਾਇਦ, ਪਿੱਛੇ ਥੋੜੀ ਹਵਾ ਦੀ ਆਵਾਜ਼ ਆ ਰਹੀ, ਥੋੜਾ ਜੇ ਸਪੀਕਰ ਫੋਨ ਬੰਦ ਕਰਕੇ ਤੇ ਮੂੰਹ ਨਾਲ ਲਾ ਲਓ। ਓਕੇ ਓਕੇ ਹਾਂਜੀ, ਹੁਣ ਬੈਟਰ ਲੱਗੇ ਨੂੰ ਭਾਈ ਸਾਹਿਬ ਜੀ। ਅਭੀ ਆ ਰਹੀ ਹੈ? ਸਹੀ ਆ ਰਹੀ ਹੈ? ਬਿਲਕੁਲ ਬਿਲਕੁਲ ਠੀਕ ਹੈ ਜੀ। ਹਾਂਜੀ ਕਰੋ ਕਰੋ। ਸਬਸੇ ਪਹਿਲੇ ਤਾਂ ਮੈਂ ਅਰਨੈਕ ਭਾਈ ਸਾਹਿਬ ਕੋ ਬਹੁਤ ਪਹਿਲੇ ਸੇ ਸੁਣ ਰਹਾ ਹੂੰ, 1.5 ਸਾਲ ਸੇ ਜ਼ਿਆਦਾ ਟਾਈਮ ਹੋ ਗਿਆ ਜੀ। ਔਰ ਬਹੁਤ ਹੀ ਅੱਛਾ ਕੰਮ ਕਰ ਰਹੇ ਹੈ ਕਿ ਭਾਈ ਆਪਣੇ ਬਾਹਰ ਰਹਿ ਕੇ ਵਿਦੇਸ਼ ਮੇ ਵੀ ਰਹਿ ਕੇ ਪੰਜਾਬ ਕਿਤੇ ਫਿਕਰ ਕਰ ਰਹੇ ਹੈ ਕਿ ਭਾਈ ਆਜ ਕੀ ਤਾਰੀਖ ਮੈਂ ਯੁਵਾ ਪੀੜ੍ਹੀ ਕਹਾਂ ਜਾ ਰਹੀ ਹੈ ਔਰ ਗਲਤ ਤਰੀਕੇ ਸੇ ਉਨਕੋ ਸਮਝਾਇਆ ਜਾ ਰਹਾ ਹੈ ਕਿ ਭਾਈ ਤੁਹਾਡਾ ਪਾਸਟ ਕਿਆ ਥਾ ਜੀ। ਅਬ ਮੈਂ ਯੇ ਪੁਆਇੰਟ ਪਤਾ ਨਹੀਂ ਆਜ ਕਾ ਸਬਜੈਕਟ ਕਿਆ ਹੈ ਪਰ ਮੈਂ ਥੋੜੀ ਬਹੁਤ ਮੇਰੇ ਅੰਦਰ 1.5 ਸਾਲ ਕੀ ਜਿਤਨੀ ਵੀ ਬਾਤੇਂ ਮੈਂ ਬਤਾ ਦੂੰ 1 ਸੈਕਿੰਡ ਕੇ ਅੰਦਰ ਤਾਂ ਕਿ ਵੋ ਕੱਢੋ ਬਕਲਾਰ ਸਾਰਾ। ਹਾਂ, ਔਰ ਦੋ ਚਾਰ ਬਾਤ ਯੇ ਥੀ ਕਿ ਕੁਛ ਦਿਨ ਪਹਿਲੇ ਭਾਈ ਸਾਹਿਬ ਮੈਨੇ ਨਾ ਰੀਲ ਦੇਖੀ ਥੀ ਤੋ ਉਸਮੇ ਇੱਕ ਰਾਜਸਥਾਨ ਕੇ ਲੜਕੇ ਕੀ ਉਸਕੀ ਸ਼ਾਦੀ ਕਾ ਟਾਈਮ ਚੱਲ ਰਿਹਾ ਥਾ ਔਰ ਉਸਨੇ ਕਿਰਪਾਨ ਟਾਂਗ ਰੱਖੀ ਥੀ ਸਾਈਡ ਮੇ, ਠੀਕ ਹੈ? ਔਰ ਉਸਕੀ ਰੀਲ ਕਾਟ ਕੇ ਕੁਛ ਪੰਜਾਬੀ ਮੇ ਲਿਖ ਰਖਾ ਥਾ ਕਿ ਭਾਈ ਇਸਕੋ ਢੂੰਡੋ, ਇਸਨੇ ਬੇਅਦ ਵੀ ਕੀ ਹੈ, ਇਸਕਾ ਸੌਦਾ ਲਾਣਾ ਹੈ। ਔਰ ਜਿਸਨੇ ਵੋ ਪ੍ਰੋਫਾਈਲ ਬਣਾ ਰੱਖੀ ਥੀ ਉਸਕਾ ਨੰਬਰ ਵੀ ਨੀਚੇ ਡਾਲ ਰਖਾ ਥਾ ਤੋ ਮੈਨੇ ਉਸਕੋ ਫੋਨ ਕੀਆ, ਮੈਨੇ ਕਹਾ ਭਾਈ ਸਾਹਿਬ ਮੈਂ ਤੋ ਇੱਕ ਚੀਜ਼ ਬਤਾ ਦੂੰ, ਯੇ ਹਮਾਰੇ ਵਿਵਾਹ ਕਾ ਇੱਕ ਕਲਚਰ ਹੈ, ਆਪਕੋ ਕੁਛ ਗਲਤ ਫਹਿਮੀ ਹੋਈ ਹੈ, ਠੀਕ ਹੈ? ਤੋ ਵੋ ਪੰਜਾਬ ਸੇ ਬੋਲ ਰਹੇ ਥੇ ਉਸ ਸਾਈਡ ਸੇ ਜੋ ਭਾਈ ਥੇ ਤੋ ਉਹਨਾਂ ਨੇ ਕਹਾ ਨਹੀਂ ਨਹੀਂ ਤੁਮ ਯੇ ਵੋ ਕਰ ਰਹੇ ਹੋ, ਬੇਦ ਵੀ ਕਰ ਰਹੇ ਹੋ। ਮੈਨੇ ਕਹਾ ਯੇ ਯਹਾਂ ਪੂਰੇ ਰਾਜਸਥਾਨ ਕਾ ਹੀ ਕਲਚਰ ਯੇ ਹੈ ਕਿ ਸ਼ਾਦੀ ਕੇ ਟਾਈਮ ਵੋ ਪੀਛੇ ਟਾਂਗ ਕੇ ਰੱਖਤੇ ਹੈ 15-20 ਦਿਨ ਜੀ। ਫਿਰ ਉਸ ਟਾਈਮ ਮੇਰੇ ਕੋ ਲਗਾ ਕਿ ਭਾਈ ਨਾ ਕਹੀਂ ਨਾ ਕਹੀਂ ਆਜ ਕੀ ਤਾਰੀਖ ਯੇ ਜਿਤੇ ਵੀ ਯੂਆ ਇਨਕੇ ਦਿਮਾਗ ਮੇ ਕੁਛ ਗਲਤ ਫੀਡ ਕੀਆ ਜਾ ਰਹਾ ਹੈ ਕਿ ਭਾਈ ਤੁਹਾਡੇ ਸਾਥ ਯੇ ਹੈ, ਤੁਹਾਡੀ ਹਰ ਜਗ੍ਹਾ ਬੇਦ ਵੀ ਹੋ ਰਹੀ ਹੈ। ਮੁਝੇ ਤੋ ਨਹੀਂ ਲੱਗਦਾ ਭਾਈ ਸਾਹਿਬ ਕਿ ਕੋਈ ਗੁਰੂਓ ਕੀ ਔਰ ਉਨਕੀ ਕੋਈ ਬੇਦ ਬੀਤੀ ਕਿਸੇ ਇਨਸਾਨ ਮੇ ਹਿੰਮਤ ਹੋ ਗਈ ਕਿ ਵੋ ਸੋਚ ਕਰਕੇ ਭਾਈ ਆਜ ਮੈਂ ਇਨਕੀ ਬੇਦ ਵੀ ਕਰ ਦੂੰ, ਐਸਾ ਮੁਝੇ ਤੋ ਨਹੀਂ ਲੱਗਤਾ ਜਹਾਂ ਤੱਕ ਹੈ। ਨਹੀਂ ਨਹੀਂ, ਕੋਈ ਕਰ ਹੀ ਨਹੀਂ ਸਕਤਾ, ਐਸੇ ਬੇਅਦ ਵੀ ਥੋੜੀ ਕਰ ਸਕਤਾ ਕੁਛ, ਐਸੇ ਹਮਾਰਾ ਤਾਂ ਵੈਸੇ ਗੁਰੂ ਵੀ ਗਿਆਨ ਕੀ, ਐਸੇ ਕੋਈ ਬੇਅਦ ਵੀ ਕੈਸੇ ਕਰ ਸਕਤਾ ਨਾ। ਜੈਸੇ ਆਪ ਕੀ ਜਾਂ ਮੇਰੀ ਜੋ ਵੀ ਪਰਸਨੈਲਿਟੀ ਹੈ ਵੋ ਹੈ, ਬਸ ਉਸਕੀ ਕੋਈ ਬੇਅਦ ਵੀ ਕੈਸੇ ਕਰ ਸਕਤਾ ਨਾ। ਐਸੇ ਹਮਾਰੇ ਗੁਰੂ ਸਾਹਿਬ ਥੇ ਉਨਕੀ ਤੋ ਬਹੁਤ ਉੱਪਰ ਥੇ ਨਾ, ਜਾਂ ਹਮਾਰਾ ਜੋ ਗੁਰੂ ਗ੍ਰੰਥ ਸਾਹਿਬ ਹੈ ਉਹ ਤੋ ਗਿਆਨ ਹੈ ਨਾ, ਤੋ ਗਿਆਨ ਕੀ ਤੋ ਵੈਸੇ ਬੇਅਦ ਵੀ ਹੋ ਵੀ ਨਹੀਂ ਸਕਦੀ। ਹਾਂ, ਜੈਸੇ ਆਪ ਬੋਲ ਰਹੇ ਹੈ, ਬਸ ਥੋੜ੍ਹੇ ਬਹੁਤੇ ਕੁਛ ਲੋਕ ਹੈ ਐਸੇ ਆਪਣੇ ਵਿਊਜ਼ ਕੇ ਚੱਕਰ ਮੇ ਨਾ, ਤੋ ਐਸੇ ਵੀਡੀਓ ਡਾਲ ਕੇ ਬਸ ਉਹ ਉਸਕੋ ਵਾਇਰਲ ਕਰਨਾ ਚਾਹਤੇ ਹੈ। ਹੋ ਸਕਦਾ ਜਿਸਨੇ ਸ਼ਰਾਰਤ ਸੇ ਕੀਆ ਹੋ ਉਸਕੋ ਮਾਲੂਮ ਵੀ ਹੋ ਯੇ ਚੀਜ਼ ਨਾ, ਵੋ ਰਾਜਸਥਾਨ ਕਾ ਕਲਚਰ ਹੈ ਪਰ ਵੈਸੇ ਸ਼ਰਾਰਤ ਕਰਦਾ ਸਰ। ਹਾਂ, ਪਰ ਕੁਛ ਲੋਕ ਐਸੇ ਇਨੋਸੈਂਟ ਹੈ, ਮਾਲੂਮ ਨਹੀਂ ਉਨਕੋ, ਨੌਲੇਜ ਨਹੀਂ ਇਤਨੀ, ਰਿਸਰਚ ਨਹੀਂ ਕਰਦੇ, ਸਟੱਡੀ ਨਹੀਂ ਕਰਦੇ, ਕਿਸੀ ਕੀ ਬਾਤ ਨਹੀਂ ਸੁਣਦੇ, ਤੋ ਵੋ ਐਸੇ ਬਿਨਾਂ ਸੋਚੇ ਸਮਝੇ ਕੁਛ ਕਰ ਲੈਤੇ ਹੈ। ਠੀਕ ਹੈ, ਆਪਣੇ ਅੱਛਾ ਕੀਆ ਉਸਕੋ ਐਜੂਕੇਟ ਕਰਨੇ ਕੀ ਟਰਾਈ ਕੀ ਆਪਣੇ। ਪਰ ਉਹ ਨਹੀਂ ਵਾ ਭਈਆ, ਉਹ ਨਹੀਂ ਵਾ, ਉਸਨੇ ਕਹਾ ਤੂੰ ਮਤ ਮਿਲਣਾ ਮੇਰੇ ਕੋ, ਨਹੀਂ ਤਾਂ ਤੇਰਾ ਸੌਦਾ ਲਾਊਂਗਾ। ਮੈਂ ਕਿਹਾ ਚਲੋ ਠੀਕ ਹੈ, ਅੱਜ ਕੇ ਬਾਅਦ ਮੈਂ ਤਾਂ ਕੋਲ ਨਹੀਂ ਕਰੂੰਗਾ, ਪਰ ਮੈਂ ਤਾਂ ਖਾਲੀ ਬਤਾਨਾ ਹੀ ਤਾ ਆਪਕੋ ਕਿ ਭਾਈ ਯੇ ਬੇਦ ਵੀ ਨਹੀਂ, ਯੇ ਅਲੱਗ ਕਲਚਰ ਹੈ ਔਰ ਵੋ ਆਪਕਾ ਅਲੱਗ ਕਲਚਰ ਹੈ, ਯਹੀ ਥਾ ਭਈਆ। ਵੋ ਤਾਂ ਐਜੂਕੇਟਡ ਵੇ ਹੀ ਨਹੀਂ, ਉਨਕੋ ਤਾਂ ਅਲੱਗ ਹੀ ਸੀਨ ਚੱਲ ਰਿਹਾ ਥਾ, ਵੋ ਕਹਿ ਤੂੰ ਮਤ ਮਿਲ ਜਾਣਾ, ਫੋਨ ਕਰਨੇ ਕੀ ਤੇਰੀ ਹਿੰਮਤ ਕੈਸੇ ਹੋਗੀ। ਮੈਂ ਚਲੋ ਠੀਕ ਹੈ, ਅੱਜ ਕੇ ਬਾਅਦ ਨਹੀਂ ਕਰੇਂਗੇ ਕੋਲ। ਆਪਕੇ ਰਾਜਸਥਾਨ ਮੈਂ ਵੈਸੇ ਕੋਈ ਜਾਨਵਰ ਵੀ ਹੋਤੇ ਹੈ ਵੈਸੇ, ਜੰਗਲੋ ਜੰਗਲੋ ਮੈਂ ਉਧਰ ਕੇ ਥੋੜੇ ਬਹੁਤ ਬਗਿਆੜ ਬਗਿਆੜ ਐਸੇ ਕੁਛ ਨਹੀਂ। ਜੀ ਭਈਆ, ਜਾਨਵਰ ਵੀ ਹੋਤੇ ਹੈ ਕੁਛ ਆਪਕੇ ਜਾਨਵਰ ਵੈਸੇ ਜੰਗਲੋ ਮੈਂ ਉਧਰ ਰਾਜਸਥਾਨ? ਹਾਂ ਹਾਂ ਬਿਲਕੁਲ 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 ਹੋਤੇ ਹੈ, ਮਤਲਬ ਬਚ ਕੇ ਰਹਤੇ ਨਾ, ਬਸ ਐਸੇ ਜੋ ਫਨੈਟਿਕ ਹੈ ਨਾ, ਜੈਸ ਰਿਲੀਜਨ ਵਾਲੇ ਹੈ, ਇਨਸੇ ਬਚ ਕੇ ਰਹੋ ਬਸ, ਸਾਈਡ ਪਰ ਰਹੋ, ਇਹ ਪਾਗਲ ਲੋਕ ਹੈ।
नहीं पर भैया थोड़ा दर्द इसलिए होता है, पता नहीं क्या रिश्ता है सिक्की से, वैसे ज्यादा हमारे इधर तो वो गुरुद्वारा भी नहीं है, पर अजीब बुरा लगता है कि नहीं ये ये कौम सिख कहाँ नहीं है जा ना, रही है, जो बस जिनकी आप ऐसे बात कर रहे हैं वो सिख नहीं वो है सिख ऐसे, ही नहीं वो है भाई सिख जी ही नहीं है, सिख ही तो कुछ बिल्कुल। और थी ना, वो तो ऐसे जो नेकबर हाँ जी ये ऐसे भी बात प्रोग्राम सही है कर भाई रहे हैं साहब, वो कुछ और है, मैं इसीलिए बोलता हूँ ये तो वैसे ही फनेटिक है ना, जैसे इनका ब्रेन वॉश हुआ हुआ है, ये और कुछ है। अब हमारे किसी गुरु साहब ने ऐसे ये स्टडी थोड़ी ये थोड़ी टीच किया था कुछ भी है जो कर रहे हैं ये लोग। नहीं ये बात भी आप किसी के सही बात है कि भाई गुरु के ये तो सिख नहीं हो सकते कि किसी बच्चे को या किसी को मार देना किसी के ऊपर वाले का नाम लेके, ये तो सही बता रहे हो भाई साहब ये ना, नहीं ऐसे गुरु और ग्रंथ बस साहब यही में कहना अभी था आज लिखा पहली हुआ बार है, इतनी हिम्मत ऐसे बड़ी ऐसे लिखा हुआ है भैया गुरु ग्रंथ साहब में, इतनी ऐसे जितने अगर कोई आदमी किसी के ना ऐसे एक आदमी की लाख जीभें हो जाए ना, टंग रहते जीभ जी रहती है, तो अपने ऐसे लाखों हाँ आदमी अपने लाखों जीभों से ऐसे उसका नाम बार बार लें तो उसको कोई फ़र्क नहीं पड़ता, तो उसको गाली भी दें तो उसको तो भी कोई फ़र्क नहीं पड़ता, ये गुरु ग्रंथ साहब में लिखा हुआ है। बिल्कुल बिल्कुल, और गुरु साहब ने ये भी तो बताया ना कि मारने से ज्यादा तो बचाने वाला बड़ा होता है देखो ये तो ये जैसे जो सबसे पहले जो शुरू होता है हमारा गुरु ग्रंथ साहब एको से शुरू होता है ना, तो एको का मीनिंग है जो पूरा एको है ना, सब कुछ पूरा सब कुछ हमारा एको। यूनिवर्स है पूरा, हम भी उसी का पार्ट है ना, तो उसका पार्ट ही सब कुछ है। हाँ ऐसे आप पानी को गाली देने लग जाओ, आप आग को गाली देने लग जाओ, उसको कुछ फ़र्क पड़ता? वो आपको वो कुछ नहीं, जो वो आपके लिए वही काम करेगी जो करना वैसे करेगी ना, उसको आप उसकी परहेज करनी शुरू कर दो चाहे उसको गाली दो, उसको कुछ फ़र्क नहीं पड़ता ना। इसी रीज़न से गुरु साहब ने लिखा जो परमात्मा है वो वही है ना, जो नेचर है सृष्टि है वही चीज़ वही परमात्मा है सारा, तो परमात्मा को कोई फ़र्क नहीं पड़ता। आपने अगर आज रोटी बनानी है अपने आग के ऊपर, चूल्हे के ऊपर, आप आग की तारीफ़ करने लग जाओ तो भी वो वैसी रोटी बनाएगी, उसको गाली देने लग जाओ तो भी वैसी रोटी बनाएगी ना। पानी को आप गाली दे के पी लो तो भी आपकी प्यास बुझा कोई देगा, हाँ हाँ सही है, उसके उसको नहीं दो तो हाँ भी पानी को आपको क्या फर्क पड़ना है यार। बस हाँ यही तो नेचर है, एक जो दरख्त हैं आप हैं, ये सब कुछ यही तो भगवान है, यही तो बस गॉड है ना, ये एक को ही है बस भी। एक छोटा सा और सवाल था भैया, मैं यूँ पूछना था कि भाई पंजाब के हर वीडियो में कहीं ना कहीं ये बोलता है कि पंजाब के साथ धोखा हो रहा है, पंजाब के साथ ये हो रहा है, हमारा पानी खत्म हो रहा है। मैं एक चीज बताऊं भैया, हमारे जहाँ राजस्थान में ना 1000 फुट के ऊपर गहराई पे पानी निकलता है, ठीक है, वो भी फ्लोराइड युक्त, अगर आप उसको पानी को साल भर पी लिए ना तो आपकी गठिया रोग हो जाएगी, आपकी हड्डियों के रोग होगा ही होगा, ठीक है। पंजाब के अंदर इतनी नदी है इतनी नहर है, फिर भी अगर धोखा हो रहा है तो फिर कहाँ जाके रहोगे यार, इससे अच्छी जगह तो हमको इधर आ जाओ, राजस्थान आ जाओ, आपको कोई डिस्टर्बेंस करने वाला नहीं, हमको वहां भेज दो, हम खुशी से रह जाएंगे और हर साल आपकी फसलें और भेज देंगे जो आपको चाहिए होगी, बैठे बैठे खिलाएंगे, और तो क्या करें, इतनी अच्छी जगह है, नदी है जी नाले सब चीजें हैं वहां पे, फिर भी शिकायत है तो फिर उसका तो कोई हल नहीं निकल सकता नहीं भैया। उसको वैल्यू नहीं ना समझ रहे, फ्री की मिल गया ना बस सब कुछ आज ऐसे। आज हमारे प्रोग्राम का नाम भी बैलेंस ही है, तो पंजाब के जो लोग हैं उन्होंने बैलेंस नहीं किया अपनी लाइफ को, अपने आप को बैलेंस नहीं कर पा रहे। और पिछली बार हाँ ये पास में भैया बैठे ये बता रहे थे कि भाई गुजरात में इनके कोई रिलेटिव है जो उनको वहां पे खेती वेती करते हैं, हाँ जी यहाँ पे कम पानी पे भी है ना इसराइल की टेक्निक से है ना बूंद बूंद ड्रिप पद्धति को लाके बहुत कम पानी में भी अच्छी फसलें ले रहे हैं भैया, तो ड्रिप पंजाब टेक्निक के है अंदर उसमें इतना जी। पानी वेस्टेज करके क्या मतलब, मुझे तो नहीं लगता है कि ये वेस्टेज ऑफ वाटर है, हाँ अगर जी उनको ये तरीका सिखाया जाए तो अच्छी खेती, और हर एक ही सीजन क्यों लेनी, अलग अलग पौधों की हर चीज ले सकते हैं ना भैया। बिल्कुल बिल्कुल। नहीं हमारे वहाँ जो गुजरात में है वो करते हैं खेती भाई, जो आप बोल रहे हो वो ऐसे ही डैम बनाया हुआ उन्होंने एक, और हाँ सॉरी एक डैम थोड़ा एक जगह पानी इकट्ठा कर लेते हैं रात को जब इलेक्ट्रिसिटी हाँ आती उसको है, डिक्की बोलते हैं, डिक्की हाँ डिक्की डिक्की बनाते हैं बोलते तो हैं, वो डिक्की हमारे भर लेते हैं राजस्थान फिर पे, राजस्थान में ही है उससे सिंचाई करते हैं पूरे खेत में। हाँ जी उसके रीजन क्या है भैया, क्योंकि 1000 फीट के नीचे से जो गर्म पानी आता है ना वो सीधा अगर फसलों को दे देंगे तो फसल जल जाएगी, उसको ठंडा करने के लिए वो डिक्की बनाते हैं हाँ जी ताकि 24 आवर के बाद में वो पानी ठंडा हो जाए और फिर धीरे धीरे उसको फसलों में दिया जाए, हाँ जी ये हाँ जी गुजरात मेरे घर के पास में ही है, हमने ये सारी चीजें अडोप्ट कर रखी है धीरे धीरे, क्योंकि पानी की इतनी किल्लत है कि भाई हमको समझ में आ गया कि अगर आने वाले 10 साल के अंदर इसको नहीं सही ढंग से किया गया सब प्यासे मरेंगे यूं। हाँ जी वहाँ हमारा है बुज बुज के पास है माधापुर। बुज बुज हाँ हाँ बुज जी बुज बुज के सही है, पास है माधापुर, वहाँ रहते हैं हमारे रिलेटिव जो है। हाँ जी अच्छा बहुत बहुत अच्छी, बहुत अच्छा है उसमें डेवलपमेंट है ना इस गुजरात में कर रखा है कि भाई ना सब चीजों को उसने मैनेज किया है मोदी ने, अब चलो मैं फैन हूं कि नहीं उसका, पर उसने इस मामले में बहुत अच्छा मैनेज किया है किसानों के लिए, बहुत अच्छा उसने सेटलमेंट करके फिर गया है वो। हाँ जी एक पर एक हाँ छोटी जो सी चीज और थी भैया,
वो भी पूछ लूँ, पता नहीं कब नंबर जी आएगा जी मेरा वापस। जी जी नहीं पूछ लो। एक है ना पंजाब के अंदर, ये हर 6 महीने में योद्धा क्यों खड़े हो जाते हैं, कहाँ जरूरत है उनको? मतलब ये कुछ भी, जैसे मैं नाम तो नहीं लूंगा, पर वो हर 6 महीने में जेल भी जाते हैं, उनको कहाँ जरूरत पड़ गई? हमारे राजस्थान में तो मारवाड़ी, हमको तो कोई जरूरत नहीं कहीं इकट्ठा करके किसी को कि भाई ये मेरी बात, ये नया कौम का योद्धा आ गए, ये वो क्यों जरूरत पड़ती है? इसी प्रोग्राम में ना अगर आप दोबारा इसको रिपीट पे सुनेंगे, अगर आपने पहले मिस कर दिया, तो इसमें बात कर हाँ रहे थे मैं ना तो कुछ ऐसे लोग रहते हैं जैसे ना हर आदमी की 30, 40, 50 ईयर्स के बाद जब वो थोड़ा फाइनेंशियली ठीक हो जाता है तो उसको लगता है मैं ऐसे हाँ कुछ मैं डोनेट करूँ कुछ ना, वॉलंटरली कुछ करूँ। तो हमारे लोग हाँ ऐसे हाँ स्टडी नहीं करते हैं, तो कुछ लोग हैं उस चीज़ की एडवांटेज लेते हैं। तो कुछ लोग ऐसे पंजाब में ज़्यादा हाँ नहीं है, ऐसे में भी 200-400 होंगे जो ज़्यादा होंगे ना, जो मेन मेन है ऐसे, तो वो उनको मालूम है हाँ काफ़ी लोग जो पंजाब से बाहर गए हैं उनके पास बहुत पैसा है, तो वो ऐसे चाहते हैं ऐसे हाँ फाइनेंशियली किसी की हेल्प करें दिखाए ना। कहाँ पे? हाँ हाँ निकाले मतलब कहाँ वो पे कहाँ ना। दिखाए कि हम पैसे वाले हो गए? हाँ तो वो ऐसे कुछ ना कुछ वो उस वजह से कुछ ना कुछ करते रहते हैं, तो वो उनको बाहर से फंडिंग मिलती रहे, कुछ ना कुछ पैसा कहीं से आता रहे ना। तो वो फंडिंग के लिए जैसे आप बोलते हैं जैसे वो कृपान का भी इशू था, तो ऐसे कुछ ना कुछ वो तो हाँ भूखे मर जाएंगे अगर वैसे बेअदबी वाला कुछ ना मुद्दा निकले, तो कुछ ना कुछ मुद्दा निकालते रहते हैं एवरी मतलब 2-3 मंथ्स बाद, कुछ ना कुछ उनको चाहिए तो वैसे हम निकाल के तो वीडियो बनाएं यूट्यूब पे डालें, तो उसके नीचे जो भी जितने भी हाँ कमेंट आते हैं तो उनको बोलते हैं हमारी फाइनेंशियली मदद करो ना। तो बाहर से कोई $100 भी हाँ भेजता तो उनका 5-7-8 हज़ार बन जाता है, तो ऐसे रोज़ 10-15 पाँच आदमी भेजें उनको तो उनका 50 हज़ार बन गया, बस वो फ्री में ऐसे खाते रहते हैं ना। तो वैसे भी ऐसे जो हर पॉपुलेशन में ना कुछ ऐसे एक परसेंटेज होती है, ऐसे 1-2% ही होते, ज़्यादा नहीं। से पंजाब की पॉपुलेशन भी ऐसे हाँ नहीं वो ढाई सब में होती है, हाँ ढाई वो तीन भैया सब करोड़ में है ना, होती है तो ढाई उनका। तीन करोड़ में से अगर 1% भी हो तो 2.5-3 लाख लोग ऐसे हैं जो कभी कुछ नहीं काम करेंगे ना। इधर न्यूजीलैंड में भी हैं ऐसे, तो जितना मर्जी यहाँ वर्क की शॉर्टेज हो जाए पर वो नहीं काम करते ना। तो यहाँ पे तो थोड़ा सोशल सिस्टम है ना चलता है, जो गवर्नमेंट भी पैसे देती है अगर किसी के पास काम नहीं है, जो न्यूजीलैंड जैसे कंट्री हैं, जो इंडिया में हाँ या हाँ पंजाब बिल्कुल में जो ऐसे लोग हैं जो काम नहीं करना चाहते, फिर वो क्या करेंगे ना अगर वो गवर्नमेंट तो कुछ देती नहीं है, तो फिर वो ऐसे ये काम करते हैं ना ऐसे धर्म को धंधा बनाते हैं। कुछ ना कुछ मुद्दा बना के ऐसे, तो जो लोग काम करते हैं उनसे कुछ ना कुछ निकलवाना चाहते हैं वो। हाँ जी बाकी इदा भाजी थोनू मैं किन्ना बारे भी दसदा, जिदा परवाना हो गया जां एक परमजीत कालिया आ बाई ने मॉर्न जदों असी प्रोग्राम स्टार्ट किया नाम लिया सी उन्हां दा, जे तुसीं उन्हां नूं कम करन वास्ते लै जाओगे ना अपने नाल, ते जे तुसीं 2 घंटे भी उन्हां कोलों कम करवा लिया तो मैं मान जूंगा, सही है, मैं भी नहीं करेंगे भैया, नहीं करेंगे हाँ उनको, मैं तो सलूट करूंगा उन्हां उनको नूं नहीं जे करेंगे वो जे तो। 2 घंटे भी कम कर देण किसी किसी फील्ड दे विच जाके भी, चाहे तुसीं पेंट वो च दो करा घंटे लो इसी फील्ड में नहीं बोल सकते भैया, वो अगर इनको इसी फील्ड में बोलने के किस बोले ना कि तुम बकवास करो, तो भी 2 घंटे लगातार नहीं बोल सकते। पर दुख, मन दुख इसलिए होता है कि भाई हम भी जुड़ रखे हैं, अच्छा लगता है सिक्की अगर ऊपर चढ़े तो अच्छा, पर ये गलत चीजें स्प्रेड हो रही है तो कहीं ना कहीं नुकसान सिक्की को है और पंजाब को है, इसलिए मन दुखी होता है। और हम तो, मैं तो राजस्थान से, मुझे तो क्या मतलब, मेरा तो यहाँ सब ठीक ही चल रहा है, पर कहीं ना कहीं ये है। नहीं 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 हो रहा इम्प्रूव, ऐसे भाई रणजीत सिंह है वो वहाँ पे काफ़ी अच्छा काम कर रहे हैं, अभी काफ़ी लाखों लोग उनको सुनते हैं और सुनते हैं काफ़ी जी, बेटर भी हो रहे हैं ना। तो अभी रेडियो भी सुनते हैं, अवेयरनेस आ रही है, 10-11 साल से अभी चल रहा है रेडियो, और 5-10 साल में देखना ऐसे काफ़ी चेंज हो जाएगा। हाँ जी बाकी भैया आप ये अपना जिहड़े ना मुझे बंदे ना, हाँ ये तो, जिन्ना ये बंदियां दा असीं नाम मैं लैंदे एक हैं। चीज हाँ और बताना, जी मुझे एक चीज और बतानी है कि भी आप है ना जो काम कर रहे हो ना, बहुत भगवान का काम है, पर है ना बस थोड़ी बहुत अपनी भी फिक्र रखना, क्योंकि ऐसे पागल लोग है ना, पता नहीं ये कौम के किसके रखवाले हैं, पता नहीं कोई नुकसान ना हो जाए, बस इस अपना ध्यान रखना, बाकी चढ़दी कला बिच रहो और सब भगवान अपना आशीर्वाद रखे। बस भैया आज के लिए इतना ही बोलना था, अब नेक्स्ट टाइम और आप 7-8 दिन में आएंगे तो और कॉल करेंगे भैया। ठीक है जी, ठीक है थैंक जी, यू, थैंक्स यू। जिदा बई ने गल की उहदी अपनी भी अपना ध्यान रखना, मैं भाजी दे प्रोग्राम दे विच भाजी कहिंदे तुसीं जदों चाह पीने आ भी चाह पीने आ कि चाह डुलन तों बचाउने आ, बिल्कुल। भी इदां ही भी जे हुण आपां भी इही चीज़ सोचांगे भी जे हुण इह बई जिन्ने कॉलर दी भी कॉल आई सीगी भी जे वो आपणा प्रोग्राम सुणदा ही आ भाजी नूं सुणदा, भी उह भाजी किन्ने वधिया तरीके नाल क्लीयर कर दिंदे ना बिल्कुल बहुत बिल्कुल। गल्लां चलो कई बार ये तो हर भी। एक हाँ का जी वो नहीं कर सके ना, हाँ इदा जी उन्होंने वो शायद मिस करता हाँ होना जी है हाँ ना। जी हाँ जी भाजी ने बहुत वधिया कीता सी, जे इदा आपां करन लग जाएंगे, इदा हाँ जी इदा बिल्कुल आपां देखन लग जाएंगे, तो फिर तो हमेशा आपां पिछे देखी हाँ जावांगे, जी आपां नूं कि भी पिछे तो नहीं अपने हाँ आ जी रहे, आ रहे आपां हाँ जी नहीं सकते जी ना। नहीं सकते। हाँ अपने जी ना स्रोते ने एक होर 107 ਤੁਹਾਡਾ स्वागत है जी। हाँ
ਕਮਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਹੜੇ ਨਾਲ ਬੈਠੇ ਭਾਜੀ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਐਕਚੁਅਲੀ ਮੈਂ ਲੇਟ ਨਾਈਟ ਦੇਖਿਆ ਸੀਗਾ ਤੁਹਾਡਾ ਕਿ ਤੁਸੀਂ ਅੱਜ ਲਾਈਵ ਹੋ ਰਹੇ ਹੋ ਜੀ ਹਾਂ ਭਾਜੀ ਵੈਲਕਮ ਬੈਕ ਆਫਟਰ ਮੈਨੀ ਡੇਜ਼ ਬਹੁਤ ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਗੱਲ ਹੋ ਰਹੀ ਹੈ ਹਾਂਜੀ ਥੈਂਕ ਯੂ ਧੰਨਵਾਦ ਜੀ ਆਡੀਬਲ ਹਾਂ ਭਾਜੀ ਮੈਂ ਹਾਂਜੀ ਹਾਂਜੀ ਥੋੜ੍ਹੀ ਜਿਹੀ ਡਿਸਟਰਬੈਂਸ ਆ ਰਹੀ ਹੈ ਬੈਕਗ੍ਰਾਉਂਡ 'ਤੇ ਪਰ ਇਸਨੇ ਇਟਸ ਆਲ ਰਾਈਟ ਸਟਿਲ ਠੀਕ ਹੈ ਹਾਂ ਤੁਹਾਡੀ ਵੀ ਆਵਾਜ਼ ਮੈਨੂੰ ਘੱਟ ਆ ਰਹੀ ਭਾਜੀ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜੀ ਵੈਰੀ ਵੈਰੀ ਪਰਸਨਲ ਹੈ ਯੂ ਸ਼ਾਇਦ ਤੁਸੀਂ ਮੈਨੂੰ ਜਾਣਦੇ ਹੋ ਨਾ ਕਿ ਕਿੱਦਾਂ ਦੀ ਬੈਕਗ੍ਰਾਉਂਡ ਹੈ ਸਾਰਾ ਕੁਝ ਤੁਸੀਂ ਤੁਹਾਨੂੰ ਪਤਾ ਹੈ ਨਾ ਮੇਰੇ ਬਾਰੇ ਜੀ ਤਾਂ ਕਿਉਂਕਿ ਮੈਂ ਗੁਰਦੁਆਰੇ ਦੀ ਚੇਅਰਪਰਸਨ ਨਹੀਂ ਬਣੀ ਤਾਂ ਬਾਈ ਫੋਰਸ ਇਹਨਾਂ ਲੋਕਾਂ ਨੇ ਮੇਰੀ ਮਦਰ ਨੂੰ ਬਣਾ ਦਿੱਤਾ ਸ਼ੀ 73 ਈਅਰ ਓਲਡ ਸ਼ੀ ਡਜ਼ਨਟ ਈਵਨ ਨੋ ਕਿ ਲਿਖਣਾ ਪੜ੍ਹਨਾ ਵੀ ਨਹੀਂ ਉਹਨੂੰ ਆਉਂਦਾ ਜੀ ਤਾਂ ਇੱਕ ਇੱਕ ਹੁਣੇ ਇੱਥੇ ਹੋਈ ਹੈ ਗੱਲ ਲਾਈਕ ਜਿੱਦਾਂ ਆਪਾਂ ਕਹਿ ਰਹੇ ਹਾਂ ਜਿਹੜੇ ਵੀ ਬੰਦੇ ਆਪਾਂ ਬਾਹਰ ਚਲੇ ਗਏ ਜਿਹੜੇ ਸੈਟਲ ਨੇ ਅਬਰੋਡ ਐਂਡ ਉਹ ਇੰਡੀਆ 'ਚ ਪੈਸੇ ਪੰਜਾਬ 'ਚ ਪੈਸੇ ਭੇਜ ਕੇ ਸਪੋਰਟ ਕਰਨਾ ਚਾਹੁੰਦੇ ਨੇ ਆਪਣੀ ਕਮਿਊਨਿਟੀ ਨੂੰ ਪਰ ਉਹਨਾਂ ਦੀ ਜਿਹੜੀ ਸਪੋਰਟ ਹੈ ਸਾਰੀ ਰਿਲੀਜੀਅਸ ਦੇ ਆਸ ਪਾਸ ਹੀ ਘੁੰਮ ਰਹੀ ਹੈ ਉਹਨਾਂ ਦੀ ਸਪੋਰਟ ਹੈ ਨਾ ਪਰ ਸਾਊਥ ਇੰਡੀਆ ਦੇ ਵਿੱਚ ਇੱਦਾਂ ਦਾ ਨਹੀਂ ਹੈ ਕਿਉਂਕਿ ਕੋਈ ਵੀ ਫਾਈਨੈਂਸ਼ੀਅਲ ਸਪੋਰਟ ਨਹੀਂ ਕਰਦਾ ਥੋੜ੍ਹੇ ਲੋਕ ਪੜ੍ਹੇ ਲਿਖੇ ਨੇ ਤਾਂ ਗੁਰਦੁਆਰੇ 'ਚ ਜਿਹੜੇ ਆਪਣੇ ਗ੍ਰੰਥੀ ਹੁੰਦੇ ਨੇ ਰੱਖਦੇ ਹਾਂ ਆਪਾਂ ਸੇਵਾਦਾਰ ਜੀ ਤਾਂ ਉਹਨਾਂ ਦੇ ਕੀ ਹੋਇਆ ਭਾਜੀ ਇੱਕ ਹਫ਼ਤੇ ਪਹਿਲੇ ਦੀ ਗੱਲ ਹੈ ਮਤਲਬ ਦੋ ਪਾਠੀ ਕਹਿ ਲਈਏ ਜਾਂ ਗ੍ਰੰਥੀ ਕਹਿ ਲਈਏ ਉਹ ਟੇਕ ਕੇਅਰ ਕਰ ਰਹੇ ਸੀ ਪੂਰੇ ਗੁਰਦੁਆਰੇ ਦੀ ਦੋਨੋਂ ਫੈਮਿਲੀ ਵਾਲੇ ਸੀਗੇ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਰਾਤੀ 12 ਵਜੇ ਕੁੱਟ ਕੁੱਟ ਕੇ ਇੱਕ ਜਿਹੜਾ ਮੇਨ ਗ੍ਰੰਥੀ ਸੀਗਾ ਉਹਨੇ ਜੂਨੀਅਰ ਗ੍ਰੰਥੀ ਨੂੰ ਮਤਲਬ ਕੜਾ ਲਾ ਕੇ ਉਹਦੇ ਸਿਰ 'ਚ ਇੰਨਾ ਇੰਜੁਰ ਕੀਤਾ ਉਹਨੂੰ ਕਿ 5-6 ਜਗ੍ਹਾ ਤੇ ਉਹਦੇ ਹੱਡ ਇੰਜੁਰੀ ਹੋ ਕੇ ਸਟਿਚਸ ਲਗਾਉਣੇ ਪਏ ਔਰ ਜਦੋਂ ਉਹਨੂੰ ਹੋਸਪਿਟਲ ਲੈ ਕੇ ਗਏ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਨੋਰਮਲ ਐਕਸੀਡੈਂਟ ਨਹੀਂ ਲੱਗਦਾ ਇਹ ਤਾਂ ਕੋਈ ਲੜਾਈ ਝਗੜਾ ਹੋਇਆ ਲੱਗਦਾ ਤਾਂ ਪੁਲਿਸ ਕੇਸ ਪਰ ਲੱਗਦਾ ਹੈ ਤਾਂ ਬੜੀ ਮੁਸ਼ਕਿਲ ਉਹਨੂੰ ਮੈਨੇਜ ਕਰਕੇ ਸਟਿਚਸ ਵਗੈਰਾ ਕਰਕੇ ਤਾਂ ਉਹਨਾਂ ਨੂੰ ਗੁਰਦੁਆਰੇ 'ਚ ਕੱਢਤਾ ਮਤਲਬ ਹੈ ਨਾ ਤਾਂ ਜਦੋਂ ਮੈਨੂੰ ਪਤਾ ਚੱਲਿਆ ਕਿ ਉਹ ਲੜਾਈ ਕਿਸ ਫੇਸ 'ਤੇ ਹੋਈ ਸੀ ਉਹ ਲੜਾਈ ਹੋਈ ਸੀਗੀ ਕਿ ਜਿਹੜਾ ਵੱਡਾ ਗ੍ਰੰਥੀ ਹੈ ਉਹ ਜਿਹੜੀ ਅਰਦਾਸ ਦੇ ਪੈਸੇ ਜਾਂ ਬਾਹਰ ਇੱਧਰ ਉੱਧਰ ਘਰਾਂ ਦੇ ਵਿੱਚ ਜਾ ਕੇ ਜੋ ਕਰਦੇ ਨੇ ਉਹਨਾਂ ਦਾ ਇਕੁਅਲ ਡਿਸਟ੍ਰੀਬਿਊਸ਼ਨ ਨਹੀਂ ਕਰਦੇ ਛੋਟੇ ਗ੍ਰੰਥੀ ਨੂੰ ਕੁਛ ਨਹੀਂ ਦਿੰਦਾ ਸੀਗਾ ਉਹ ਆਪਣਾ ਆਪ ਹੀ ਪੂਰੇ ਪੈਸੇ ਰੱਖਦਾ ਸੀਗਾ ਜੇ ਛੋਟਾ ਡਿਮਾਂਡ ਕਰਦਾ ਸੀ ਤਾਂ ਇੱਕ ਦੂਜੇ ਨੂੰ ਕੁੱਟਮਾਰ ਕਰਦੇ ਸੀ ਹੁਣ ਇੱਥੇ ਕੁਐਸਚਨ ਇਹ ਰੇਜ਼ ਹੋਇਆ ਮੈਂ ਪੁੱਛਿਆ ਕਿ ਮੇਰੀ ਮਦਰ ਨੂੰ ਕਿਹਾ ਕਿ ਤੂੰ ਗੁਰਦੁਆਰੇ ਜਾਣਾ ਬੰਦ ਕਰ ਦੇ ਕਿਉਂਕਿ ਜੋ ਲੋਕਾਂ ਨੂੰ ਤੁਸੀਂ ਪੈਸੇ ਦੇ ਰਹੇ ਹੋ ਘਰ ਬੁਲਾ ਕੇ ਅਰਦਾਸਾਂ ਦੇ ਔਰ ਜੋ ਵੀ ਕੰਟਰੀਬਿਊਸ਼ਨ ਰਾਸ਼ਨ ਹੋ ਗਿਆ ਉਹਨਾਂ ਦੇ ਬੱਚਿਆਂ ਦੀ ਫੀਸ ਹੋ ਗਈ ਸਾਰਾ ਕੁਛ ਕਰ ਰਹੇ ਹੋ ਇਹ ਚੀਜ਼ ਦੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਦੇ ਹੋ ਗੁਰਦੁਆਰੇ ਨੂੰ ਵੀ ਗੁਰੂ ਸਮਝਦੇ ਨੇ ਐਕਚੁਅਲੀ ਭਾਜੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਸਮਝਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਜੋ ਸਭ ਤੋਂ ਨਜ਼ਦੀਕ ਹੈ ਜੋ ਬੰਦਾ ਸਭ ਰੋਜ਼ ਪਾਠ ਕਰਦਾ ਹੈ ਕੀਰਤਨ ਕਰਦਾ ਹੈ ਅਗਰ ਉਹ ਹੀ ਨਹੀਂ ਸਮਝ ਰਿਹਾ ਕਿ ਮੈਂ ਗੁਰੂ ਦੇ ਘਰ 'ਚ ਬੈਠਿਆ ਹਾਂ ਉਹਦੇ ਦਿਲ 'ਚ ਰਿਸਪੈਕਟ ਨਹੀਂ ਹੈ ਕਿ ਮੈਂ ਕਿਸ ਕੰਮ 'ਤੇ ਹਾਂ ਮੇਰੀ ਡਿਊਟੀ ਕੀ ਹੈ ਦੋ ਇਟ ਇਜ਼ ਪ੍ਰੋਫੈਸ਼ਨ ਉਹ ਸੈਲਰੀ ਲੈ ਰਹੇ ਨੇ ਉਹਦੇ ਬਦਲੇ 'ਚ ਪਰ ਉਹਨਾਂ ਦੇ ਅੰਦਰ ਭਾਜੀ ਜਿੰਨੇ ਵੀ ਇਹ ਕਲੋਜ਼ ਨੇ ਨਾ ਹੁਣ ਜਿੱਦਾਂ ਰਾਜਸਥਾਨ ਵਾਲੇ ਭਾਜੀ ਵੀ ਬੋਲ ਕੇ ਗਏ ਨੇ ਕਿ ਇਹਨਾਂ ਦੇ ਦਿਲ 'ਚ ਨਾ ਕੋਈ ਡਰ ਹੈ ਨਾ ਕੋਈ ਸ਼ਰਮ ਹੈ ਨਾ ਕੋਈ ਰਿਸਪੈਕਟ ਹੈ ਤਾਂ ਇਹ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕੀਤੀ ਹੈ ਕਿ ਅਸੀਂ ਖੜੇ ਕਿੱਥੇ ਹਾਂ ਅਸੀਂ ਕਿਹੜੀ ਅੱਖਾਂ ਬੰਦ ਕਰਕੇ ਕਿੱਥੇ ਜਾ ਰਹੇ ਹਾਂ ਕੀ ਕਰ ਰਹੇ ਹਾਂ ਕਿੰਨਾ ਦੇ ਅਸੀਂ ਪੈਰਾਂ ਨੂੰ ਟੱਚ ਕਰਦੇ ਹਾਂ ਕਿੰਨਾ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਮਤਲਬ ਧਰਮ ਹੈ ਕਿੱਥੇ ਹੈ ਨਹੀਂ ਬਸ ਸਮਝ ਨਹੀਂ ਨਾ ਰਹੇ ਉਹ ਚੀਜ਼ਾਂ ਨੂੰ ਆਪਾਂ ਅੱਖਾਂ ਬੰਦ ਕੀਤੀਆਂ ਨੇ ਜੇ ਤੁਸੀਂ ਅਸੀਂ ਉੱਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਇੱਦਾਂ ਗੁਰੂ ਘਰ ਨੂੰ ਜੇ ਆਪਾਂ ਇੱਦਾਂ ਸਮਝੀਏ ਤੁਸੀਂ ਇੱਕ ਸੋਸ਼ਲਾਈਜ਼ ਵਾਸਤੇ ਇੱਦਾਂ ਇਕੱਠੇ ਹੋਣ ਵਾਸਤੇ ਇੱਕ ਕਮਿਊਨਿਟੀ ਦੀ ਜਗ੍ਹਾ ਇੱਦਾਂ ਉੱਥੇ ਜੇ ਆਪਾਂ ਆਪਣਾ ਕੋਈ ਵਿਚਾਰ ਵਟਾਂਦਰਾ ਕਰ ਸਕੀਏ ਆਪਣੀ ਕਮਿਊਨਿਟੀ ਦਾ ਕੁਛ ਲੈਵਲ ਉੱਚਾ ਕਰ ਸਕੀਏ ਪਰ ਆਪਾਂ ਨੂੰ ਇਹ ਇਹਨਾਂ ਚੀਜ਼ਾਂ ਦੇ ਪਿੱਛੇ ਆਪਾਂ ਨੂੰ ਸਮਝਣਾ ਪੈਣਾ ਜਿੱਦਾਂ ਆਪਣੇ ਗੁਰਦੁਆਰੇ ਦਾ ਕੀ ਫੰਕਸ਼ਨ ਆ ਆਪਣੇ ਇੱਦਾਂ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਸਾਹਿਬ ਨੇ ਉਹ ਆਪਾਂ ਨੂੰ ਕੀ ਸਮਝਾ ਰਹੇ ਨੇ ਜਾਂ ਜਿਹੜੇ ਆਪਣੇ ਇੱਥੇ ਪ੍ਰੀਚਰ ਨੇ ਆਪਾਂ ਰੱਖੇ ਨੇ ਆਪਾਂ ਜੇ ਉਹਨਾਂ ਨੂੰ ਵੀ ਆਪਾਂ ਥੋੜ੍ਹਾ ਵਧੀਆ ਢੰਗ ਨਾਲ ਲੁੱਕ ਆਫਟਰ ਕਰੀਏ ਅਤੇ ਉਹ ਵੀ ਥੋੜ੍ਹੇ ਬਹੁਤੇ ਇੱਦਾਂ ਸਿਆਣੇ ਪੜ੍ਹੇ ਲਿਖੇ ਹੋਣ ਆਪਾਂ ਦੇਖੀਏ ਉਹਨਾਂ ਦੀਆਂ ਨੀਡਸ ਇੱਦਾਂ ਕਿੰਨੇ ਦੇ ਨਾਲ ਉਹਨਾਂ ਦਾ ਮਿਨੀਮਮ ਗੁਜ਼ਾਰਾ ਹੁੰਦਾ ਅਤੇ ਆਪਾਂ ਇੱਦਾਂ ਆਵਾਜ਼ਾਂ ਦੇ ਉੱਤੇ ਪੈਸੇ ਰੱਖਣ ਦੀ ਥਾਂ 'ਤੇ ਉਹਨਾਂ ਦੇ ਇੱਕ ਮਿਨੀਮਮ ਪੇ ਉਨੀ ਕੁ ਰੱਖਤੀ ਜਾਵੇ ਇੱਦਾਂ ਕਰਤੀ ਜਾਵੇ ਇਹਨਾਂ ਚੀਜ਼ਾਂ ਦਾ ਇੱਦਾਂ ਹੋ ਸਕਦਾ ਇੱਦਾਂ ਢੰਗ ਸਲਿਊਸ਼ਨ ਹੋ ਸਕਦਾ ਪਰ ਆਪਣੀ ਕਮਿਊਨਿਟੀ ਨੇ ਹਰ ਚੀਜ਼ ਤੋਂ ਅੱਖਾਂ ਬੰਦ ਕੀਤੀਆਂ ਉਹ ਇਹਨਾਂ ਚੀਜ਼ਾਂ ਦੇ ਉੱਤੇ ਕਿਸੇ ਚੀਜ਼ ਦੇ ਉੱਤੇ ਟੋਪਿਕ ਦੇ ਉੱਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਹੈ ਨਾ ਉਹ ਕਹਿੰਦੇ ਬਸ ਜੋ ਕੁਛ ਹੈਗਾ ਜਿੱਦਾਂ ਹੈਗਾ ਬਸ ਇਹਨੂੰ ਚੱਲੀ ਜਾਣ ਦਿਓ ਜਿੱਦਾਂ ਇੰਗਲਿਸ਼ 'ਚ ਕਹਾਵਤ ਹੈਗੀ ਨਾ ਇੱਦਾਂ ਮਤਲਬ ਸਾਰਾ ਕੁਛ ਸਵੀਪ ਕਰਕੇ ਇੱਦਾਂ ਉਹ ਕਹਿੰਦੇ ਕਾਰਪੇਟ ਦੇ ਥੱਲੇ ਪਾ ਦਿਓ
ਆਪਣੇ ਇਹ ਸਾਰੀਆਂ ਚੀਜ਼ਾਂ ਹਰੇਕ ਨੂੰ ਪਤਾ ਆ, ਪਰ ਇੱਦਾਂ ਆਪਾਂ ਸਾਰਾ ਕੁਛ ਆਪਾਂ ਕਾਰਪੇਟ ਦੇ ਥੱਲੇ ਕਰੀ ਜਾਂਦੇ ਹਾਂ, ਆਪਾਂ ਗੱਲਬਾਤ ਨਹੀਂ ਕਰਨਾ ਚਾਹੁੰਦੇ ਇਹਨਾਂ ਦਾ। ਪਰ ਇਹ ਕਿੰਨੀ ਕਿੰਨੀ ਪੇਨਫੁਲ ਚੀਜ਼ ਹੈ ਕਿ ਦੇਖੋ ਅਗਰ ਕੋਈ ਵੱਡੇ ਕੀਰਤਨੀ ਆਉਂਦੇ ਨੇ ਤਾਂ ਉਹਨਾਂ ਦੀ ਇੱਕ ਫਿਕਸ ਫੀਸ ਹੁੰਦੀ ਹੈ ਨਾ, ਇੰਨਾ ਤੁਸੀਂ ਸਾਨੂੰ ਦੋਗੇ ਤਾਂ ਅਸੀਂ ਆਵਾਂਗੇ। ਐਂਡ ਅਗਰ ਉਹਦੇ ਨਾਲ ਵੀ ਇੱਕ 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 ਪਾਰਟੀ ਹੋਰ ਬੁਲਾ ਲਓ, ਦੋ ਤਿੰਨ ਪਾਰਟੀਆਂ ਅਗਰ ਹੋ ਜਾਣ ਤਾਂ ਉਹ ਤਾਂ ਵੀ ਆਪਸ 'ਚ ਨਹੀਂ ਲੜ ਜਾਂਦੇ ਆ ਭਾਜੀ, ਤਾਂ ਵੀ ਨਹੀਂ ਆਉਂਦੇ ਕਿ ਉਹ ਆ ਰਿਹਾ ਤਾਂ ਮੇਰੀ ਮਤਲਬ ਜਿਹੜਾ ਉਹਨਾਂ ਦਾ ਕਲੈਕਸ਼ਨ ਹੁੰਦਾ ਉਹ ਘੱਟ ਹੋ ਜਾਏਗਾ ਕਰਕੇ, ਹੈ ਨਾ। ਤਾਂ ਮਤਲਬ ਇਹ ਤਾਂ ਪੂਰਾ ਇੱਕ ਪ੍ਰੋਫੈਸ਼ਨ ਹੈ ਨਾ, ਉਹ ਪ੍ਰੋਫੈਸ਼ਨਲ ਨੇ ਤਾਂ ਫਿਰ ਉਹਨਾਂ ਨੂੰ ਪ੍ਰੋਫੈਸ਼ਨਲ ਕਿਉਂ ਨਹੀਂ ਸਮਝ ਰਹੇ ਆਪਣੇ ਜਿਹੜੇ ਲੋਕ ਹੈ। ਹਾਲੇ ਵੀ ਮੈਂ ਦੇਖ ਰਹੀ ਭਾਜੀ ਗੁਰਦੁਆਰੇ ਦੇ ਵਿੱਚ ਕੀ ਹੁੰਦਾ ਜਦੋਂ ਪਾਰਟੀ ਚੇਂਜ ਹੁੰਦੀ ਹੈ, ਤੁਸੀਂ ਵੈਲ ਅਵੇਅਰ ਹੋ ਨਾ ਇਸ ਚੀਜ਼ ਬਾਰੇ ਕਿ ਇੱਕ ਪਾਰਟੀ ਹੈ ਤਾਂ ਦੂਜੀ ਪਾਰਟੀ ਉਹ ਉਂਗਲ ਕਰਦੀ ਰਹੇਗੀ, ਉਹਨੂੰ ਡਿਸਟਰਬ ਕਰਦੀ ਰਹੇਗੀ ਕਿ ਜੋ ਟਾਈਮ ਹੈ ਉਹਦਾ ਐਟਲੀਸਟ ਉਹਨੂੰ ਉਹ ਤਾਂ ਕੰਪਲੀਟ ਕਰਨ ਦਿਓ, ਉਹ ਵੀ ਨਹੀਂ। ਪਰ ਜੋ ਇਸ ਪਾਰਟੀ ਨੇ ਕੀਤਾ ਜਿੱਦਾਂ ਕੋਈ ਚੀਜ਼ ਹੈ 20 ਲੱਖ ਰੁਪਏ ਇੰਡੀਆ ਦਾ ਲੱਗਿਆ ਇੱਕ ਚੀਜ਼ ਕੰਸਟਰਕਟ ਕਰਨ 'ਚ, ਉਹ ਦੂਸਰੀ ਪਾਰਟੀ ਓਪੋਜਿਟ ਪਾਰਟੀ ਨੂੰ ਪਸੰਦ ਨਹੀਂ ਹੈ, ਜਦੋਂ ਉਹ ਪਾਰਟੀ ਰੂਲਿੰਗ 'ਚ ਆਏਗੀ ਉਹ ਪੂਰਾ ਡਿਮੋਲਿਸ਼ ਕਰਨਗੇ ਭਾਜੀ। ਔਰ ਡਿਮੋਲਿਸ਼ ਕਰਕੇ ਫਿਰ ਉਹਨੂੰ ਨਵਾਂ ਸਟਰਕਚਰ ਨਵਾਂ ਆਪਣੇ ਹਿਸਾਬ ਨਾਲ ਬਣਾਉਣਗੇ। ਤਾਂ ਮੈਨੂੰ ਇਹ ਵੀ ਚੀਜ਼ ਫੀਲ ਹੋ ਰਹੀ ਹੈ ਕਿ ਕਿਉਂ ਲੋਕਾਂ ਦਾ ਪੈਸਾ ਤੁਸੀਂ 20-25 ਲੱਖ ਇਕੱਠਾ ਕਰਕੇ ਬਣਾ ਕੇ ਫਿਰ ਉਹਨੂੰ ਦੁਬਾਰਾ ਤੋੜ ਕੇ ਫਿਰ ਦੁਬਾਰਾ ਕੰਸਟਰਕਟ ਕਰ ਰਹੇ ਹੋ, ਮਤਲਬ ਤੁਸੀਂ ਆਪਣੀ ਜਿੱਦ ਪੂਰੀ ਕਰ ਰਹੇ ਹੋ ਨਾ। ਇਹ ਸਾਰੀ ਚੀਜ਼ਾਂ ਨੇ ਬਹੁਤ ਕੰਸਿਡਰ ਕਰਨ ਵਾਲੀਆਂ ਕਿ ਇਹ ਲੋਕ ਕਦੋਂ ਸਮਝਣਗੇ। ਪਰ ਇੱਕ ਚੀਜ਼ ਹੋਰ ਵੀ ਹੈ ਕਿ ਅਗਰ ਗੁਰਦੁਆਰੇ ਦੀ ਦੇਖਭਾਲ ਕਰਨੀ ਹੈ ਤਾਂ ਕੰਟਰੀਬਿਊਸ਼ਨ ਤਾਂ ਸਾਰਿਆਂ ਦਾ ਹੋਣਾ ਹੀ ਪਏਗਾ। ਪਰ ਇਹ ਜੋ ਸਿਸਟਮ ਅੰਧਵਿਸ਼ਵਾਸ ਵਾਲਾ ਸਿਸਟਮ ਚੱਲਦਾ ਇਹ ਬਹੁਤ ਬੈਕਡ੍ਰੌਪ 'ਚ ਹੈ ਭਾਜੀ। ਹਾਲੇ ਵੀ ਆਪਣੇ ਜਿਹੜੇ 18-20 ਸਾਲ ਦੇ ਬੱਚੇ ਨੇ ਜੋ ਮਤਲਬ ਇੰਟਰਮੀਡੀਏਟ ਪਾਸ ਕਰਕੇ ਫਰਦਰ ਐਜੂਕੇਸ਼ਨ ਲਈ ਜਾਣਾ ਚਾਹੁੰਦੇ ਨੇ ਭਾਜੀ, 7-8 ਘੰਟੇ ਗੁਰਦੁਆਰੇ 'ਚ ਕੰਮ ਕਰ ਰਹੇ ਨੇ, ਓਦਾਂ ਹੀ ਬੈਠੇ ਹੈ ਕਿ ਸਾਡਾ ਤਾਂ ਸਭ ਕੁਛ ਇੱਥੇ ਹੀ ਮਿਲਣਾ। ਮਤਲਬ ਅਗਰ ਮੇਅਰ ਹੋਏਗੀ ਇੱਥੋਂ ਤਾਂ ਹੀ ਅਸੀਂ ਕੁਛ ਬਣਨਾ, ਮਤਲਬ ਉਹਨਾਂ ਨੂੰ ਆਪਣੀ ਕੈਪੇਬਿਲਿਟੀ 'ਤੇ ਵੀ ਡਾਊਟ ਹੈ। ਬਿਲਕੁਲ ਬਿਲਕੁਲ, ਤਾਂ ਹੀ ਤਾਂ ਦੇਖੋ ਅੱਜ ਤੱਕ ਬਣਿਆ ਨਹੀਂ ਕੁਛ ਨਾ, ਇਹਦਾ ਇਹਨਾਂ ਕੰਟਰੀਆਂ ਦੇ ਵਿੱਚ ਵੀ ਜਿੰਨਾ ਕੁ ਪੈਸਾ ਇੱਥੇ ਸੰਗਤ ਦਾ ਮਿਹਨਤ ਦਾ ਖੂਨ ਪੀਨੇ ਪਸੀਨੇ ਦੀ ਕਮਾਈ ਅਗਲਾ ਪਤਾ ਨਹੀਂ ਕਿੱਦਾਂ ਕੰਮ ਕਰਕੇ $10 ਰੱਖ ਕੇ ਜਾਂਦਾ, ਕਿੰਨਾ ਕੁ ਇੱਥੇ ਲੋਅਰਾਂ ਦੇ ਵਿੱਚ ਕੋਰਟਾਂ 'ਚ ਹਾਈ ਕੋਰਟਾਂ 'ਚ ਇੱਦਾਂ ਜਾ ਰਿਹਾ ਪੈਸਾ, ਇੱਦਾਂ ਹਰ ਗੁਰਦੁਆਰੇ ਉੱਤੇ ਕਮੇਟੀਆਂ ਇੱਕ ਦੂਸਰੇ ਦੇ ਉੱਤੇ ਕੇਸ ਕਰ ਰਹੀਆਂ ਨੇ। ਇੱਦਾਂ ਭਾਜੀ ਨੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਾਰੀ ਐਕਸਪਲੇਨ ਕੀਤਾ, ਇੱਦਾਂ ਇਹ ਜਿਹੜਾ ਗੁਰਦੁਆਰੇ ਦਾ ਸਿਸਟਮ ਅੱਜ ਕੱਲ੍ਹ ਇੱਥੇ ਚੱਲਦਾ ਪਿਆ ਸਾਰਾ, ਇਹ ਤਾਂ ਸਾਰਾ ਇੱਦਾਂ ਚੌਧਰ ਬੁਣੇ ਦਾ, ਇੱਦਾਂ ਹੋਰ ਹੀ ਕੁਛ, ਇੱਦਾਂ ਆਮ ਜਿਹੜੇ ਇਨੋਸੈਂਟ ਲੋਕ ਨੇ ਜਿੱਦਾਂ ਦੇ ਬੱਚਿਆਂ ਦੀ ਗੱਲ ਕਰਦੇ, ਇੱਦਾਂ ਉਹਨਾਂ ਦਾ ਉੱਦਾਂ ਇੱਦਾਂ ਫਿਊਚਰ ਖਰਾਬ ਕਰਿਆ ਜਾ ਰਿਹਾ, ਇੱਦਾਂ ਉਹਨਾਂ ਨੂੰ ਤੁਸੀਂ ਅਸਲੀਅਤ ਦੱਸਣ ਦੀ ਥਾਂ 'ਤੇ ਕੁਛ ਹੋਰ ਦੱਸਿਆ ਜਾ ਰਿਹਾ ਜਿੱਥੋਂ ਉਹਨਾਂ ਦਾ ਕੁਛ ਹੋਣਾ ਨਹੀਂ ਹੈਗਾ ਨਾ। ਇੱਦਾਂ ਆਪਣੇ ਇੱਕ ਲਾਈਫ ਦੇ ਤੁਹਾਡੇ ਇੱਦਾਂ ਬਹੁਤ ਵਧੀਆ ਇੱਦਾਂ ਜਿਹੜੇ ਪ੍ਰੋਡਕਟਿਵ ਈਅਰ ਨੇ, ਇੱਦਾਂ ਜਦੋਂ 18-20 ਸਾਲ ਦੇ 22 ਸਾਲ ਦੇ ਜਦੋਂ ਤੁਸੀਂ ਆਪਣਾ ਇੱਦਾਂ ਇੱਕ ਟਰਨਿੰਗ ਪੁਆਇੰਟ ਸੀਗਾ ਤੁਹਾਡਾ ਲਾਈਫ ਨੂੰ ਤੁਸੀਂ ਵਧੀਆ ਮੋੜ ਦੇਣਾ ਸੀਗਾ, ਉਦੋਂ ਤੁਸੀਂ ਇੱਦਾਂ ਗੁਰਦੁਆਰਿਆਂ 'ਚ 8-8 ਘੰਟੇ ਸੇਵਾ ਕਰਕੇ ਤੁਸੀਂ ਕਰ ਲਿਆ ਇੱਦਾਂ ਅਤੇ ਮੈਨੂੰ ਇੱਦਾਂ ਕੁਛ ਮਿਲ ਜਾਏਗਾ, ਅਤੇ ਜਦੋਂ ਇੱਦਾਂ ਨਹੀਂ ਮਿਲਣਾ ਅਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਫਿਰ ਬਾਅਦ ਵਿੱਚ ਕੁਛ ਹੋਰ ਨਹੀਂ ਕਰ ਸਕੇ ਅਤੇ ਘੱਟੋ ਘੱਟ ਉਹ ਗੁਰਦੁਆਰਿਆਂ ਦਾ ਫਿਰ ਦੁਬਾਰਾ ਉਹ ਪ੍ਰਧਾਨ ਬਣਨਗੇ ਅਤੇ ਫਿਰ ਉਹ ਆਪਣੀ ਅਗਲੀ ਜਨਰੇਸ਼ਨ ਦਾ ਦੁਬਾਰਾ ਸ਼ੋਸ਼ਣ ਕਰਨਗੇ ਉਸ ਤੋਂ ਬਾਅਦ। ਬਿਲਕੁਲ ਬਿਲਕੁਲ, ਇਹ ਤਾਂ ਡਾਇਰੈਕਟ ਪੂਰਾ ਮਤਲਬ ਇਨਡਾਇਰੈਕਟ ਵੀ ਨਹੀਂ ਡਾਇਰੈਕਟ ਵੀ ਇੱਕ ਫੋਕਸ ਹੈ ਕਿ ਜੋ ਲੋਕ ਮਤਲਬ 50 ਈਅਰਸ ਤੋਂ ਉੱਪਰ ਨੇ ਉਹਨਾਂ 'ਚ ਫਿਜ਼ੀਕਲੀ ਸਟਰੈਂਥ ਘੱਟ ਹੈ ਤਾਂ ਆਪਣੇ ਨਵੇਂ ਯੂਥ ਨੂੰ ਭੜਕਾ ਰਹੇ ਨੇ। ਭਾਜੀ ਮੈਂ ਵੀ ਦੇਖਿਆ ਕਿ ਜਿਹੜੇ ਮੈਕਸੀਮਮ ਲੋਕ ਨੇ ਜਿਹੜੇ ਆਪਣੇ ਸੀਨੀਅਰ ਲੋਕ ਨੇ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜਾਂ ਇੰਡੀਆ ਦੇ ਵਿੱਚ ਪੋਲੀਟੀਕਲ ਪਾਰਟੀ ਦੇ ਨਾਲ ਅਟੈਚ ਨੇ ਕਿਸੇ ਵੀ ਰੀਜ਼ਨ ਨਾਲ, ਹੈ ਨਾ, ਜਾਂ ਨੇਮ ਕਹਿ ਲਓ ਫੇਮ ਕਹਿ ਲਓ ਜਾਂ ਉਹਦਾ ਜਾਂ ਵਿਹਲਾਪਨ ਕਹਿ ਲਓ। ਤਾਂ ਇਹ ਉਹਨਾਂ ਨੇ ਉਹ ਵੀ ਦੇਖੇ ਭਾਜੀ ਨੇ ਜਿਹੜੇ ਬੱਚੇ ਹੈ ਉਹਨਾਂ ਦੇ ਮੋਬਾਈਲ ਫੋਨ ਤੇ ਵਟਸਐਪ ਤੇ ਫੋਰਵਰਡਿੰਗ ਕਰਦੇ ਨੇ ਪੋਲੀਟੀਕਲ ਪਾਰਟੀਜ਼ ਦੇ ਕਿ ਅੱਜ ਅਸੀਂ ਏਦਾਂ ਕੀਤਾ ਅਸੀਂ ਏਦਾਂ ਕੀਤਾ, ਕਿ ਉਹਨਾਂ ਨੂੰ ਅਟਰੈਕਟ ਕਰਨ ਕਿ ਇਹਦੇ 'ਚ ਬਹੁਤ ਫੇਮ ਹੈ। ਤਾਂ ਉਹ ਆਪਣਾ ਮੈਨੂੰ ਇੱਕ ਚੀਜ਼ ਵੀ ਹਮੇਸ਼ਾ ਤਕਲੀਫ ਹੁੰਦੀ ਹੈ ਭਾਜੀ ਕਿ ਹਾਂ ਤਰੱਕੀ ਬਹੁਤ ਕੀਤੀ ਹੈ ਪੈਸਾ ਬਹੁਤ ਆ ਗਿਆ ਸਭ ਕੁਛ ਆ ਗਿਆ, ਹੈ ਨਾ, ਆਪਾਂ ਬਿਜ਼ਨਸ ਕਰਕੇ ਬਾਹਰੋਂ ਪੈਸਾ ਇਕੱਠਾ ਕਰ ਲਿਆ, ਪਰ ਐਟ ਦਾ ਐਂਡ ਜਦੋਂ ਕੈਲਕੂਲੇਸ਼ਨ ਕਰਦੇ ਹਾਂ ਤਾਂ ਹੁਣ ਜਿਹੜਾ ਭਾਜੀ ਦਾ ਕੇਸ ਹੋਇਆ ਭਾਜੀ ਡਿਸਕਸ ਕਰਦੇ ਹੁੰਦੇ ਨੇ ਭਾਜੀ ਦੇ ਪਰਸਨਲ ਕੇਸ ਲੈ ਲਓ ਕਿ ਮਤਲਬ ਤੁਸੀਂ ਇੰਨਾ ਕੁਛ ਕਰਕੇ ਜ਼ਿੰਦਗੀ 'ਚ ਇੰਨਾ ਕਲੈਕਸ਼ਨ ਕਰਕੇ ਇੰਨੀ ਕਾਮਯਾਬੀ ਪਾ ਕੇ ਕੀਤਾ ਕੀ ਹੈ ਐਟ ਦਾ ਐਂਡ? ਕੁਛ ਨਹੀਂ ਅਚੀਵ ਕੀਤਾ, ਨਥਿੰਗ, ਬਸ ਲੰਗਰ ਬਣਾ ਲਿਆ ਖਾ ਲਿਆ ਬਸ ਚਲੇ ਗਏ। ਅਚੀਵ ਕੀ ਕੀਤਾ ਹੈ ਨਾ, ਇੱਦਾਂ ਹੀ ਬੱਚਿਆਂ ਨੂੰ ਵੀ ਜਿਹੜੇ ਉਹਨਾਂ ਨੇ ਹੁਣ ਨਾਲ ਵੀ ਸੀਗੇ ਭਾਜੀ ਦਾ ਵੀ ਕੇਸ ਲਾ ਲਓ, ਤੇ ਮੈਂ ਤਾਂ ਲੇਟੈਸਟ ਕੇਸ ਕਹਿ ਰਹੀ ਹਾਂ 17 ਈਅਰਸ ਦੇ ਬੱਚੇ ਜਿਹੜੇ ਆ ਉਹ ਉਸ ਤਰਫ ਨੂੰ ਜਾ ਰਹੇ ਹਨ, ਅਗਰ ਅਸੀਂ ਉਹਨਾਂ ਨੂੰ ਕਾਉਂਸਲ ਕਰਾਂਗੇ ਕਿ ਨਹੀਂ ਇਹ ਗਲਤ ਹੈ ਤਾਂ ਅਸੀਂ ਦੁਸ਼ਮਣ ਬਣ ਜਾਵਾਂਗੇ ਨੈਚੁਰਲੀ, ਉਹ ਕੋਈ ਗੱਲ ਹੀ ਨਹੀਂ ਕਰਨਗੇ ਸਾਡੇ ਨਾਲ। ਤਾਂ ਇਹ ਚੀਜ਼ ਦਾ ਵੀ ਇੱਕ ਟੌਪਿਕ ਤੁਸੀਂ ਲੈ ਕੇ ਆਓ, ਵੈਸੇ ਤਾਂ ਤੁਸੀਂ ਹਰ
ਫੋਕਸ ਹੀ ਉਸ ਚੀਜ਼ ਤੇ ਕਰਦੇ ਹੋ ਕਿ ਲੋਕ ਸਮਝ ਜਾਣ, ਹੈ ਨਾ, ਕਿਸੇ ਤਰੀਕੇ ਉਹਨਾਂ ਨੂੰ ਪਤਾ ਚੱਲ ਜਾਏ। ਪਰ ਕਈ ਵਾਰ ਏਦਾਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਾਰਾ ਕੁਛ ਪਤਾ ਹੋਣ ਦੇ ਬਾਵਜੂਦ ਵੀ ਉੱਥੇ ਜਾ ਕੇ ਵੜ ਜਾਂਦੇ ਨੇ ਐਟ ਦ ਐਂਡ, ਕਿ ਉਸ ਤੋਂ ਇਲਾਵਾ ਕੋਈ ਸੋਲੂਸ਼ਨ ਹੀ ਨਹੀਂ ਹੈ ਜਾਂ ਫਿਰ ਉਹ ਜ਼ਰੂਰੀ ਹੈ, ਪਤਾ ਨਹੀਂ। ਬਿਲਕੁਲ, ਦੇਖੋ ਕੋਈ ਕੋਈ ਵੀ ਇੱਦਾਂ ਨਾ, ਆਪਾਂ ਪਤਾ ਸਾਰਾ ਕੁਛ ਸਾਰਿਆਂ ਨੂੰ ਹੁੰਦਾ, ਇੱਦਾਂ ਸਿਰਫ ਨਾ ਅਸੀਂ ਇੱਦਾਂ ਸੁਣਦੇ ਰਹਿੰਦੇ ਹਾਂ, ਇੱਦਾਂ ਉਹਨੂੰ ਘੱਟੋ ਘੱਟ ਇੱਦਾਂ ਤੁਸੀਂ ਇੱਕ ਵਾਰੀ ਸੋਚੋ, ਹਾਂ ਮੈਂ ਇਹਨੂੰ ਆਪਣਾ ਇੱਦਾਂ ਇੱਕ ਇੱਕ ਚੀਜ਼ ਕਰਕੇ ਇਹਨੂੰ ਮੈਂ ਇੰਪਰੂਵ ਕਰਨਾ ਆਪਣੀ ਲਾਈਫ ਦੇ ਵਿੱਚ, ਫਿਰ ਉਹਦੀ ਡਿਸਕਸ਼ਨ ਕਰੋ ਤੁਸੀਂ ਇੱਦਾਂ 10-20 ਵਾਰੀ ਆਪਣੇ ਘਰ 'ਚ, ਆਪਣੇ ਫਰੈਂਡ ਸਰਕਲ 'ਚ, ਕਿਤੇ ਨਾ ਕਿਤੇ ਇੱਦਾਂ 30-40 ਵਾਰੀ ਆਪਾਂ ਕਰਾਂਗੇ, ਫਿਰ ਆਪਣੀ ਹੌਲੀ ਹੌਲੀ ਆਪਣੀ ਹੈਬਿਟ ਬਣਦੀ ਨਾ ਆਪਣੀ ਇੱਦਾਂ। ਪਰ ਆਪਣੇ ਲੋਕ ਇੱਦਾਂ ਮੋਸਟਲੀ ਇਹਨਾਂ ਚੀਜ਼ਾਂ ਦੇ ਉੱਤੇ ਇੱਦਾਂ ਪਹਿਲਾਂ ਗੱਲ ਸਟਾਰਟ ਹੀ ਨਹੀਂ ਕਰਨਾ ਚਾਹੁੰਦੇ ਨਾ, ਇੱਦਾਂ ਹਜੇ ਤੱਕ ਸਟਾਰਟ ਹੋਈ ਨਹੀਂ ਸੀ ਇੱਦਾਂ। ਹੁਣ ਚਲੋ ਇੱਦਾਂ ਟੋਕ ਬੈਕ ਇੱਦਾਂ ਦੇ ਸ਼ੋਅ ਚੱਲ ਪਏ ਨੇ, ਇੱਦਾਂ ਆਪਾਂ ਕਰ ਰਹੇ ਹਾਂ, ਭਾਜੀ ਕਰਦੇ ਨੇ ਇੱਦਾਂ, ਅਤੇ ਇੱਦਾਂ ਹੁਣ ਹੋਏਗੀ ਗੱਲਬਾਤ ਇਹਦੇ ਵਿੱਚ। ਇੱਦਾਂ ਭਾਈ ਰਣਜੀਤ ਸਿੰਘ ਉਹ ਵੀ ਇੱਦਾਂ ਇੱਦਾਂ ਦੇ ਪੋਡਕਾਸਟ ਵਗੈਰਾ ਉਹਨਾਂ ਨੇ ਸ਼ੁਰੂ ਕੀਤਾ, ਇੱਦਾਂ ਉਹਦੇ ਵਿੱਚ ਅਲੱਗ ਅਲੱਗ ਪਰਸਨੈਲਿਟੀਜ਼ ਨੂੰ ਲੈ ਕੇ ਆਉਂਦੇ ਨੇ ਇੱਦਾਂ। ਪਰ ਅੱਜ ਤੱਕ ਤਾਂ ਸਿਰਫ ਇੱਦਾਂ ਅੰਧ ਵਿਸ਼ਵਾਸ ਟਾਈਪ ਦਾ ਇੱਦਾਂ ਸਿਰਫ ਇੱਕੋ ਚੀਜ਼, ਇੱਕੋ ਸਾਈਡ ਸੀਗੀ ਨਾ, ਸਿਰਫ ਉਹੀ ਥੋਪੀ ਜਾ ਰਹੀ ਸੀ ਬੱਚਿਆਂ ਦੇ ਉੱਤੇ, ਸਾਰੇ ਸਮਾਜ ਦੇ ਉੱਤੇ, ਅਤੇ ਜੇ ਕੋਈ ਇੱਦਾਂ ਕਹਿੰਦਾ ਸੀਗਾ ਤਾਂ ਉਹਨਾਂ ਨੂੰ ਇੱਦਾਂ ਚੁੱਪ ਕਰਾਇਆ ਜਾਂਦਾ ਸੀ, ਸ਼ਟਅਪ ਕਰਾਇਆ ਜਾਂਦਾ ਸੀ, ਹੈ ਨਾ। ਅਤੇ ਪਰ ਹੁਣ ਥੋੜ੍ਹਾ ਜਿਹਾ ਇੱਦਾਂ ਅਵੇਅਰਨੈਸ ਆ ਰਹੀ ਹੈ, ਅਤੇ ਹੋਪਫੁਲੀ ਇੱਦਾਂ ਵੈਰੀ ਸੂਨ ਇੱਦਾਂ ਕਾਫੀ ਅਸੀਂ ਚੇਂਜ ਦੇਖਾਂਗੇ ਉੱਥੇ। ਭਾਜੀ ਭਾਜੀ ਹੋਣੀ ਐਂਡ ਲਖਵੀਰ ਭਾਜੀ ਹੁਣ ਜੋ ਨਵਾਂ ਟੌਪਿਕ ਜੋ ਵੀ ਹੈ ਸ਼ੇਅਰ ਕਰ ਰਹੇ ਨੇ ਅੱਜ ਕੱਲ੍ਹ, ਮਤਲਬ ਉਹ ਦੇਖਣ ਤੋਂ ਬਾਅਦ 'ਚ ਨਾ ਭਾਜੀ ਮੈਨੂੰ ਏਦਾਂ ਫੀਲਿੰਗ ਹੋਣ ਲੱਗ ਗਿਆ ਕਿ ਕਿੰਨੀ ਮਤਲਬ ਜ਼ਿੰਦਗੀ ਦੇ ਕਿੰਨੇ ਸਾਰੇ ਈਅਰਸ ਵੇਸਟ ਹੋ ਗਏ ਆ ਸਾਡੇ ਉਹ ਅੰਧ ਵਿਸ਼ਵਾਸ 'ਚ, ਮਤਲਬ ਕਿ ਅਸੀਂ ਹੋਰ ਕਿੰਨਾ ਕੁਛ ਕਰ ਸਕਦੇ ਸੀ ਆਪਣੇ ਬੇਸ 'ਤੇ, ਆਪਣੇ ਮਤ ਨਾਲ, ਆਪਣੇ ਫਿਜ਼ਿਕ ਨਾਲ, ਜੋ ਕਿ ਅਸੀਂ ਬਹੁਤ ਸਾਰਾ ਟਾਈਮ ਗੁਰਦੁਆਰਿਆਂ 'ਚ ਇੱਧਰ ਉੱਧਰ ਬਿਤਾਤਾ, ਔਰ ਹੈ ਤਾਂ ਐਕਚੁਅਲੀ ਸਭ ਕੁਛ ਅੰਦਰ। ਭਾਜੀ ਮੈਂ ਭਾਜੀ ਨੂੰ ਵੀ ਬਹੁਤ ਥੈਂਕਸ ਕਰਨਾ ਚਾਹੁੰਦੀ ਹਾਂ, ਮੈਨੂੰ ਉਹਨਾਂ ਦੇ ਪ੍ਰੋਗਰਾਮ 'ਚ ਬੋਲਣ ਦਾ ਚਾਂਸ ਨਹੀਂ ਮਿਲ ਰਿਹਾ, ਬਹੁਤ ਜਲਦੀ ਹੁੰਦਾ ਹੈ, ਮੈਂ ਅਵੇਲੇਬਲ ਨਹੀਂ ਹੋ ਰਹੀ, ਪਰ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਕਿ ਉਹ ਅਲੱਗ ਮਤਲਬ ਇੱਕ ਅਲੱਗ ਵਰਲਡ ਹੋ ਗਿਆ ਭਾਜੀ ਇੱਕ, ਨਾ ਬਿਲਕੁਲ ਬਿਲਕੁਲ ਭਾਜੀ, ਇੱਦਾਂ ਦਾ ਵਰਲਡ ਹੈ ਜਿੱਥੇ ਪੂਰੀ ਲਾਈਟ ਹੈ। ਹਾਂਜੀ ਜੀ, ਔਰ ਮਤਲਬ ਹੁਣ ਇੱਦਾਂ ਲੱਗਦਾ ਹੀ ਨਹੀਂ ਹੈ ਕਿ ਮਤਲਬ ਕੋਈ ਸਾਨੂੰ ਬ੍ਰੇਨ ਵਾਸ਼ ਕਰ ਸਕਦਾ, ਮਤਲਬ ਜੋ ਉਹਨਾਂ ਨੂੰ ਫੋਲੋ ਕਰਦੇ ਹੋਣਗੇ ਮੇਰੇ ਵਾਂਗੂ, ਮਤਲਬ ਉਹ ਸਟੇਜ ਹੀ ਹੁਣ ਤਾਂ ਇੱਕਦਮ ਹਾਇਰ ਲੈਵਲ ਦੀ ਸਟੇਜ ਹੁੰਦੀ ਹੈ ਨਾ, ਜਿੱਦਾਂ ਭਾਜੀ ਕਹਿੰਦੇ ਨੇ ਐਨਲਾਈਟਨ ਹੁੰਦਾ ਬੰਦਾ ਹੌਲੀ 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 ਹੌਲੀ, ਉਹ ਤਾਂ ਸਾਨੂੰ ਦੂਸਰੇ ਪਾਸੇ ਲੈ ਕੇ ਜਾ ਰਹੇ ਨੇ, ਇਹ 'ਚ ਕੋਈ ਡਾਊਟ ਹੀ ਨਹੀਂ ਹੈ। ਉਹਨਾਂ ਦਾ ਵੀ ਥੈਂਕਸ ਐਂਡ ਤੁਹਾਡਾ ਵੀ ਥੈਂਕਸ ਭਾਜੀ, ਪਰ ਤੁਸੀਂ ਵਿੱਚ ਪ੍ਰੋਗਰਾਮ ਬੰਦ ਨਾ ਕਰਿਆ ਕਰੋ, ਨਹੀਂ ਜੀ ਕਰਾਂਗੇ ਕੰਟੀਨਿਊ, ਥੋੜਾ ਜਿਹਾ ਬਿਜ਼ੀ ਹੋ ਗਿਆ ਸੀ ਲਾਸਟ ਈਅਰ ਤੇ ਕਰਾਂਗੇ ਕੰਟੀਨਿਊ। ਹਾਂ ਤੁਸੀਂ ਬਿਜ਼ੀ ਸੀਗੇ, ਹਾਂ ਅਗਰ ਤੁਹਾਨੂੰ ਟਾਈਮ ਨਹੀਂ ਮਿਲਦਾ ਤਾਂ ਕਦੇ ਰਿਕਾਰਡ ਕਰਕੇ ਰਿਕਾਰਡਿੰਗ ਵੀ ਛੱਡ ਦਿਆ ਕਰੋ ਅਗਰ ਟਾਈਮ ਨਹੀਂ ਮਿਲਦਾ ਤਾਂ। ਇੱਦਾਂ ਜਿੱਦਾਂ ਤੁਸੀਂ ਹੁਣ ਲਾਈਵ ਹੋ ਰਹੇ ਹੋ ਤਾਂ ਡਾਇਰੈਕਟ ਕਨੈਕਸ਼ਨ ਹੋਇਆ ਤਾਂ ਮੈਨੂੰ ਪਤਾ ਚੱਲੇਗਾ ਭਾਜੀ ਨਾਲ ਅੱਜ ਗੱਲ ਕਰਾਂਗੇ। ਥੈਂਕ ਯੂ ਸੋ ਮਚ ਭਾਜੀ, ਟੇਕ ਆਦਰ ਕਾਲ ਐਂਡ ਪਲੀਜ਼ ਕੰਟੀਨਿਊ। ਠੀਕ ਹੈ ਜੀ, ਜ਼ਰੂਰ ਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ ਜੀ। ਅਤੇ ਡੈਫੀਨੇਟਲੀ ਇਹਦਾ ਭਾਜੀ ਦਾ ਤਾਂ ਬਹੁਤ ਵੱਡਾ ਯੋਗਦਾਨ ਹੈਗਾ ਵਿਦਆਊਟ ਡਾਊਟ, ਅਤੇ ਸਾਰਿਆਂ ਨੂੰ ਉਹਨਾਂ ਨੇ ਬਹੁਤ ਖੋਲ੍ਹਤਾ, ਅਤੇ ਲਖਵੀਰ ਭਾਜੀ ਦਾ ਵੀ ਬਹੁਤ ਜ਼ਿਆਦਾ ਇੱਦਾਂ ਜਿਹੜੀ ਇਹ ਆਪਣੇ ਸਿੱਖੀ ਦੇ ਜਾਂ ਗੁਰਦੁਆਰੇ ਦੇ ਵਿੱਚ ਆਪਾਂ ਜੋ ਕੁਛ ਕਥਾ ਕਹਾਣੀਆਂ ਸੁਣਦੇ ਸੀਗੇ, ਅਤੇ ਉਹ ਜਦੋਂ ਭਾਜੀ ਨੇ ਪਹਿਲੀ ਵਾਰੀ ਉਹਦਾ ਸੂਰਜ ਪ੍ਰਕਾਸ਼ ਦੀ ਸ਼ੁਰੂ ਕੀਤੀ, ਮੈਨੂੰ ਯਾਦ ਹੈ 2016-17 ਸ਼ਾਇਦ ਇਹ ਤਾਂ, ਅਤੇ ਉਦੋਂ ਮੈਨੂੰ ਮੈਮਰੀ 'ਚੋਂ ਯਾਦ ਆਈਆਂ, ਅੱਛਾ ਆਹ ਕਹਾਣੀਆਂ ਸੁਣੀਆਂ ਹੋਈਆਂ ਨਾ, ਉਦੋਂ ਇੱਦਾਂ ਸੋਚੀਦਾ ਸੀਗਾ ਕਹਾਣੀਆਂ ਆਉਂਦੀਆਂ ਕਿੱਥੋਂ ਨੇ, ਇੱਦਾਂ ਮਤਲਬ ਗੁਰੂ ਸਾਹਿਬ ਇੱਦਾਂ ਕਿੱਦਾਂ ਕਹਿ ਸਕਦੇ, ਆਹ ਕਿੱਦਾਂ ਕਰ ਸਕਦੇ, ਇੱਦਾਂ ਜਾਦੂ ਜੇ ਵਾਲੀਆਂ ਕਹਾਣੀਆਂ ਇੱਦਾਂ ਹੋ ਗਿਆ ਨਾ ਇੱਦਾਂ, ਅਤੇ ਉਹ ਇੱਦਾਂ ਉਹ ਇੱਕ ਇੱਕ ਇੱਦਾਂ ਸਟੈਪ ਕਰਕੇ ਹੁਣ ਭਾਜੀ ਨੇ ਇੱਦਾਂ ਦਸਵੇਂ ਗ੍ਰੰਥ ਦਾ ਕਰਦੇ, ਉੱਥੋਂ ਪਤਾ ਲੱਗ ਰਿਹਾ ਇੱਦਾਂ ਇਹ ਜਿਹੜਾ ਆਪਾਂ ਸਿੱਖੀ ਦੀ ਗੱਲ ਕਰਦੇ ਸੀ, ਜਿੱਦਾਂ ਹਰਿਆਣੇ ਵਾਲਾ ਰਾਜਸਥਾਨ ਵਾਲਾ ਵੀਰ ਗੱਲ ਕਰਦਾ ਸੀਗਾ, ਤਾਂ ਮੈਂ ਕਿਹਾ ਉਹ ਸਿੱਖ ਨਹੀਂ ਹੈਗੇ ਜਿਹੜੇ ਗੁਰੂ ਸਾਹਿਬ ਦੇ ਸਿੱਖ ਸੀਗੇ ਜਾਂ ਗੁਰੂ ਸਾਹਿਬ ਜਿਹਨਾਂ ਨੂੰ ਬਣਾਉਣਾ ਚਾਹੁੰਦੇ ਸੀਗੇ, ਇਹ ਜਿਹੜੀ ਸਿੱਖੀ ਜਿਹੜੀ ਆਪਾਂ ਅੱਜ ਦੇਖਦੇ ਪਏ ਹਾਂ ਇਹ ਹੈਗੀ ਸੂਰਜ ਪ੍ਰਕਾਸ਼ ਦੀ ਸਿੱਖੀ ਜਾਂ ਦਸਮ ਗ੍ਰੰਥ ਦੀ ਸਿੱਖੀ ਨਾ, ਇੱਦਾਂ ਜਿਹੜੀ ਆਪਣੀ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਵਾਲੀ ਸਿੱਖੀ ਉਹ ਡਿਫਰੈਂਟ ਹੈ ਨਾ, ਇੱਦਾਂ ਉਹ ਹੁਣ ਭਾਜੀ ਨੇ ਥੱਲਿਓ ਇੱਦਾਂ ਕੱਢ ਕੇ ਇੱਦਾਂ ਉਹਨੂੰ ਲਿਆਉਣ ਦੀ ਸ਼ੁਰੂ ਕੀਤੀ, ਇਹ ਤਾਂ ਦੱਬਤੀ ਸੀਗੀ ਥੱਲੇ ਨਾ ਇੱਦਾਂ ਦੂਸਰੇ ਦੇ ਉੱਤੇ, ਆਪਾਂ ਮੈਜੋਰਟੀ 'ਚ ਉਹ ਦੇਖ ਰਹੇ ਸੀਗੇ, ਪਰ ਇੱਦਾਂ ਥੈਂਕਸ ਟੂ ਇੱਦਾਂ ਵਾਈਫਾਈ ਨੈਟਵਰਕ, ਇੰਟਰਨੈਟ, ਸੋਸ਼ਲ ਮੀਡੀਆ, ਇਹਦੇ ਕਰਕੇ ਆਪਾਂ ਇੱਦਾਂ ਬਹੁਤ ਤੇਜ਼ੀ ਦੇ ਨਾਲ ਸਾਰੀਆਂ ਆਪਣੇ ਚੇਂਜਿਸ ਆਈਆਂ ਨੇ ਇੱਦਾਂ, ਅਤੇ ਉਮੀਦ ਹੈ ਇੱਦਾਂ ਬਹੁਤ ਚੇਂਜਿਸ ਇੱਦਾਂ ਆਉਂਦੀਆਂ ਰਹਿਣਗੀਆਂ। ਆਪਣਾ ਸਮਾਂ ਅੱਜ ਕਾਫੀ ਹੋ ਗਿਆ, ਤਾਂ ਆਪਾਂ ਲੈਂਦੇ ਇਹਦੇ ਨਾਲ ਇਜਾਜ਼ਤ, ਹਾਂਜੀ, ਅਤੇ ਪਾਓ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।